ਦਿੱਤੇ। ਇਸ ਦੇ ਨਾਲ ਹੀ ਮੈਂ ਸਾਡੇ ਜਿਹੜੇ ਸ਼੍ਰੀ ਗੁਰੂ ਸਿੰਘ ਸਭਾ ਗੁਰੂ ਘਰ ਨੇ ਇਹਦੇ ਪ੍ਰਬੰਧਕ ਸਾਹਿਬਾਨ ਸਰਦਾਰ ਜਸਵਿੰਦਰ ਸਿੰਘ ਜੀ ਖਹਿਰਾ, ਸਰਦਾਰ ਬਲਵੀਰ ਸਿੰਘ ਜੀ ਨਿੱਜਰ, ਗੁਰਮੀਤ ਸਿੰਘ ਜੀ ਧਾਲੀਵਾਲ, ਸਰ ਰੁਪਿੰਦਰ ਸਿੰਘ ਜੀ ਕਾਹਲੋਂ, ਹੋਰ ਬਹੁਤ ਸਾਰੇ ਸੱਜਣ ਹੋਣਗੇ, ਡਾਕਟਰ ਗੁਰਵਿੰਦਰ ਸਿੰਘ ਜੀ ਧਾਲੀਵਾਲ, ਸਰਦਾਰ ਪ੍ਰੇਮ ਸਿੰਘ ਜੀ ਬਨਿੰਗ, ਸਰਦਾਰ ਕੁੰਦਨ ਸਿੰਘ ਜੀ ਸੱਜਣ ਮੇਰੇ ਸਾਹਮਣੇ ਬੈਠੇ ਨੇ, ਅਤੇ ਨਾਲ ਹੀ ਮੈਂਬਰ ਪਾਰਲੀਮੈਂਟ ਸੁਖਵਿੰਦਰ ਸੁੱਖ ਜੀ, ਸੁਖਵਿੰਦਰ ਸਿੰਘ ਸੁੱਖ ਧਾਲੀਵਾਲ ਜੀ, ਰਣਵੀਰ ਸਿੰਘ ਸਰਾਏ ਜੀ, ਜਿਨ੍ਹਾਂ ਨੇ ਬਹੁਤ ਹੀ ਵਡਮੁੱਲੇ ਵਿਚਾਰ ਇੱਥੇ ਆਪਣੇ ਪ੍ਰਗਟ ਕੀਤੇ ਨੇ, ਜਿਨ੍ਹਾਂ ਨੂੰ ਸੁਣ ਕੇ ਪਤਾ ਲੱਗਦਾ ਵੀ ਜੇ ਇੱਥੇ ਇਹਨਾਂ ਨੂੰ ਇਸ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ ਇਹਨਾਂ ਉਹਨਾਂ 'ਤੇ ਪਹੁੰਚਣ ਦੀ, ਤਾਂ ਵਾਕਈ ਯੋਗ ਆ। ਮੌਕੇ ਮੁਤਾਬਕ ਜਿਵੇਂ ਇਹਨਾਂ ਨੇ ਗੁਰੂ ਨਾਨਕ ਸਾਹਿਬ ਬਾਰੇ, ਸਿੱਖ ਭਾਈਚਾਰੇ ਬਾਰੇ, ਹੋਰ ਕਮਿਊਨਿਟੀਆਂ ਬਾਰੇ ਵਿਚਾਰ ਸਾਂਝੇ ਕੀਤੇ ਨੇ, ਤਾਂ ਉਹ ਤੋਂ ਪਤਾ ਲੱਗਦਾ ਵੀ ਇਹ ਬੌਧਿਕ ਤੌਰ 'ਤੇ ਵੀ ਸਮਰੱਥ ਆ। ਇਕੱਲੇ ਸਾਡੇ ਸਿਸਟਮ ਵਾਂਗ ਨਹੀਂ ਵੀ ਪੈਸਾ 'ਤੇ ਲੱਦੇ ਕੇ ਤਾਂ ਝੋਣ ਜਿੱਤ ਜਾਣਗੇ। ਸੋ ਮੈਨੂੰ ਬੜੀ ਖੁਸ਼ੀ ਹੋਈ ਆ, ਮੈਂ ਇਹ ਸਾਰੇ ਸੰਗਤ ਦਾ, ਇਹ ਸੱਜਣਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਬਹੁਤ ਅਣਥਕ ਯਤਨ ਕਰਕੇ ਮੇਰੇ ਵਰਗੇ ਨਿਵਾਣੇ ਨੂੰ ਇੱਥੇ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਬਖਸ਼ਿਆ, ਅਤੇ ਨਾਲ ਹੀ ਆਪਣੇ ਵਿਚਾਰ ਸਾਂਝੇ ਕਰਨ ਲਈ ਇਸ ਤਰ੍ਹਾਂ ਦਾ ਮੰਚ ਵੀ ਮੁਹੱਈਆ ਕੀਤਾ, ਅਤੇ ਮੰਚ ਵੀ ਬਹੁਤ ਇਹੋ ਜਿਹਾ ਸੁਭਾਗਾ ਮੌਕਾ ਵੀ ਮੈਂ ਕਹਿੰਦਾ ਵੀ ਜ਼ਿੰਦਗੀ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ 550 ਸਾਲਾਂ, ਇਹ ਸਾਡੀ ਸਾਰੇ ਜ਼ਿੰਦਗੀ ਦੇ ਵਿੱਚ ਹੌਸਲਾ 600 ਸਾਲਾਂ ਹੁਣ ਤੱਕ ਕੋਈ ਵੀ ਨਾ ਹੋਵੇ ਸਾਡੇ 'ਚੋਂ, ਇਹ ਕਦੇ ਕਦੇ ਆਉਂਦਾ ਇਹੋ ਜਿਹਾ ਸੁਭਾਗਾ ਮੌਕਾ। ਸੋ ਮੈਂ ਤਾਂ ਬਹੁਤ ਹੀ ਖੁਸ਼ੀ ਮਹਿਸੂਸ ਕਰਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਜੇ ਗੁਰੂ ਸਾਹਿਬ ਦਾ 550 ਸਾਲਾਂ ਪ੍ਰਗਟ ਦਿਵਸ ਮਨਾਇਆ ਜਾ ਰਿਹਾ, ਤਾਂ ਮੈਨੂੰ ਐਡਾ ਮਾਣ ਵੀ ਬਖਸ਼ਿਆ ਗੁਰੂ ਨੇ ਬਖਸ਼ਿਆ, ਉਹ ਜਿਵੇਂ ਕਹਿੰਦਾ ਨੀਚਾ ਅੰਦਰ ਨੀਚ ਜਾਤ, ਤਾਂ ਸਾਰੀ ਸੰਗਤ ਦੇ ਇੱਥੇ ਦਰਸ਼ਨ ਕਰਨ ਦਾ ਵੀ ਮੌਕਾ ਮਿਲਿਆ, ਅਤੇ ਸੁੱਖ ਧਾਲੀਵਾਲ ਜੀ, ਰਣਵੀਰ ਸਿੰਘ ਸਰਾਏ ਹੋਣਾ ਦੇ ਇੰਨੇ ਵਡਮੁੱਲੇ ਵਿਚਾਰ ਸੁਣਨ ਦਾ, ਸਰਵਣ ਕਰਨ ਦਾ ਵੀ ਮੌਕਾ ਮਿਲਿਆ। ਸੋ ਮੈਂ ਚਾਹੁੰਦਾ ਵੀ ਮੇਰਾ ਜਿਹੜਾ ਹੈਗਾ ਪੇਪਰ ਥੋੜ੍ਹਾ ਜਿਹਾ ਲੰਬਾ ਹੋਊ, ਇਹ ਬਾਇਓਗ੍ਰਾਫੀ ਕਲਾ ਗੁਰੂ ਨਾਨਕ ਸਾਹਿਬ ਜਿਹੜਾ ਸਮਾਂ ਗਾ ਉਹ ਸਮੇਂ ਦੇ ਨਾਲ, ਕਿਉਂਕਿ ਕਾਲ ਦੇ ਵਿੱਚ ਆਏ ਨੇ, ਉਹਨੇ ਕਾਲ ਦੇ ਵਿੱਚ ਕਾਲ ਰੂਪ ਦੇ ਵਿੱਚ ਇੱਥੇ ਵਿਚਰੇ ਨੇ, ਉਹ ਥੋੜ੍ਹਾ ਜਿਹਾ ਲੰਬਾ। ਮੈਂ ਸਮਝਦਾ ਸੰਗਤ ਜਿਹੜੀ ਆ ਕੋਈ ਬੋਰ ਨਾ ਮਹਿਸੂਸ ਕਰੇ, ਮੈਂ ਸੰਖੇਪ ਤੋਂ ਸੰਖੇਪ ਕੋਸ਼ਿਸ਼ ਕਰੂੰਗਾ ਵੀ ਜਿਵੇਂ ਪ੍ਰਬੰਧਕਾਂ ਨੇ ਪ੍ਰਬੰਧ ਕੀਤਾ ਵੀ ਪਹਿਲਾਂ ਜੈਲੋ ਸੈਨ ਦੇਣਾ, ਫਿਰ ਰੈੱਡ ਸੈਨ, ਵੀ ਤੁਹਾਡਾ ਵਕਤ ਖਤਮ ਹੋ ਗਿਆ। ਸੋ ਮੇਰਾ ਇਹ ਪੇਪਰ, ਇੱਕ ਕਿਤਾਬ ਵੀ ਆਈ ਆ ਰਵਾਬ ਤੋਂ ਨਗਾਰੇ ਤੱਕ, ਉਹਦੇ ਵਿੱਚ ਵੀ ਸ਼ਾਮਿਲ ਆ, ਅਤੇ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਸੋਵੀਨਾਰ ਛਾਪਿਆ ਉੱਥੇ ਮੌਜੂਦ ਆ ਆਪਣੇ ਸਟਾਲ 'ਤੇ, ਉਹਦੇ ਵਿੱਚ ਵੀ ਡਿਟੇਲ 'ਚ ਪੇਪਰ ਹੈਗਾ। ਸੋ ਜੇ ਮੇਰੇ ਵਿਚਾਰ ਕੁਛ ਲੱਗਣ ਵੀ ਸੰਖੇਪ ਆ, ਤਾਂ ਇਹ ਤਾਂ ਵੀ ਸੱਜਣ ਪੜ੍ਹ ਸਕਦੇ ਨੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਵਿਚਾਰਾਂ ਜਾਰੀ ਰਹਿਣਗੀਆਂ। ਸੋ ਮੈਨੂੰ ਸਭ ਤੋਂ ਪਹਿਲਾਂ ਜਿਹੜਾ ਸਮੇਂ ਦਾ ਖਿਆਲ ਆ, ਸਭ ਤੋਂ ਪਹਿਲਾਂ ਮੈਂ ਭਾਈ ਗੁਰਦਾਸ ਜੀ ਨੇ ਦੇ ਸ਼ਬਦਾਂ ਨਾਲ ਗੱਲ ਕਰਨੀ ਚਾਹੁੰਦਾ ਆਪਣੀ, ਵੀ ਜੋ ਭਾਈ ਗੁਰਦਾਸ ਜੀ ਜਦੋਂ ਗੁਰੂ ਨਾਨਕ ਸਾਹਿਬ ਪ੍ਰਗਟਦੇ ਨੇ, ਉਹਨਾਂ ਦੇ ਇਸ ਧਰਤੀ 'ਤੇ ਦੈਵੀ ਆਗਮਨ ਹੁੰਦਾ ਤਲਵੰਡੀ ਦੇ ਵਿੱਚ ਮਾਤਾ ਤ੍ਰਿਪਤਾ ਜੀ ਦੇ, ਪਿਤਾ ਸ਼੍ਰੀ ਕਾਹਲੂ ਜੀ ਦੇ ਘਰ, ਉਸ ਸਮੇਂ ਨੂੰ ਜਿਹੜਾ ਸੂਖਮ ਸਮਾਂ ਕੈਨਾਤ ਬੱਝੀ ਹੋਈ ਹੈ ਪੂਰੀ ਤਰ੍ਹਾਂ, ਉਹਨੂੰ ਭਾਈ ਗੁਰਦਾਸ ਜੀ ਫੜਦੇ ਨੇ ਅਤੇ ਉਹ ਇੱਕ ਸ਼ਬਦ ਦੇ ਵਿੱਚ ਬਿਆਨ ਕਰਦੇ ਨੇ। ਮੈਂ ਉਹ ਪੜ੍ਹ ਕੇ ਨਹੀਂ ਬੋਲਣਾ, ਮੈਂ ਤੁਹਾਨੂੰ ਸੁਣਾਉਣਾ ਤਾਂ ਕਿ ਆਪਾਂ ਉਸ ਸਮੇਂ ਦੀ ਫੀਲਿੰਗ ਨਾਲ ਜੁੜ ਸਕੀਏ, ਆਪਾਂ ਉਸ ਮਾਹੌਲ ਨੂੰ ਮਾਣ ਸਕੀਏ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਗਟ ਹੋ ਰਹੇ ਨੇ, ਇੱਕ ਦੈਵੀ ਆਗਮਨ ਹੋ ਰਿਹਾ, ਉਹਦੇ ਪ੍ਰਕਾਸ਼ ਦਾ ਆਗਮਨ ਹੋ ਰਿਹਾ। ਉਹ ਸਿਰਫ 2 ਮਿੰਟ ਦਾ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ। ਮੈਨੂੰ ਲੱਗਦਾ ਜੀ ਇੱਥੇ ਨੈੱਟ ਨਾਲ ਦੀ ਮੈਂ ਫੋਨ ਜੋੜਿਆ, ਸੋਰੀ, ਅਤੇ ਉਹਦਾ ਕਰਕੇ ਇੱਥੇ ਪ੍ਰੋਬਲਮ ਆ ਗਈ ਸ਼ਬਦ ਦੀ, ਨਹੀਂ ਸ਼ਬਦ ਚੱਲਣਾ ਚਾਹੀਦਾ ਸੀਗਾ, ਪਹਿਲਾਂ ਖਿਆਲ ਨਹੀਂ ਕੀਤਾ। ਸੋ ਇਹਦੇ ਲਈ ਮਾਫੀ ਚਾਹੁੰਦੇ ਹਾਂ, ਅਤੇ ਮੈਂ ਆਪਣੀ ਗੱਲ ਸ਼ੁਰੂ ਕਰਦਾ। ਸੋ ਮੇਰੇ ਜਿਹੜਾ ਇਹ ਪੇਪਰ ਆ ਜਾਂ ਮੈਂ ਆਪਣੇ ਵਿਚਾਰ ਸਾਂਝੇ ਕਰਨੇ ਆ, ਉਹਦਾ ਸੰਖੇਪ ਦੇ ਵਿੱਚ ਇਹੀ ਨਾਂ ਗਾ ਵੀ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਅਤੇ ਮਨੁੱਖ ਜਾਤੀ ਲਈ ਮੁਕਤੀ ਮਾਰਗ, ਸਾਰੀ ਮਨੁੱਖ ਜਾਤੀ ਲਈ। ਸੋ ਜਦੋਂ ਮਤਲਬ ਗੁਰੂ ਨਾਨਕ ਸਾਹਿਬ ਦੇ 1469 ਨੂੰ ਇਸ ਧਰਤੀ ਦੇ ਵਿੱਚ ਅਕਾਲ ਰੂਪ ਦੇ ਰੂਪ 'ਚ ਪ੍ਰਗਟ ਹੁੰਦੇ ਨੇ, ਤਾਂ ਭਾਈ ਗੁਰਦਾਸ ਜੀ ਉਦੋਂ ਕਹਿੰਦੇ ਨੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ, ਜੋ ਘਰ ਸੂਰਜ ਨਿਕਲਿਆ
ਤਾਰੇ ਸੁਪੇ ਅੰਧੇਰ ਪਲੋਆ, ਸਿੰਘ ਬੁੱਕੇ ਮਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਇਆ। ਹੁਣ ਇੱਥੇ ਭਾਈ ਗੁਰਦਾਸ ਜੀ ਦੋ ਅਲੰਕਾਰ ਵਰਤਦੇ ਨੇ, ਇੱਕ ਸੂਰਜ ਦਾ ਗਾ, ਇੱਕ ਸਿੰਘ ਦਾ। ਹੁਣ ਇਹ ਜਿਹੜੇ ਦੋਨੋਂ ਅਲੰਕਾਰ ਭਾਈ ਸਾਹਿਬ ਨੇ ਵਰਤੇ ਨੇ, ਇਹ ਕੋਈ ਕਾਵਕ ਅਲੰਕਾਰ ਨਹੀਂ, ਜਿਵੇਂ ਆਪਾਂ ਕਵਿਤਾ ਦੇ ਵਿੱਚ ਵਰਤ ਲੈਂਦੇ ਹਾਂ। ਭਾਈ ਗੁਰਦਾਸ ਨੂੰ ਗੁਰੂ ਦੀਦਾਰ ਦੀ ਪ੍ਰਤੀਤੀ ਹੁੰਦੀ ਆ, ਸਮਰਥਕ ਪ੍ਰਤੀਤੀ ਹੁੰਦੀ ਆ ਵੀ ਗੁਰੂ ਜਦੋਂ ਇੱਥੇ ਆਇਆ, ਜਿਵੇਂ ਸੂਰਜ ਨਿਕਲਦਾ ਅਤੇ ਜਿਵੇਂ ਸਿੰਘ ਬੁੱਕਦਾ, ਸ਼ੇਰ ਨਿਕਲਦਾ ਬੇਲੇ ਦੇ ਵਿੱਚੋਂ, ਤਾਂ ਉਸ ਮੌਕੇ ਜਿਹੜੇ ਮਿਰਗਾ ਜਾਂ ਕਮਜ਼ੋਰ ਜਾਨਵਰ ਭੱਜ ਜਾਂਦੇ ਨੇ, ਉਵੇਂ ਜਿਵੇਂ ਜਿਹੜਾ ਇੱਥੇ ਕੂੜ ਦਾ ਪਸਾਰਾ ਕਰਨ ਵਾਲੇ ਸੀ ਉਹ ਭੱਜ ਕੇ, ਉਹਨੂੰ ਡਰ ਪੈ ਗਿਆ ਵੀ ਸਿੰਘ ਆ ਗਿਆ। ਹੁਣ ਕੂੜ ਦਾ ਪਸਾਰਾ ਕਰਨ ਤੋਂ ਭਾਵ ਹੈ ਕਮਜ਼ੋਰ ਜੀਵ ਤੋਂ ਨਹੀਂ, ਜਿਵੇਂ ਸੂਰਜ ਨਿਕਲਿਆ ਚਾਰੇ ਪਾਸੇ ਚਾਨਣ ਹੋ ਜਾਂਦਾ। ਸੋ ਜਿਹੜੀ ਗੱਲ ਇਹ ਆਮ ਤੌਰ 'ਤੇ ਸਾਡੇ ਹੁਣ ਮਾਡਰਨ ਜਿਹੜੀ ਫਿਲੋਸਫੀ ਆ ਜਾਂ ਜਿਹੜੀ ਪੱਛਮੀ ਐਕੇਡੈਮਿਕਸ ਆ, ਉਹਦੇ ਵਿੱਚ ਇਹ ਕਿਹਾ ਜਾਂਦਾ ਵੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਬਾਣੀ ਆ ਜਾਂ ਗੁਰੂ ਨਾਨਕ ਸਾਹਿਬ ਦੀ ਫਿਲੋਸਫੀ ਆ, ਉਹਨੂੰ ਪੂਰਵਲੇ ਭਗਤਾਂ ਨਾਲ ਸੰਤਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਆ, ਤਾਂ ਕਿ ਗੁਰੂ ਨਾਨਕ ਸਾਹਿਬ ਨੂੰ ਨੀਵਾਂ ਦਿਖਾਇਆ ਜਾ ਸਕੇ ਜਾਂ ਉਹਦੀ ਬਰਾਬਰੀ ਕੀਤੀ ਜਾ ਸਕੇ ਵੀ ਨਾ ਜੀ ਗੁਰੂ ਸਾਹਿਬ ਨੇ ਤਾਂ ਉੱਥੋਂ ਲਿਆ ਆਹ ਕੀਤਾ, ਜਾਂ ਉਹਦੇ ਉਹਨੂੰ ਇਨਸਾਨ ਦੇ ਰੂਪ 'ਚ ਵੀ ਚਿਤਰਿਆ ਗਿਆ, ਉਹਦੀ ਕੋਸ਼ਿਸ਼ ਵੀ ਉਹ ਪਰਮ ਮਨੁੱਖ ਸੀ, ਉਹ ਸਿਆਣੇ ਮਨੁੱਖ ਸੀ, ਉਹ ਤਰਕਸ਼ੀਲ ਸੀ। ਇਹੋ ਜਿਹੀਆਂ ਜਿਹੜੀਆਂ ਪੱਛਮ ਦੀ ਅਕੈਡਮਿਕਸ ਆ, ਇੱਥੋਂ ਦੀ ਅਕਾਡਮਿਕਤਾ ਹੈਗੀ ਆ, ਉਹਦੇ ਫਾਰਮੂਲੇ ਲਾਗੂ ਕਰਕੇ ਇਹ ਗੁਰੂ ਨਾਨਕ ਸਾਹਿਬ ਬਾਰੇ ਵਰਤੇ ਜਾਂਦੇ ਨੇ ਸਾਡੀਆਂ ਇੱਥੇ ਪੱਛਮ ਦੀਆਂ ਯੂਨੀਵਰਸਿਟੀਆਂ ਵਿੱਚ ਵੀ, ਹੁਣ ਪੰਜਾਬ 'ਚ ਵਿੱਚ ਵੀ ਉੱਥੇ ਵੀ ਚੱਲ ਪਿਆ। ਪਰ ਨਹੀਂ, ਜਦੋਂ ਆਪਾਂ ਜਨਮ ਸਾਖੀਆਂ ਪੜ੍ਹਦੇ ਹਾਂ, ਉਹ ਜਨਮ ਸਾਖੀਆਂ ਦੇ ਵਿੱਚ ਗੁਰੂ ਸਾਹਿਬ ਲਈ ਗੁਰ ਪਰਮੇਸ਼ਰ ਸ਼ਬਦ ਵਰਤਿਆ ਗਿਆ। ਤਾਂ ਸਭ ਤੋਂ ਵੱਡੀ ਮੋਹਰ ਪੰਚ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਲਾਉਂਦੇ ਨੇ ਜਦੋਂ ਕਹਿੰਦੇ ਨੇ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਅਤੇ ਜਿਹੜੇ ਆਪਣੇ ਭੱਟ ਹੋਏ ਨੇ ਭਾਈ ਕਲ ਜੀ, ਉਹ ਲਿਖਦੇ ਨੇ ਬ੍ਰਹਿਮੰਡ ਖੰਡ ਪੂਰਨ ਗੁਣ ਨਿਰਗੁਣ ਸਮ ਜਾਣਿਓ। ਸੋ ਜਦੋਂ ਭਾਈ ਗੁਰਦਾਸ ਜੀ ਵੀ ਇਹੀ ਗੱਲ ਕਹਿੰਦੇ ਨੇ ਵੀ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਸੋ ਇਹ ਗੱਲ ਜਿਹੜੀ ਮੰਨ ਕੇ ਚੱਲਣੀ ਪਊ ਵੀ ਜਿਹੜਾ ਗੁਰੂ ਨਾਨਕ ਸਾਹਿਬ ਜਦੋਂ ਇੱਥੇ ਆਏ ਨੇ ਇਸ ਧਰਤੀ 'ਤੇ, ਉਹਨਾਂ ਨੇ ਮਨੁੱਖੀ ਜਾਮੇ ਦੇ ਵਿੱਚ ਜਨਮ ਲਿਆ, ਤਾਂ ਅਕਾਲ ਰੂਪ 'ਚ ਆਏ ਨੇ ਉਹਨੇ। ਹੁਣ ਜਿਹੜੀ ਇੱਥੋਂ ਦੀ ਪੱਛਮੀ ਅਕਾਡਮਿਕਤਾ, ਜਦੋਂ ਅੱਗੇ ਮੈਂ ਜਾ ਕੇ ਗੱਲ ਕਰਨੀ ਆ, ਤਾਂ ਜਦੋਂ ਬੇਈ ਵਾਲੀ ਘਟਨਾ ਨੂੰ ਵੀ ਐਂ ਜੋੜ ਲੈਂਦੇ ਨੇ, ਲਓ ਜੀ ਗੁਰੂ ਨਾਨਕ ਸਾਹਿਬ ਨੇ ਅਨੁਭਵ ਜੀਵਨ ਦਾ ਪ੍ਰਾਪਤ ਕੀਤਾ, ਗੁਰੂ ਸਾਹਿਬ ਨੇ ਗਿਆਨ ਪ੍ਰਾਪਤ ਕੀਤਾ, ਫਿਰ ਉਹਨੇ ਫੈਸਲਾ ਕੀਤਾ ਵੀ ਹੁਣ ਜਾਣਾ ਚਾਹੀਦਾ। ਨਹੀਂ, ਗੁਰੂ ਸਾਹਿਬ ਕੋਲ ਤਾਂ ਗੰਮੀ ਗਿਆਨ ਆ, ਉਹ ਤਾਂ ਜਦੋਂ ਪੰਡਿਤ ਨੂੰ ਕਹਿੰਦੇ ਆ ਵੀ ਇਹ ਜਿਹੜਾ ਤੇਰੇ ਕੋਲ ਜੇ ਜਨੇਊ ਹੈਗਾ, ਇਹ ਜਿਹੜਾ ਫੇਰ ਮੇਰੇ ਪਾ ਦਿਆਕ ਪਾ ਸੰਤੋਖ ਸੂਤ ਜਤ ਖੰਡੀ ਸਤ ਬੱਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕੱਤ, ਉਹ ਸੱਤ ਪੰਜ ਛੇ ਸਾਲ ਦੀ ਉਮਰ ਦੇ ਵਿੱਚ ਕਹਿੰਦੇ ਨੇ ਉਹਨੂੰ। ਤਾਂ ਫਿਰ ਜਦੋਂ ਉਹ ਪਾਂਡੇ ਨੂੰ ਪੱਟੀ ਪੜ੍ਹਾਉਂਦਾ, ਹੋਰ ਸਾਰਾ ਕੁਛ ਆਪ ਪੜ੍ਹ ਕੇ ਆ ਜਾਂਦੇ ਨੇ, ਉਹ ਕਾਲ ਰੂਪ ਨੇ, ਉਹਨਾਂ ਕੋਲ ਸਾਰਾ ਧੁਰੋਂ ਗਿਆਨ ਆ। ਇਹ ਗੱਲ ਦਾ ਇਹ ਨਹੀਂ ਕੋਈ ਅਨੁਭਵ ਰਾਹੀਂ, ਅਨੁਭਵ ਗਿਆਨ ਹਾਸਲ ਕਰਨ ਲਈ ਹੋਰ ਬਹੁਤ ਫਿਲੋਸਫਰ ਹੋਏ ਨੇ, ਬੜੇ ਵਿਦਵਾਨ ਹੋਣਗੇ, ਉਹਨੇ ਅਨੁਭਵ ਰਾਹੀਂ ਗਿਆਨ ਕੀਤਾ, ਯੂਨੀਵਰਸਿਟੀ 'ਚ ਪੜ੍ਹਾਈਆਂ ਕੀਤੀਆਂ, ਉਹਨਾਂ ਕੋਲ ਇੱਕ ਪਰੰਪਰਾ ਕੀ, ਚਰਚਾਂ 'ਚ ਪੜ੍ਹਦੇ ਨੇ ਫਿਰ ਜਾ ਕੇ ਉਹ ਗਿਆਨ ਹਾਸਲ ਕਰਦੇ ਨੇ। ਨਹੀਂ, ਗੁਰੂ ਨਾਨਕ ਸਾਹਿਬ ਤਾਂ ਧੁਰੋਂ ਉਸ ਅਕਾਲ ਪੁਰਖ ਦੇ ਗਿਆਨ ਨਾਲ ਵਰਸਾਏ ਹੋਏ ਨੇ। ਹੁਣ ਬਹੁਤ ਸਾਰੇ ਜਿਹੜੇ ਹੈਗੇ ਆ ਸੱਜਣੇ ਕਹਿੰਦੇ ਵੀ ਗੁਰੂ ਸਾਹਿਬ ਜਦੋਂ ਆਏ ਨੇ ਉਹਨਾਂ ਨੇ ਫੈਸਲਾ ਪਰਿਵਾਰ ਛੱਡਣ ਦਾ ਫੈਸਲਾ ਕੀਤਾ, ਇਸ ਤਰ੍ਹਾਂ ਕੀਤਾ, ਉਹ ਇੱਕ ਖੇਡ ਆ। ਗੁਰੂ ਸਾਹਿਬ ਨੇ ਜਦੋਂ ਸਮਕਾਲੀ ਸਮਾਜ ਦੀ ਮੈਂ ਗੱਲ ਕਰਦਾ, ਉਸ ਸਮੇਂ ਗੁਰੂ ਸਾਹਿਬ ਜਦੋਂ ਇੱਥੇ ਆਏ ਪ੍ਰਗਟ ਹੋਏ ਨੇ, ਇੱਥੇ ਸਾਡੇ ਕੋਲ ਸਿੱਧਾਂ ਦੀਆਂ, ਯੋਗੀਆਂ ਦੀਆਂ, ਅਨੇਕਾਂ ਭਾਰਤ ਦੇ ਪਤਾ ਨਹੀਂ ਕਿੰਨੇ ਕੁ ਵਿਹਲੜ ਲੋਕ ਸੀ, ਉਹਨਾਂ ਦੇ ਵੱਗ ਫਿਰਦੇ ਸੀਗੇ ਜਿਹੜੇ ਸਮਾਜ ਤੋਂ ਭੱਜੇ ਹੋਏ ਸੀ, ਜਿਹੜੇ ਕਿ ਇਹਨਾਂ ਨਾਲ ਗ੍ਰਹਿਸਤੀ ਜੀਵਨ ਨਹੀਂ, ਜਿਹਨੂੰ ਗੁਰੂ ਸਾਹਿਬ ਬਾਅਦ ਜਾ ਕੇ ਮਿਲਦੇ ਨੇ, ਸਿੱਧਾਂ ਨੂੰ ਲਾਹਣਤਾ ਪਾਉਂਦੇ ਨੇ ਵੀ ਸਿੱਧ ਸੁੱਪ ਬੈਠੇ ਜਾਂ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ, ਤੁਸੀਂ ਸੰਸਾਰ ਨੂੰ ਕਹਿੰਦੇ ਤਾਂ ਨਰਕ ਆ, ਉਹ ਗ੍ਰਹਿਸਤੀ ਨੂੰ ਕਹਿੰਦਾ ਨਰਕ ਤਾਂ ਨਰਕ 'ਚ ਫਿਰਦਾ, ਅਤੇ ਉਸੇ ਨਰਕ ਦੇ ਜੀਵ ਤੋਂ ਆ ਕੇ ਰੋਟੀ ਮੰਗਣ ਲੱਗਦੇ ਹੋ, ਕਿਰਤੀ ਨੂੰ ਨਰਕ ਕਹਿੰਦੇ ਹੋ, ਫਿਰ ਰੋਟੀ ਮੰਗਣ ਉਹਦੇ ਕੋਲ ਹੀ ਆਉਂਦੇ ਹੋ, ਉਹਨੂੰ ਝਾੜਾਂ ਪਾਈਆਂ। ਸੋ ਗੁਰੂ ਸਾਹਿਬ ਨੇ ਇੱਕ ਖੇਡ ਵਰਤਾਉਣੀ ਸੀ, ਉਸ ਵਕਤ ਜਿਹੜਾ ਵਿਅਕਤੀ ਅਤੇ ਸਮਾਜ ਦਾ ਇੱਕ ਰਿਸ਼ਤਾ ਤੋੜਤਾ ਸੀ ਇਹਨਾਂ ਨੇ ਵੀ ਨਹੀਂ, ਜੇ ਭਗਤੀ ਕਰਨੀ ਆ, ਰੱਬ ਨੂੰ ਮਿਲਣਾ, ਤਾਂ ਇਹ ਸਾਰੇ ਗ੍ਰਸਤ ਤੋਂ ਮੁਕਤ ਹੋਵੋ, ਜੰਗਲਾਂ 'ਚ ਭੱਜੋ, ਸੁਮੇਰ ਪਰਬਤ 'ਤੇ ਚੜ੍ਹ ਜਾਓ। ਗੁਰੂ ਨਾਨਕ ਸਾਹਿਬ ਨੇ ਇਹ ਪ੍ਰਕਾਸ਼ ਕੀਤਾ, ਨਹੀਂ, ਰੱਬ ਨੂੰ ਗ੍ਰਸਤ ਦੇ ਵਿੱਚ ਪਾਇਆ ਹੋਇਆ, ਇਹ ਗ੍ਰਸਤ ਦੇ ਵਿੱਚੋਂ ਰੱਬ ਪੈਣਾ, ਭੱਜ ਕੇ ਨਹੀਂ ਪੈਣਾ, ਕਿਤੇ ਨਹੀਂ ਮਿਲਣਾ, ਭਟਕਣਾ। ਇਹ ਉਹਨਾਂ ਨੇ ਸਾਡੀ ਸਭ ਤੋਂ ਵੱਡੀ ਗੱਲ ਕੀਤੀ ਆ, ਵਿਅਕਤੀ ਅਤੇ ਸਮਾਜ ਦੀ ਪੱਕੀ ਗੰਢ ਪਾਤੀ ਵੀ ਵਿਅਕਤੀ ਸਮਾਜ ਤੋਂ ਵੱਡਾ ਨਹੀਂ, ਸਮਾਜ ਦੇ ਵਿੱਚ ਉਹਨੇ ਵਿਚਰਨਾ। ਜੇ ਇੱਥੇ ਨਰਕ ਆ ਸਮਾਜ ਦਾ, ਇਹ ਸਮਾਜ ਦੇ ਨਰਕ ਨੂੰ ਵਿੱਚ ਰਹਿ ਕੇ ਸੁਰਗ ਬਣਾਉਣਾ, ਇਹ ਗੁਰੂ ਨਾਨਕ ਪਾਤਸ਼ਾਹ ਨੇ ਜੇ ਉਹਨਾਂ ਨੇ ਵਿਆਹ ਕਰਵਾਇਆ
बच्चे पैदा होए, माँ प्यो की सेवा की, कारोबार के तौर तक मोदी तक जिम्मेवारी भी निभाई, तो फिर जो 1507 के करीब फैसला करते हैं कि हुण मैनू यह संसार के जिहड़ी खेड रच गई, हुण दुनिया के पूरे दे पूरे जिहड़ा हैगा सच का प्रसार करन दी खातर, यह जिहड़ी दुनिया का उधार करन दी खातर यह जाना चाहिए गा। उत्थे हुण भाई गुरदास जी कहिंदे ने बाबा देखे ध्यान धर जलती सब पृथ्वी दसाई, बाज गुरु गुबार है कर दी सुनी लुकाई, बाबे भेख बनाया उदासी की रीत चलाई। फिर गुरु साहब ने उदों जो देखी भी सारी पृथ्वी आ जिहड़ी ये है कर दी आ बहुत दुखी आ, उस वक्त वह फैसला करते ने। जदों हुण इहदे विच होर भी कई गल्लां, जदों धर्म चिंतन के कई प्रोफेसर गुरु साहब जिहड़ी उदासियां ने उन्हें बुद्ध नाल जोड़ देने कि महात्मा बुद्ध भी घरों निकलिया जी, महात्मा बुद्ध ने भी सच का प्रचार किया। ठीक है, साढ़े मन के बहुत सत्कार है महात्मा बुद्ध का, पर महात्मा बुद्ध का घरों निकलना तो गुरु साहब का उदासी ले जाना यह बहुत वक्खो वक्खरे का कोई मेल नहीं गा। महात्मा बुद्ध जो गए आ अपनी पत्नी यशोदा तो पुत्र राहुल नूं छुत्ते पै छड़ के चोरी गए ने, वो दुख तो डर के भज्जे ने, कहिंदे मैं सुख की तलाश करनी आ, दुख क्यों ने की आ ज्ञान की भाल च गए ने। गुरु नानक साहब सुचेत फैसला करते ने, जलों पहली उदासी से जाना सुल्तानपुर तो जाना, अकाल पुरख नाल गल हो गई, अकाल पुरख ने हुक्म लाता, जो 3 दिन का जो बेई की टुब्बी लग कहिंदे आ वह अकाल पुरख का हुक्म आ गया भी हुण नानक तां जाना, तो उत्थे हजारां की गिणती संगत, जो समकाली इतिहास असीं पढ़ते हाँ उहनां नूं विदा करन लई हजारां की गिणती संगत इकट्ठी हुई भी सी, उहदे सहुरा साहब मूलराज जी भी आ गए सीगे, माता पिता उत्थे सीगे, सुपत्नी बीबी सुलक्षणी जी तो दोनों पुत्र उत्थे मौजूद सी, बीबी नानकी जी मौजूद सी, उन्होंने एक बराग भी सी ते खुशी भी सी, वो संगत नूं उपदेश दे के गए ने कि हुण तुसीं जो इत्थे मैं नामदान बीजता इहदे अनुसार कार्य करना। भाई मरदाने नूं लैके वो उदासी दे चले ने भी असीं हुण धरती दे विच आधार सारी दा करना, बहुत दुखी आ धरती, हर थां ते सच दा पसारा करना, वो जिहड़ा नानक नाम आ उहदा पसारा करना, क्योंकि उस वक्त की सी भी जिहड़ा हिंदू धर्म कोले 30 करोड़ देवी देवतां दी पूजा सी, पत्थर की पूजा सी सारी, तो जिहदे विच मतलब इस्लाम दे विच भावें एक हैगा गा खुदा एक अकाल पुरखा उहदे विच भी बहुत सारियां गिरावटां सीगियां, तो जदों उत्थे जा के उहने ऐलान किया भी ना हम हिंदू ना मुसलमान, उहदा मतलब इह सी एक नवां मनुख की सरजना हो रही है, हुण दोनों धर्मां तों ही एक नवें मनुख की सरजना होनी है, और गुरमुख हो जिहनूं गुरमुख कहा। तो उस वक्त भाई गुरदास जी कहिंदे भी जिहड़ी वो संगत बनी उदासियां दे नाल जाके गुरु साहिब ने प्रचार किया तो उहनूं उहनां ने निर्मल पंथ कहा कि निर्मल पंथ आ, निर्मल तो भाव भी जिहड़े अपने जिहड़े पहले धर्म सी, पहले जात सी, पहले संस्कार सी, पहले विकार सी, उहनां तों मुक्त हो गए, ये मुक्त हो गए अकाल पुरख नाल। उहनां ने जिहड़ा बहुत देववाद सी, सारे बहुत देववाद नूं रद्द करके, सारी बचोलगी रद्द करके एक अकाल पुरख ना रिश्ता जोड़िया, एक अकाल पुरख व्यक्ति का समाज नाल, समाज ते व्यक्ति का फिर एक अकाल पुरख ना जोड़े, एक अकाल पुरख है, कोई बचाले बचोला नहीं, कोई पत्थर नहीं, कोई होर नहीं, कोई मूर्ति नहीं, सिर्फ एक नाम उहदा नाम अकाल दा उहदे नाल जोड़ना। इत्थे तक जो हुण उदासियां ते जांदे ने, वह पहली उदासी जिहड़ी हैगी आ वह काफ़ी लंबी आ, 8-9 साल दी आ वो जिहड़ी हैगी आ, काफ़ी मैं इत्थे दस भी सकदा, फिर मैनूं लगदा वी समा बहुत आ गया वी किहड़े किहड़े थावां तों उहने उदासी कीती, किहड़ियां किहड़ियां दिशावां च कीती, ते वो जिहड़ी उदासी आ वो 65,000 मील दी सीगी, 65,000 जदों दी देखदे आपां जिहड़े खोजी आ बाद च उहनां ने थावां मिलियां कित्थों किहड़े डेट नूं किहड़ी तरीक नूं चले गुरु साहिब कुरुक्षेत्र तों हुंदे होए हरिद्वार हुंदे होए उड़ीसा जगन्नाथ पुरी श्री लंका तों लै के बिदर तों लै के जदों सारा हिसाब कढ़दे आ तां उह 65,000 मील बनदा, 8 साल की उदासी बनती है, दिन भी कढ़े ने 65,000 मील तो बाद गुरु नानक साहब फिर सुल्तानपुर आ जाते हैं। हुण जदों गुरु नानक साहब सुल्तानपुर आउंदे ने उस वक्त हुण कई सज्जन कहिंदे सिक्खी तां ब्रह्मंडी आ, इहदा किसी टैरीटरी नाल संबंध नहीं, वो जिहड़ी सिख वक्खरे राज की मंग कर रहे जां होर आ उहनूं
ਝੁਠਲਾਉਣ ਦਾ ਕਰਕੇ ਕਹਿੰਦੇ ਸਿੱਖੀ ਤਾਂ ਬ੍ਰਹਿਮੰਡ ਹੀ ਆ, ਗੁਰੂ ਸਾਹਿਬ ਤਾਂ ਬ੍ਰਹਿਮੰਡ ਦੀ ਗੱਲ ਕੀਤੀ ਆ। ਨਹੀਂ, ਗੁਰੂ ਸਾਹਿਬ ਨੇ ਟੈਰੀਟਰੀ, ਇੱਕ ਧਰਤੀ, ਇੱਕ ਟੋਟਾ, ਉਹਨੂੰ ਕੇਂਦਰ ਬਣਾਇਆ। ਉੱਥੋਂ ਉਹ ਜਦੋਂ ਵਾਪਸ ਆਉਂਦੇ ਨੇ ਸੁਲਤਾਨਪੁਰ, ਤਾਂ ਉਦੋਂ ਬਾਅਦ ਉਹ ਰਾਵੀ ਦੇ ਕੰਢੇ 'ਤੇ ਜਾ ਕੇ ਕਰਤਾਰਪੁਰ ਵਸਾਉਣ ਦਾ ਫੈਸਲਾ ਕਰਦੇ ਨੇ। ਅਜਿੱਤੇ ਰੰਧਾਵੇ ਤੋਂ ਉੱਥੋਂ ਜ਼ਮੀਨ ਲਈ ਜਾਂਦੀ ਆ, ਦਾਨ ਨਹੀਂ ਗੁਰੂ ਸਾਹਿਬ ਨੇ ਲਿਆ, ਔਰ ਜ਼ਮੀਨ ਲੈ ਕੇ ਉੱਥੇ ਇੱਕ ਨਵਾਂ ਨਗਰ ਕਰਤਾਰਪੁਰ, ਜਿਹਨੂੰ ਆਪਾਂ ਕਹਿੰਦੇ ਵੀ ਸਿੱਖੀ ਦਾ ਕੇਂਦਰ ਵਸਾਇਆ। ਉਹ ਕੇਂਦਰ ਆ, ਪ੍ਰਚਾਰ ਦਾ ਕੇਂਦਰ ਵੀ ਇੱਥੇ। ਬਾਅਦ 'ਚ ਵੀ ਉਦਾਸੀਆਂ ਦੇ ਕਹਿੰਦੇ, ਤਿੰਨ ਉਦਾਸੀਆਂ ਬਾਅਦ 'ਚ ਕੀਤੀਆਂ, ਉਹ ਕੇਂਦਰ ਸਥਾਪਿਤ ਕਰਕੇ ਵੀ ਇਸ ਕੇਂਦਰ ਤੋਂ ਇਹ ਜਿਹੜਾ ਸਾਰਾ ਧਰਮ ਪ੍ਰਚਾਰ ਹੋਣਾ, ਇਹ ਕੇਂਦਰ ਤੋਂ ਜਿਵੇਂ ਆਪਾਂ ਕਹਿੰਦੇ ਵੀ ਉੱਥੇ ਇੱਕ ਨਵੇਂ ਪਿੰਡ ਦੀ ਮੋਹੜੀ ਗੱਡੀ, ਕਈ ਵਿਦਵਾਨ ਲਿਖਦੇ ਨੇ, ਅਸੀਂ ਕਹਿੰਦੇ ਵੀ ਨਵੇਂ ਪਿੰਡ ਦੀ ਮੋਹੜੀ ਨਹੀਂ ਇਕੱਲੀ ਗੱਡੀ, ਨਵੇਂ ਧਰਮ ਦੀ ਮੋਹੜੀ ਗੱਡੀ, ਜਿਹਨੂੰ ਸਿੱਖ ਧਰਮ ਵਜ ਕਹਿੰਦੇ ਹਾਂ ਅਸੀਂ। ਆਵੋ ਸਿੱਖੋ ਸਤਿਗੁਰ ਕੇ ਪਿਆਰੋ, ਗਾਵੋ ਸੱਚੀ ਬਾਣੀ। ਸਿੱਖ ਸ਼ਬਦ ਜਿਹਨੇ ਸਿੱਖਣਾ, ਜਿਹਨੇ ਹਮੇਸ਼ਾ ਗਿਆਨ ਹਾਸਲ ਕਰਨਾ, ਜਿਹਦਾ ਮਨ ਨੀਵਾਂ ਮੱਤ ਉੱਚੀ ਦੇ ਅਵਸਥਾ 'ਤੇ ਵਿਚਰਨਾ ਜਿਹਨੇ, ਉਹ ਗੁਰੂ ਸਾਹਿਬ ਨੇ ਇੱਕ ਨਵਾਂ ਮਨੁੱਖ ਉੱਥੇ, ਨਵਾਂ ਧਰਮ ਉੱਥੇ ਇਸ ਤਰ੍ਹਾਂ ਪੈਦਾ ਕੀਤਾ। ਸੋ ਉਹ ਤੋਂ ਬਾਅਦ ਗੁਰੂ ਸਾਹਿਬ ਹੁਣ ਜਾਂਦੇ ਨੇ ਉਦਾਸੀਆਂ 'ਤੇ। ਹੁਣ ਇੱਥੇ ਜਿਹੜੀ ਗੱਲ ਆਪਾਂ ਕਰਨ ਵਾਲੀ ਵੀ ਇਕੱਲਾ ਗੁਰੂ ਸਾਹਿਬ ਨਾਮ ਦਾ ਪ੍ਰਚਾਰ ਨਹੀਂ ਕਰਦੇ ਵੀ ਅਸੀਂ ਇਕੱਲਾ ਨਾਮ ਦਾ ਸੱਟਾ ਦੇਣਾ ਸਾਰਾ ਕੁਝ, ਪਰ ਜਿਹੜੀਆਂ ਸਮਾਜ ਨੂੰ ਸਮਕਾਲੀ ਸਮਾਜ ਆ ਜਿਹਦੇ 'ਚ ਮਨੁੱਖ ਵਿਚਰਦਾ, ਜਿਹਨੂੰ ਅਸੀਂ ਪੈਰ ਪੈਰ 'ਤੇ ਫੇਸ ਕਰਨਾ, ਚੁਣੌਤੀਆਂ ਨੂੰ, ਮੁਸ਼ਕਲਾਂ ਨੂੰ, ਉਹ ਮੁਸ਼ਕਲਾਂ ਕੀ ਆ, ਉਹ ਜਿਹੜਾ ਰਾਜ ਸੀ ਢਾਂਚਾ, ਉਹ ਸਮਾਜਿਕ ਢਾਂਚਾ ਕਿਹੋ ਜਿਹਾ ਉਦੋਂ, ਉਹ ਹੁਣ ਮੈਂ ਤੁਹਾਨੂੰ ਦੱਸਦਾ ਵੀ ਗੁਰੂ ਸਾਹਿਬ ਨੇ ਉਹਦੇ ਜਿਹੜੀ ਯਥਾਰਥ ਪੇਸ਼ ਕੀਤਾ, ਉਹ ਜਿਹੜਾ ਸਮਕਾਲੀ ਸਮਾਜ 'ਚ ਲੋਕ ਰਹਿੰਦੇ ਸੀ ਉਦੋਂ ਦਾ ਕਿਹੋ ਜਿਹਾ ਸੀ, ਉਹਦੀ ਬਾਣੀ ਅਨੁਸਾਰ ਹੀ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਨ ਲੱਗਿਆ। ਹੁਣ ਜਿਹੜੇ ਉਦੋਂ ਮੁਸਲਮਾਨੀ ਰਾਜ ਸੀ, ਦਿੱਲੀ ਤਖ਼ਤ 'ਤੇ ਇਬਰਾਹਿਮ ਲੋਧੀ, ਉਦੋਂ ਪਹਿਲਾਂ ਹੋਰ ਸੀ, ਉਹ ਰਾਜ ਕਰਦੇ ਸੀ। ਤਮੂਰ ਤੋਂ ਬਾਅਦ ਭਾਵੇਂ ਉਹ ਤਾਕਤਵਰ ਨਹੀਂ ਸੀ ਰਹੇ ਤਮੂਰ ਦੇ ਹਮਲੇ ਤੋਂ ਬਾਅਦ ਸੁਲਤਾਨ, ਅਤੇ ਪਰ ਫਿਰ ਵੀ ਰਾਜ ਉਹਨਾਂ ਦਾ ਮੁਸਲਮਾਨੀ ਰਾਜ ਚੱਲਦਾ ਸੀਗਾ। ਉਹਨਾਂ ਦੀ ਅਫਰਾ ਤਫਰੀ ਇੰਨੀ ਸੀ, ਇੱਕ ਪਾਸੇ ਤਾਂ ਬ੍ਰਾਹਮਣਵਾਦ ਸੀ, ਸਾਡੇ ਕਈ ਸੱਜਣ ਨਾਂ ਲੈਣ ਤੋਂ ਬੜੇ ਝਿਜਕ ਜਾਂਦੇ ਨੇ, ਬ੍ਰਾਹਮਣਵਾਦ ਨੇ ਸਦੀਆਂ ਤੋਂ ਲੋਕਾਂ ਨੂੰ ਗੁਲਾਮ ਰੱਖਿਆ ਹੋਇਆ ਸੀ। ਜਾਤ ਪਾਤ ਦਾ ਕਰਕੇ ਜਿਹਨੂੰ ਦਲਿਤ ਵਰਗ ਕਿਹਾ ਜਾਂਦਾ, ਸੂਤ ਵਰਗ, ਸ਼ੂਦਰ ਕਿਹਾ ਜਾਂਦਾ ਸੀਗਾ, ਵੀ ਇਹ ਬਰਮਾ ਦੇ ਪੈਰਾਂ 'ਚੋਂ ਪੈਦਾ ਹੋਇਆ। ਉਹਦੇ ਬਾਰੇ ਤਾਂ ਵਿਦਵਾਨ ਕਹਿੰਦਾ ਵੀ ਉਹ ਡੰਗਰਾਂ ਤੋਂ ਵੀ ਭੈੜਾ ਸੀ, ਉਹ ਡੰਗਰ ਸੀ ਜਿਹੜੇ ਉਹ ਯਾਦ ਹੋ ਕੇ ਤਾਂ ਪਿੰਡ 'ਚ ਘੁੰਮ ਫਿਰ ਸਕਦੇ ਸੀ, ਇੱਕ ਸ਼ੂਦਰ ਨਹੀਂ ਸੀ ਯਾਦ ਹੋ ਕੇ, ਅੱਜ ਤੋਂ ਪਹਿਲਾਂ ਟੱਲ ਖੜਕਾਉਂਦਾ ਸੀ ਮੈਂ ਆ ਗਿਆ, ਉਹੋ ਜਿਹੀ ਸਮਾਜਿਕ ਹਾਲਤ ਬਣੀ ਵੀ ਸੀ। ਤਾਂ ਸਾਰੇ ਲੋਕਾਂ ਦੀ ਗਰੀਬ ਦੀ ਲੁੱਟ ਕਰਦੇ ਸੀ, ਚਾਹੇ ਉਹ ਮੁਸਲਮਾਨ ਸੀ, ਚਾਹੇ ਬ੍ਰਾਹਮਣ ਸੀ, ਜਿਹਦੇ ਹੱਥ ਵਿੱਚ ਸੱਤਾ ਸੀ। ਗੁਰੂ ਸਾਹਿਬ ਨੇ ਉਹਨੂੰ ਮੁਕੱਦਮ ਕਿਹਾ, ਮੁਕੱਦਮ ਤੋਂ ਭਾਵ ਫੌਜੀ ਵੀ ਸੀਗੇ ਅਤੇ ਉਹ ਆਪਣੇ ਸਿਪਾਹੀ ਵੀ ਸੀਗੇ, ਉਹਨੂੰ ਮੁਕੱਦਮ ਕਹਿ ਕੇ ਉਹਨੂੰ ਸੰਬੋਧਨ ਕੀਤਾ। ਸੋ ਉਹ ਜਿਹੜਾ ਸਮਕਾਲੀ ਸਮਾਜ ਸੀ, ਗੁਰੂ ਸਾਹਿਬ ਨੇ ਉਹਨਾਂ ਨੂੰ ਮਾਣ ਸਿਖਾਣੇ ਕਿਹਾ ਵੀ ਇਹ ਜਿਹੜੇ ਬੰਦੇ ਆ ਮਾਣ ਸਿਖਾਣੇ ਨੇ, ਇਹ ਆਮ ਦਿੰਦੇ ਨੇ। ਹੁਣ ਉਹ ਸਮਕਾਲੀ ਸਮਾਜ ਦੀ ਤਸਵੀਰ ਕੀ ਸੀ, ਗੁਰੂ ਸਾਹਿਬ ਦੀ ਬਾਣੀ ਦੇ ਵਿੱਚੋਂ ਦੇਖੋ ਕੀ ਉੱਭਰਦੀ ਆ। ਮਾਣ ਸਿਖਾਣੇ ਕਰੇ ਨਿਵਾਜ, ਸੁਰੀ ਬਗੈਨ ਤਨ ਗਲ ਤਾਗ, ਤਿੰਨ ਘਰ ਬਾਹਮਣ ਪੂਰੇ ਨਾਦ, ਉਹਨਾਂ ਵੀ ਆਵੇ ਉਹੀ ਸਾਧ, ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੇ ਹਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ, ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਸੁਰੀ ਜਗਤ ਕਸਾਈ, ਨੀਲ ਬਸਤਰ ਪਹਿਰ ਹੋਵੇ ਪ੍ਰਵਾਣ, ਮਲੇਸ ਧਾਨ ਲੈ ਪੂਜੇ ਪੁਰਾਣ, ਅਪਾਖਿਆ ਕਾ ਕੁੱਠਾ ਵੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਕਾ ਕੱਢੀ ਕਾਰ, ਉੱਪਰ ਆ ਬੈਠੇ ਕੁੜਿਆੜ, ਮੱਤ ਪਿੱਟੇ ਵੇ ਮੱਤ ਪਿੱਟੇ, ਇਹ ਅੰਨ ਸਾਡਾ ਫਿੱਟੇ, ਤਨ ਫਿੱਟੇ ਫੇੜ ਕਰੇਨ, ਮਨ ਜੂਠੇ ਚੂਲੀ ਭਰੇਨ, ਕਹੋ ਨਾਨਕ ਸੱਚ ਧਿਆਈਏ, ਸੁੱਚ ਹੋਵੇ ਤਾਂ ਸੱਚ ਪਾਈਏ। ਹੁਣ ਜਿਹੜਾ ਬ੍ਰਾਹਮਣੀ ਕਲਪ ਖੰਡ ਆ, ਇਦੋਂ ਵੱਡਾ ਕੀ ਆ, ਗੁਰੂ ਸਾਹਿਬ ਕਹਿੰਦੇ ਜਿਹੜੇ ਬ੍ਰਾਹਮਣ ਆ ਉਹ ਨੀਲ ਵਸਤਰ ਵੀ ਪਾਈ ਫਿਰਦੇ ਨੇ, ਪੈਰ ਪੈਰ 'ਤੇ ਝੂਠ ਬੋਲਦੇ ਨੇ, ਮੁਸਲਮਾਨਾਂ ਦਾ ਰਾਜ ਉਹਨਾਂ ਦਾ ਨੌਕਰ ਹੋ ਗਏ, ਉਹਦੇ ਘਰੇ ਜਾ ਕੇ ਸੰਖ ਵਜਾਉਂਦੇ ਨੇ, ਤਾਂ ਉਹਨਾਂ ਦੇ ਜਿਹੜੇ ਵੱਢੇ ਹੋਏ ਬੱਕਰੇ ਹਲਾਲ ਕੀਤੇ ਉਹ ਵੀ ਖਾ ਲੈਂਦੇ ਨੇ, ਪਰ ਲੋਕਾਂ 'ਚ ਦੰਭ ਕਰੀ ਜਾਂਦੇ ਵੀ ਨਾ ਵੀ ਨਾ ਨਾ ਨਾ, ਅਸੀਂ ਤਾਂ ਬਹੁਤ ਵੈਸ਼ਨੂ ਹਾਂ, ਸਾਡਾ ਅੰਨ ਨਾ ਫਿੱਟ ਜੇ, ਸਾਰਾ ਕੁਛ ਨਾ ਹੋ ਜੇ, ਦੇਖੋ ਤੁਸੀਂ ਦੂਰ ਰਹੋ, ਸ਼ੂਦਰ ਨੂੰ ਦੂਰ ਤੱਕਦੇ ਨੇ ਵੀ ਸਾਡੇ ਤੂੰ ਭਿੱਟ ਚਾੜ ਦੇਗਾ, ਤਾਂ ਮੁਸਲਮਾਨਾਂ ਦੇ ਥੱਲੇ ਗੁਲਾਮ ਹੋ ਕੇ ਉਹ ਸਾਰੇ ਪਖੰਡ ਕਰੀ ਜਾਂਦੇ ਨੇ। ਇਸ ਤਰ੍ਹਾਂ ਦੀ ਜਿਹੜੀ ਸਮਕਾਲੀ ਤਸਵੀਰ ਆ, ਗੁਰੂ ਸਾਹਿਬ ਨੇ ਉਸ ਸਮੇਂ ਦੇ ਸਮਾਜ ਦੀ ਚਿਤਰੀ ਆ। ਫਿਰ ਜਿਹੜਾ ਰਾਜਾ ਕਿਹੋ ਜਾਗਾ,
ਜਿਹੜਾ ਰਾਜਾ ਰਾਜੇ 'ਤੇ ਨਿਰਭਰ ਆ ਨਾ, ਵੀ ਰਾਜ ਕਿਹੜੀ ਸ਼੍ਰੇਣੀ ਕਰ ਰਹੀ ਆ, ਜਿਹਦੇ ਹੱਥ 'ਚ ਸੱਤਾ ਦੀ ਬਾਗ ਡੋਰ ਆ, ਉਹ ਰਾਜ ਨੂੰ ਚਲਾਉਂਦੀ ਆ, ਉਹਦਾ ਦੇਖੋ ਚਿਤਰਨ ਕੀ ਕਰਦੇ ਨੇ ਗੁਰੂ ਸਾਹਿਬ। ਲਾਭ ਭਾਵ ਦੋਏ ਰਾਜਾ ਮਹਿਤਾ, ਕੂੜ ਹੋ ਅਸਕਦਾਰ, ਕੂੜ ਦੇ ਚਾਰੇ ਪਾਸੇ ਪ੍ਰਧਾਨਗੀਆਂ, ਝੂਠ ਦੀ ਪ੍ਰਧਾਨਗੀਆਂ ਚਾਰੇ ਪਾਸੇ। ਦੇਖੋ ਗੁਰੂ ਸਾਹਿਬ ਦੇ ਬਾਣੀ ਦੇ ਵਿੱਚੋਂ ਦੇਖੋ ਸਮਾਜ ਦੀ ਤਸਵੀਰ ਕਿੰਨੀ ਕੁ ਰੂਪ ਭਰਦੀ ਆ। ਕਾਮ ਨੇਵ ਸੱਦ ਪੁੱਛ ਕੇ ਬਹਿ ਬਹਿ ਕਰੇ ਵਿਚਾਰ, ਅੰਧੀ ਰਹੀਅਤ ਗਿਆਨ ਬਿਹੂਣੀ, ਪਾਹਾ ਭਰੇ ਮਰਦਾਰ। ਬੁੱਤਾਂ ਨੂੰ ਪੂਜੀ ਜਾਂਦੇ ਨੇ, ਮੱਥਾ ਰਗੜੀ ਜਾਂਦੇ ਨੇ, ਜਿਵੇਂ ਖੱਲਾਂ ਭੋ ਨਾਲ ਭਰੀਆਂ ਹੁੰਦੀਆਂ, ਕਹਿੰਦਾ ਮਨੁੱਖੀ ਦਿਖਦੇ ਦੇਖਣ ਨੂੰ ਹੈ ਖੱਲਾਂ ਭਰੀਆਂ ਹੋਈਆਂ ਭੋ ਦੀਆਂ ਤੂੜੀ ਦੀਆਂ। ਗਿਆਨੀ ਨੱਚੇ ਬਾਜੇ ਬਾਵੇ, ਰੂਪ ਕਰੇ ਸਿਗਾਰ, ਉੱਚੇ ਕੂਕੇ ਵਾਦਾ ਗਾਵੇ, ਜੋਧਾ ਕੇ ਵਿਚਾਰ। ਮੂਰਖ ਪੰਡਿਤ ਹਿਕਮਤ ਹੁਜਤ, ਛੰਚੇ ਕਰੇ ਪਿਆਰ, ਪਿਆਰ ਉਹ ਕਰਦਾ ਗਾ ਮਾਇਆ ਨੂੰ। ਧਰਮੀ ਧਰਮ ਕਰੇ ਗਵਾਵੇ, ਮੰਗੇ ਮੋਖ ਦੁਆਰ, ਜਤੀ ਸਦਾਵੇ ਜੁਗਤ ਨਾ ਜਾਣੇ, ਛੱਡ ਬਹੇ ਘਰ ਬਾਰ। ਸਭ ਕੋ ਪੂਰਾ ਆਪੇ ਹੋਵੇ, ਘਟਨਾ ਕੋਈ ਆਖੇ, ਪਤ ਪ੍ਰਵਾਣਾ ਪਿੱਛੇ ਪਾਇਆ, ਨਾਨਕ ਤੋਲਿਆ ਜਾਵੇ। ਚਾਰੇ ਪਾਸੇ ਗੁਰੂ ਨਾਨਕ ਸਾਹਿਬ ਦੇਖੋ ਕਿੱਡੀ ਕਰੂਪ ਤਸਵੀਰ ਆ। ਜਿੰਨੇ ਵੀ ਹੈਗੇ ਜਿਹੜੇ ਜਤੀ ਕਹਾਉਂਦੇ ਨੇ, ਆਪਣੇ ਆਪ ਨੂੰ ਯੋਗੀ ਕਹਾਉਂਦੇ ਨੇ, ਜਦ ਸਤ ਬਾਰੇ ਨੂੰ ਕੋਈ ਗਿਆਨ ਨਹੀਂ, ਘਰ ਬਾਰ ਛੱਡੀ ਫਿਰਦੇ ਨੇ, ਝੂਠ ਸਾਰੇ ਪਾਸੇ। ਫਿਰ ਜਿਹੜੀ ਮਤਲਬ ਉੱਥੇ ਜਿਹੜੀ ਸ਼੍ਰੇਣੀ ਆ, ਜਿਹਨੂੰ ਆਪਾਂ ਜੁਡੀਸ਼ਰੀ ਕਹਿੰਦੇ ਹਾਂ, ਜੁਡੀਸ਼ਰੀ ਕਿਹੋ ਜਿਹੀ ਉਸ ਵਕਤ ਦੀ, ਉਹ ਸਾਰਾ ਜਿਹੜਾ ਜੁਡੀਸ਼ਰੀ ਦਾ ਸਿਸਟਮ ਆ ਮੁਸਲਮਾਨਾਂ ਮੌਕੇ, ਉਹ ਕਾਜ਼ੀ ਦੇ ਹੱਥ 'ਚ ਆ। ਕਾਜ਼ੀ ਫਤਵੇ ਦਿੰਦਾ, ਕਾਜ਼ੀ ਕੋਲ ਹਦੀਸ ਆ, ਸ਼ਰੀਅਤ ਆ, ਉਹਦੇ ਮੁਤਾਬਕ ਉਹ ਫਤਵੇ ਦਿੰਦਾ। ਹੁਣ ਜਿਹੜਾ ਉੱਥੋਂ ਦਾ ਕਾਜ਼ੀ ਆ, ਕਾਜ਼ੀ ਕਿੰਨਾ ਕਰਪਟ ਹੋ ਚੁੱਕਿਆ, ਆ ਸਾਡੀਆਂ ਜਿਹੜੀਆਂ ਅਦਾਲਤਾਂ ਨੇ ਪੰਜਾਬ ਦੀਆਂ, ਭਾਰਤ ਦੀਆਂ, ਇਹਨਾਂ ਦੇ ਨਾਲ ਤੁਲਨਾ ਕਰਕੇ ਦੇਖ ਲਓ ਵੀ ਜਿੱਥੇ ਅੱਜ ਲੱਖਾਂ ਲੋਕ ਬੇਦੋਸ਼ੇ ਜੇਲ੍ਹਾਂ 'ਚ ਛੱਡੀ ਜਾਂਦੇ ਨੇ, ਅਤੇ ਵੱਡੀ ਦੇ ਕੇ ਜਿਹੜੀ ਗੁਰੂ ਸਾਹਿਬ ਉਦੋਂ ਕਰਦੇ ਨੇ ਗੱਲ, ਸਮਕਾਲੀ ਸਮਾਜ 'ਤੇ ਹੁਣ ਵੀ ਇਹ ਨਵਿੰਨ ਟੁੱਕਦੀ ਆ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤਿੰਨੋਂ ਉਜਾੜੇ ਕਾ ਬੰਧ। ਤਿੰਨੇ ਹੀ ਕਹਿੰਦਾ ਲੋਕਾਂ ਨੇ ਉਜਾੜੇ ਦਾ ਕੰਮ, ਜੋਗੀ ਨੂੰ ਜੁਗਤ ਦਾ ਨਹੀਂ ਪਤਾ, ਬ੍ਰਾਹਮਣ ਪਖੰਡ ਕਰਦਾ ਗਾ, ਅਤੇ ਜਿਹੜਾ ਕਾਜ਼ੀ ਆ ਉਹ ਝੂਠ ਬੋਲ ਕੇ ਗੰਦ ਖਾਂਦਾ। ਹੁਣ ਅੱਜ ਆਪਾਂ ਨੂੰ ਗੱਲਾਂ ਜਿਹੜੀਆਂ ਹੈਗੀਆਂ ਗੁਰੂ ਨਾਨਕ ਸਾਹਿਬ ਦੀ ਬਾਣੀ ਦੀਆਂ, ਇਹ ਗੱਲਾਂ ਸਧਾਰਨ ਲੱਗ ਸਕਦੀਆਂ, ਹਾਂਜੀ ਬੜੀਆਂ ਵੱਡੀਆਂ ਠੀਕ ਆ ਕਹੀਆਂ, ਪਰ ਜਦੋਂ ਅਸੀਂ ਉਹ ਸਮਕਾਲੀ ਸਮਾਜ, ਐਡਾ ਜ਼ਾਲਮ ਸਮਾਜ, ਜਿੱਥੇ ਕੋਈ ਸੁਣਵਾਈ ਨਹੀਂ, ਜਿੱਥੇ ਕੋਈ ਤੁਹਾਡੀ ਅਪੀਲ ਨਹੀਂ, ਦਲੀਲ ਨਹੀਂ, ਉਹਨਾਂ ਜੁਰਮਾਣਿਆਂ ਨੂੰ ਜਿਹਨਾਂ ਦਾ ਰਾਜ ਹੋਵੇ, ਕਾਜ਼ੀ ਨੂੰ ਜਿਹਦਾ ਰਾਜ ਚੱਲਦਾ ਹੋਵੇ, ਜਿਹੜਾ ਫਤਵਾ ਲਾ ਕੇ ਕੁੱਤਾਂ ਤੋਂ ਪੜਵਾ ਸਕਦਾ, ਸਣੇ ਬੱਚੇ ਕੋਲੂ 'ਚ ਪੜਵਾ ਸਕਦਾ, ਇਹੋ ਜਿਹੇ ਜ਼ੁਲਮ ਕੀਤੇ ਬਾਅਦ 'ਚ ਸਿੱਖਾਂ 'ਤੇ ਜਿਵੇਂ ਬਿਠਾਏ, ਤੱਤੀਆਂ ਤਵੀਆਂ 'ਤੇ ਬਿਠਾਏ ਆਪਣੇ ਪੰਚਮ ਪਾਤਸ਼ਾਹ, ਕੋਲੂਆਂ 'ਚ ਪੀੜੇ ਗਏ, ਆਰਿਆਂ ਨਾਲ ਚਰਵਾਏ ਗਏ, ਦੇਖੋ ਸਰਦਤ ਦੇ ਰੂਪ ਕਿਹੋ ਜਿਹੇ ਸੀ, ਉਹ ਕੀ ਕਰ ਸਕਦੇ ਸੀ। ਅੱਜ ਜਦੋਂ ਤੁਸੀਂ ਉਸ ਯੁੱਗ ਦੇ ਵਿੱਚ ਜਾ ਕੇ ਉਹਦੀ ਫੀਲਿੰਗ ਲਾਓਗੇ, ਉਸ ਸਮੇਂ ਪਤਾ ਲੱਗਦਾ ਵੀ ਐਡੀ ਦਲੇਰੀ, ਐਡਾ ਜੁਰਤ। ਉਹਨਾਂ ਨੂੰ ਲਲਕਾਰ ਕੇ ਕਹਿਣਾ ਕਾਜ਼ੀ ਤੂੰ ਗੰਦ ਖਾਨਾ, ਝੂਠ ਬੋਲਦਾ, ਜਿਹੜੇ ਕਾਜ਼ੀ ਮੂਹਰੇ ਕੋਈ ਪੱਤਾ ਨਹੀਂ ਝੁਲਦਾ। ਸਾਡੇ ਦੇਖਿਆ ਸੀ ਪੰਜਾਬ ਦੇ ਵਿੱਚ ਇੱਕ ਥਾਣੇਦਾਰ ਦੇ ਮੂਹਰੇ ਜਾਣਗੇ ਲੋਕ, ਚਾਹ ਤੁਸੀਂ ਬੜੇ ਸਿਆਣੇ ਹੋ ਜੀ, ਨਾਲੇ ਪਤਾ ਉਹਨੂੰ ਪਿਛਲਾ ਝੂਠਾ, ਉਹੀ ਤੁਸੀਂ ਬੜੇ ਸਿਆਣੇ ਹੋ ਜੀ, ਤੁਸੀਂ ਤਾਂ ਬਹੁਤ ਵਧੀਆ ਅਫਸਰ ਹੋ ਜੀ, ਸਾਡੀ ਚਾਹ ਪਲੂਸੀ ਦੀ ਹੱਦ ਹੋ ਗਈ। ਗੁਰੂ ਸਾਹਿਬ ਕਹਿੰਦੇ ਨੇ ਤੂੰ ਕਾਜ਼ੀ ਝੂਠ ਬੋਲ ਕੇ ਮਲ ਖਾਨਾ, ਗੰਦ ਖਾਨਾ, ਤੂੰ ਕਿੱਥੇ ਇਨਸਾਫ ਦੇਵੇਂਗਾ। ਇਹ ਸਮਕਾ ਛੋਟੀਆਂ ਗੱਲਾਂ ਨਹੀਂ ਸੀ। ਜਦੋਂ ਮੈਂ ਅਧਿਐਨ ਕੀਤਾ ਧਰਮ ਦਾ, ਮੈਂ ਭਗਤ ਨੂੰ ਵੀ ਪੜ੍ਹਿਆ, ਸੂਫੀਆਂ ਨੂੰ ਵੀ ਪੜ੍ਹਿਆ, ਹੋਰ ਯੋਗੀਆਂ ਨੂੰ ਵੀ ਪੜ੍ਹਿਆ, ਸੱਚ ਜਾਣੋ ਕੋਈ ਨਹੀਂ ਕਹਿੰਦਾ ਲਲਕਾਰ ਕੇ, ਪਤਾ ਨਹੀਂ ਕਿਸੇ ਨੇ ਕਿਹਾ ਲਲਕਾਰ ਕੇ ਵੀ ਕਾਜ਼ੀ ਤੂੰ ਝੂਠ ਬੋਲਦਾ, ਗੰਦ ਖਾਨਾ। ਬ੍ਰਾਹਮਣ ਨੂੰ ਕਿਸੇ ਨੇ ਕਿਹਾ ਤੂੰ ਪਖੰਡ ਕਰਦਾ, ਕੂੜ ਬੋਲਦਾ। ਵੱਡੇ ਵੱਡੇ ਮਹਾਂਪੁਰਸ਼ ਹੋਏ ਨੇ, ਸਾਡੇ ਸਤਿਕਾਰ ਕਰਦੇ ਹਾਂ, ਪਰ ਜਿਵੇਂ ਗੁਰੂ ਸਾਹਿਬ ਲਲਕਾਰ ਕੇ ਨੰਗੇ ਧੜ ਲਲਕਾਰਦੇ ਆ, ਕਿਸੇ ਮਹਾਂਪੁਰਸ਼ ਨੇ ਤੋਂ ਪਹਿਲਾਂ ਨਾ ਸੂਫੀਆਂ ਨੇ, ਅਤੇ ਸਾਡੇ ਬਹੁਤ ਸਾਰੇ ਬੰਦੇ ਆ ਉਹ ਗੁਰਬਾਣੀ ਨੂੰ ਥੱਲੇ ਲਾਉਣ ਦਾ ਕਰਕੇ ਜਾਂ ਗੁਰਬਾਣੀ ਨੂੰ ਨੀਵਾਂ ਦਿਖਾਉਣ ਦਾ ਕਰਕੇ ਸੂਫੀਜ਼ ਨੂੰ ਚੱਕੀ ਫਿਰਦੇ ਨੇ, ਸੂਫੀਆਂ 'ਤੇ ਇਜਮ 'ਤੇ ਸੈਮੀਨਾਰ, ਸੂਫੀਆਂ 'ਤੇ ਸੈਮੀਨਾਰ, ਸੂਫੀਆਂ ਨੇ ਬੜਾ ਉਹ ਕੀਤਾ। ਮੈਂ ਤੁਹਾਨੂੰ ਇੱਕੋ ਸਵਾਲ ਕਰਦਾ ਵੀ ਜਦੋਂ ਉਹ ਕਹਿੰਦੇ ਬਾਬਾ ਬੁੱਲੇ ਸਾਹਿਬ ਸ਼ਹਿਰ, ਮੈਂ ਕਿਹਾ ਸਤਿਕਾਰ ਕਰਦੇ ਹਾਂ, ਠੀਕ ਆ ਆਪਣੀ ਥਾਂ ਠੀਕ ਆ, ਪਰ ਜਦੋਂ ਬਾਬਰ ਤਲਵਾਰ ਲੈ ਕੇ ਆਇਆ, ਇਸਲਾਮੀ ਜਾਵਰ ਆਇਆ, ਉਦੋਂ ਫਿਰ ਜਦੋਂ ਬੁੱਲੇ ਸਾਹਿਬ ਕਹਿੰਦਾ ਤੇਰੇ ਇਸ਼ਕ ਨਚਾਇਆ ਕਰ ਥਾਈਆ ਥਾ, ਘੁੰਗਰੂਆਂ ਨੇ ਨਹੀਂ ਰੋਕਣਾ, ਨੱਚੀ ਜਾਂਦੇ ਲੋਕ ਨੱਚੇ ਸੀ ਬਥੇਰੇ, ਬ੍ਰਾਹਮਣਾਂ ਨੇ ਵੀ ਮੰਤਰ ਛੱਡੇ ਸੀ, ਮੰਤਰ ਛੱਡ ਦਿਉ, ਉਹ ਕਹਿੰਦੇ ਕੋਈ ਮੁਗਲ ਨਾ ਹੋਇਆ ਇਹਦਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ
ਮੰਤਰ ਮਾਰ ਦਿਓ ਅੰਨੇ ਹੋ ਜਾਣਗੇ। ਉਹ ਤਲਵਾਰਾਂ ਨਾਲ ਵੱਢਿਆ, ਸਾਰਾ ਕੁਛ ਖਤਮ ਕੀਤਾ। ਉਹ ਨਾ ਘੁੰਗਰੂਆਂ ਵਾਲੇ ਛੱਡੇ, ਨਾ ਮੰਤਰਾਂ ਵਾਲੇ ਛੱਡੇ। ਘੁੰਗਰੂ ਵਾਲੇ ਨੱਚੇ ਸੀ ਬਥੇਰੇ, ਵੀ ਅਸੀਂ ਨੱਚ ਕੇ ਉਹ ਕਰ ਲਾਂਗੇ, ਯਾਰ ਮਨਾ ਲਾਂਗੇ। ਨਹੀਂ, ਯਾਰ ਨੱਚੇ ਤੋਂ ਮੰਨਦਾ। ਉਹਦਾ ਟਾਕਰਾ ਤਲਵਾਰ ਨਾਲ ਆ, ਗੁਰੂ ਸਾਹਿਬ ਨੇ ਕਿਹਾ ਤਲਵਾਰ ਨਾਲ। ਜਿਹੜੀ ਗੱਲ ਰੱਖਿਆ ਮਿਸ਼ਨ ਕਿਵੇਂ ਆਉਣਾ, ਰਬਾਬ ਤੋਂ ਨਗਾਰੇ ਤੱਕ, ਉਹ ਨਗਾਰੇ ਤੱਕ ਦਾ ਸਫ਼ਰ ਜਿਹੜਾ ਗੁਰੂ ਸਾਹਿਬ ਦਾ, ਗੁਰੂ ਦੇ ਇੱਕ ਜੋਤ ਦਾ, ਦਸਵੇਂ ਜਾਮੇ ਤੱਕ, ਉਹ ਇੱਕ ਸਫ਼ਰ ਆ। ਉੱਥੋਂ ਨਵੇਂ ਧਰਮ ਦਾ ਬੀਜ ਬੀਜ ਰਹੇ ਨੇ, ਸੱਚ ਦਾ ਬੀਜ ਬੀਜ ਰਹੇ, ਇੱਕ ਨਵਾਂ ਮਨੁੱਖ ਪੈਦਾ ਕਰ ਰਹੇ ਨੇ। ਉਹ ਮਨੁੱਖ ਨੇ ਜਾ ਕੇ ਕਰਨਾ ਕੀ ਅੱਗੇ, ਕਿਵੇਂ ਉਹਨੇ ਦਲੇਰੀ ਕਰਨੀ ਆ, ਕਿਵੇਂ 125,000 ਨਾਲ ਇੱਕ ਨੇ ਲੜਨਾ, ਉਹ ਗੁਰੂ ਨਾਨਕ ਪਾਤਸ਼ਾਹ ਦੇ ਸੱਚ ਤੋਂ ਆ, ਉਹ ਬਾਣੀ ਦੇ ਪ੍ਰਕਾਸ਼ ਤੋਂ ਦੇਖੋ ਤੁਸੀਂ ਉੱਥੋਂ ਆ। ਜਦੋਂ ਗੁਰੂ ਨਾਨਕ ਸਾਹਿਬ ਜਿਹੜੀ ਗੱਲ ਪ੍ਰੇਮ ਦੀ ਕਰਦੇ ਨੇ, ਉਹਦਾ ਪ੍ਰੇਮ ਇਹ ਨਹੀਂ ਵੀ ਹੱਥ ਜੋੜ ਕੇ ਜੀ ਨਾ, ਉਹ ਜਿਵੇਂ ਕਿ ਮੈਂ ਇੱਕ ਹੁਣ ਵੀ ਕਿਤਾਬ ਵੀ ਛਪ ਰਹੀ ਆ ਦਰਬਾਰ ਸਾਹਿਬ ਦੇ ਹਮਲੇ ਬਾਰੇ, ਛਪੀ ਪਈ ਆ ਪੰਜਾਬ 'ਚ, ਮੰਗਵਾਉਣੀ ਆ। ਕਈ ਬੰਦੇ ਉਹਨਾਂ ਨੂੰ ਇਹ ਵਹਿਮ ਆ ਵੀ ਗੁਰੂ ਸਾਹਿਬ ਦੀ ਜਿਹੜੀ ਨਾਨਕ ਸਾਹਿਬ ਦੀ ਬਾਣੀ ਆ ਇਹ ਬੜੀ ਠੰਡੀ ਜਿਹੀ ਬਾਣੀ ਆ, ਅਤੇ ਗੁਰੂ ਦਸਵੇਂ ਪਾਤਸ਼ਾਹ ਦੀ ਜੇ ਆਪਾਂ ਗੱਲ ਕਰਾਂਗੇ ਉਹ ਬੜੀ ਤੱਤੀ ਗੱਲ ਆ। ਉਹ ਕਹਿਣਗੇ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਉਹ ਥੱਲੇ ਤੱਕ ਨਹੀਂ ਆਉਂਦੇ, ਉਹਨੂੰ ਐਵੇਂ ਨੌ ਗੁਰੂਆਂ 'ਤੇ ਕਾਟਾ ਮਾਰ ਦਿਓ। ਠੰਡੀ ਜਿਹੀ ਗੱਲ ਕਰ ਲਓ ਵੀ ਗੁਰੂ ਨਾਨਕ ਦੇ ਸਿੱਖ ਹਾਂ, ਠੀਕ ਆ, ਗੁਰੂ ਨਾਨਕ ਸਾਹਿਬ ਦੇ ਸਿੱਖ ਹੋਣਾ ਕੋਈ ਮਾੜੀ ਗੱਲ ਨਹੀਂ, ਪਰ ਗੁਰੂ ਨਾਨਕ ਸਾਹਿਬ ਵੀ ਠੰਡੇ ਨਹੀਂ ਜ਼ੁਲਮ ਦੇ ਮੁਕਾਬਲੇ 'ਚ। ਉਹ ਜਦੋਂ ਗੱਲ ਕਰਦੇ ਨੇ ਗੁਰੂ ਨਾਨਕ ਸਾਹਿਬ, ਤਾਂ ਉਹ ਸਿੱਧੀ ਗੱਲ ਕਰਦੇ ਨੇ, ਲਲਕਾਰਦੇ ਨੇ। ਉਹ ਕਹਿੰਦੇ ਜੇ ਤੈਨੂੰ ਮੇਰੇ ਨਾਲ ਪਿਆਰ ਆ, ਰੱਬ ਨਾਲ ਪਿਆਰ ਆ, ਜੇ ਤੋ ਪ੍ਰੇਮ ਖਿਲਣ ਕਾਜੋ ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਤਾਂ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਣ ਨਾ ਕੀਜੇ। ਉਹਦੀ ਫੀਸ ਹੀ ਵੱਡੀ ਆ, ਕਹਿੰਦਾ ਜੇ ਮੈਨੂੰ ਪਿਆਰ ਕਰਨਾ ਕਾਹਦੇ ਨਾਲ ਕਰਨਾ, ਸਿਰ ਧਰ ਕੇ ਤਲੀ 'ਤੇ, ਕਿਉਂ ਸੱਚ ਬੋਲਣਾ, ਝੂਠ ਤਾਂ ਕਹਿਣਾ ਨਹੀਂ, ਚਾਹੇ ਉਹ ਬ੍ਰਾਹਮਣ ਆ, ਚਾਹੇ ਕਾਜੀ ਆ, ਚਾਹੇ ਬਾਬਰ ਆ, ਬਾਅਦ 'ਚ ਉਹ ਬਾਬਰ 'ਤੇ ਵੀ ਆਪਾਂ ਗੱਲ ਆਉਂਦੇ ਹਾਂ, ਸੱਚ ਕਹਿਣਾ ਅਤੇ ਸੱਚ ਫਿਰ ਸਿਰ ਤਲੀ ਧਰੇ ਬਿਨਾਂ ਕਿਹਾ ਨਹੀਂ ਜਾਂਦਾ। ਉਹ ਫੀਸ ਮੰਗਦੇ ਨੇ, ਉਹ ਫੀਸ ਕਹਿੰਦਾ ਸਿਰ ਦੇਣੀ ਪੈਣੀ ਆ, ਅਤੇ ਉਹੀ ਫੀਸ ਆਪਾਂ ਜਦੋਂ ਸਿੱਖਾਂ ਨੇ ਬਾਅਦ ਦੇ ਵਿੱਚ ਆ ਕੇ ਉਸੇ ਗੁਰੂ ਦੇ ਬਚਨ 'ਤੇ ਫੁੱਲ ਚੜ੍ਹਾਉਂਦੇ ਆ, ਜਦੋਂ ਦਸਵੇਂ ਪਾਤਸ਼ਾਹ ਨੇ ਉਹ ਦਸਵੇਂ ਜਾਮੇ 'ਚ ਆ ਕੇ 1699 'ਚ ਮੰਗੇ, ਅਤੇ ਫਿਰ ਪੰਜ ਸੀਸ ਪਹਿਲਾਂ ਆਏ, ਪਰ ਪੰਜ ਤਾਂ ਨਹੀਂ ਗੱਲ ਰਹਿ ਗਈ। ਸਮਕਾਲੀ ਗਵਾਹੀਆਂ ਦੱਸਦੇ ਨੇ ਕਿ ਗੁਰੂ ਸਾਹਿਬ ਨੇ ਰੋਕਤਾ ਵੀ ਬਸ ਮੈਂ ਪੰਜ ਹੀ ਲੈਣੇ ਸੀ, ਪਹਿਲਾਂ ਹਜ਼ਾਰਾਂ ਉੱਠ ਖੜੇ ਸੀ, ਮੇਰਾ ਸੀਸ ਹਾਜ਼ਰ ਆ, ਮੇਰਾ ਸੀਸ ਹਾਜ਼ਰ ਆ। ਸਮਕਾਲੀ ਇਤਿਹਾਸ ਦੱਸਦਾ ਸ਼ਾਮ ਤੱਕ 30,000 ਸਿੱਖ ਸੱਜ ਗਏ ਸੀ ਉਸ ਦਿਨ ਅਨੰਦਪੁਰ ਸਾਹਿਬ ਦੇ ਵਿੱਚ, ਉਹ ਸੀਸ ਦੇਣ ਵਾਲੇ ਸੀ ਸਾਰੇ, ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਮੰਗਿਆ ਸੀ। ਉਹਨਾਂ ਦੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਗੱਲ ਕੀਤੀ ਆ, ਸਾਡੇ ਢਾਡੀ ਜਸਵੰਤ ਸਿੰਘ ਜੋਸ਼ ਪਰਸੋਂ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਸੰਗ ਸੁਣਾ ਰਹੇ ਸੀ, ਸਿੱਖ ਦੇ ਵਿੱਚ ਗੁਰੂ ਸਾਹਿਬ ਨੇ ਕਰੰਟ ਕੀ ਭਰਤਾ, ਉਹਦੇ ਨਾਲ ਦਲੇਰੀ ਕੀ ਭਰਤੀ, ਉਹਦਾ ਨਵਾਂ ਮਨੁੱਖ ਕੀ ਸਿਰਜਤਾ, ਇਹ ਤਾਂ ਬਹੁਤ ਵਿਆਖਿਆ ਕਰ ਸਕਦੇ ਹਾਂ ਅਸੀਂ। ਛੋਟੀ ਜਿਹੀ ਇੱਕ ਮਿਸਾਲ ਦੇਣਾ ਚਾਹੁੰਦਾ ਵੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੀ ਬੇਟੀ ਬੀਬੀ ਬੀਰੋ ਜੀ ਦਾ ਵਿਆਹ ਧਰਿਆ ਹੋਇਆ, ਰੱਖਿਆ ਹੋਇਆ, ਗੁਰੂ ਸਾਹਿਬ ਸ਼ਿਕਾਰ ਖੇਡਣ ਗਏ ਨੇ, ਤਾਂ ਉਸ ਸਮੇਂ ਜਿਹੜਾ ਬਾਦਸ਼ਾਹ ਸ਼ਾਹ ਜਹਾਨ ਸੀ ਉਹਦਾ ਬਾਜ, ਆਪਾਂ ਸਾਰੇ ਜਾਣਦਾ ਬਾਜ ਭੁਲੇਖੇ ਨਾਲ ਆ ਗਿਆ, ਸਿੱਖਾਂ ਨੇ ਬਾਜ ਫੜ ਲਿਆ। ਹੁਣ ਮਗਰੋਂ ਅਹਿਲਕਾਰ ਆ ਗਏ, ਸਿਪਾਹੀ ਆ ਗਏ, ਸਿੱਖਾਂ ਨੂੰ ਘੂਰਨ ਲੱਗ ਗਏ ਵੀ ਯਾਰ ਤੁਸੀਂ ਬਾਜ ਫੜਿਆ ਕਿਵੇਂ। ਉਹਨੇ ਬਥੇਰਾ ਸਫਾਈ ਦਿੱਤੀ ਵੀ ਅਸੀਂ ਕੋਈ ਬਾਜ ਧੱਕੇ ਨਾਲ ਨਹੀਂ ਫੜਿਆ, ਸਾਡੇ ਬਾਜ ਨਾਲ, ਇਹ ਗੁਰੂ ਸਾਹਿਬ ਦੇ ਬਾਜ ਨਾਲ, ਅਸੀਂ ਵੀ ਸ਼ਿਕਾਰ 'ਤੇ ਛੱਡਿਆ ਸੀ, ਇਹ ਬਾਜ ਆ ਗਿਆ। ਉਹ ਹੁਣ ਜਿਹਨੂੰ ਜਿਹਦੇ ਹੱਥ ਸਦਾ ਗਈ, ਜਿਹਦੇ ਕੋਲ ਡੰਡਾ, ਜਿਹਦਾ ਰਾਜ ਭਾਗ ਚੱਲਦਾ, ਉਹਨੂੰ ਹੰਕਾਰ ਚੜ੍ਹਾ ਵਾ ਸਿਰ 'ਤੇ, ਉਹ ਕਿੱਥੇ ਹੋ, ਉਹ ਕਿੱਥੇ ਲੋਟ ਆਉਣ, ਨਾ ਤੁਸੀਂ ਫੜਿਆ, ਤੁਸੀਂ ਹੁਣੇ ਕੌਣ ਹੋ। ਜਦੋਂ ਗਲ ਪੈਂਦੇ ਨੇ ਸਿੱਖਾਂ ਦੇ, ਤਾਂ ਹੁਣ ਉਹ ਸਿੱਖ ਕਹਿੰਦੇ ਨੇ, ਕਹਿੰਦਾ ਜਾਓ ਅਸੀਂ ਨਹੀਂ ਦਿੰਦੇ ਬਾਜ, ਕਰ ਲਓ ਜਿਹੜਾ ਕੁਛ ਕਰਨਾ, ਆਹ ਲਲਕਾਰ ਕੇ ਕਿਹਾ। ਹੁਣ ਦੇਖੋ ਧਿਆਨ ਮਾਰੋ ਖਾਲਸਾ ਜੀ, ਆ ਜੁਰਤ, ਆ ਤੜ ਉਹਨਾਂ ਬੰਦਿਆਂ ਵੇਲਿਆਂ 'ਚ ਕਿਸੇ 'ਚ ਹੋ ਸਕਦੀ ਸੀ ਵੀ ਇੱਕ ਸੈਨਸਾ ਦੇ ਦਰਬਾਰੀਆਂ ਨੂੰ, ਸਿਪਾਹੀਆਂ ਨੂੰ ਲਲਕਾਰ ਕੇ ਕਹਿਣ, ਜਾ ਅਸੀਂ ਨਹੀਂ ਦਿੰਦੇ ਬਾਜੋ, ਅਤੇ ਸਿੱਖਾਂ ਦਾ ਕੋਈ ਰਾਜ ਨਹੀਂ ਅਤੇ ਕੋਈ ਗਿਣਤੀ ਨਹੀਂ ਵੱਡੀ। ਪਰ ਜਿਹੜੀ ਗੁਰੂ ਸਾਹਿਬ ਨੇ ਉਹਨੂੰ ਇੱਕ ਸਟ੍ਰਿਕਟ ਗਾਹਾਂ ਬਾਣੀ 'ਚ ਦਿੱਤੀ ਆ, ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾ, ਆ ਗਈ ਗੱਲ। ਉਹ ਕਹਿੰਦੇ ਸਾਨੂੰ ਪਰਵਾਹ ਨਹੀਂ, ਸੱਚਾ ਦੀ ਪਰਵਾਹ ਗਈ, ਪਰਵਾਹ ਨਹੀਂ ਕਿਸੇ ਕਰੇ ਬਾਜ ਸੱਚੇ ਨਾ। ਉਹ ਸਪਿਰਿਟ ਭਰਤੀ ਸਿੱਖਾਂ 'ਚੋਂ ਡਰ ਡੱਕਰ ਚੱਕਦਾ, ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਚੱਕਦਾ ਸੀ ਵੀ ਜੇ ਤੂੰ ਮੈਨੂੰ ਪ੍ਰੇਮ ਕਰਨਾ ਸਿਰ ਤਲੀ 'ਤੇ ਧਰ ਕੇ ਆਵੀਂ। ਤਲੀ 'ਤੇ ਧਰਨ ਦਾ ਮਤਲਬ ਇਹ ਨਹੀਂ ਵੀ ਆਪਾਂ ਉਹ ਤਲੀ 'ਤੇ ਧਰੀ ਫਿਰਨਾ, ਜਿੱਥੇ ਲੋੜ ਪੈ ਗਈ ਅਤੇ ਫਿਰ ਉਹ ਸਿਰ ਦੀਜੇ ਕਾਣ ਨਹੀਂ ਕਹਿੰਦਾ ਫਿਰ ਕਰਨਾ, ਜਿੱਥੇ ਫਿਰ ਉੱਥੇ
ਐਂ ਨਹੀਂ ਵੀ ਮੈਨੂੰ ਜਾਨ ਪਿਆਰੀ ਆ। ਬਹੁਤ ਸਾਰੇ ਹਿੰਦੂਆਂ ਦੇ ਧਾਰਮਿਕ ਗ੍ਰੰਥ ਨੇ, ਸਾਰੇ ਇੱਕ ਮਤ ਨੇ ਇਸ ਗੱਲ ਬਾਰੇ, ਜਿਹੜੇ ਹੁਣ ਧਰਮ ਚਿੰਤਨ ਨੇ ਹਿੰਦੂ ਵਰਗ ਦੇ ਵੀ, ਉਹ ਕਹਿੰਦੇ ਵੀ ਚਾਹੇ ਗੀਤਾ ਗੀ ਚਾਹੇ ਵੇਦ ਨੇ, ਮਨੁੱਖ ਦੇ ਅੰਦਰੋਂ ਮੌਤ ਦਾ ਭੈ ਨਹੀਂ ਸੀ ਖਤਮ ਕਰ ਸਕੇ। ਇਹ ਜਿਹੜਾ ਮੌਤ ਦਾ ਭੈ ਸੀ ਹਿੰਦੂ ਧਰਮ ਦੀ ਗੁਲਾਮੀ ਦਾ, ਜਿਹੜੀ ਸੀ ਮੁਸਲਮਾਨ ਦੀ ਗੁਲਾਮੀ, ਉਹ ਮੌਤ ਦਾ ਭੈ ਹੀ ਸੀ ਜਿਹਨੇ ਸਾਨੂੰ ਗੁਲਾਮ ਕਰਤਾ ਸੀ, ਮੌਤ ਤੋਂ ਡਰਦੇ ਮੂਹਰੇ ਭੱਜ ਲੈਂਦੇ ਸੀ। ਇੱਕੋ ਇੱਕ ਗੁਰੂ ਨਾਨਕ ਸਾਹਿਬ ਆ ਜਦੋਂ ਇਸ ਧਰਤੀ 'ਤੇ ਆਏ ਆਕਾਰ ਰੂਪ ਦੇ ਵਿੱਚ, ਵੀ ਜਿਹੜੇ ਉਹਦੇ ਸਿੱਖ ਹੈ ਜਿੱਤ ਦੁਆਰੇ ਉੱਭਰੇ ਤੇ ਤੇਲੇ ਹੈ ਵਾਰ, ਜਿਹੜਾ ਉਹਦੇ ਘੇਰੇ 'ਚ ਆ ਗਿਆ, ਜਿਹੜਾ ਉਹਦੀ ਸੰਗਤ 'ਚ ਆ ਗਿਆ, ਉਹਦੇ ਅੰਦਰੋਂ ਮੌਤ ਦਾ ਭੈ ਖਤਮ ਹੋ ਗਿਆ ਵੀ ਜਿਹੜੇ ਸਰੀਰ ਕੀ ਹੈ, ਤਾਂ ਜਾਨ ਤਾਂ ਆਉਣੀ ਜਾਣੀ ਆ, ਵੀ ਨਹੀਂ ਜੇ ਜਿਉਣਾ ਤਾਂ ਅਣਖਣਾ ਜਿਉਣਾ, ਸਿਰ ਉੱਚਾ ਚੱਕ ਕੇ ਜਿਉਣਾ, ਨਹੀਂ ਇਹਦਾ ਕੋਈ ਫਿਰ ਜ਼ਿੰਦਗੀ ਭੋਗਣ ਦਾ ਫਾਇਦਾ ਨਹੀਂ ਕੋਈ। ਇਹ ਗੁਰੂ ਸਾਹਿਬ ਦੇ ਅੰਦਰ ਜਿਹੜਾ ਸਵੈ ਮਾਣ ਅਤੇ ਆਤਮਿਕ ਬਲ, ਜਦੋਂ ਕਹਿੰਦੇ ਨੇ ਗੁਰੂ ਹਰਗੋਬਿੰਦ ਸਿੰਘ ਦੇ ਸਿੱਖ ਵੀ ਇੱਕ ਬਾਜ ਨੂੰ ਕੀ ਰੋਂਦੇ ਹੋ, ਅਸੀਂ ਤਾਜ ਵੀ ਲੈਣਾ ਤੁਹਾਡਾ, ਅਸੀਂ ਤਾਜ ਖੋਣਾ ਤੁਹਾਡਾ, ਉਹ ਜਿਹੜਾ ਆਤਮਿਕ ਬਲ ਆ, ਉਹ ਆਤਮਿਕ ਬਲ ਟੀਕੇ ਲਾਉਣ ਨਾਲ ਨਹੀਂ ਭਰਿਆ ਜਾਂਦਾ, ਉਹ ਕਿਤਾਬੀ ਗਿਆਨ ਨਾਲ ਨਹੀਂ ਭਰਿਆ ਜਾਂਦਾ। ਬਹੁਤ ਸਾਰੇ ਬੰਦੇ ਨੇ, ਮੇਰੇ ਮਿੱਤਰ ਨੇ, ਚਾਰ ਚਾਰ ਗੱਡੇ ਕਿਤਾਬਾਂ ਨੇ ਪੜ੍ਹ ਲਈ। ਆਤਮਿਕ ਬਲ ਜਿਹੜੀ ਗੁਰੂ ਦੀ ਬਖਸ਼ਿਸ਼ ਆ, ਜਦੋਂ ਗੁਰੂ ਦੀ ਨਜ਼ਰ ਹੁੰਦੀ ਆ, ਫਿਰ ਉਹ 25 ਲੱਖ ਨਾਲ ਲੜਨ ਦਾ ਆਤਮਿਕ ਬਲ ਭਰਿਆ ਜਾਂਦਾ। ਉਹ ਆਤਮਿਕ ਬਲ 'ਚੋਂ ਲੜਦਾ ਸਿੱਖ, ਉਹ ਆਤਮਿਕ ਬਲ ਦੀ ਨਹੀਂ ਕਿਸੇ ਨੂੰ ਥਾ ਵੀ ਯਾਰ ਆਤਮਿਕ ਬਲ ਦਾ ਸਰੋਤ ਕੀ ਆ, ਸਰੋਤ ਗੁਰੂ ਸਾਹਿਬ ਦੀ ਬਾਣੀ ਆ, ਗੁਰੂ ਸਾਹਿਬ ਦਾ ਇਤਿਹਾਸ ਆ। ਜਦੋਂ ਤੁਸੀਂ ਉਹਦੇ ਨਾਲ ਜੁੜੋਗੇ, ਵਿਰਸੇ ਨਾਲ ਜੁੜੋਗੇ, ਫਿਰ ਤੁਹਾਡੇ ਅੰਦਰ ਉਹ ਆਤਮਿਕ ਬਲ ਆਉਣਾ। ਸਾਡੇ ਮਿੱਤਰ ਬੈਠੇ ਨੇ ਪ੍ਰੀਤਮ ਸਿੰਘ ਜੀ ਭਰੋਵਾਲ, ਪੰਜਾਬ ਤੋਂ ਆਏ ਹੋਏ, ਉਹ ਕਹਿੰਦੇ ਸੀ ਗਦਰੀ ਬਾਬਿਆਂ ਦੀ ਵੀ ਗੱਲ ਕਰੋਗੇ, ਮੈਂ ਕਿਹਾ ਨਹੀਂ, ਪਰ ਹੁਣ ਦੀ ਗੱਲ ਆ ਗਈ ਤਾਂ ਗਦਰੀ ਬਾਬਿਆਂ ਅੰਦਰ ਵੀ ਆਤਮਿਕ ਬਲ ਕਿੱਥੋਂ ਆਇਆ ਸੀ, ਉਹ ਇੱਥੋਂ ਹੀ ਆਇਆ ਸੀ ਬਾਣੀ 'ਚੋਂ ਹੀ, ਕਿੱਡਾ ਸਾਮਰਾਜ ਆ, ਇੱਥੋਂ ਲਲਕਾਰੇ ਮਾਰਦੇ ਗਏ ਨੇ ਵੀ ਯਾਰ ਤਾਹਾਂਗੇ ਇਹਨੂੰ, ਕੱਢਾਂਗੇ ਇੱਥੋਂ ਫਰੰਗੀ ਨੂੰ, ਢੋਲ ਵਜਾ ਕੇ ਗਏ ਨੇ। ਉਹ ਆਤਮਿਕ ਬਲ ਸੀ, ਉਹ ਆਤਮਿਕ ਬਲ ਕਿੱਥੋਂ ਆਇਆ, ਜਿਹੜਾ ਉਹਨਾਂ ਨੇ ਲਾਇਆ ਸੀਗਾ ਬੈਨਰ ਲੈਣ ਗਦਰ ਅਖਬਾਰ 'ਤੇ, ਜੇ ਤੋ ਪ੍ਰੇਮ ਖੇਲਣ ਕਾ ਚੋ ਸਿਰ ਤਰਤਾਲੀ ਗਲੇ ਮੇਰੀ ਆ, ਉਹ ਗੁਰੂ ਨਾਨਕ ਸਾਹਿਬ ਦਾ ਬੈਨਰ ਲੈਣ ਸੀ ਹੁੰਦੀ ਗਦਰ ਅਖਬਾਰ ਦੀ, ਉਦੋਂ ਉਹਨੇ ਤਲੀਆਂ 'ਤੇ ਸਿਰ ਧਰ ਲਏ ਸੀਗੇ ਵੀ ਅਸੀਂ ਕੱਢਾਂਗੇ, ਤੈਨੂੰ ਛੱਡਦੇ ਨਹੀਂ। ਉਹ ਜਿਹੜੀ ਗੁਰੂ ਅਮਰਦਾਸ ਜੀ ਨੇ ਕਿਹਾ ਪ੍ਰਵਾਹ ਨਹੀਂ ਕਿਸੇ ਕੇਰੀ ਵਾਹ ਸੱਚੇ ਨਾ, ਜਿਹੜਾ ਸਾਮਰਾ ਸੂਰਜ ਨਹੀਂ ਸੀ ਡੁੱਬਦਾ, ਉਹ ਸਾਮਰਾਜ ਨੂੰ ਬੰਦੇ ਉਲਟਾਉਣ ਗਏ ਨੇ, ਨਲਕਾਰਿਆ ਉਹਨੂੰ ਨੰਗੇ ਧੜ ਜਾ ਕੇ। ਇਹ ਵੱਖਰੀ ਗੱਲ ਆ, ਜਿੱਤ ਹਾਰ ਨਹੀਂ ਮਾਨੇ ਰੱਖਦੀ ਹੁੰਦੀ, ਗੱਲ ਲਲਕਾਰਨ ਦੀ ਆ ਕਿਸੇ ਦੁਸ਼ਮਣ ਨੂੰ। ਇਹਦੇ ਨਾਲ ਹੋਰ ਸਮਕਾਲੀ ਘਟਨਾਵਾਂ ਜੋੜੀਆਂ ਜਾ ਸਕਦੀਆਂ। ਚਲੋ ਸਮਾਂ ਦਾ ਹੁਣ ਮੇਰਾ ਖਿਆਲ ਵੀ ਬੇਟੇ ਨੇ ਮੈਨੂੰ ਲਾਲ ਝੰਡੀ ਦਿਖਾਤੀ, ਸੋ ਮੈਂ ਉੱਧਰ ਧਿਆਨ ਨਹੀਂ ਸੀ ਦਿੱਤਾ, ਝੰਡੀ ਉਲਟ ਪਾਸੇ ਇੱਧਰ ਰੱਖਣੀ ਸੀਗੀ ਸੱਜਣਾ ਕੋਲ। ਸੋ ਗੱਲਾਂ ਬਹੁਤ ਕਰਨ ਵਾਲੀਆਂ ਨੇ, ਮੈਂ ਇੱਕੋ ਛੋਟੇ ਜਿਹਾ ਤੋਂ ਮਾਫੀ ਚਾਹੁੰਦਾ, 2 ਮਿੰਟ ਮੈਂ ਲੈਣੇ ਚਾਹੁੰਦਾ ਵੀ ਬਹੁਤ ਸਾਰੀਆਂ ਗੱਲਾਂ ਦੇ ਕੀਤੀ ਜਾ ਸਕਦੀ ਆ ਵਿਆਖਿਆ। ਜਦੋਂ ਵੀ ਕੋਈ ਭਾਈਚਾਰਾ, ਜਦੋਂ ਵੀ ਕੋਈ ਪਾਰਟੀ, ਜਦੋਂ ਕੋਈ ਵਰਗ ਆਤਮ ਚਿੰਤਨ ਨਹੀਂ ਕਰਦਾ ਵੀ ਯਾਰ ਸਾਡਾ ਜਿਹੜਾ ਗੁਰੂ ਨੇ ਸਿਧਾਂਤ ਦਿੱਤਾ, ਕੀ ਸਾਡਾ ਜੀਵਨ ਉਹ ਗੁਰੂ ਆਸੇ ਅਨੁਸਾਰ ਚੱਲ ਰਿਹਾ, ਕਿ ਅਸੀਂ ਉਸ ਸਿਧਾਂਤ ਤੋਂ ਸੇਧ ਲੈ ਕੇ ਚੱਲ ਰਹੇ ਹਾਂ। ਉਹਨਾਂ ਜੇ ਉਹ ਨਹੀਂ ਕਰਦੇ ਆਤਮ ਚਿੰਤਨ ਤਾਂ ਉਹ ਡੈੱਡ ਹੋ ਜਾਂਦੇ ਨੇ। ਅੱਜ ਸਾਡੇ ਆਤਮ ਚਿੰਤਨ ਦਾ ਵੇਲਾ, ਸਿੰਘ ਸਭਾ ਨੇ ਇੱਕ ਮੌਕਾ ਮੁਹੱਈਆ ਕਰਵਾਇਆ, ਇੱਥੇ ਅਸੀਂ ਬਹੁਤ ਇੱਕ ਸੰਵਾਦ ਰਚਾਇਆ, ਬਹੁਤ ਗੱਲਾਂ ਕੀਤੀਆਂ, ਅਸੀਂ ਅੜੰਬਰ 'ਚ ਨਹੀਂ ਪਏ, ਮੈਂ ਧੰਨਵਾਦੀ ਹਾਂ, ਇੱਕ ਬਹੁਤ ਭੋਏ ਸਿਰ ਜੀ ਆ। ਅਸੀਂ ਆਤਮ ਚਿੰਤਨ ਕਰਨਾ, ਅੱਜ ਸਿੱਖੀ ਦੇ ਵਿੱਚ ਨਿਘਾਰ ਆ ਸਾਡਾ, ਸਿੱਖ ਸੰਸਥਾਵਾਂ ਜਿਨ੍ਹਾਂ ਨੇ ਇੱਕ ਨਵੇਂ ਮਨੁੱਖ ਦੀ ਸਿਰਜਣਾ 'ਚ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ, ਜਿਹੜਾ ਉਹਦਾ ਮੈਨੀਫੈਸਟੋ ਸੀ, ਮੈਂ ਪਰਸੋਂ ਚੈਨਲ 'ਤੇ ਵੀ ਗੱਲ ਕੀਤੀ ਵੀ ਕਾਰਲ ਮਾਰਕਸ 1849 'ਚ ਕਮਿਊਨਿਸਟ ਮੈਨੀਫੈਸਟੋ ਜਾਰੀ ਕਰਦਾ, ਅਤੇ ਗੁਰੂ ਨਾਨਕ ਸਾਹਿਬ 550 ਸਾਲ ਪਹਿਲਾਂ ਜਾਰੀ ਕਰਦੇ ਨੇ, ਜਦੋਂ ਕਹਿੰਦੇ ਨੇ ਨੀਚਾ ਅੰਦਰ ਨੀਚ ਜਾਤ, ਨੀਚੇ ਹੂੰ ਅਤ ਨੀਚ, ਨਾਨਕ ਸਿੰਘ ਤਿੰਨ ਕੇ ਸੰਗ ਸਾਥ, ਵੱਡਾ ਸੌਕਾ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਸਭ ਤੋਂ ਪਹਿਲਾਂ ਜਿਹੜਾ ਧਰਮ ਸੀ ਸਮਕਾਲੀ ਗਵਾਈਆਂ 'ਚੋਂ, ਇਹ ਕਹਿੰਦੇ ਆ ਵੀ ਆਏ ਨੀਚ ਲੋਕ ਸੀ, ਸ਼ੂਦਰ ਲੋਕ ਸੀ, ਡੱਬੇ ਗੁਜਲੇ ਲੋਕ ਸੀ, ਦੁਖੀ ਲੋਕ ਹੀ ਸਿੱਖ ਧਰਮ 'ਚ ਆਏ ਨੇ। ਅਤੇ ਇਹ ਜਿਹੜਾ ਮੈਨੀਫੈਸਟੋ ਆ, ਨਥਾਮਿਆਂ ਦੀ ਥਾਂ ਨਿਓਟਿਆਂ ਦੀ ਓਟ, ਨਮਾਣਿਆਂ ਦਾ ਮਾਣ, ਨਿਆਸਰਿਆਂ ਦਾ ਆਸਰਾ, ਇਹ ਸਾਡਾ ਮੈਨੀਫੈਸਟੋ ਆ। ਕਿਰਤ ਕਰੋ, ਵੰਡ ਛਕੋ, ਨਾਮ ਜਕੋ। ਕਿਰਤ ਤੋਂ ਬਾਅਦ ਜਦੋਂ ਕਿਰਤ ਕਰਦੇ ਹਾਂ ਅਸੀਂ, ਤੁਸੀਂ ਇੱਥੇ ਬਹੁਤ ਖੁਸ਼ਹਾਲ ਬੈਠੇ ਹੋ, ਕਿਰਤ ਨੇ ਪੂੰਜੀ ਪੈਦਾ ਕਰਨੀ ਆ, ਕਿਰਤ ਨੇ ਪ੍ਰੋਡਕਸ਼ਨ ਪੈਦਾ ਕਰਨੀ ਆ। ਗੁਰੂ ਸਾਹਿਬ ਨੇ ਇਹ ਗੱਲ ਕਹੀ ਆ ਵੀ ਜਿਹੜਾ ਸਿੱਖ ਆ, ਸਿੱਖ ਦਾ ਜਿਹੜਾ ਜੀਵਨ ਆ, ਉਹਦਾ ਮਾਇਆ ਨਾਲ ਇੰਨਾ ਕੀ ਲਗਾਉਣਾ, ਮਾਇਆ ਉਹਦੇ ਜੀਵਨ ਦਾ ਇੱਕ ਸਾਧਨ ਆ ਜਿਉਣ ਦਾ, ਮਾਇਆ ਇਕੱਠੀ ਕਰਨ ਦਾ ਮਨੋਰਥ ਨਹੀਂ। ਉਹ ਕਹਿੰਦਾ ਜੇ ਮੈਨੂੰ ਪਿਆਰ ਆ ਗੁਰੂ ਨਾਲ, ਲੈਬ ਆ ਪਿਆਰ ਆ, ਉਹ ਗੁਰੂ ਸਰਦਾ ਸਮਾਜ ਦੇ ਲੇਖੇ ਲਾ, ਸਮਾਜ ਨੂੰ ਉੱਚਾ ਚੱਕ।
ਅੱਜ ਸਮਾਜ ਸਿੱਖ ਸਮਾਜ ਕਿੱਥੇ ਖੜ੍ਹਾ, ਅਸੀਂ ਇਹਦੇ ਬਾਰੇ ਫਿਰ ਗੱਲਾਂ ਕਰਾਂਗੇ। ਅੱਜ ਫਿਰ ਗੁਰੂ ਸਾਹਿਬ ਜੀ ਸਾਹਮਣੇ ਜਿਹੜਾ 550 ਸਾਲ ਪਹਿਲਾਂ ਸਵਾਲ ਸੀ, ਕਿਵ ਸਚਿਆਰਾ ਹੋਏ ਕਿਵ ਕੂੜਾ ਟੁੱਟੇ ਪਾਲ, ਅੱਜ ਫਿਰ ਸਾਡੇ ਸਮਾਜ ਸਾਹਮਣੇ ਆ। ਇਹ ਤਾਂ ਫਿਰ ਸਾਡੇ ਚਿੰਤਕਾਂ ਨੂੰ, ਬੁੱਧੀਜੀਵੀਆਂ ਨੂੰ, ਸਿਆਣੇ ਬੰਦਿਆਂ ਨੂੰ, ਧਰਮ ਚਿੰਤਕਾਂ ਨੂੰ ਸਿਰ ਜੋੜ ਕੇ ਫਿਰ ਅਸੀਂ ਚਿੰਤਨ ਕਰੀਏ ਤਾਂ ਕਿ ਸਮਾਜ ਦੇ ਵਿੱਚੋਂ ਨੰਗਾਰ ਦੂਰ ਹੋਵੇ, ਗੁਰੂ ਨਾਨਕ ਸੱਚ ਦਾ ਪ੍ਰਕਾਸ਼ ਹੋਵੇ ਜੋ ਉਹਨਾਂ ਨੇ ਨਿਰਮਲ ਪੰਥ ਛਾਜਿਆ, ਗੁਰੂ ਗੋਬਿੰਦ ਸਿੰਘ ਸਿਖਰ 'ਤੇ ਲੈ ਕੇ ਪੰਥ ਖਾਲਸਾ ਪੰਥ ਤੱਕ। ਸੋ ਉਹਦੇ ਦੁਆਰੇ ਫਿਰ ਉਹਦੀ ਚੜ੍ਹਦੀ ਕਲਾ ਹੋਵੇ ਅਤੇ ਫਿਰ ਉਹਦੀ ਬੱਲੇ ਬੱਲੇ ਹੋਵੇ ਗੁਰੂ ਦੇ ਸਰਬੱਤ ਦੇ ਭਲੇ ਵਾਲਾ ਜਿਹੜਾ ਹੈਗਾ। ਸੋ ਖਿਮਨਾ ਜਾਚਕਾਂ ਇੰਨੇ ਵਿਚਾਰਾਂ ਦਾ ਬਹੁਤ ਮੌਕਾ ਦਿੱਤਾ ਤੁਸੀਂ, ਫਿਰ ਦੁਬਾਰਾ ਸਾਂਝ ਪਾਈਏ ਫਤਿਹ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਰਦਾਰ ਰਾਜਵਿੰਦਰ ਸਿੰਘ ਰਾਹੀ ਜੀ, ਆਪਣੇ ਬਾਖੂਬੀ 550 ਸਾਲ ਪਹਿਲਾਂ ਦੇ ਸਮੇਂ ਦੀ ਤਸਵੀਰ ਪੇਸ਼ ਕਰਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਨਾਲ ਸਾਂਝ ਪਵਾਈ ਹੈ। ਆਪ ਸਭ ਦੇ ਲਈ ਬੇਨਤੀ ਹੈ ਕਿ ਸਾਰੇ ਜਦੋਂ ਬੁਲਾਰੇ ਬੋਲ ਚੁੱਕਣਗੇ ਉਹਨਾਂ ਤੋਂ ਬਾਅਦ ਜੇ ਤੁਹਾਡੇ ਮਨਾਂ ਦੇ ਵਿੱਚ ਕੋਈ ਸਵਾਲ ਜਵਾਬ ਹੈਗੇ ਨੇ ਤਾਂ ਤੁਸੀਂ ਉਹ ਸਵਾਲ, ਤੁਹਾਡੇ ਤੱਕ ਸਾਡੇ ਵਲੰਟੀਅਰ ਇੱਕ ਪੇਪਰ ਪਹੁੰਚਾ ਦੇਣਗੇ, ਪੇਪਰ ਪੈੱਨ, ਤੁਸੀਂ ਉਹ ਸਵਾਲ ਲਿਖ ਕੇ ਆਪਣੇ ਕੋਲ ਰੱਖ ਲਓ, ਫਿਰ ਅਸੀਂ ਉਹ ਸਵਾਲ ਇਕੱਠੇ ਕਰ ਲਵਾਂਗੇ ਅਤੇ ਸੈਸ਼ਨ ਦੇ ਅਖੀਰ ਦੇ ਵਿੱਚ ਸਵਾਲ ਜਵਾਬ ਦਾ ਵੀ ਇੱਕ ਸੈਸ਼ਨ ਹੋਵੇਗਾ। ਸਵੇਰ ਦੇ ਸੈਸ਼ਨ ਦੇ ਵਿੱਚ ਇੱਕ ਸਵਾਲ ਪੁੱਛਿਆ ਗਿਆ ਸੀ ਕਿ ਗੁਰੂ ਨਾਨਕ ਸਾਹਿਬ ਨੂੰ ਇਨਕਲਾਬੀ ਮੰਨਿਆ ਜਾਵੇ ਜਾਂ ਸਮਾਜ ਸੁਧਾਰਕ। ਸਰਦਾਰ ਹਰਿੰਦਰ ਸਿੰਘ ਹੋਰਾਂ ਨੇ ਉਹਦਾ ਜਵਾਬ ਬੜਾ ਖੂਬਸੂਰਤ ਦਿੱਤਾ ਸੀ ਕਿ ਗੁਰੂ ਤਾਂ, ਗੁਰੂ ਨੂੰ ਇੱਕ ਸ਼ਬਦ ਦੇ ਵਿੱਚ ਅਸੀਂ ਨਹੀਂ ਬੰਨ ਸਕਦੇ, ਇਨਕਲਾਬੀ ਹੈ, ਗੁਰੂ ਨਾਨਕ ਇਨਕਲਾਬੀ ਸੀ, ਗੁਰੂ ਨਾਨਕ ਸਮਾਜ ਸੁਧਾਰਕ ਸੀ ਜਾਂ ਕੁਝ ਹੋਰ। ਗੁਰੂ ਤਾਂ ਪੂਰਨ ਹੈ, ਪੂਰਨ ਮਨੁੱਖ ਹੈ, ਗੁਰੂ ਪਰਫੈਕਸ਼ਨ ਦਾ ਨਾਂ ਹੈ। ਅਤੇ ਗੁਰੂ ਸਾਹਿਬ ਨੇ ਸਾਰੇ ਜੀਵਨ ਦੇ ਦੌਰਾਨ ਆਪਣੀ ਬਾਣੀ ਦੇ ਵਿੱਚ ਸਾਨੂੰ ਉਸ ਪਰਫੈਕਸ਼ਨ ਦੇ ਦਰਸ਼ਨ ਕਰਾਏ ਨੇ। ਮੈਨੂੰ ਲੱਗਦਾ ਹੁੰਦਾ ਕਿ ਅਸੀਂ ਸਾਰੇ ਜੇ ਪਰਫੈਕਟ ਨਹੀਂ ਹੋ ਸਕਦੇ, ਉਨੇ ਉਸ ਜਗ੍ਹਾ ਤੱਕ ਨਹੀਂ ਪਹੁੰਚ ਸਕਦੇ ਪਰਫੈਕਸ਼ਨ ਵਾਲੀ ਸਟੇਜ ਤੱਕ, ਤਾਂ ਅਸੀਂ ਉਹ ਸਾਰੇ ਦੇ ਵਿੱਚੋਂ ਕੋਈ ਇੱਕ ਚੀਜ਼ ਵੀ ਅਪਣਾ ਕੇ ਆਪਣੀ ਜ਼ਿੰਦਗੀ ਦੇ ਵਿੱਚ ਉਸ ਚੀਜ਼ ਦੇ ਉੱਤੇ ਚੱਲ ਲਈਏ, ਗੁਰੂ ਸਾਹਿਬ ਦੇ ਦੱਸੇ ਉਸ ਮਾਰਗ ਦੇ ਉੱਤੇ ਇੱਕ ਚੀਜ਼ ਦੇ ਰਾਹੀਂ ਵੀ ਚੱਲ ਰਹੀਏ ਤਾਂ ਵੀ ਸਾਡਾ ਜੀਵਨ ਸਫਲ ਹੋਊਗਾ। ਅਤੇ ਅਗਲੇ ਬੁਲਾਰੇ ਜਿਹੜੇ ਨੇ ਉਹਨਾਂ ਨੇ ਵੀ ਆਪਣੇ ਜੀਵਨ ਦੇ ਵਿੱਚ ਗੁਰਮਤਿ ਦੇ ਵਿੱਚੋਂ ਇੱਕ ਚੀਜ਼ ਨੂੰ ਚੁਣਿਆ ਅਤੇ ਆਪਣਾ ਸਾਰਾ ਜੀਵਨ ਉਸ ਚੀਜ਼ ਦੇ ਲੇਖੇ ਲਾ ਦਿੱਤਾ। ਮੈਂ ਗੱਲ ਕਰ ਰਹੀ ਹਾਂ ਸਰ ਡਾਕਟਰ ਗੁਰਨਾਮ ਸਿੰਘ ਹੋਰਾਂ ਦੀ। ਉਹਨਾਂ ਨੇ ਗੁਰਮਤਿ ਸੰਗੀਤ ਨੂੰ ਆਪਣੇ ਜੀਵਨ ਦੇ ਵਿੱਚ ਖੋਜ ਦਾ ਵਿਸ਼ਾ ਬਣਾਇਆ, ਆਪਣੇ ਜੀਵਨ ਦੇ ਵਿੱਚ ਇਸ ਵਿਸ਼ੇ 'ਤੇ ਖੋਜ ਕੀਤੀ, ਆਪਣੇ ਜੀਵਨ ਨੂੰ ਇਸ ਦੇ ਅਨੁਸਾਰ ਢਾਲਿਆ। ਅਤੇ ਉਹਨਾਂ ਦੇ ਨਾਲ ਇੱਕ ਰਸਮੀ ਜਿਹੀ ਜਾਣ ਪਹਿਚਾਣ ਮੈਂ ਕਰਾ ਦੇਵਾਂ, ਵੈਸੇ ਤੁਸੀਂ ਸਾਰੇ ਉਹਨਾਂ ਦੇ ਬਾਰੇ ਜਾਣਦੇ ਹੋ ਚੰਗੀ ਤਰ੍ਹਾਂ। ਉਹਨਾਂ ਦਾ ਜਨਮ ਗੁਰੂ ਦੀ ਕੀਰਤੀ ਗਾਇਨ ਕਰਨ ਵਾਲੇ ਪਰਿਵਾਰ ਦੇ ਵਿੱਚ ਹੋਇਆ। ਆਪਦੇ ਪਿਤਾ ਸ਼੍ਰੋਮਣੀ ਰਾਗੀ ਭਾਈ ਉੱਤਮ ਸਿੰਘ ਪਤੰਗ ਸਨ, ਆਪ ਜੀ ਤਿੰਨ ਭਰਾ ਅਤੇ ਤਿੰਨੋਂ ਦੇ ਤਿੰਨੋਂ ਹੀ ਸ਼੍ਰੋਮਣੀ ਰਾਗੀ। ਵਿੱਦਿਆ ਇਹਨਾਂ ਦੀ PhD ਇਹਨਾਂ ਨੇ ਕੀਤੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ। ਅਤੇ ਮੇਨ ਇਹਨਾਂ ਦਾ ਜਿਹੜਾ ਮੁੱਖ ਵਿਸ਼ਾ ਉਹ ਗੁਰਮਤਿ ਸੰਗੀਤ ਹੀ ਰਿਹਾ। 2003 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਗੁਰਮਤਿ ਸੰਗੀਤ ਚੇਅਰ ਦੀ ਸਥਾਪਨਾ ਕੀਤੀ ਅਤੇ ਇਸ ਵਿਭਾਗ ਦੇ ਵਿੱਚ ਪ੍ਰੋਫੈਸਰ ਅਤੇ ਮੁਖੀ ਦੇ ਵਜੋਂ ਕੰਮ ਕੀਤਾ। ਗੁਰਮਤਿ ਸੰਗੀਤ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿੱਚ ਸਥਾਪਿਤ ਕਰਵਾਉਣ ਦਾ ਉਪਰਾਲਾ ਇਹਨਾਂ ਨੇ ਕੀਤਾ। ਸੰਗੀਤ ਅਤੇ ਗੁਰਮਤਿ ਸੰਗੀਤ ਦੇ ਖੇਤਰ ਦੇ ਵਿੱਚ ਵੱਖ ਵੱਖ ਡਿਕਸ਼ਨਰੀਆਂ ਤੋਂ ਇਲਾਵਾ 18 ਪੁਸਤਕਾਂ, 122 ਖੋਜ ਪੱਤਰ ਅਤੇ 200 ਤੋਂ ਵੱਧ ਲੇਖ ਇਹਨਾਂ ਨੇ ਇਸ ਵਿਸ਼ੇ ਦੇ ਉੱਤੇ ਲਿਖੇ। ਸੋ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਨਿਰਧਾਰਿਤ ਰਾਗਾਂ ਦੇ ਸੰਬੰਧੀ ਇਹਨਾਂ ਦੀ ਖੋਜ ਆ ਜਿਹੜੀ ਉਹ ਵਿਸ਼ਵ ਪੱਧਰੀ ਮੰਨੀ ਜਾਂਦੀ ਆ। ਅਤੇ ਸੁਭਾਵਿਕ ਆ ਕਿ ਸਨਮਾਨ, ਮਾਣ ਸਨਮਾਨ ਵੀ ਸੰਗੀਤਕ ਸੰਸਥਾਵਾਂ ਵੱਲੋਂ ਮਿਲਣੇ ਨੇ। ਇਹਨਾਂ ਦੀ ਦੇਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ 2001 ਵਿੱਚ ਸ਼੍ਰੋਮਣੀ ਰਾਗੀ ਅਵਾਰਡ, 2003 ਵਿੱਚ ਸੰਗੀਤ ਨਾਟਕ ਅਕੈਡਮੀ ਵੱਲੋਂ ਸੀਨੀਅਰ ਫੈਲੋਸ਼ਿਪ, 2010 ਵਿੱਚ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ, 2011 ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਰਾਗੀ ਅਵਾਰਡ, 2017 ਵਿੱਚ ਭਾਈ ਨੰਦ ਲਾਲ ਗੁਰਹਰਜਾ ਸਨਮਾਨ, ਹਰਵੱਲਭ ਸੰਗੀਤ ਸੰਮੇਲਨ ਵੱਲੋਂ ਬੈਸਟ ਰਾਗੀ ਦਾ ਅਵਾਰਡ, ਅਤੇ ਪਿੱਛੇ ਜੇ 5 ਫਰਵਰੀ 2019 ਨੂੰ ਗੁਰਮਤਿ ਸੰਗੀਤ ਵਿੱਚ ਵਿਸ਼ੇਸ਼ ਯੋਗਦਾਨ ਦੇ ਲਈ ਭਾਰਤ ਦੇ ਰਾਸ਼ਟਰਪਤੀ ਵੱਲੋਂ ਸੰਗੀਤ ਨਾਟਕ ਅਕੈਡਮੀ ਅਵਾਰਡ ਦੇ ਨਾਲ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ। ਸੋ ਆਓ ਅੱਜ ਉਹਨਾਂ ਦੇ ਵਿਚਾਰ ਸੁਣੀਏ। ਉਹਨਾਂ ਨੇ ਅੱਜ ਦਾ ਵਿਸ਼ਾ ਵੀ ਇਹੀ ਹੋਵੇਗਾ, ਸਿੱਖ ਸੰਗੀਤ ਗੁਰੂ ਨਾਨਕ ਬਾਣੀ ਦੇ ਪਰਿਪੇਖ ਵਿੱਚ। ਡਾਕਟਰ ਗੁਰਨਾਮ ਸਿੰਘ ਜੀ। ਰਾਤ ਕਰੀ
ਵਾਹਿਗੁਰੂ ਸਿੰਘ ਸਭਾ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੇ 500 ਸਾਲਾ ਪ੍ਰਗਟ ਦਿਵਸ ਨੂੰ ਸਮਰਪਿਤ ਕਾਨਫਰੰਸ ਜੋ ਆਯੋਜਿਤ ਕੀਤੀ ਗਈ ਹੈ, ਇਸ ਅਵਸਰ 'ਤੇ ਹਾਜ਼ਰ ਗੁਰੂ ਪਿਆਰਿਓ, ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਵਿਸ਼ਵ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਇਹ ਪ੍ਰਗਟ ਦਿਵਸ, ਪ੍ਰਕਾਸ਼ ਪੁਰਬ ਜਾਂ ਆਗਮਨ ਪੁਰਬ ਜੋ ਵੀ ਕਹਿ ਲਓ, ਕਿਉਂਕਿ ਸਾਡੇ ਵਿੱਚ ਸਟੈਂਡਰਡਾਈਜੇਸ਼ਨ ਦੀ ਕਮੀ ਹੈ, ਔਰ ਇਸ ਕਰਕੇ ਅਸੀਂ ਸਾਰੇ ਸਟੈਂਡਰਡਾਈਜ਼ ਨਹੀਂ ਕਰ ਸਕੇ ਕਿ ਆਪਾਂ ਕੀ ਕਹਿਣਾ, ਪਰ ਇਹ ਅਵਸਰ ਸਾਡੇ ਲਈ ਬਹੁਤ ਮਹੱਤਵਪੂਰਨ ਹੈ, ਸਾਡੇ ਜੀਵਨ ਦਾ ਮਹੱਤਵਪੂਰਨ ਇਤਿਹਾਸਕ ਅਵਸਰ ਹੈ। ਇਸ ਲਈ ਇਹ ਗੁਰੂ ਘਰ ਜਿਹਨੇ ਹਮੇਸ਼ਾ ਹੀ ਸਿੱਖੀ ਦੀਆਂ ਪਰੰਪਰਾਵਾਂ ਨੂੰ ਅਕਾਦਮਿਕ ਤੌਰ ਉੱਤੇ ਸਥਾਪਿਤ ਕਰਨ, ਸਿਰਜਣ, ਵਿਚਾਰਨ, ਵਿਸ਼ਲੇਸ਼ਣ ਕਰਨ ਦਾ ਮੰਚ ਪ੍ਰਦਾਨ ਕੀਤਾ, ਇਸ ਗੱਲ ਲਈ ਮੈਂ ਸਮੂਹ ਪ੍ਰਬੰਧਕਾਂ ਨੂੰ ਬਹੁਤ ਬਹੁਤ ਮੁਬਾਰਕ ਦੇਣਾ ਚਾਹੁੰਦਾ। ਮੇਰੇ ਸਾਰੇ ਹੀ ਪਿਆਰੇ ਨੇ ਅਤੇ ਸਾਰੇ ਪ੍ਰਬੰਧਕਾਂ ਦੇ ਮੈਂ ਜੇ ਨਾਮ ਲਵਾਂਗਾ ਤਾਂ ਮੇਰੇ ਲਈ ਫਿਰ ਉਹ ਝੰਡੀ ਖੜ੍ਹੀ ਹੋ ਜੂਗੀ ਜਲਦੀ। ਇਸ ਕਰਕੇ ਮੈਂ ਸਾਰਿਆਂ ਦੇ ਪ੍ਰਬੰਧਕਾਂ ਦੇ ਔਰ ਸਾਰੀ ਸੰਗਤ ਦੇ ਚਰਣਾਂ ਵਿੱਚ ਸੀਸ ਰੱਖ ਕੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੱਕ ਸਾਨੂੰ ਮੰਚ ਪ੍ਰਦਾਨ ਕੀਤਾ। ਰਾਹੀ ਸਾਹਿਬ ਬੋਲ ਕੇ ਗਏ ਨੇ, ਸਵੇਰ ਦੇ ਬੁਲਾਰੇ ਬੋਲ ਕੇ ਗਏ ਨੇ, ਕਿਉਂਕਿ ਬਹੁਤ ਕੁਛ ਹੋ ਰਿਹਾ ਆਗਮਨ ਪੁਰਬ ਦੇ ਨਾਮ ਦੇ ਉੱਤੇ, ਪੰਜਾਬ ਦੇ ਵਿੱਚ ਵੀ, ਭਾਰਤ ਦੇ ਵਿੱਚ ਵੀ। ਮੈਂ ਉਸ ਪਾਸੇ ਨਹੀਂ ਜਾਵਾਂਗਾ, ਪਰ ਜੋ ਤੁਸੀਂ ਕੀਤਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਉਹਨਾਂ ਸਾਰਿਆਂ ਦੇ ਲਈ, ਕਿਉਂਕਿ ਕੁਝ ਕਰਕੇ ਵਿਖਾਉਣਾ ਬਹੁਤ ਮੁਸ਼ਕਿਲ ਹੁੰਦਾ, ਕਿਸੇ ਨੂੰ ਕ੍ਰਿਟੀਸਾਈਜ਼ ਕਰਨਾ ਬੜਾ ਆਸਾਨ ਹੁੰਦਾ। ਔਰ ਇਸ ਗੱਲ ਲਈ ਮੈਂ ਸਾਰੀ ਸੰਗਤ ਦਾ ਔਰ ਖਾਸ ਤੌਰ 'ਤੇ ਮੇਰੇ ਵਿਸ਼ੇ ਨੂੰ ਤੁਸੀਂ ਸਥਾਨ ਦਿੱਤਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਇਹ ਪੁਰਬ ਸੰਪੰਨ ਨਹੀਂ ਸੀ ਹੋਣਾ ਜੇ ਉਸ ਦੀ ਰਬਾਬ ਦੀ ਗੱਲ ਨਾ ਹੋਵੇ, ਜੇ ਉਹ ਗੁਰਮਤਿ ਸੰਗੀਤ ਦੀ ਗੱਲ ਨਾ ਹੋਵੇ। ਔਰ ਇਸ ਗੁਰੂ ਘਰ ਨੇ ਹਮੇਸ਼ਾ ਹੀ ਸਾਡਾ ਸਾਥ ਦਿੱਤਾ, ਮੈਂ ਉਸ ਬਾਰੇ ਵੀ ਤੁਹਾਨੂੰ ਦੱਸਾਂਗਾ ਕਿ ਕਿਵੇਂ ਕਿਵੇਂ ਇਹਨਾਂ ਨੇ ਸਾਡਾ ਸਾਥ ਦਿੱਤਾ। ਪਰ ਇਸ ਕਾਨਫਰੰਸ ਦੇ ਦੌਰਾਨ ਜਦੋਂ ਅਸੀਂ ਇਸ ਦੀ ਸੋਚ ਸਾਡੇ ਮਨ ਵਿੱਚ ਆਈ ਸੀ ਤਾਂ ਮੈਂ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨੂੰ ਬੇਨਤੀ ਕੀਤੀ ਸੀ ਕਿ ਅਗਰ ਅੰਤਰਰਾਸ਼ਟਰੀ ਕਾਨਫਰੰਸ ਕਰ ਰਹੇ ਹੋ ਤਾਂ ਉਸ ਨਾਲ ਯੂਥ ਨੂੰ ਜੋੜਨਾ ਬਹੁਤ ਹੀ ਮਹੱਤਵਪੂਰਨ ਰਹੇਗਾ, ਔਰ ਯੂਥ ਨੂੰ ਕੇਵਲ ਅੰਗਰੇਜ਼ੀ ਦਾ ਸੈਸ਼ਨ ਕਰਕੇ ਆਪਾਂ ਜ਼ਰੂਰ ਜੋੜੀਏ, ਪਰ ਉਹਦੇ ਨਾਲ ਨਾਲ ਬਾਣੀ ਨਾਲ ਜੋੜਨ ਲਈ, ਕਿਉਂਕਿ ਦੋ ਕਿਸਮ ਦੀ ਕ੍ਰਾਂਤੀ ਹੈ ਗੁਰੂ ਨਾਨਕ ਪਾਤਸ਼ਾਹ ਦੀ, ਜਿਹੜੀ ਬਾਹਰੀ ਕ੍ਰਾਂਤੀ ਦੀ ਗੱਲ ਵੀ ਕੀਤੀ ਹੈ ਸਾਡੇ ਰਾਹੀ ਸਾਹਿਬ ਨੇ ਔਰ ਹੋਰ ਸਾਰਿਆਂ ਨੇ, ਪਰ ਆਂਤਰਿਕ ਕ੍ਰਾਂਤੀ ਜਿਹੜੀ ਹੈ, ਜਿਹੜੀ ਗੁਰੂ ਸਾਹਿਬ ਸਾਡੇ 'ਚ ਲਿਆਉਣਾ ਚਾਹੁੰਦੇ ਨੇ, ਉਹ ਸ਼ਬਦ ਨਾਲ ਆਉਣੀ ਹੈ ਅਤੇ ਸੰਗੀਤ ਨਾਲ ਆਉਣੀ ਹੈ, ਔਰ ਸ਼ਬਦ ਅਤੇ ਸੰਗੀਤ ਦਾ ਮਾਰਗ ਹੈ। ਤਾਂ ਉਸ ਯੂਥ ਨੂੰ ਜੋੜਨ ਦੇ ਲਈ 3 ਦਿਨ ਦਾ ਇੱਥੇ ਸਮਾਗਮ ਚੱਲ ਰਿਹਾ। ਧਾਲੀਵਾਲ ਸਾਹਿਬ ਨੇ ਤੁਹਾਨੂੰ ਦੱਸਿਆ ਕਿ 30 ਟੀਮਾਂ, ਔਰ ਇਹ ਬੜੀ ਵੱਡੀ ਗੱਲ ਹੁੰਦੀ ਹੈ, ਇੱਥੇ ਅਮਰੀਕ ਸਿੰਘ ਫੁੱਲ ਹੋਰਾਂ ਵਰਗੇ ਟੀਚਰ ਬੈਠੇ ਨੇ, ਇਹਨਾਂ ਸਾਰਿਆਂ ਨੇ ਕਈ ਦਿਨਾਂ ਤੋਂ, ਸਾਰੀਆਂ ਸੰਸਥਾਵਾਂ ਨੇ ਕਈ ਦਿਨਾਂ ਤੋਂ ਇਸ ਕਾਨਫਰੰਸ ਦੇ ਅਵਸਰ ਦੇ ਉੱਤੇ ਆਪਣੇ ਵਿਦਿਆਰਥੀਆਂ ਨੂੰ ਵੱਖ ਵੱਖ ਰਾਗਾਂ ਦੇ ਵਿੱਚ ਬਾਣੀ ਦਾ ਗਾਇਨ ਜਿਹੜਾ ਹੈ ਤਿਆਰ ਕਰਵਾਇਆ। ਤੁਸੀਂ ਉਸ ਮਸ਼ਕਤ ਦਾ, ਉਸ ਸਾਧਨਾ ਦਾ, ਉਸ ਰਿਆਜ਼ ਦਾ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਐਫਰਟ ਉਹਨਾਂ ਨੇ ਕੀਤੀ ਹੋਏਗੀ ਔਰ ਕਿੰਨੇ ਦਿਨਾਂ ਤੋਂ ਨਿਰੰਤਰ ਉਹਨਾਂ ਨੇ ਅਭਿਆਸ ਕੀਤਾ ਹੋਣਾ ਉਹ ਪਰਫੋਰਮੈਂਸਿਸ ਦੇਣ ਦੇ ਲਈ। ਤਾਂ ਉਹ ਪਰਫੋਰਮੈਂਸਿਸ ਰੋਜ਼ ਸ਼ਾਮ ਨੂੰ ਚੱਲ ਰਹੀਆਂ ਨੇ, 4-4 ਘੰਟੇ ਉਹ ਗਾਇਨ ਕਰ ਰਹੇ ਨੇ ਗੁਰੂ ਨਾਨਕ ਬਾਣੀ ਦੇ ਰਾਗਾਂ ਦਾ। ਉਸ ਗੱਲ ਲਈ ਮੈਂ ਇਸ ਗੁਰੂ ਘਰ ਦੇ ਪ੍ਰਬੰਧਕਾਂ ਨੂੰ, ਪੇਰੈਂਟਸ ਨੂੰ ਔਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਕਿ ਤੁਸੀਂ ਗੁਰੂ ਨਾਨਕ ਸਾਹਿਬ ਦੀ ਜੋ ਸਹੀ ਸਪਿਰਿਟ ਹੈ ਉਸ ਨੂੰ ਸਾਰੀ ਦੁਨੀਆ ਤੱਕ, ਕਿਉਂਕਿ ਇਹ ਕੇਵਲ ਤੁਸੀਂ ਇੱਥੇ ਬੈਠੇ ਨਹੀਂ ਮੈਨੂੰ ਸੁਣ ਰਹੇ, ਇੰਟਰਨੈਟ ਦੇ ਜ਼ਰੀਏ ਇਸ ਵੇਲੇ ਇਸ ਗੁਰੂ ਘਰ ਦੇ ਇਸ ਉੱਦਮ ਨੂੰ ਸਾਰੀ ਦੁਨੀਆ ਵੇਖ ਰਹੀ ਹੈ ਔਰ ਸਾਰੀ ਦੁਨੀਆ ਐਪਰੀਸ਼ੀਏਟ ਕਰ ਰਹੀ ਹੈ। ਇਸ ਕਰਕੇ ਤੁਸੀਂ ਆਪਣੀ ਐਪਰੀਸ਼ੀਏਸ਼ਨ ਦੇ ਲਈ ਇੱਕ ਵਾਰੀ ਜ਼ੋਰਦਾਰ ਤਾੜੀ ਲਾ ਦਿਓ ਤਾਂ ਕਿ ਮੈਂ ਅੱਗੇ ਆਪਣੀ ਗੱਲ ਸ਼ੁਰੂ ਕਰ ਸਕਾਂ। ਗੁਰੂ ਨਾਨਕ ਦਾ ਮਾਰਗ, ਗੁਰੂ ਨਾਨਕ ਦਾ ਮਾਰਗ ਜਿਹੜਾ ਹੈ ਉਹ ਸੰਗੀਤ ਦਾ ਮਾਰਗ ਹੈ, ਔਰ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਜਿੱਥੇ ਸਿੱਖ ਹੋਣ ਦੀ ਪਛਾਣ ਦਿੱਤੀ ਹੈ ਉੱਥੇ ਨਾਲ ਹੀ ਸ਼ਬਦ ਅਤੇ ਸੰਗੀਤ ਦੇ ਨਾਲ ਇੱਕ ਸਿੱਖ ਮਿਊਜ਼ਿਕ ਵੀ ਦਿੱਤਾ, ਸਿੱਖ ਸੰਗੀਤ ਵੀ ਦਿੱਤਾ, ਜਿਹਨੂੰ ਅਸੀਂ ਡਿਫਾਈਨ ਕਰਦੇ ਹਾਂ ਗੁਰਮਤਿ ਸੰਗੀਤ ਦੇ ਵਜੋਂ। ਮੈਂ ਥੋੜ੍ਹੀ ਜਿਹੀ ਤੁਹਾਨੂੰ ਬੈਕਗਰਾਊਂਡ ਇਸ ਕਰਕੇ ਦੱਸਣਾ ਚਾਹਾਂਗਾ ਕਿ ਜਿੱਥੇ
ਸਿੱਖੀ ਦਾ ਪ੍ਰਾਰੰਭ ਹੋਇਆ ਗੁਰੂ ਨਾਨਕ ਪਾਤਸ਼ਾਹ ਦਾ, ਉੱਥੇ ਕਿਹੜਾ ਮਿਊਜ਼ਿਕ ਸੀ ਪਹਿਲਾਂ? ਉੱਥੇ ਦੋ ਕਿਸਮ ਦਾ ਮਿਊਜ਼ਿਕ ਸੀ, ਇੱਕ ਸੀ ਹਿੰਦੁਸਤਾਨੀ ਮਿਊਜ਼ਿਕ, ਇਹ ਤੁਸੀਂ ਵੇਖ ਰਹੇ ਹੋ ਜਿਹੜਾ ਗ੍ਰੀਨ ਪਾਰਟ ਹੈ, ਇੱਥੇ ਇੱਕ ਟਰਮ ਅਸੀਂ ਵਰਤਦੇ ਹਾਂ ਮਿਊਜ਼ਿਕ ਦੇ ਖੇਤਰ ਦੇ ਵਿੱਚ, ਹਿੰਦੁਸਤਾਨੀ ਸੰਗੀਤ, ਹਿੰਦੁਸਤਾਨੀ ਸੰਗੀਤ ਉਸ ਨੂੰ ਆਖਦੇ ਹਾਂ। ਉਹਨੂੰ ਭਾਰਤੀ ਸੰਗੀਤ ਨਾਲ ਕਨਫਿਊਜ਼ ਨਹੀਂ ਕਰਨਾ, ਓਵਰਆਲ ਜਿਹੜੀ ਟ੍ਰੈਡੀਸ਼ਨ ਹੈ ਉਸਨੂੰ ਅਸੀਂ ਭਾਰਤੀ ਸੰਗੀਤ ਆਖਦੇ ਹਾਂ। ਔਰ ਜਿਹੜਾ ਇਹ ਗ੍ਰੀਨ ਗ੍ਰੀਨ ਪਾਸਾ ਹੈ, ਇਹ ਸਾਰੇ ਜਿੰਨੇ ਪ੍ਰਾਂਤ ਨੇ, ਇੱਥੇ ਹਿੰਦੁਸਤਾਨੀ ਸੰਗੀਤ ਸੀ, ਜਿਹਨੂੰ ਅਸੀਂ ਉੱਤਰ ਭਾਰਤੀ ਸੰਗੀਤ ਆਖਦੇ ਹਾਂ ਜਾਂ ਨੌਰਦਰਨ ਇੰਡੀਅਨ ਮਿਊਜ਼ਿਕ ਆਖਦੇ ਹਾਂ। ਔਰ ਜਿਹੜਾ ਥੱਲੇ ਹੈ ਬਲਿਊ ਜਿਹੜਾ ਹੈ, ਇਹਨੂੰ ਕਹਿੰਦੇ ਨੇ ਕਰਨਾਟਕੀ ਸੰਗੀਤ ਜਾਂ ਦੱਖਣੀ ਸੰਗੀਤ, ਦੱਖਣ ਭਾਰਤ ਦਾ ਸੰਗੀਤ। ਔਰ ਇਹ ਸੰਗੀਤ ਉਸ ਵੇਲੇ ਪ੍ਰਚਲਿਤ ਸੀ, ਔਰ ਸਾਰੇ ਸੰਤ ਭਗਤ ਔਰ ਭਾਰਤੀ ਸੰਗੀਤ ਦੇ ਲੋਕ ਜਿਹੜੇ ਸੀ ਇਸ ਦੀ ਗੱਲ ਕਰ ਰਹੇ ਸੀ। ਪਰ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਉਹ ਸਾਰੇ ਸੰਗੀਤ ਦੇ ਵਿੱਚੋਂ ਸਿੱਖਾਂ ਨੂੰ ਇੱਕ ਨਵਾਂ ਨਵੇਕਲਾ ਸੰਗੀਤ ਦਿੱਤਾ, ਜਿਹਨੂੰ ਅਸੀਂ ਸਿੱਖ ਸੰਗੀਤ ਦੇ ਨਾਮ ਨਾਲ ਜਾਣਦੇ ਹਾਂ। ਔਰ ਸਿੱਖ ਸੰਗੀਤ ਦਾ ਜਿਹੜਾ ਪ੍ਰਬੰਧ ਹੈ, ਜਿਹੜਾ ਉਸਦਾ ਅਰੇਂਜਮੈਂਟ ਹੈ, ਉਹ ਉਸਨੂੰ ਅਸੀਂ ਗੁਰਮਤਿ ਸੰਗੀਤ ਦੇ ਨਾਮ ਨਾਲ ਜਾਣਦੇ ਹਾਂ। ਇਹ ਸਾਡੀਆਂ ਚਾਰ ਟ੍ਰੈਡੀਸ਼ਨ ਇਸ ਵੇਲੇ ਜਿਨ੍ਹਾਂ ਦੀ ਗੱਲ ਥੋੜ੍ਹੀ ਜਿਹੀ ਛੂਹੀ ਗਈ ਸੀ, ਉਹ ਨੇ ਸਾਡੀਆਂ ਕਲਾਸਿਕਲ ਮਿਊਜ਼ਿਕ, ਸੂਫੀ ਮਿਊਜ਼ਿਕ, ਫੋਕ ਮਿਊਜ਼ਿਕ ਅਤੇ ਸਿੱਖ ਮਿਊਜ਼ਿਕ, ਚਾਰ ਧਾਰਾਵਾਂ ਸਾਡੇ ਭਾਰਤੀ ਸੰਗੀਤ ਦੇ ਵਿੱਚ ਪ੍ਰਚਾਰ ਅਧੀਨ ਨੇ, ਜਿਨ੍ਹਾਂ ਦੇ ਵਿੱਚੋਂ ਸਾਡੀ ਜਿਹੜੀ ਧਾਰਾ ਹੈ, ਜਿਹਨੂੰ ਸਿੱਖ ਸੰਗੀਤ ਦੀ ਧਾਰਾ ਕਹਿੰਦੇ ਨੇ ਜਾਂ ਗੁਰਮਤਿ ਸੰਗੀਤ ਦੀ ਧਾਰਾ ਕਹਿੰਦੇ ਨੇ, ਉਹ ਬਿਲਕੁਲ ਉਹਨਾਂ ਸਾਰੀਆਂ ਨਾਲੋਂ ਸੁਤੰਤਰ ਹੈ। ਮੈਂ ਇੱਥੇ ਗੱਲ ਇਹ ਜ਼ਰੂਰ ਜੋੜਨਾ ਚਾਹਾਂਗਾ ਕਿ ਜਿਵੇਂ ਆਪਾਂ ਆਪਣੀ ਹਸਤੀ ਦੀ ਗੱਲ ਕਰਦੇ ਹਾਂ ਕਿ ਸਾਡੀ ਹਸਤੀ ਅਲੱਗ ਹੈ, ਸਾਡੀ ਹਸਤੀ ਸਾਡੇ ਬਾਹਰੀ ਸਰੂਪ ਕਰਕੇ ਵੀ ਅਲੱਗ ਹੈ, ਸਾਡੀ ਵਿਚਾਰਧਾਰਾ ਕਰਕੇ ਵੀ ਅਲੱਗ ਹੈ, ਪਰ ਉਹਦੇ ਨਾਲ ਸਾਡੀ ਇੱਕ ਜਿਹੜੀ ਕਲਚਰਲ ਆਇਡੈਂਟੀ ਹੈ, ਉਸ ਕਰਕੇ ਵੀ ਸਾਡੀ ਹਸਤੀ ਬਾਕੀਆਂ ਨਾਲੋਂ ਅਲੱਗ ਹੈ। ਔਰ ਖਾਸ ਤੌਰ 'ਤੇ ਜਿਹੜਾ ਸਾਡਾ ਸਿੱਖ ਸੰਗੀਤ ਹੈ ਜਾਂ ਗੁਰਮਤਿ ਸੰਗੀਤ ਹੈ, ਉਹ ਸਾਨੂੰ ਬਾਕੀ ਧਰਮਾਂ ਨਾਲੋਂ ਔਰ ਬਾਕੀ ਸੱਭਿਆਚਾਰਾਂ ਦੇ ਨਾਲੋਂ ਬਹੁਤ ਅੱਛੇ ਤਰੀਕੇ ਦੇ ਨਾਲ ਅਲੱਗ ਕਰ ਦਿੰਦਾ ਹੈ। ਔਰ ਇਸ ਦੀ ਵਿਰਾਸਤ ਦੇ ਉੱਤੇ ਪਹਿਰਾ ਦੇਣਾ ਸਾਡਾ ਜਿਹੜਾ ਕੰਮ ਹੈ, ਮੈਂ ਵਾਰ ਵਾਰ ਇਸ ਦੀ ਗੱਲ ਕਰਦਾ ਰਹਾਂਗਾ। ਸਿੱਖ ਸੰਗੀਤ ਨੂੰ ਡਿਫਾਈਨ ਕਰਨ ਦੇ ਲਈ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਪਰੰਪਰਾ ਦਿੱਤੀ ਹੈ, ਜਾਂ ਇਹ ਕਹਿ ਲਓ ਕਿ ਮਿਊਜ਼ਿਕਾਲੋਜੀ ਆਫ ਸਿੱਖ ਮਿਊਜ਼ਿਕ ਕੀ ਹੈ, ਉਹ ਹੈ ਗੁਰਮਤਿ ਸੰਗੀਤ, ਗੁਰਮਤਿ ਸੰਗੀਤ। ਗੁਰਮਤਿ ਸੰਗੀਤ ਨੂੰ ਅਸੀਂ ਕੱਲ੍ਹ ਤੁਹਾਨੂੰ ਮੈਂ ਇਹ ਸਕਿੱਪ ਕਰ ਰਿਹਾ ਕਿਉਂਕਿ ਸਮੇਂ ਦੀ ਬੜੀ ਘਾਟ ਹੈ। ਗੁਰਮਤਿ ਸੰਗੀਤ ਨੂੰ ਅਸੀਂ ਡਿਫਾਈਨ ਜਦੋਂ ਕਰਦੇ ਹਾਂ ਤਾਂ ਗੁਰੂ ਦੇ ਸੰਗੀਤ ਵਜੋਂ ਅਸੀਂ ਇਸ ਨੂੰ ਡਿਫਾਈਨ ਕਰਦੇ ਹਾਂ। ਅਤੇ ਗੁਰੂ ਸਾਡਾ ਕੌਣ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ। ਦੇਖੋ, ਬਹੁਤ ਸਾਰੇ ਸਾਡੇ ਸੰਪਰਦਾਵਾਂ ਨੇ, ਬਹੁਤ ਸਾਰੇ ਸੰਤ ਮਹਾਂਪੁਰਖ ਨੇ, ਦੂਸਰੇ ਧਰਮ ਨੇ, ਸਾਰਾ ਕੁਝ ਸਾਡੇ ਆਲੇ ਦੁਆਲੇ ਹੈ, ਪਰ ਸਾਡੀ ਪ੍ਰਮਾਣਿਕਤਾ ਦਾ ਇੱਕੋ ਇੱਕ ਆਧਾਰ ਹੈ ਗੁਰੂ ਗ੍ਰੰਥ। ਔਰ ਅਗਰ ਗੁਰੂ ਗ੍ਰੰਥ ਸਾਹਿਬ ਦੇ 1430 ਪੰਨਿਆਂ ਨੂੰ ਅਸੀਂ ਆਪਣਾ ਗੁਰੂ ਮੰਨਦੇ ਹਾਂ ਤਾਂ ਉਸ ਵਿੱਚੋਂ ਸਾਨੂੰ ਇੱਕ ਸੰਗੀਤ ਦੀ ਬਹੁਤ ਵੱਡੀ ਪਰੰਪਰਾ ਜਿਹੜੀ ਹੈ ਉਹ ਮਿਲ ਰਹੀ ਹੈ, ਜਿਹੜੀ ਸਾਡੀ ਸਿੱਖ ਆਇਡੈਂਟੀ ਨੂੰ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਸਹਾਈ ਹੁੰਦੀ ਹੈ। ਔਰ ਉਸ ਨੂੰ ਫਾਲੋ ਕਰਨਾ, ਗੁਰ ਸਿਧਾਂਤ ਦੇ ਅਨੁਸਾਰ ਹੀ ਸੰਗੀਤ ਨੂੰ, ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਮਿਊਜ਼ਿਕਾਲੋਜੀ ਆਖਦੇ ਹਾਂ, ਸਿੱਖ ਮਿਊਜ਼ਿਕਾਲੋਜੀ ਆਖਦੇ ਹਾਂ, ਗੁਰਮਤਿ ਸੰਗੀਤ ਦੀ ਮਿਊਜ਼ਿਕਾਲੋਜੀ ਆਖਦੇ ਹਾਂ, ਉਸ ਨੂੰ ਸਮਝਣਾ ਔਰ ਉਸ 'ਤੇ ਪਹਿਰਾ ਦੇਣਾ ਸਾਨੂੰ ਬਹੁਤ ਜ਼ਰੂਰੀ ਹੋ ਗਿਆ। ਇਸ ਵੇਲੇ ਜੇ ਅਸੀਂ ਗੱਲ ਕਰਦੇ ਹਾਂ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਜੇ ਧਰਮਸਾਲ ਦੀ ਪਰੰਪਰਾ ਚਲਾਈ, ਮੰਜੀ ਦੀ ਪਰੰਪਰਾ ਚਲਾਈ, ਉਸ ਤੋਂ ਬਾਅਦ ਤਾਂ ਇਸ ਵੇਲੇ ਗੁਰਦੁਆਰਾ ਸੰਸਥਾ ਸਾਡੇ ਕੋਲ ਹੈ, ਜਿਸ ਨੇ ਸਾਰੇ ਕੁਛ ਨੂੰ ਪ੍ਰੋਪਗੇਟ ਕਰਨਾ, ਜਿਸ ਨੇ ਸਾਰੇ ਕੁਛ ਨੂੰ ਸਥਾਪਿਤ ਕਰਨਾ। ਔਰ ਸਾਡੇ ਕੋਲ ਇਸ ਵੇਲੇ ਸਿੱਖ ਰਹਿਤ ਮਰਿਆਦਾ ਨਾਮਕ ਇੱਕ ਜਿਹੜਾ ਖਰੜਾ ਹੈ ਉਹ ਵੀ ਸਾਡੇ ਕੋਲ ਮੌਜੂਦ ਹੈ, ਜਿਸ ਨੂੰ ਅਸੀਂ ਸਾਰੇ ਗੁਰੂ ਘਰਾਂ ਦੇ ਵਿੱਚ ਫਾਲੋ ਕਰਦੇ ਹਾਂ। ਮੈਂ ਉਹਨਾਂ ਲੋਕਾਂ ਵਿੱਚੋਂ ਨਹੀਂ ਕਿ ਵਿਚਾਰਧਾਰਾ ਨੂੰ ਇੱਕ ਪਾਸੇ ਰੱਖ ਦਈਏ ਔਰ ਉਹਦੀ ਐਪਲੀਕੇਸ਼ਨ ਜਿਹੜੀ ਹੈ ਉਸ ਪਾਰਟ ਨੂੰ ਅਸੀਂ ਭੁੱਲ ਜਾਈਏ, ਕਿਉਂਕਿ ਮੇਰਾ ਸਬਜੈਕਟ ਜਿਹੜਾ ਹੈ ਉਸਦੀ ਐਪਲੀਕੇਸ਼ਨ ਹੀ ਗੁਰੂ ਘਰ ਦੇ ਵਿੱਚ ਹੈ। ਔਰ ਅਗਰ ਗੁਰੂ ਘਰ ਦੇ ਰੋਜ਼ ਦੇ ਕਾਰ ਵਿਹਾਰ ਔਰ ਉੱਥੋਂ ਦੀ ਜਿਹੜੀ ਮਰਿਆਦਾ ਹੈ ਉਸ ਵਿੱਚ ਗੁਰਮਤਿ ਸੰਗੀਤ ਨਹੀਂ ਹੋਏਗਾ ਤਾਂ ਮੇਰਾ ਜਿਹੜਾ ਵਿਸ਼ਾ ਗੁਰਮਤਿ ਸੰਗੀਤ ਹੈ ਉਸ ਬਾਰੇ ਗੱਲ ਸੰਭਵ ਨਹੀਂ ਹੋ ਸਕਦੀ। ਸੋ ਮੇਰਾ ਤੁਹਾਨੂੰ ਬੇਨਤੀ ਹੈ ਕਿ ਗੁਰਮਤਿ ਸੰਗੀਤ ਨੂੰ ਜਾਂ ਸਿੱਖ ਮਿਊਜ਼ਿਕ ਨੂੰ ਅਗਰ ਅਸੀਂ ਉਸਦੀ ਪ੍ਰਮਾਣਿਕਤਾ ਨੂੰ ਵੇਖਣਾ ਤਾਂ ਉਹਦੇ ਲਈ ਸਾਡੇ ਕੋਲ ਸਭ ਤੋਂ ਵੱਡਾ ਜਿਹੜਾ ਸਰੋਤ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ। ਔਰ ਅਸੀਂ ਇਸ ਵੇਲੇ ਜਿਹੜੇ ਸਾਡੇ ਦੂਸਰੇ ਸਰੋਤ ਨੇ, ਚਾਹੇ ਪੁਰਾਤਨ ਜਨਮ ਸਾਖੀਆਂ ਨੇ, ਚਾਹੇ ਸਿੱਖ ਇਤਿਹਾਸ ਹੈ, ਉਸ ਨੂੰ ਵੀ ਅੱਖੋਂ ਓਹਲੇ ਨਹੀਂ ਕਰ ਸਕਦੇ। ਕੇਵਲ ਕਈ ਵਾਰੀ ਅਸੀਂ ਇਸ ਵੇਲੇ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਦੂਸਰੀਆਂ ਵਿਚਾਰਧਾਰਾ ਦਾ ਵੀ ਸਾਡੇ ਇਹਦੇ ਵਿੱਚ ਆ ਗਏ ਨੇ ਔਰ ਬੜੇ ਅੱਛੇ ਤਰੀਕੇ ਦੇ ਨਾਲ ਉਹ ਆਪਣੀ ਗੱਲ ਜਿਹੜੀ ਹੈ ਪੁੱਟ ਕਰ ਰਹੇ ਨੇ,
ਪਰ ਮੇਰਾ ਆਪਣਾ ਮੰਨਣਾ ਹੈ ਕਿ ਜਿੰਨੀ ਦੇਰ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਲ ਸਿੱਖ ਸਰੋਤਾਂ ਦੇ ਉੱਤੇ ਆਧਾਰਿਤ ਗੱਲ ਨਹੀਂ ਕਰਾਂਗੇ, ਖਾਸ ਤੌਰ 'ਤੇ ਮਰਿਆਦਾ ਦੇ ਲੈਵਲ ਦੇ ਉੱਤੇ, ਉਨੀ ਦੇਰ ਤੱਕ ਅਸੀਂ ਗੁਰਮਤਿ ਸੰਗੀਤ ਜਾਂ ਸਿੱਖ ਸੰਗੀਤ ਨੂੰ ਭਲੀ ਭਾਂਤ ਨਹੀਂ ਸਮਝ ਸਕਾਂਗੇ। ਔਰ ਇਸ ਵੇਲੇ 550 ਸਾਲਾਂ ਅਵਸਰ ਉੱਤੇ ਇਹ ਬਿਲਕੁਲ ਵੇਖਣ ਵਾਲੀ ਗੱਲ ਹੈ ਕਿ 500 ਸਾਲ ਦੇ ਵਿੱਚ ਜੋ ਗੁਰੂ ਨੇ ਸਥਾਪਿਤ ਕੀਤੀ ਸੀ ਪਰੰਪਰਾ, ਕੀ ਉਸ ਮਰਿਆਦਾ ਨੂੰ ਅਸੀਂ ਸਥਾਪਿਤ ਕਰਨ ਵਿੱਚ ਕਾਮਯਾਬ ਹੋਏ ਹਾਂ ਜਾਂ ਨਹੀਂ ਹੋਏ, ਅਸੀਂ ਕਿੱਥੇ ਖੜ੍ਹੇ ਹਾਂ ਔਰ ਅੱਗੇ ਅਸੀਂ ਇਸ ਨੂੰ ਕਿਵੇਂ ਇੰਪਲੀਮੈਂਟ ਕਰਨਾ ਹੈ। ਇਸ ਗੁਰੂ ਘਰ ਦੇ ਹਵਾਲੇ ਨਾਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੱਜ ਤੋਂ ਅਗਰ ਤੁਸੀਂ ਪਿੱਛੇ ਥੋੜ੍ਹੀ ਜਿਹੀ ਝਾਤ ਮਾਰੋ ਤਾਂ ਅੱਜ ਤੋਂ 20 ਸਾਲ ਪਹਿਲਾਂ ਗੁਰਮਤਿ ਸੰਗੀਤ ਨੂੰ, ਗੁਰਮਤਿ ਸੰਗੀਤ ਦਾ ਅਕੈਡੈਮਿਕਲੀ ਔਰ ਸਿੱਖ ਸਰਕਲ ਦੇ ਵਿੱਚ ਇਸ ਤਰ੍ਹਾਂ ਦਾ ਨਾਮ ਨਹੀਂ ਸੀ, ਲੋਕ ਇਸ ਸ਼ਬਦ ਨੂੰ ਵੀ ਨਹੀਂ ਸੀ ਜਾਣਦੇ। ਪਰ ਜਦੋਂ ਗੁਰੂ ਦੀ ਕਿਰਪਾ ਦੁਆਰਾ ਅਸੀਂ ਗੁਰ ਸਿਧਾਂਤ ਔਰ ਇਸ ਦੀ ਮਿਊਜ਼ਿਕਾਲੋਜੀ ਦਾ ਮਾਡਲ ਸਿਰਜਿਆ ਔਰ ਸਾਰੀ ਦੁਨੀਆ ਨੂੰ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਮਾਡਲ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਮਿਲਦਾ ਹੈ ਔਰ ਇਹ ਵੱਖਰੀ ਮਿਊਜ਼ਿਕਾਲੋਜੀ ਹੈ ਜਿਹੜੀ ਹਿੰਦੁਸਤਾਨੀ ਕਲਾਸੀਕਲ ਮਿਊਜ਼ਿਕ ਦੇ ਨਾਲੋਂ ਵੱਖਰੀ ਹੈ। ਤੁਹਾਨੂੰ ਸਵਾਲ ਅਕਸਰ ਹੁੰਦਾ ਹੋਵੇਗਾ ਕਿ ਭਾਰਤੀ ਸ਼ਾਸਤਰੀ ਸੰਗੀਤ ਨਾਲੋਂ ਜਾਂ ਭਾਰਤੀ ਸੰਗੀਤ ਨਾਲੋਂ ਸਾਡਾ ਸੰਗੀਤ ਕਿਵੇਂ ਅਲੱਗ ਹੈ, ਤਾਂ ਉਸ ਲਈ ਇਹੀ ਕਹਿਣਾ ਬਣਦਾ ਹੈ ਕਿ ਭਾਰਤੀ ਸੰਗੀਤ ਜਿਹੜਾ ਹੈ ਉਹ ਉੱਥੋਂ ਦੀ ਜਿਹੜੀ ਰਾਗਾਂ ਦੀ ਕਲਾਤਮਿਕਤਾ ਹੈ ਜਾਂ ਗਾਇਨ ਸ਼ੈਲੀਆਂ ਦੀ ਕਲਾਤਮਿਕਤਾ ਹੈ ਉਸ ਦਾ ਅਨੁਸਾਰੀ ਹੈ, ਔਰ ਸਾਡਾ ਜਿਹੜਾ ਸਿੱਖ ਸੰਗੀਤ ਜਾਂ ਗੁਰਮਤਿ ਸੰਗੀਤ ਹੈ ਉਹ ਸ਼ਬਦ ਦਾ ਅਨੁਸਾਰੀ ਹੈ, ਸ਼ਬਦ ਦੀ ਜਿਹੜੀ ਸਪਿਰਚੁਅਲਿਟੀ ਹੈ ਉਸ ਦਾ ਅਨੁਸਾਰੀ ਹੈ ਔਰ ਉਸ ਦਾ ਸਾਰਾ ਪਸਾਰਾ ਹੈ ਔਰ ਇਸ ਨੂੰ ਅਸੀਂ ਫੋਲੋ ਕਰਦੇ ਹਾਂ ਆਪਣੇ ਜੀਵਨ ਦੇ ਵਿੱਚ। ਸੋ ਇਸ ਗੁਰੂ ਘਰ ਦੇ ਹਵਾਲੇ ਦੇ ਨਾਲ ਜੇ ਮੈਂ ਗੱਲ ਕਰਾਂ ਤਾਂ 2003 ਦੇ ਵਿੱਚ ਅਸੀਂ ਗੁਰਮਤਿ ਸੰਗੀਤ ਚੇਅਰ ਸਥਾਪਿਤ ਕਰਨ ਉਪਰੰਤ ਜਦੋਂ ਤੰਤੀ ਸਾਜ਼ਾਂ ਦੀ ਪਰੰਪਰਾ ਆਰੰਭ ਕੀਤੀ ਸੀ ਤਾਂ 2006 ਵਿੱਚ ਅਸੀਂ ਇੱਥੇ ਆਏ ਸੀ ਔਰ ਇੱਥੇ ਵਰਕਸ਼ਾਪ ਵੀ ਹੋਈ ਔਰ ਪਹਿਲੀ ਵਾਰੀ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਤੁਸੀਂ ਰਬਾਬ ਦਾ ਇਹ ਮਾਡਲ ਵੇਖ ਰਹੇ ਹੋ, ਇਹ ਰਬਾਬ ਸਾਡੀ ਆਪਣੀ ਸਿੱਖ ਰਬਾਬ ਹੈ, ਮੈਂ ਇਸ ਬਾਰੇ ਤੁਹਾਨੂੰ ਬਾਅਦ ਵਿੱਚ ਦੱਸਾਂਗਾ। ਇਸ ਗੁਰੂ ਘਰ ਦੇ ਵਿੱਚ ਪਹਿਲੀ ਵਾਰੀ ਵਿਦਿਆਰਥੀਆਂ ਨੇ ਉਸ ਦੀ ਵਰਕਸ਼ਾਪ ਇੱਥੇ ਲੱਗੀ ਸੀ ਔਰ ਅੱਜ ਤੁਸੀਂ ਵੇਖ ਰਹੇ ਹੋ ਕਿ ਸਾਰੀ ਦੁਨੀਆ ਦੇ ਵਿੱਚ ਇਸ ਰਬਾਬ ਨੂੰ ਲੋਕ ਫਾਲੋ ਕਰ ਰਹੇ ਨੇ, ਰਬਾਬ ਦੇ ਇਸ ਮਾਡਲ ਨੂੰ ਫਾਲੋ ਕਰ ਰਹੇ ਨੇ ਜੋ ਮੇਰੇ ਇਸ ਡਾਇਸ ਦੇ ਅੱਗੇ ਵੀ ਲੱਗਿਆ। ਇਸ ਦੀ ਕੀ ਹਕੀਕਤ ਹੈ ਇਸ ਬਾਰੇ ਮੈਂ ਬਾਅਦ ਵਿੱਚ ਦੱਸਾਂਗਾ, ਕਿਉਂਕਿ ਇਸ ਗੁਰੂ ਘਰ ਨੇ ਉਸ ਮਕਸਦ ਦੀ ਪੂਰਤੀ ਕੀਤੀ ਔਰ ਗੁਰੂ ਗ੍ਰੰਥ ਦੇ ਉਸ ਮਿਊਜ਼ਿਕ ਦੇ ਜਿਹੜੇ ਮਾਡਲ ਨੇ ਉਸ ਦੀ ਪੂਰਤੀ ਕੀਤੀ ਔਰ ਅੱਜ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਗੁਰਮਤਿ ਸੰਗੀਤ ਦਾ ਇੱਕ ਨਾਮ ਹੈ, ਪੰਜਾਬੀ ਯੂਨੀਵਰਸਿਟੀ ਵਿੱਚ ਗੁਰਮਤਿ ਸੰਗੀਤ ਚੇਅਰ ਸਥਾਪਿਤ ਹੈ, ਡਿਪਾਰਟਮੈਂਟ ਆਫ ਗੁਰਮਤਿ ਸੰਗੀਤ ਹੈ, ਗੁਰਮਤਿ ਗਿਆਨ ਔਨਲਾਈਨ ਸਟੱਡੀ ਹੈ, ਹੋਫਸਟਾ ਯੂਨੀਵਰਸਿਟੀ ਦੇ ਵਿੱਚ ਚੇਅਰ ਆਫ ਸਿੱਖ ਮਿਊਜ਼ਿਕਾਲੋਜੀ ਹੈ, ਹੋਰ ਬਹੁਤ ਸਾਰੀਆਂ ਯੂਨੀਵਰਸਿਟੀ ਦੇ ਵਿੱਚ ਗੁਰਮਤਿ ਸੰਗੀਤ ਜਿਹੜਾ ਹੈ ਉਹ ਅਧਿਆਪਨ ਦਾ ਵਿਸ਼ਾ ਹੈ ਔਰ ਤਾਂ ਸੰਭਵ ਹੋ ਸਕਿਆ ਜੇ ਤੁਹਾਡੇ ਗੁਰੂ ਘਰ ਨੇ ਔਰ ਤੁਸੀਂ ਸਾਰਿਆਂ ਨੇ ਇਸ ਨੂੰ ਸਪੋਰਟ ਕੀਤਾ। ਔਰ ਮੈਂ ਚਾਹਾਂਗਾ ਕਿ ਉਸ ਪਰੰਪਰਾ ਨੂੰ ਹੁਣ ਵੀ ਤੁਸੀਂ ਮਰਿਆਦਾ ਦੇ ਲੈਵਲ ਉੱਤੇ ਜ਼ਰੂਰ ਫਾਲੋ ਕਰੋ। ਔਰ ਪਰੰਪਰਾ ਕੀ ਹੈ, ਮੈਂ ਜਿਸ ਗੁਰ ਸਿਧਾਂਤ ਦੇ ਅਨੁਸਾਰੀ ਗੁਰਮਤਿ ਸੰਗੀਤ ਦੀ ਗੱਲ ਕਰ ਰਿਹਾ ਉਸ ਦਾ ਤੁਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਹੋਏ ਹੋ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹੋ, ਸੁਣਦੇ ਵੀ ਹੋ ਔਰ ਉਹਦੇ ਲਈ ਸਭ ਤੋਂ ਵੱਡਾ ਜਿਹੜਾ ਸਾਨੂੰ ਸਾਈਨ ਗੁਰੂ ਸਾਹਿਬ ਨੇ, ਕਿਉਂਕਿ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ 31 ਮੁੱਖ ਰਾਗਾਂ ਵਿੱਚ ਕਲੈਸੀਫਾਈ ਕੀਤਾ ਗਿਆ ਔਰ ਥਾਂ ਪੁਰ ਥਾਂ ਜਿਹੜਾ ਰਾਗ ਦਾ ਇੱਕ ਜਿਹੜਾ ਸੰਕੇਤ ਹੈ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਔਰ ਰਾਗ ਦੇ ਸੰਕੇਤ ਨੂੰ ਸਮਝਣਾ ਸਾਡੇ ਸਾਰਿਆਂ ਲਈ ਬੜੀ ਜ਼ਰੂਰੀ ਹੈ ਔਰ ਅੱਜ ਅਸੀਂ ਸਭ ਤੋਂ ਜ਼ਿਆਦਾ ਇਗਨੋਰ ਵੀ ਰਾਗ ਨੂੰ ਹੀ ਕੀਤਾ। 550 ਸਾਲਾਂ ਇਸ ਅਵਸਰ ਉੱਤੇ, ਇਸ ਇਤਿਹਾਸਿਕ ਅਵਸਰ ਉੱਤੇ ਮੈਂ ਤੁਹਾਨੂੰ ਇਸ ਗੱਲ ਪ੍ਰਤੀ ਜ਼ਰੂਰ ਸੁਚੇਤ ਕਰਨਾ ਚਾਹਾਂਗਾ ਕਿ ਰਾਗ ਇੱਕ ਐਸਾ ਮੈਲੋਡਿਕ ਅਰੇਂਜਮੈਂਟ ਹੈ ਜਿਹੜਾ ਗੁਰੂ ਸਾਹਿਬ ਨੇ ਵਰਤਿਆ। ਭਾਰਤੀ ਸੰਗੀਤ ਦੇ ਵਿੱਚ ਆਲਰੇਡੀ ਐਗਜ਼ਿਸਟ ਕਰਦਾ ਸੀ ਪਰ ਗੁਰੂ ਸਾਹਿਬ ਨੇ ਜਦੋਂ ਉਸ ਨੂੰ ਆਪਣੀ ਬਾਣੀ ਦੇ ਗਾਇਨ ਲਈ, ਤੁਹਾਨੂੰ ਸਾਰਿਆਂ ਨੂੰ ਇਸ ਸਾਖੀ ਦਾ ਪਤਾ ਜਾਂ ਬਾਰ ਬਾਰ ਜਿਹੜੇ ਹਵਾਲੇ ਆਉਂਦੇ ਨੇ ਕਿ ਮਰਦਾਨਿਆ ਛੇੜ ਰਬਾਬ ਬਾਣੀ ਆਈ ਆ ਔਰ ਗੁਰੂ ਨਾਨਕ ਪਾਤਸ਼ਾਹ ਨੇ ਹਰ ਅਵਸਰ ਉੱਤੇ ਚਾਰ ਉਦਾਸੀਆਂ ਵਿੱਚ ਥਾਂ ਪੁਰ ਥਾਂ ਜਾ ਕੇ ਆਪਣੀ ਬਾਣੀ ਦਾ ਜਿਹੜਾ ਉਹਨਾਂ ਨੇ ਪ੍ਰਚਾਰ ਕੀਤਾ, ਪ੍ਰਸਾਰ ਕੀਤਾ, ਉਹ ਰਾਗ ਔਰ ਸ਼ਬਦ ਦੇ ਕੀਰਤਨ ਰਾਹੀਂ ਕੀਤਾ ਔਰ ਰਾਗ ਜਿਹੜਾ ਮੈਲੋਡਿਕ ਅਰੇਂਜਮੈਂਟ ਉਹਨਾਂ ਨੇ ਕੀਤਾ ਉਹ ਆਪਣੇ ਆਪ ਦੇ ਵਿੱਚ ਬਹੁਤ ਹੀ ਵਿਲੱਖਣ ਹੈ, ਜਿਸ ਨੂੰ ਅਸੀਂ ਪੂਰਨ ਰੂਪ ਦੇ ਵਿੱਚ ਤਾਂ ਨਹੀਂ ਪਰ ਪਾਰਸ਼ਲੀ ਅਸੀਂ ਕਾਫੀ ਉਹਨੂੰ ਵਿਸਾਰ ਚੁੱਕੇ ਹਾਂ। ਗੁਰੂ ਨਾਨਕ ਪਾਤਸ਼ਾਹ ਨੇ, ਅਗਰ ਮੈਂ ਇਸ ਨੂੰ ਜ਼ਰੂਰ ਐਕਸਪਲੇਨ ਕਰਨਾ ਚਾਹਾਂਗਾ ਕਿ ਅਗਰ ਗੁਰੂ ਨਾਨਕ ਪਾਤਸ਼ਾਹ ਇਹ ਰਾਗ ਨੂੰ, ਰਾਗ ਦਾ ਇਸਤੇਮਾਲ ਕਰ ਰਹੇ ਨੇ ਤਾਂ ਉਹਨਾਂ ਦਾ ਇੱਕ ਖਾਸ ਮਕਸਦ ਹੈ, ਕਿਉਂਕਿ ਉਹ ਜਿਸ ਸਥਾਨ ਦੇ ਉੱਤੇ ਵੀ ਗਏ ਉੱਥੋਂ ਦੇ ਲੋਕਾਂ ਨੂੰ ਸੰਬੋਧਨ ਹੋਣ ਦੇ ਲਈ ਉਹਨਾਂ ਨੇ ਉੱਥੋਂ ਦੇ ਰਾਗਾਂ ਦਾ ਪ੍ਰਯੋਗ ਕੀਤਾ। ਅਗਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਸੰਗ ਵਿੱਚ ਵੇਖੀਏ ਤਾਂ
ਆਹ ਗੁਰੂ ਗ੍ਰੰਥ ਸਾਹਿਬ ਦੇ 31 ਰਾਗ ਨੇ, ਤੁਹਾਨੂੰ ਸਾਰਿਆਂ ਨੂੰ ਇਹਨਾਂ ਰਾਗਾਂ ਦਾ ਪਤਾ ਹੈ ਜਿਹੜੇ ਤਤਕਰੇ ਦੇ ਵਿੱਚ ਦਿੱਤੇ ਨੇ। ਪਰ ਇਹਦੇ ਨਾਲ ਹਰ ਸ਼ਬਦ ਦੇ ਉੱਪਰ ਗੁਰੂ ਸਾਹਿਬ ਨੇ ਰਾਗ ਦਿੱਤੇ ਨੇ, ਜਿਵੇਂ 31 ਗੌੜੀ ਗੁਆਰੇ ਰੀ, ਗੌੜੀ ਦੱਖਣੀ, ਗੌੜੀ ਚੇਤੀ, ਗੌੜੀ ਬੈਰਾਗਣ, ਗੌੜੀ ਪੂਰਬੀ ਦੀਪਕੀ, ਮੈਂ ਲਿਸਟ ਨਹੀਂ ਪੜ੍ਹਾਂਗਾ। ਇਹ 31 ਰਾਗਾਂ ਦੇ ਅੰਤਰਗਤ ਵੀ ਹੋਰ ਰਾਗ ਵੀ ਜਿਹੜੇ ਨੇ ਗੁਰੂ ਸਾਹਿਬ ਵਰਤ ਰਹੇ ਨੇ, ਜਿਨ੍ਹਾਂ ਦੇ ਬਾਰੇ ਵਿੱਚ ਅਸੀਂ ਸੁਚੇਤ ਰੂਪ ਦੇ ਵਿੱਚ ਗੱਲ ਨਹੀਂ ਕਰ ਰਹੇ। ਇਹਦੇ ਨਾਲ ਹੀ ਜਿਹੜੀ ਮੈਂ ਸਨਾਤਨੀ ਪਰੰਪਰਾ ਔਰ ਜਿਹੜੀ ਦੇਸੀ ਪਰੰਪਰਾ ਹੈ ਉਸ ਦੀ ਗੱਲ ਵੀ ਬਾਅਦ ਵਿੱਚ ਕਰਾਂਗਾ। ਇਹ ਕੁਛ ਰਾਗ ਨੇ ਜਿਹੜੇ ਭਾਰਤੀ ਸਨਾਤਨੀ ਪਰੰਪਰਾ ਤੋਂ ਆਏ, ਸ੍ਰੀ ਗੌੜੀ, ਜੈਤ ਸ੍ਰੀ, ਬਿਲਾਵਲ, ਰਾਮਕਲੀ, ਭੈਰੋ, ਕਾਨੜਾ, ਕਲਿਆਣ। ਮੈਂ ਇੱਥੇ ਸਨਾਤਨੀ ਪਰੰਪਰਾ ਨੂੰ ਤੁਸੀਂ ਕਿਸੇ ਹੋਰ ਸਨਾਤਨ ਧਰਮ ਦੇ ਨਾਲ ਨਾ ਜੋੜ ਦੇਣਾ, ਸਨਾਤਨ ਤੋਂ ਭਾਵ ਕਲਾਸੀਕਲ ਟ੍ਰੈਡੀਸ਼ਨ ਜਿਹੜੀ ਸਾਡੀ ਇੰਡੀਅਨ ਮਿਊਜ਼ਿਕ ਦੀ ਸੀ, ਮੈਂ ਉਸ ਦੀ ਗੱਲ ਕਰ ਰਿਹਾ ਕਿ ਉਸ ਓਰੀਜਨ ਦੇ ਰਾਗ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਾਰੰਭ ਕੀਤੇ। ਮਾਝ, ਆਸਾ, ਗੁਜਰੀ, ਤਲੰਗ, ਸੋਰਠ, ਇਹ ਐਸੇ ਰਾਗ ਨੇ ਜਿਹੜੇ ਸਾਡੇ ਇਲਾਕਾਈ ਔਰ ਦੇਸੀ ਰਾਗ ਨੇ। ਜਿਵੇਂ ਮਾਝੇ ਦੇ ਲੋਕ ਸੰਗੀਤ ਤੋਂ ਵਿਕਸਿਤ ਰਾਗ ਮਾਝ ਹੈ, ਔਰ ਤੁਸੀਂ ਵੇਖਦੇ ਹੋ ਕਿ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਸਾਡਾ ਮਾਝੇ ਦੇ ਇਲਾਕੇ ਵਿੱਚ ਹੈ, ਗੁਰੂ ਅਰਜਨ ਪਾਤਸ਼ਾਹ ਦਾ ਪ੍ਰਿਯ ਇਹ ਰਾਗ ਹੈ ਗੁਰੂ। ਕੱਲ੍ਹ ਵੀ ਅਸੀਂ ਇਸ ਦਾ ਗਾਇਨ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਇਸ ਰਾਗ ਵਿੱਚ ਕੀਤਾ ਸੀ। ਆਸਾ ਰਾਗ ਸਾਡਾ ਇੱਕ ਜਿਹੜਾ ਹੈ ਮਹੱਤਵਪੂਰਨ ਰਾਗ ਹੈ, ਜਿਸ ਵਿੱਚ ਆਸਾ ਦੀ ਵਾਰ ਅਸੀਂ ਰੋਜ਼ ਸਵੇਰੇ ਗਾਇਨ ਕਰਦੇ ਹਾਂ, ਔਰ ਉਹ ਟੂੰਡੇ ਆਸ ਰਾਜੇ ਦੀ ਜਿਹੜੀ ਵਾਰ ਦੀ ਧੁਨੀ ਹੈ ਪੰਜਾਬ ਦੀ, ਉਸ ਦੇ ਉੱਤੇ ਆਧਾਰਿਤ ਹੈ। ਇਸੇ ਤਰ੍ਹਾਂ ਹੀ ਇਹ ਜਿਹੜਾ ਮੈਂ ਤੁਹਾਨੂੰ ਪਾਠ ਦਿਖਾਇਆ ਸੀ ਕਰਨਾਟਕੀ ਮਿਊਜ਼ਿਕ ਦਾ, ਸਾਊਥ ਦੇ ਰਾਗ ਕੇਵਲ ਗੁਰੂ ਨਾਨਕ ਦੇਵ ਜੀ ਨੇ ਵਰਤੇ ਨੇ। ਗੁਰੂ ਨਾਨਕ ਦੇ 550 ਸਾਲਾਂ ਦੇ ਉੱਤੇ ਜਿੱਥੇ ਵਿਚਾਰਧਾਰਾ ਦੀ ਗੱਲ ਕਰ ਰਹੇ ਹੋ, ਉੱਥੇ ਗੁਰੂ ਨਾਨਕ ਨੇ ਜੋ ਸਾਨੂੰ ਕੰਟਰੀਬਿਊਟ ਕੀਤਾ, ਉਸ ਵੱਲ ਵੀ ਧਿਆਨ ਦੇਣਾ ਕਿ ਸਾਊਥ ਦੱਖਣੀ ਸੰਗੀਤ ਪੱਧਤੀ ਦੇ ਜਿਹੜੇ ਇਹ 6 ਰਾਗ ਨੇ, ਗੌੜੀ ਦੱਖਣੀ, ਵਡੰਸ ਦੱਖਣੀ, ਮਾਰੂ ਦੱਖਣੀ, ਬਿਲਾਵਲ ਦੱਖਣੀ, ਰਾਮਕਲੀ ਦੱਖਣੀ ਔਰ ਪ੍ਰਭਾਤੀ ਦੱਖਣੀ, ਇਹ ਸਧਰਨ ਰਾਗ ਨੇ ਜਿਹੜੇ ਗੁਰੂ ਸਾਹਿਬ ਆਪਣੀ ਬਾਣੀ ਦੇ ਵਿੱਚ ਪ੍ਰਯੋਗ ਕਰ ਰਹੇ ਨੇ। ਕਿਉਂ ਪ੍ਰਯੋਗ ਕਰ ਰਹੇ ਨੇ ਇਸ ਬਾਰੇ ਮੈਂ ਤੁਹਾਡੇ ਨਾਲ ਬਾਅਦ ਵਿੱਚ ਸ਼ੇਅਰ ਕਰਦਾ। ਸੀਜ਼ਨਲ ਰਾਗ ਸਾਡੇ ਬਸੰਤ ਔਰ ਮਲਹਾਰ, ਔਰ ਫਿਰ ਮਾਝ, ਇਹ ਸਾਡੀਆਂ ਐਸੇ ਰਾਗ ਨੇ ਮਾਝ, ਆਸਾ, ਤੁਖਾਰੀ, ਗੌੜੀ ਮਾਝ ਔਰ ਗੌੜੀ ਮਾਲਾ ਤੱਕ, ਜਿਹੜੇ ਭਾਰਤੀ ਸੰਗੀਤ ਵਿੱਚ ਐਗਜ਼ਿਸਟ ਹੀ ਨਹੀਂ ਕਰਦੇ, ਕੇਵਲ ਅਤੇ ਕੇਵਲ ਸਿੱਖ ਸੰਗੀਤ ਦਾ ਹਿੱਸਾ ਨੇ। ਮੈਂ ਇਸ ਕਰਕੇ ਤੁਹਾਨੂੰ ਇਹਨਾਂ ਰਾਗਾਂ ਦੇ ਨਾਲ ਸਾਂਝ ਜਿਹੜੀ ਹੈ ਉਹ ਪੁਆਈ ਹੈ, ਕਿਉਂਕਿ ਗੁਰੂ ਸਾਹਿਬ ਨੇ ਹਰ ਇੱਕ ਸ਼ਬਦ ਦੇ ਲਈ, ਆਪਣੀ ਬਾਣੀ ਦਾ ਸੰਚਾਰ ਕਰਨ ਦੇ ਲਈ ਹਰ ਇੱਕ ਸ਼ਬਦ ਦੇ ਲਈ ਡਿਫਰੈਂਟ ਰਾਗ ਦਾ ਪ੍ਰਯੋਗ ਕੀਤਾ। ਜਿਵੇਂ ਅਸੀਂ ਕਿਸੇ ਨੂੰ ਕੋਈ ਗੱਲ ਕਨਵੇ ਕਰਨ ਦੇ ਲਈ ਡਿਫਰੈਂਟ ਲੈਂਗੁਏਜ ਵਰਤਦੇ ਹਾਂ, ਉਸੇ ਤਰ੍ਹਾਂ ਹੀ ਇਹ ਜਿਹੜਾ ਮੈਲੋਡਿਕ ਅਰੇਂਜਮੈਂਟ ਹੈ ਰਾਗ ਦਾ ਬਿਲਕੁਲ ਡਿਫਰੈਂਟ ਹੈ। ਅਗਰ ਅਸੀਂ ਇਸ ਨੂੰ ਵਿਸਾਰ ਦੇਵਾਂਗੇ ਤਾਂ ਅਸੀਂ ਸਹੀ ਢੰਗ ਦੇ ਨਾਲ ਜਿਹੜਾ ਉਸ ਸ਼ਬਦ ਦਾ ਕਮਿਊਨੀਕੇਸ਼ਨ ਹੈ ਉਹ ਸਹੀ ਢੰਗ ਨਾਲ ਨਹੀਂ ਕਰ ਸਕਾਂਗੇ। ਅਗਰ ਆਸਾ ਦਾ ਸ਼ਬਦ ਹੈ ਔਰ ਆਸਾ ਗੁਰੂ ਸਾਹਿਬ ਨੇ ਸਾਨੂੰ ਰਾਗ ਦਿੱਤਾ, ਅਗਰ ਉਸ ਦੇ ਮੈਲੋਡਿਕ ਅਰੇਂਜਮੈਂਟ ਦੇ ਵਿੱਚ, ਉਸ ਦੇ ਸੁਰਾਤਮਕ ਰੰਗ ਵਿੱਚ ਅਸੀਂ ਗਾਇਨ ਨਹੀਂ ਕਰਾਂਗੇ ਤਾਂ ਉਹ ਸ਼ਬਦ ਦਾ ਸਹੀ ਭਾਵ ਸਾਡੇ ਤੱਕ ਨਹੀਂ ਪਹੁੰਚੇਗਾ। ਔਰ ਕੇਵਲ ਗੁਰੂ ਸਾਹਿਬ ਸਾਨੂੰ ਇਹੀ ਨਹੀਂ ਕਹਿ ਰਹੇ ਕਿ ਇੰਡੀਕੇਸ਼ਨ ਆਸਾ ਦੀ ਦੇ ਦਿੱਤੀ, ਉਹਨਾਂ ਨੇ ਨਾਲ ਸਾਨੂੰ ਇਹ ਵੀ ਦੱਸਿਆ, ਜਿਵੇਂ ਕਹਿ ਰਹੇ ਨੇ ਕਿ ਵਾਰ ਸਲੋਕਾਂ ਨਾਲ, ਸਲੋਕ ਵੀ ਮਹਿਲੇ ਪਹਿਲੇ ਕੇ ਲਿਖੇ ਟੂੰਡੇ ਅਸ ਰਾਜੇ ਕੇ। ਹੁਣ ਅਸ ਦੇਸ਼ ਦਾ ਰਾਜਾ, ਅਸ ਇੱਕ ਇਲਾਕਾ ਹੈ, ਅਸ ਇੱਕ ਇਲਾਕਾ ਹੈ ਔਰ ਉਸ ਇਲਾਕੇ ਦਾ ਇੱਕ ਟੂੰਡਾ ਅਸ ਰਾਜ ਸੀ, ਉਸ ਦੀ ਇੱਕ ਆਪਣਾ ਇਤਿਹਾਸ ਹੈ, ਉਸ ਦੀ ਵਾਰ ਸੀ, ਉਹ ਵਾਰ ਲੋਕਾਂ ਵਿੱਚ ਪ੍ਰਚਾਰ ਅਧੀਨ ਸੀ ਔਰ ਉਸ ਤੋਂ ਵਿਕਸਿਤ ਰਾਗ ਹੈ ਆਸਾ। ਇਸੇ ਕਰਕੇ ਗੁਰੂ ਸਾਹਿਬ ਸਾਨੂੰ ਉਹਨਾਂ ਰਾਗਾਂ ਦੇ ਸਰੋਤ ਵੀ ਨਾਲ ਦੱਸ ਰਹੇ ਨੇ, ਇੰਡੀਕੇਸ਼ਨ ਨਾਲ ਦੇ ਰਹੇ ਨੇ, ਜਿਹੜਾ ਕਿ ਹਾਈਲੀ ਸੈਂਟੀਫਿਕ ਕੰਮ ਹੈ ਔਰ ਇੰਡੀਅਨ ਮਿਊਜ਼ਿਕ ਦੇ ਲਈ ਵੀ ਬੜੀ ਵੱਡੀ ਗੱਲ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਉਹਨਾਂ ਰਾਗਾਂ ਦੇ ਸਰੋਤ ਵੀ ਦੱਸੇ। ਅਗਰ ਮਾਝ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਸ ਦੇ ਉੱਤੇ ਸਾਨੂੰ ਲੱਲਾ ਬਹਿਲੀਮਾ ਕੀ ਜਿਹੜੀ ਰਾਏ ਮਾਮੇ ਹਸਨੇ ਕੀ ਜਿਹੜੀ ਧੁਨੀ ਹੈ ਉਹ ਦਿੱਤੀ ਹੈ। 22 ਵਾਰਾਂ ਨੇ, 9 ਵਾਰਾਂ ਦੇ ਉੱਤੇ ਜਿਹੜੀਆਂ ਧੁਨੀਆਂ ਦਿੱਤੀਆਂ ਨੇ ਉਹ ਡਿਫਰੈਂਟ ਰਾਗਾਂ ਦੇ ਸੰਕੇਤ ਵਜੋਂ ਹੀ ਸਾਨੂੰ ਦਿੱਤੀਆਂ ਨੇ। ਔਰ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਅਗਰ ਸਿੱਧਾਂ ਕੋਲ ਜਾਂਦੇ ਨੇ ਤਾਂ ਸਿੱਧਾਂ ਦਾ ਜਿਹੜਾ ਪ੍ਰਿਯ ਰਾਗ ਹੈ ਰਾਮਕਲੀ, ਤੁਸੀਂ ਦੇਖ ਰਹੇ ਹੋ ਕਿ ਰਾਮਕਲੀ ਦੇ ਵਿੱਚ ਕਿਹੜੀ ਬਾਣੀ ਹੈ, ਸਿੱਧ ਗੋਸ਼ਟ, ਔਰ ਰਾਮਕਲੀ ਦੇ ਵਿੱਚ ਹੀ ਸਾਡੇ ਕੋਲ ਅਨੰਦ ਸਾਹਿਬ ਦੀ ਬਾਣੀ ਹੈ। ਦਸਮ ਪਾਤਸ਼ਾਹ ਦੀ ਜਿੰਨੀ ਬਾਣੀ ਯੋਗ ਮਤ ਬਾਰੇ, ਸਿੱਧ ਮਤ ਬਾਰੇ ਹੈ, ਰੇਮਨ ਐਸੋ ਕਰਸਨੇ ਆਸਾ ਔਰ ਬੈਰਾਗ ਬਾਰੇ ਹੈ, ਯੋਗ ਬਾਰੇ ਹੈ, ਉਹ ਸਾਰੀ ਬਾਣੀ ਰਾਗ ਰਾਮਕਲੀ ਦੇ ਵਿੱਚ ਹੀ ਅੰਕਿਤ ਹੈ। ਔਰ ਇਹ ਜਿਹੜੀ ਖਾਸ ਬਾਣੀ ਦੇ ਲਈ ਔਰ ਖਾਸ ਵਿਸ਼ਿਆਂ ਦੇ ਲਈ ਰਾਗ ਦੀ ਚੋਣ ਕਰਨਾ, ਇਹ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਐਸਾ ਮਾਡਲ ਹੈ ਜਿਹੜਾ ਸ਼ਬਦ ਅਤੇ ਸੰਗੀਤ ਦਾ ਮਾਡਲ ਹੈ, ਜਿਹਨੂੰ ਵਿਸਾਰਨਾ ਬਹੁਤ
ਸਾਡੇ ਲਈ ਕਠਿਨ ਹੋ ਜਾਏਗਾ ਜੇ ਅਸੀਂ ਉਸ ਨੂੰ ਵਿਸਾਰ ਰਹੇ ਹਾਂ ਤਾਂ। ਹੁਣ ਅਗਰ ਗੁਰੂ ਨਾਨਕ ਪਾਤਸ਼ਾਹ ਸਨਾਤਨੀ ਰਾਗਾਂ ਦਾ, ਕਲੈਸ਼ਿਕਲ ਰਾਗਾਂ ਦਾ ਇਸਤੇਮਾਲ ਕਰ ਰਹੇ ਨੇ ਅਤੇ ਨਾਲ ਹੀ ਉਹ ਦੇਸੀ ਪਰੰਪਰਾ ਦੇ ਵਿੱਚੋਂ ਵੀ ਰਾਗ ਵਰਤ ਰਹੇ ਨੇ, ਜਿਹੜਾ ਸਾਡਾ ਲੋਕ ਸੰਗੀਤ ਦਾ ਰਾਗ ਹੈ, ਇਲਾਕਾਈ ਰਾਗ ਵੀ ਵਰਤ ਰਹੇ ਨੇ। ਸਾਊਥ ਦੇ ਰਾਗ ਕਿਉਂ ਵਰਤੇ ਨੇ? ਦੱਖਣ ਦੇ ਵਿੱਚ ਇੱਕ ਮੰਦਰ ਹੈ ਓਂਕਾਰ, ਆਰਤੀ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਧਨਾਸਰੀ ਰਾਗ ਦੇ ਵਿੱਚ ਆਰਤੀ ਹੈ, ਪਰ ਇੱਕ ਸਾਡੀ ਬਾਣੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਦੱਖਣੀ ਓਂਕਾਰ, ਗਲਤੀ ਨਾਲ ਕਹਿੰਦੇ ਹਾਂ, ਉਹ ਦੱਖਣੀ ਓਂਕਾਰ ਨਹੀਂ, ਉਹ ਬਾਣੀ ਦਾ ਨਾਂ ਕੀ ਹੈ? ਓਅੰਕਾਰ। ਔਰ ਰਾਗ ਕੀ ਹੈ ਉਹਦਾ? ਰਾਮਕਲੀ ਦੱਖਣੀ। ਦੱਖਣ ਦੇ ਵਿੱਚ ਨਰਮਦਾ ਕੰਢੀ ਦੇ ਕੰਢੇ ਦੇ, ਨਰਮਦਾ ਨਦੀ ਦੇ ਕੰਢੇ ਦੇ ਉੱਤੇ ਇੱਕ ਓਂਕਾਰ ਦਾ ਮੰਦਰ ਹੈ, ਓਨਮ ਦਾ ਉੱਥੇ ਤਿਉਹਾਰ ਮਨਾਇਆ ਜਾਂਦਾ, ਔਰ ਉੱਥੇ ਸਤਿਗੁਰ ਪਾਤਸ਼ਾਹ ਜਿਹੜੇ ਨੇ ਸੁਣ ਪਾਂਡੇ ਕਿਆ ਲਿਖ ਹੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ, ਇਹ ਬਾਣੀ ਦਾ ਉੱਥੇ ਉਚਾਰਨ ਕਰ ਰਹੇ ਨੇ, ਔਰ ਹਿਸਟੋਰੀਕਲੀ ਸਾਡੇ ਸਰੋਤਾਂ ਤੋਂ ਉਸਦਾ ਹਵਾਲਾ ਮਿਲਦਾ। ਔਰ ਰਾਗ ਕਿਹੜਾ ਵਰਤ ਰਹੇ ਨੇ? ਸਾਊਥ ਦਾ ਰਾਗ ਵਰਤ ਰਹੇ ਨੇ। ਜਿਸ ਥਾਂ 'ਤੇ ਗਏ, ਜਿਨ੍ਹਾਂ ਲੋਕਾਂ ਨੂੰ ਸੰਬੋਧਨ ਕੀਤਾ, ਉਹਨਾਂ ਲੋਕਾਂ ਦੇ ਲਈ ਉਹਨਾਂ ਨੇ ਉਹੀ ਰਾਗ ਵਰਤੇ। ਹੁਣ ਅਸੀਂ ਜੇ ਆਪਣਾ ਕੋਈ ਵਿਧਾਨ ਬਣਾ ਕੇ ਉਹਨਾਂ ਰਾਗਾਂ ਨੂੰ ਇਗਨੋਰ ਕਰ ਦਿਆਂਗੇ ਤਾਂ ਫਿਰ ਅਸੀਂ ਸ਼ਾਇਦ ਗੁਰੂ ਦੇ ਉਸ ਹੁਕਮ ਦੀ ਪਾਲਣਾ ਨਹੀਂ ਕਰਾਂਗੇ। ਸੋ ਮੇਰਾ ਅੱਜ ਦੇ ਮੰਚ ਤੋਂ ਤੁਹਾਨੂੰ ਇੱਕ ਬੇਨਤੀ ਇਹ ਕਰਨੀ ਬੜੀ ਜ਼ਰੂਰੀ ਹੈ ਕਿ ਸਿੱਖ ਰਹਿਤ ਮਰਿਆਦਾ ਦਾ ਜਿਹੜਾ ਖਰੜਾ ਹੈ, ਉਸ ਵਿੱਚ ਵੀ ਜਦੋਂ ਕੀਰਤਨ ਨੂੰ ਪਰਿਭਾਸ਼ਿਤ ਕੀਤਾ ਗਿਆ ਤਾਂ ਉਸ ਵਿੱਚ ਉਹਨਾਂ ਨੇ ਕਿਹਾ ਕਿ ਕੀਰਤਨ ਉਹ ਹੈ ਜੋ ਰਾਗਾਂ ਦੇ ਵਿੱਚ ਸ਼ਬਦ ਦਾ ਗਾਇਨ ਹੋਵੇ, ਇਹੀ ਪਰਿਭਾਸ਼ਾ ਸਾਨੂੰ ਦਿੱਤੀ ਗਈ ਹੈ। ਅਗਰ ਅਸੀਂ ਆਪਣੇ ਗੁਰੂ ਘਰਾਂ ਦੇ ਵਿੱਚ, ਇਸ ਗੁਰੂ ਘਰ ਨੇ ਹੀ ਉਸ ਪਰੰਪਰਾ ਨੂੰ ਆਰੰਭ ਕਰਨਾ ਔਰ ਉਸ 'ਤੇ ਪੂਰਾ ਪਹਿਰਾ ਦੇਣਾ, ਔਰ ਮੈਂ ਚਾਹਾਂਗਾ ਕਿ ਗੁਰੂ ਘਰ ਇਸ ਗੱਲ ਬਾਰੇ ਜ਼ਰੂਰ ਸੁਚੇਤ ਹੋਣ, ਕਿਉਂਕਿ ਉਹਨਾਂ ਦਾ ਕੰਮ ਹੈ। ਦਰਬਾਰ ਸਾਹਿਬ ਤੋਂ ਹੁਣ ਵਰਤਮਾਨ ਸਮੇਂ ਕਾਫੀ ਇਸ ਗੱਲ ਦੇ ਵੱਲ ਧਿਆਨ ਦਿੱਤਾ ਜਾ ਰਿਹਾ ਕਿ ਜਿਹੜੇ ਰਾਗੀ ਸਿੰਘ ਨੇ ਉਹ ਨਿਰਧਾਰਿਤ ਰਾਗਾਂ ਦੇ ਵਿੱਚ ਕੀਰਤਨ ਕਰਨ, ਨਿਰਧਾਰਿਤ ਰਾਗ ਉਹਨੇ ਜੋ ਬਾਣੀ ਦੇ ਉੱਪਰ ਅੰਕਿਤ ਨੇ, ਔਰ ਗੁਰੂ ਘਰਾਂ ਦੇ ਵਿੱਚ ਇਸ ਪਰੰਪਰਾ ਨੂੰ ਕਾਇਮ ਰੱਖਣਾ ਬੜਾ ਜ਼ਰੂਰੀ ਹੋਏਗਾ। ਔਰ ਮੈਂ ਇਸ ਕਰਕੇ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਅਗਰ ਇਹ ਰਾਗ ਅਸੀਂ ਇਹਨਾਂ ਨੂੰ ਅਪਲਾਈ ਨਾ ਕੀਤਾ, ਇਹਨਾਂ ਦਾ ਅਸੀਂ ਪ੍ਰਯੋਗ ਭੁੱਲ ਗਏ ਤਾਂ ਆਉਣ ਵਾਲੀਆਂ ਜਨਰੇਸ਼ਨ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ, ਕਿਉਂਕਿ ਲਿਖਤ ਰੂਪ ਵਿੱਚ ਹੀ ਰਹਿ ਜਾਣਗੇ ਕਿ ਗੌੜੀ ਹੈ, ਗੌੜੀ ਗੁਆਰੇਰੀ ਹੈ, ਗੌੜੀ ਪੂਰਬੀ ਦੀਪਕੀ ਹੈ। ਆਪਾਂ ਕੀਰਤਨ ਸੋਹਲੇ ਵਿੱਚ ਹੀ ਨਾਮ ਜਿਹੜੇ ਨੇ ਹੈਡਿੰਗ ਪੜ੍ਹਾਂਗੇ, ਪਰ ਇਹ ਇੱਕ ਵੱਡੀ ਵਿਰਾਸਤ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਸਿੱਖ ਸੰਗੀਤ ਨੂੰ ਦਿੱਤੀ ਸੀ, 31 ਮੁੱਖ ਰਾਗਾਂ ਦੀ, 31 ਰਾਗ ਪ੍ਰਕਾਰਾਂ ਦੀ, ਦਸਮ ਗ੍ਰੰਥ ਦੇ ਰਾਗਾਂ ਦੀ, ਸਰਬਲੋਕ ਗ੍ਰੰਥ ਦੇ ਰਾਗਾਂ ਦੀ, ਉਹ ਸਾਰੀ ਪਰੰਪਰਾ ਸਾਡੇ ਕੋਲੋਂ ਵਿਸਰ ਜਾਏਗੀ, ਔਰ 550 ਸਾਲਾਂ ਉੱਤੇ ਅਗਲੀ ਜਿਹੜੀ ਸਾਡੀ ਜਨਰੇਸ਼ਨ ਹੈ ਸਾਨੂੰ ਕਦੇ ਮੁਆਫ਼ ਨਹੀਂ ਕਰੇਗੀ ਜੇਕਰ ਅਸੀਂ ਇਹਨਾਂ ਨੂੰ ਅਪਲਾਈ ਨਾ ਕੀਤਾ, ਇਹਨਾਂ ਦਾ ਗਾਇਨ ਨਾ ਕੀਤਾ, ਇਹਨਾਂ ਦਾ ਪ੍ਰਚਾਰ ਨਾ ਕੀਤਾ। ਰਾਗ ਨਾਲ ਬਿਲਕੁਲ ਨਹੀਂ ਜੁੜਨਾ, ਜੁੜਨਾ ਤਾਂ ਅਸੀਂ ਸ਼ਬਦ ਨਾਲ ਹੈ, ਪਰ ਰਾਗ ਇੱਕ ਮਾਧਿਅਮ ਜ਼ਰੂਰ ਹੈ ਉਸ ਸ਼ਬਦ ਦੇ ਕਮਿਊਨੀਕੇਸ਼ਨ ਦਾ, ਉਸ ਸ਼ਬਦ ਨੂੰ ਅੱਗੇ ਟਰਾਂਸਮਿਟ ਕਰਨ ਦਾ। ਇਸ ਕਰਕੇ ਇਸ ਗੱਲ ਵੱਲ ਸਾਨੂੰ ਜ਼ਰੂਰ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ, ਔਰ ਮੈਂ ਖਾਸ ਤੌਰ 'ਤੇ ਤੁਹਾਨੂੰ ਇਸ ਦੀ ਜਿਹੜੀ ਬੇਨਤੀ ਹੈ ਉਹ ਕਰਨੀ ਚਾਹਾਂਗਾ। ਇਸ ਤੋਂ ਅੱਗੇ ਅਗਲਾ ਜਿਹੜਾ ਨੁਕਤਾ ਹੈ ਉਹ ਹੈ ਕਿ ਸਾਨੂੰ ਗੁਰੂ ਸਾਹਿਬ ਨੇ ਹਰ ਬਾਣੀ ਦੇ ਉੱਪਰ ਬੜਾ ਜਿਹੜੀ ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਬਾਕੀ ਉਹਦੀ ਵਿਆਖਿਆ ਸਾਰੀ ਹੋ, ਮੇਰਾ ਕੰਮ ਸੌਖਾ ਹੋ ਗਿਆ, ਜਿਹੜੀ ਵਿਚਾਰਤਾਈ ਥਰੈਟੀਕਲ ਪਾਰਟ ਪਹਿਲਾਂ ਉਸਦਾ ਸੰਪੰਨ ਹੋ ਗਿਆ। ਮੈਂ ਸਟਰਕਚਰ ਦੀ ਗੱਲ ਕਰ ਰਿਹਾ, ਸਟਰਕਚਰ ਨੂੰ ਅਗਰ ਵੇਖਦੇ ਹਾਂ ਤਾਂ ਸਾਰਾ ਗ੍ਰੰਥ ਇੱਕ ਗਾਇਨ ਕੀਤੀ ਜਾਣ ਵਾਲੀ ਰਚਨਾ ਦੇ ਤੌਰ 'ਤੇ ਸੰਕਲਿਤ ਕੀਤਾ ਗਿਆ, ਕਿਉਂਕਿ ਰਾਗਾਂ ਵਿੱਚ ਹੈ, ਔਰ ਰਾਗਾਂ ਦੇ ਵਿੱਚ 31 ਰਾਗਾਂ ਵਿੱਚ ਬਾਣੀ ਉਚਾਰ ਵੰਡ ਦਿੱਤੀ, ਕਲੈਸੀਫਾਈ ਕਰ ਦਿੱਤੀ। ਇਹ ਗੁਰੂ ਵਾਈਜ਼ ਬਾਣੀ ਨਹੀਂ ਹੈ ਕਿ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਆ ਗਈ ਜਾਂ ਫਿਰ ਉਸ ਤੋਂ ਬਾਅਦ ਦੂਸਰਿਆਂ ਦੀ ਬਾਣੀ ਆ ਗਈ, ਸਗੋਂ ਰਾਗਾਂ ਦੇ ਮੁਤਾਬਕ ਬਾਣੀ ਕਰਦਿਆਂ ਹੋਇਆਂ ਉਹਨਾਂ ਨੇ ਸਾਰੀ ਬਾਣੀ ਨੂੰ ਇੱਕ ਵਿਧਾਨ ਵਿੱਚ, ਇੱਕ ਪ੍ਰਬੰਧ ਦੇ ਵਿੱਚ ਜਿਹੜਾ ਹੈ ਸਾਡੇ ਸਾਹਮਣੇ ਰੱਖ ਦਿੱਤਾ, ਜਿਹਨੂੰ ਅਸੀਂ ਮਿਊਜ਼ੀਕਾਲੋਜੀਕਲ ਸਿਸਟਮ ਆਫ ਗੁਰਬਾਣੀ ਕਹਿੰਦੇ ਹਾਂ ਜਾਂ ਗੁਰਮਤ ਸੰਗੀਤ ਕਹਿੰਦੇ ਹਾਂ ਜਾਂ ਸੰਗੀਤ ਪ੍ਰਬੰਧ ਆਖਦੇ ਹਾਂ, ਜਿਹਦੇ ਵਿੱਚ ਰਾਗ ਬਾਰੇ ਆਪਾਂ ਗੱਲ ਕੀਤੀ, ਔਰ ਉਸ ਤੋਂ ਬਾਅਦ ਜਿਹੜਾ ਅਸ਼ਟਪਦੀ, ਚੌਪਦੇ, ਚੰਤ, ਅਲਾਉਣੀਆਂ, ਵਾਰਾਂ, ਘੋੜੀਆਂ, ਇਹ ਸਾਰੇ ਜਿਹੜੇ ਸਿਰਲੇਖ ਦਿੱਤੇ ਨੇ ਇਹਨਾਂ ਦਾ ਸਾਡੇ ਲਈ ਬਹੁਤ ਜ਼ਿਆਦਾ ਮਹੱਤਵ ਹੈ, ਔਰ ਇੱਕ ਬੜੀ ਵੱਡੀ ਵਿਰਾਸਤ ਹੈ ਜਿਹਨੂੰ ਅਸੀਂ ਸਾਰਿਆਂ ਨੇ ਅਣਗੌਲਿਆਂ ਕਰ ਦਿੱਤਾ। ਆਪਾਂ ਪਾਠ ਬਹੁਤ ਕਰ ਰਹੇ ਹਾਂ, ਪਾਠ ਹੋਣੇ ਵੀ ਚਾਹੀਦੇ ਨੇ, ਪਰ ਇਹਦੇ ਨਾਲ ਨਾਲ ਸਾਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਨਾ ਕਿ ਅਸ਼ਟਪਦੀ ਜਿਹੜੀ ਹੈ ਉਸ ਦਾ ਸਟਰਕਚਰ ਦੇ ਲੈਵਲ 'ਤੇ ਕੀ ਮੀਨਿੰਗ ਹੈ, ਗਾਇਨ ਵਿੱਚ ਉਸਦਾ ਕੀ ਮੀਨਿੰਗ ਹੈ, ਔਰ ਅਸੀਂ ਸੁਖਮਣੀ ਸਾਹਿਬ ਦਾ ਵੀ ਬਹੁਤ ਪਾਠ ਕਰ ਰਹੇ ਹਾਂ, ਪਰ ਜੈ ਦੇਵ ਗੀਤ ਗੋਬਿੰਦ ਰਚ ਰਹੇ ਨੇ, 12ਵੀਂ
ਸ਼ਤਾਬਦੀ ਦੇ ਵਿੱਚ। ਉਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਅਸ਼ਟਪਦੀ ਦਾ ਜਿਹੜਾ ਹੈ ਅੰਗ ਉਲੇਖ ਕਰ ਰਹੇ ਨੇ, ਸਾਰੇ ਗੁਰੂ ਸਾਹਿਬਾਨ ਨੇ ਇਸ ਨੂੰ ਵਰਤ ਰਹੇ ਨੇ। ਤਾਂ ਅਸ਼ਟਪਦੀ ਦਾ ਸਟਰਕਚਰ ਕੀ ਹੈ, ਉਸ ਨੂੰ ਅਸੀਂ ਕਿਵੇਂ ਉਸ ਦਾ ਪਾਠ ਕਰਨਾ, ਕਿਵੇਂ ਉਸ ਦਾ ਕੀਰਤਨ ਕਰਨਾ, ਇਹ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ। ਜੇ ਅਸੀਂ ਇਸ ਨੂੰ ਛੱਡ ਦਿੱਤਾ ਤਾਂ ਇੱਕ ਵੱਡੀ ਵਿਰਾਸਤ ਨੂੰ ਅਸੀਂ ਵਿਸਾਰ ਰਹੇ ਹੋਵਾਂਗੇ। ਸੇਮ ਪਦੇ ਨੇ, ਪਦੇ ਚੌਪਦੇ ਦੁਪਦੇ ਤਿੱਪਦੇ, ਇਹ ਆਪਣੇ ਆਪ ਦੇ ਵਿੱਚ ਇੱਕ ਖਾਸ ਸਿੰਗਿੰਗ ਸਟਾਈਲ ਹੈ, ਗਾਇਨ ਦਾ ਇੱਕ ਖਾਸ ਰੂਪ ਹੈ ਜਿਹੜਾ ਅਸੀਂ ਨਹੀਂ ਪ੍ਰਚਾਰ ਰਹੇ। ਛੰਤ, ਆਸਾ ਦੀ ਵਾਰ ਦੇ ਵਿੱਚ ਛੰਤ ਸਾਡੇ ਛੰਦ ਗਾਉਂਦੇ ਹੁੰਦੇ ਸੀ ਪਿੰਡਾਂ ਦੇ ਵਿੱਚ, ਵਿਆਹ 'ਤੇ ਗਾਉਂਦੇ ਨੇ। ਤਾਂ ਛੰਤ ਇੱਕ ਲੋਕ ਕਾਵਿ ਰੂਪ ਇਸਤੇਮਾਲ ਕੀਤਾ ਜਿਹਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦੇ ਛੰਤ ਆਸਾ ਦੀ ਵਾਰ ਦਾ ਹਿੱਸੇ ਨੇ, ਬਾਕੀ ਗੁਰੂ ਵੀ ਗੁਰੂਆਂ ਦੇ। ਔਰ ਵਾਰਾਂ, 22 ਵਾਰਾਂ, 9 ਧੁਨੀਆਂ ਅਲਾਉਣੀਆਂ ਜਿਹੜੀਆਂ ਅਕਾਲ ਚਲਾਣੇ ਦੇ ਸਮੇਂ ਗਾਈਆਂ ਜਾਂਦੀਆਂ ਨੇ, ਔਰ ਘੋੜੀਆਂ ਜਿਹੜੀਆਂ ਵਿਆਹ 'ਚ ਗਾਈਆਂ ਜਾਂਦੀਆਂ ਨੇ, ਉਹਦੇ ਪੈਰਲਲ ਗੁਰੂ ਸਾਹਿਬ ਸਾਨੂੰ ਦੇਹ ਤੇਜਣ ਜੀ ਵਡਹੰਸ ਰਾਗ ਦੇ ਵਿੱਚ ਘੋੜੀਆਂ ਦੀ ਬਾਣੀ ਪ੍ਰਦਾਨ ਕਰ ਰਹੇ ਨੇ, ਤਾਂ ਕਿ ਇੱਕ ਸੱਭਿਆਚਾਰਕ ਰੂਪਾਂਤਰਣ ਹੋ ਸਕੇ। ਔਰ ਜਿਹੜੀ ਕ੍ਰਾਂਤੀ ਆਂਤਰਿਕ ਕ੍ਰਾਂਤੀ ਹੈ, ਬਾਹਰੀ ਕ੍ਰਾਂਤੀ ਤੋਂ ਆਂਤਰਿਕ ਕ੍ਰਾਂਤੀ ਦਾ ਜਿਹੜਾ ਸਫ਼ਰ ਹੈ ਉਹ ਅਸੀਂ ਤੈਅ ਕਰ ਸਕੀਏ, ਇਸ ਲਈ ਕਲਾਸੀਕਲ ਔਰ ਜਿਹੜੇ ਫੋਕ ਦੇ ਸਾਰੇ ਸਿੰਗਿੰਗ ਸਟਾਈਲ ਨੇ ਉਹ ਗੁਰੂ ਸਾਹਿਬ ਸਾਡੇ ਇਸ ਉਸ ਦੇ ਲਈ ਵਰਤ ਰਹੇ ਨੇ। ਔਰ ਆਹ ਜਿਹੜਾ ਰਹਾਓ ਦਾ ਰਹਾਓ, ਤੁਸੀਂ ਆਮ ਜਦੋਂ ਬਾਣੀ ਦਾ ਪਾਠ ਕਰਦੇ ਹੋ ਥਾਂ ਪਰ ਥਾਂ ਆਉਂਦਾ ਰਹਾਓ, ਬਹੁਤ ਇੰਪੋਰਟੈਂਟ ਸਾਈਨ ਹੈ ਜਿਹਨੂੰ ਅਸੀਂ ਵਿਸਾਰ ਰਹੇ ਹਾਂ। ਰਹਾਓ ਦਾ ਥਾਂ ਪਰ ਥਾਂ ਜਦੋਂ ਗੁਰੂ ਸਾਹਿਬ ਅੰਕਿਤ ਕਰ ਰਹੇ ਨੇ, ਜਦੋਂ ਅਸੀਂ ਮੰਨ ਰਹੇ ਹਾਂ 1430 ਪੰਨੇ ਸਾਡਾ ਗੁਰੂ ਹੈ, ਤਾਂ ਉਸ ਵਿੱਚ ਇੱਕ ਕੋਈ ਨੁਕਤਾ ਇੱਕ ਵੀ ਲੱਗਿਆ ਹੋਇਆ ਜਿਹੜਾ ਹੈ ਉਹ ਉਸ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਅਸੀਂ ਉਸ ਨੂੰ ਹਰ ਤਰ੍ਹਾਂ ਨਾਲ ਵੇਖਣਾ। ਔਰ ਰਹਾਓ ਦਾ ਬੜਾ ਵੱਡਾ ਸਿੰਬਲ ਹੈ, ਰਹਾਓ ਵਿੱਚ ਆਮ ਤੁਹਾਨੂੰ ਪਤਾ ਕਿ ਸੈਂਟਰਲ ਆਈਡੀਆ ਹੋਇਆ ਕਰਦਾ, ਪਰ ਗੁਰਮਤਿ ਸੰਗੀਤ ਦੇ ਲਈ, ਸ਼ਬਦ ਕੀਰਤਨ ਦੇ ਲਈ ਇਸ ਦਾ ਬਹੁਤ ਜ਼ਿਆਦਾ ਮਹੱਤਵਪੂਰਨ ਇਸ ਕਰਕੇ ਹੈ ਕਿਉਂਕਿ ਉਸ ਤੋਂ ਅਸੀਂ ਗਾਇਨ ਦਾ ਪ੍ਰਾਰੰਭ ਕਰਨਾ। ਅਗਰ ਗੁਰੂ ਘਰ ਦੇ ਵਿੱਚ ਰਹਾਓ ਦੀ ਤੁੱਕ ਨੂੰ ਸਥਾਈ ਨਹੀਂ ਬਣਾਇਆ ਜਾ ਰਿਹਾ ਤਾਂ ਫਿਰ ਅਰਥ ਦਾ ਅਨਰਥ ਹੋਏਗਾ ਔਰ ਸਹੀ ਸਾਡੇ ਤੱਕ ਜਿਹੜਾ ਭਾਵ ਹੈ ਬਾਣੀ ਦਾ, ਬਾਣੀ ਦੀ ਪ੍ਰਕਿਰਤੀ ਜਿਹੜੀ ਹੈ ਸਾਡੇ ਤੱਕ ਨਹੀਂ ਪਹੁੰਚੇਗੀ। ਫੋਰ ਐਗਜ਼ਾਮਪਲ, ਤੁਸੀਂ ਸਾਰੇ ਹੀ ਆਪਾਂ ਗਾਉਂਦੇ ਹਾਂ ਕਿ ਜੋ ਬੜਾ ਅੱਛਾ ਲੱਗਦਾ ਸਾਨੂੰ, ਜੋ ਮੰਗ ਹੈ ਠਾਕੁਰ ਆਪਣੇ 'ਤੇ ਸੋਈ ਸੋਈ ਦੇਵੈ। ਸ਼ਬਦ ਆਰੰਭ ਕਿੱਥੋਂ ਹੋ ਰਿਹਾ? ਧਨਾਸਰੀ ਮਹੱਲਾ 5, ਠੀਕ ਹੈ। ਚਤੁਰਦਸ਼ਾ ਕਿਨੋਂ ਬਲ ਆਪਣਾ ਸਿਰ ਉੱਪਰ ਕਰਤਾ ਰਿਹੋ, ਕਿਰਪਾ ਕਟਾਕ ਅਵਲੋਕਨ ਕਿਨੋਂ ਦਾਸ ਕਰ ਦੁੱਖ ਵਧਾ ਰਿਹੋ। ਰਹਾਓ ਕਿਹੜੀ ਹੈ ਇਸਦੀ? ਹਰ ਜਨ ਰੱਖ ਹੈ ਗੁਰ ਗੋਬਿੰਦ। ਪਰ ਅਸੀਂ ਆਮ ਕਰਕੇ ਕੀ ਗਾਉਂਦੇ ਹਾਂ? ਕਿਉਂਕਿ ਸਾਨੂੰ ਅਸੀਂ ਮੰਗਣਾ, ਜ਼ਿਆਦਾ ਮੰਗਣਾ ਨਾ, ਜੋ ਮੰਗ ਹੈ ਠਾਕੁਰ ਆਪਣੇ 'ਤੇ। ਸੋ ਕਿਸ ਤਰ੍ਹਾਂ ਅਸੀਂ ਉਸ ਰਹਾਓ ਨੂੰ ਵਿਸਾਰ ਕੇ ਆਪਾਂ ਜੋ ਸੈਂਟਰਲ ਆਈਡੀਆ ਗੁਰੂ ਸਾਹਿਬ ਸਾਨੂੰ ਦੇਣਾ ਚਾਹੁੰਦੇ ਨੇ ਉਸ ਤੋਂ ਅਸੀਂ ਦੂਰ ਹੋ ਗਏ। ਇਸੇ ਤਰ੍ਹਾਂ ਹੀ ਅਗਰ ਲੱਖ ਖੁਸ਼ੀਆਂ ਪਾਤਸ਼ਾਹੀਆਂ ਸਾਨੂੰ ਬਹੁਤ ਅੱਛਾ ਲੱਗਦਾ, ਪਰ ਉੱਥੇ ਰਹਾਓ ਕੀ ਹੈ? ਮੇਰੇ ਮਨ ਏਕਸ ਸਿਓ ਚਿੱਤ ਲਾਏ, ਏਕਸ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ। ਔਰ ਅਸੀਂ ਉਸ ਰਹਾਓ ਤੋਂ ਸ਼ਿਫਟ ਕਰ ਲਿਆ ਆਪਣੇ ਆਪ ਹੀ। ਇਹ ਸਾਨੂੰ ਥੋੜ੍ਹਾ ਸੁਚੇਤ ਹੋਣਾ ਪਏਗਾ, ਔਰ ਪਾਠ ਵੇਲੇ ਵੀ ਜਦੋਂ ਅਸੀਂ ਉਸਦੇ ਅਰਥ ਦੀ ਅੰਡਰਸਟੈਂਡਿੰਗ ਕਰ ਰਹੇ ਹਾਂ ਉਸ ਵੇਲੇ ਵੀ ਉਸ ਰਹਾਓ ਨੂੰ ਅਸੀਂ ਸੈਂਟਰ ਵਿੱਚ ਰੱਖ ਕੇ ਸਾਰੇ ਸ਼ਬਦ ਨੂੰ ਵੇਖਣਾ ਹੋਏਗਾ। ਰਹਾਓ ਹੈ ਸੈਂਟਰ, ਸੈਂਟਰਲ ਆਈਡੀਆ ਹੈ ਉਸ ਵਿੱਚ। ਗਾਇਨ ਵਿੱਚ ਵੀ ਅਸੀਂ ਉਸ ਨੂੰ ਸਥਾਈ ਬਣਾਉਂਦੇ ਹਾਂ, ਔਰ ਉਹਦੇ ਆਲੇ ਦੁਆਲੇ ਅਸੀਂ ਸਾਰੇ ਜਿਹੜੇ ਬਾਕੀ ਦੇ 1, 2, 3 ਅੰਕ ਲੱਗੇ ਹੋਏ ਨੇ ਨਾ ਸਾਰੇ, ਸਾਰੀ ਬਾਣੀ ਦੀ ਖਾਸ ਕਿਸਮ ਦੀ ਡਿਜੀਟਾਈਜੇਸ਼ਨ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਕਰਕੇ ਰੱਖ ਦਿੱਤੀ ਹੈ। ਅਸੀਂ ਉਸ ਪਾਸੇ ਧਿਆਨ ਨਹੀਂ ਦਿੰਦੇ, ਅਸੀਂ ਬਾਣੀ ਵੱਲ ਧਿਆਨ ਦਿੰਦੇ ਹਾਂ। ਜਿੰਨੀ ਦੇਰ ਤੱਕ ਕਿਸੇ ਵੀ ਗ੍ਰੰਥ ਨੂੰ, ਕਿਸੇ ਵੀ ਸਪਿਰਚੁਅਲ ਟੈਕਸਟ ਨੂੰ ਸਮਝਣ ਦੇ ਲਈ ਉਸ ਦੇ ਅਸੀਂ ਅਰੇਂਜਮੈਂਟ ਨੂੰ ਨਹੀਂ ਸਮਝਾਂਗੇ, ਅਸੀਂ ਉਸ ਤੱਕ ਨਹੀਂ ਪਹੁੰਚ ਸਕਾਂਗੇ। ਪਰ ਇਹ ਸਾਰਾ ਅਰੇਂਜਮੈਂਟ ਮਿਊਜ਼ੀਕਲੋਜੀਕਲ ਅਰੇਂਜਮੈਂਟ ਹੈ, ਸੰਗੀਤ ਦਾ ਅਰੇਂਜਮੈਂਟ ਹੈ। ਇਸ ਕਰਕੇ ਤੁਹਾਨੂੰ ਸਾਰਿਆਂ ਨੂੰ, ਸੰਗਤ ਨੂੰ ਮੇਰੀ ਬੇਨਤੀ ਹੈ ਕਿ ਬੜਾ ਆਸਾਨ ਸਿਸਟਮ ਗੁਰੂ ਨੇ ਸਾਨੂੰ ਦਿੱਤਾ, ਜਿਹੜਾ ਕਿ ਸਨਾਤਨੀ ਪਰੰਪਰਾ ਔਰ ਦੇਸੀ ਪਰੰਪਰਾ, ਸਨਾਤਨੀ ਕਿਹੜੀ ਹੈ? ਕਲਾਸੀਕਲ ਟ੍ਰੈਡੀਸ਼ਨ ਸ਼ਾਸਤਰੀ ਸੰਗੀਤ ਦੀ, ਔਰ ਦੇਸੀ ਜਿਹੜੀ ਸਾਡੀ ਸੱਭਿਆਚਾਰ ਦੇ ਵਿੱਚੋਂ, ਲੋਕ ਪਰੰਪਰਾ ਦੇ ਵਿੱਚੋਂ ਆਈ ਹੈ। ਦੋਹਾਂ ਦਾ ਇੱਕ ਸੁਮੇਲ ਕਰ ਦਿੱਤਾ ਗੁਰੂ ਸਾਹਿਬ ਨੇ। ਗੁਰੂ ਸਾਹਿਬ ਨੇ ਆਸਾ ਦੀ ਵਾਰ ਵੀ ਸਾਡੇ ਤੋਂ ਗਵਾਈ ਹੈ, ਪਰ ਕਿਸ ਰਾਗ ਵਿੱਚ ਗਵਾਈ ਹੈ? ਰਾਗ ਆਸਾ ਵਿੱਚ ਗਵਾ ਦਿੱਤੀ ਕਿ ਗਾਓ ਭਾਈ, ਇਸ ਨੂੰ ਰਾਗਾਂ ਵਿੱਚ ਗਾਓ। ਰਾਗ ਪਰੰਪਰਾ ਜਿਹਨੂੰ ਸਨਾਤਨੀ ਲੋਕ, ਪੰਡਿਤ ਲੋਕ ਆਪਣੇ ਤੱਕ ਸੀਮਿਤ ਰੱਖਦੇ ਸੀ, ਉਹ ਸਾਨੂੰ ਦੇ ਦਿੱਤਾ। ਗ੍ਰੰਥ ਸਾਨੂੰ ਆਪਣਾ, ਸਾਡੀ ਆਪਣੀ ਲਿਪੀ ਵਿੱਚ ਦੇ ਦਿੱਤਾ, ਸਾਡੀ ਆਪਣੀ ਭਾਸ਼ਾ ਵਿੱਚ ਦੇ ਦਿੱਤਾ, ਔਰ ਸਾਨੂੰ ਇੱਕ ਬੜਾ ਵੱਡਾ ਆਪਣਾ ਸੰਗੀਤ ਦੇ ਦਿੱਤਾ, ਜਿਹੜਾ ਸਾਡਾ ਧਰਤੀ ਦਾ ਸੰਗੀਤ ਸੀ। ਹੁਣ ਉਹ ਅਸੀਂ ਆਪਣੀ ਉਸ ਧਰਤੀ ਦਾ ਜਿਹੜਾ ਸਿੱਖ ਸੰਗੀਤ ਸੀ, ਜੋ ਗੁਰੂ ਨਾਨਕ ਨੇ ਸਾਨੂੰ ਇਹਨਾਂ ਸਿੰਬਲਸ ਰਾਹੀਂ ਦਿੱਤਾ ਸੀ, ਇਹ ਵਿੱਚ ਲਗਾ ਲਗਾ ਕੇ, ਲਿਖ ਲਿਖ ਕੇ ਸਾਨੂੰ ਬਾਣੀ ਦੇ ਨਾਲ ਸਾਨੂੰ ਦਿੱਤਾ ਸੀ, ਅਸੀਂ ਉਹ ਸਾਰੇ ਕੁਝ ਨੂੰ ਹੌਲੀ ਹੌਲੀ ਵਿਸਾਰਦੇ ਜਾ ਰਹੇ ਹਾਂ। ਸਾਡੇ ਉੱਤੇ ਇੱਥੇ
ਸਾਡੇ ਸਾਰੇ ਹਰਕੀਰਤ ਹੋਰੀ ਬੈਠੇ ਨੇ, ਸਮਝਦੇ ਨੇ ਇਹਨਾਂ ਗੱਲਾਂ ਨੂੰ ਕਿ ਇਸ ਵੇਲੇ ਜਿੰਨਾ ਕੀਰਤਨ ਹੋ ਰਿਹਾ ਉਹ ਸਾਰਾ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਪ੍ਰਬੰਧ ਤੋਂ ਥੋੜ੍ਹਾ ਜਿਹਾ ਅਸੀਂ ਉਸ ਤੋਂ ਦੂਰ ਜਾ ਰਹੇ ਹਾਂ। ਮੈਂ ਜ਼ਿਆਦਾ ਔਖੇ ਸ਼ਬਦ ਨਾ ਵਰਤਾਂ, ਕੀਰਤਨੀਆਂ ਦਾ ਮੇਰੇ ਮਨ ਵਿੱਚ ਬਹੁਤ ਸਤਿਕਾਰ ਹੈ, ਪਰ ਉਸ ਦੇ ਵਿੱਚ ਗਜ਼ਲ ਅੰਗ ਜਿਹੜਾ ਹੈ, ਗੀਤ ਅੰਗ ਜਿਹੜਾ ਹੈ, ਕਵਾਲੀ ਅੰਗ ਜਿਹੜਾ ਹੈ, ਜਿਹੜੀਆਂ ਕਿ ਸਾਡੀਆਂ ਪਰੰਪਰਾਵਾਂ ਨਹੀਂ। ਸਾਡੀ ਪਰੰਪਰਾ ਕੀ ਹੈ? ਅਸੀਂ ਕੀ ਕਰਨਾ? ਸ਼ਬਦ ਦਾ ਕੀਰਤਨ ਕਰਨਾ। ਸਾਡੇ ਕੀਰਤਨ ਦਾ ਅੰਗ ਕੀ ਚਾਹੀਦਾ? ਸ਼ਬਦ ਅੰਗ ਚਾਹੀਦਾ। ਸਾਡਾ ਨਾ ਧਰੁਪਦ ਅੰਗ ਹੈ, ਨਾ ਠੁਮਰੀ ਅੰਗ ਹੈ, ਨਾ ਗੀਤ ਦਾ ਅੰਗ ਹੈ, ਨਾ ਗਜ਼ਲ ਦਾ ਅੰਗ ਹੈ। ਸਾਡੇ ਆਈਡੀਅਲ ਕੌਣ ਨੇ? ਸਾਡੇ ਕੀਰਤਨੀਏ ਨੇ। ਸਾਡੇ ਆਈਡੀਅਲ ਨੇ ਗਿਆਨ ਸਿੰਘ ਐਪਟਾਬਾਦ, ਸਾਡੇ ਆਈਡੀਅਲ ਨੇ ਭਾਈ ਸਮੁੰਦ ਸਿੰਘ, ਸਾਡੇ ਆਈਡੀਅਲ ਨੇ ਜਸਵੰਤ ਸਿੰਘ ਤੀਵਰ, ਔਰ ਐਸੇ ਲੋਕ ਸਾਡੇ ਆਈਡੀਅਲ ਨੇ ਫੁੱਲ ਸਾਹਿਬ ਬੈਠੇ ਨੇ, ਇਹਨਾਂ ਦੇ ਪ੍ਰਿੰਸੀਪਲ ਚੰਨਣ ਸਿੰਘ ਮਜਬੂਰ, ਜਿਨ੍ਹਾਂ ਨੇ ਸਾਰੀ ਉਮਰ ਤਾ ਉਮਰ ਆਸਾ ਦੀਆਂ ਵਾਰਾਂ ਲਾਈਆਂ, ਕੀਰਤਨ ਕੀਤੇ, ਰਾਗਾਂ ਦੀ ਸੰਭਾਲ ਕੀਤੀ, ਉਹ ਲੋਕ ਸਾਡੇ ਆਈਡੀਅਲ ਨੇ। ਉਹਨਾਂ ਦੇ ਗਾਣੇ ਦਾ ਜਿਹੜਾ ਅੰਗ ਹੈ, ਕੀਰਤਨ ਦਾ ਅੰਗ ਹੈ, ਉਹ ਸਾਡਾ ਆਈਡੀਅਲ ਹੈ। ਸਾਡੇ ਆਈਡੀਅਲ ਨੇ ਭਾਈ ਅਵਤਾਰ ਸਿੰਘ, ਭਾਈ ਬਲਬੀਰ ਸਿੰਘ, ਜਿਹਨਾਂ ਲੋਕਾਂ ਨੇ, ਭਾਈ ਹਰੀ ਸਿੰਘ, ਜਿਹਨਾਂ ਨੇ 50-50 ਸਾਲ ਹਰਿਮੰਦਰ ਸਾਹਿਬ ਤੋਂ ਕੀਰਤਨ ਕੀਤਾ, ਅਸੀਂ ਉਹਨਾਂ ਨੂੰ ਵਿਸਾਰ ਕੇ ਅਸੀਂ ਆਪਣੇ ਅਗਰ ਆਈਡੀਅਲ ਹੁਣ ਦੇ ਜਿਹੜੇ ਗਜ਼ਲ ਗਾਇਕ ਨੇ, ਗੀਤ ਗਾਇਕ ਨੇ, ਫਿਲਮੀ ਗੀਤ ਗਾਇਕ ਨੇ, ਉਹਨਾਂ ਨੂੰ ਬਣਾਵਾਂਗੇ ਤਾਂ ਅਸੀਂ ਇੱਕ ਵੱਡੀ ਵਿਰਾਸਤ ਨੂੰ ਆਪਣੇ ਹੱਥੀਂ ਹੀ ਖੋਰਾ ਲਾ ਰਹੇ ਹੋਵਾਂਗੇ। ਔਰ ਇਸ ਗੱਲ ਦੇ ਲਈ ਸਮੂਹ ਸੰਗਤ ਨੂੰ ਮੈਂ ਅਪੀਲ ਕਰਨਾ ਚਾਹਾਂਗਾ 550 ਸਾਲਾਂ ਅੰਤਰਰਾਸ਼ਟਰੀ ਕਾਨਫਰੰਸ ਦੇ ਇਸ ਮੰਚ ਤੋਂ ਕਿ ਇਸ ਗੱਲ ਵੱਲ ਧਿਆਨ ਦਿਓ, ਨਹੀਂ ਤਾਂ ਇੱਕ ਵੱਡੀ ਵਿਰਾਸਤ ਨੂੰ ਆਪਾਂ ਆਪਣੇ ਹੱਥਾਂ ਦੇ ਨਾਲ ਹੀ ਜਿਹੜਾ ਹੈ ਉਸ ਨੂੰ ਗੁਆ ਬੈਠਾਂਗੇ। ਮੈਂ ਅਰਜ਼ ਕਰ ਰਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਮਿਊਜ਼ੀਕੋਲੋਜੀਕਲ ਸਟਰਕਚਰ ਦੇ ਵਿੱਚ ਇਹ ਸਾਰਾ ਕੁਛ ਗੁਰੂ ਸਾਹਿਬ ਨੇ ਸਾਨੂੰ ਦਿੱਤਾ, ਔਰ ਇਹਦੇ ਨਾਲ ਮੈਂ ਇਹਦੀ ਡਿਟੇਲ ਵਿੱਚ ਨਹੀਂ ਜਾਂਦਾ, ਸਮੇਂ ਦੀ ਬੜੀ ਘਾਟ ਹੈ। ਇੱਕ ਮੈਂ ਗੱਲ ਤੁਹਾਡੇ ਨਾਲ ਜ਼ਰੂਰ ਕਰਨਾ ਚਾਹਾਂਗਾ ਕਿ ਇਸ ਅਵਸਰ ਦੇ ਉੱਤੇ ਅਗਰ ਅਸੀਂ ਇਹ ਅਹਿਦ ਕਰ ਲਈਏ, ਪਹਿਲੀ ਤਾਂ ਗੱਲ ਹੈ ਕਿ ਸਾਨੂੰ ਇਹ ਸੋਚਣਾ ਪਏਗਾ ਕਿ ਧਰਮ ਦਾ ਜਿਹੜਾ ਮਾਡਲ ਸਾਨੂੰ ਇਸ ਵੇਲੇ ਸਮਝਾਇਆ ਜਾ ਰਿਹਾ ਜਾਂ ਵਿਖਾਇਆ ਜਾ ਰਿਹਾ, ਕੀ ਉਹ ਸਾਡਾ ਮਾਡਲ ਹੀ ਹੈ, ਸਿੱਖੀ ਦਾ ਮਾਡਲ ਹੀ ਹੈ? ਜੋ ਗੁਰੂ ਸਾਹਿਬ ਨੇ ਸਾਨੂੰ ਕੀਰਤਨ ਦਾ ਮਾਡਲ ਦਿੱਤਾ ਸੀ ਜਾਂ ਸ਼ਬਦ ਦੇ ਸੰਚਾਰ ਦਾ ਮਾਡਲ ਦਿੱਤਾ ਸੀ, ਕੀ ਅਸੀਂ ਉਸੇ ਦਾ ਇਸਤੇਮਾਲ ਕਰ ਰਹੇ ਹਾਂ ਕਿ ਅਸੀਂ ਕਿਸੇ ਹੋਰ ਬ੍ਰਾਹਮਣੀ ਜਾਂ ਪੰਡਤਾਊ ਜਾਂ ਹੋਰ ਕਿਸੇ ਮਾਡਲ ਨੂੰ ਫਾਲੋ ਕਰ ਰਹੇ ਹਾਂ? ਸੋ ਇਸ ਕਰਕੇ ਮੈਂ ਤੁਹਾਨੂੰ ਇਹ ਐਕਸਪਲੇਨ ਕਰਨਾ ਚਾਹੁੰਦਾ ਸੀ, ਤੁਹਾਡੇ ਨਾਲ ਸਾਂਝ ਪਾਉਣਾ ਚਾਹੁੰਦਾ ਸੀ ਕਿ ਇਸ ਗੱਲ ਨੂੰ ਜ਼ਰੂਰ ਸਮਝੋ ਕਿ ਸਾਡਾ ਉਹ ਗਾਇਨ, ਸਾਡਾ ਉਹ ਕੀਰਤਨ ਸਾਡੇ ਆਪਣੇ ਸਿੱਖ ਸੰਗੀਤ ਦੇ ਮਾਡਲ ਦੇ ਨੇੜੇ ਹੋਵੇ। ਔਰ ਆਹ ਜਿਹੜੀਆਂ ਤੁਸੀਂ ਕੀਰਤਨ ਚੌਕੀਆਂ ਵੇਖ ਰਹੇ ਹੋ, ਇਹ ਤਿੰਨ ਪੈਰੇ ਦੀ ਕੀਰਤਨ ਚੌਕੀ, ਆਸਾ ਦੀਵਾਰ ਦੀ ਕੀਰਤਨ ਚੌਕੀ, ਬਿਲਾਵਲ ਦੀ, ਰਾਗਾਂ ਦੇ ਨਾਮ ਦੇ ਨਾਲ ਇਹ ਕੀਰਤਨ ਚੌਕੀ ਦਾ ਸਿਸਟਮ ਡਿਵੈਲਪ ਹੋਇਆ। ਔਰ ਦਰਬਾਰ ਸਾਹਿਬ ਦੇ ਵਿੱਚ ਗੁਰੂ ਸਾਹਿਬ, ਗੁਰੂ ਅਰਜਨ ਪਾਤਸ਼ਾਹ ਨੇ ਆਪ ਇਸ ਨੂੰ ਸਥਾਪਿਤ ਕੀਤਾ, ਕਿਸੇ ਇੱਕ ਵਿਅਕਤੀ ਨੇ ਸਥਾਪਿਤ ਨਹੀਂ ਕੀਤਾ। ਔਰ ਇਸ ਦਾ ਪ੍ਰਾਰੰਭ ਕਿੱਥੋਂ ਹੋ ਗਿਆ? ਗੁਰੂ ਨਾਨਕ ਪਾਤਸ਼ਾਹ ਤੋਂ। ਗੁਰੂ ਨਾਨਕ ਪਾਤਸ਼ਾਹ, ਭਾਈ ਗੁਰਦਾਸ ਜੀ ਦਾ ਹਵਾਲਾ ਹੈ, ਸੋਧਰ ਆਰਤੀ ਗਾਵੀ ਹੈ ਅੰਮ੍ਰਿਤ ਵੇਲੇ, ਇਸ ਉਸ ਵੇਲੇ ਸੋਧਰ ਲਗਾਈ ਜਾਂਦੀ ਸੀ, ਆਰਤੀ ਦਾ ਕੀਰਤਨ ਹੁੰਦਾ ਸੀ, ਆਸਾ ਦੀ ਵਾਰ ਗੁਰੂ ਅੰਗਦ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਦੇ ਸਨਮੁਖ ਉਸ ਦੀ ਰੀਤ ਚਲਾਈ। ਸੋ ਇਹ ਕੀਰਤਨ ਚੌਕੀ ਦੀ ਪਰੰਪਰਾ ਸਾਡੇ ਲਈ ਬਹੁਤ ਅਹਿਮੀਅਤ ਰੱਖਦੀ ਹੈ। ਔਰ ਤਿੰਨ ਪਹਿਰੇ ਤੋਂ ਲੈ ਕੇ ਦਰਬਾਰ ਸਾਹਿਬ ਤੁਸੀਂ ਜਾਂਦੇ ਹੋ, ਅਖੰਡ ਕੀਰਤਨ ਜਿਹੜਾ ਉੱਥੇ ਹੋ ਰਿਹਾ, ਉਹ ਕੋਈ ਇਹ ਨਹੀਂ ਕਿ ਕੋਈ ਵੀ ਸ਼ਬਦ ਲੈ ਲਓ ਔਰ ਉਸਦਾ ਕੀਰਤਨ ਕਰ ਦਿਓ। ਉਸ ਦਾ ਇੱਕ ਖਾਸ ਸਿਸਟਮ ਗੁਰੂ ਸਾਹਿਬ ਨੇ ਇਵਾਲਵ ਕੀਤਾ ਕਿ ਤਿੰਨ ਪਹਿਰੇ ਤੋਂ ਲੈ ਕੇ ਰਾਗਾਂ ਦੇ ਸਮੇਂ ਦੇ ਮੁਤਾਬਕ ਰਾਗਾਂ ਦੀਆਂ ਜਿਹੜੀਆਂ ਕੀਰਤਨ ਚੌਕੀਆਂ ਨੇ ਰਾਤ ਤੱਕ ਲੱਗਣਗੀਆਂ। ਕੇਵਲ ਜਿਹੜਾ ਸੇਵਾ ਸੰਭਾਲ ਦਾ ਸਮਾਂ ਹੈ ਉਸ ਤੋਂ ਬਿਨਾਂ ਸਾਰਾ ਸਮਾਂ ਉੱਥੇ ਕੀਰਤਨ ਹੁੰਦਾ। ਦੈਟ ਮੀਨਸ ਕਿ ਸਾਡੀ ਜਿਹੜੀ ਪ੍ਰੋਸੀਡਿੰਗ ਹੈ ਗੁਰਦੁਆਰਾ ਦੀ, ਉਸ ਦਾ ਮੋਰ ਦੈਨ 90% ਹਿੱਸਾ ਕੀਰਤਨ ਹੈ। ਪਰ ਕੀਰਤਨ ਦੇ ਹੀ ਜਿਹੜੇ ਮੋਡਿਊਲ 'ਤੇ ਜਿਹੜਾ ਸਾਨੂੰ ਮਿਊਜ਼ੀਕੋਲੋਜੀ ਦਿੱਤੀ ਹੈ ਉਸੇ ਦੇ ਪ੍ਰਤੀ ਅਸੀਂ ਸੁਚੇਤ ਨਹੀਂ। ਸਭ ਤੋਂ ਵੱਡੀ ਰਾਗ ਦੀ ਮੈਂ ਗੱਲ ਕੀਤੀ, ਔਰ ਇਹ ਕੀਰਤਨ ਚੌਕੀਆਂ ਨੂੰ ਅਗਰ ਅਸੀਂ ਨਹੀਂ ਸੰਭਾਲਾਂਗੇ ਤਾਂ ਇਹ ਸਾਡੇ ਕੋਲੋਂ ਇੱਕ ਬਹੁਤ ਵੱਡਾ ਜਿਹੜਾ ਸੰਗੀਤ ਦਾ ਖਜ਼ਾਨਾ ਹੈ ਉਹ ਸਾਡੇ ਕੋਲੋਂ ਜਾਂਦਾ ਰਹੇਗਾ। ਬਣਾਇਆ ਕੀ ਸੀ ਸਿਸਟਮ ਗੁਰੂ ਸਾਹਿਬ ਨੇ? ਗੁਰੂ ਸਾਹਿਬ ਨੇ ਬਣਾਇਆ ਸੀ ਕਿ ਇੱਕ ਦਿਨ ਦੇ ਵਿੱਚ ਅਸੀਂ ਸਾਰੀ ਜਿਹੜੀ ਬਾਣੀ ਹੈ, ਚਾਹੇ ਉਹ ਸ੍ਰੀ ਰਾਗ ਦੀ ਹੈ, ਮਾਝ ਰਾਗ ਦੀ ਹੈ, 31 ਰਾਗਾਂ ਦੀ, ਉਸ ਤੋਂ ਅਸੀਂ ਉਹਦੇ ਵਿੱਚੋਂ ਗੋ ਥਰੂ ਹੋ ਜਾਈਏ। ਤੋ ਮੈਂ ਸਮਾਂ ਮੇਰਾ ਪੂਰਨ ਹੋ ਚੁੱਕਾ, ਪੂਰਾ ਹੋ ਚੁੱਕਾ, ਮੈਂ ਜ਼ਿਆਦਾ ਡਿਟੇਲ ਵਿੱਚ ਨਹੀਂ ਜਾਵਾਂਗਾ। ਸਿਰਫ ਤੁਹਾਨੂੰ ਦੋ ਬੇਨਤੀਆਂ ਇਸ 550 ਸਾਲਾ ਸ਼ਤਾਬਦੀ ਅਵਸਰ ਕਾਨਫਰੰਸ ਦੇ ਅਵਸਰ ਉੱਤੇ ਕਰਨਾ ਚਾਹਾਂਗਾ ਕਿ ਇੱਕ ਤਾਂ ਰਾਗ ਦੀ ਪਰੰਪਰਾ ਨੂੰ ਅਸੀਂ ਸੰਭਾਲੀਏ, ਔਰ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾਂ ਉੱਤੇ ਜਿਹੜੇ ਸਾਨੂੰ ਸਟਿੰਗ ਇੰਸਟਰੂਮੈਂਟ ਦਿੱਤੇ, ਖਾਸ ਤੌਰ 'ਤੇ ਤੁਸੀਂ ਵੇਖਦੇ ਹੋ ਕਿ ਗੁਰੂ ਨਾਨਕ ਪਾਤਸ਼ਾਹ ਦੇ ਰਬਾਬ ਨੂੰ ਅਸੀਂ ਬਿਲਕੁਲ ਵਿਸਾਰ ਦਿੱਤਾ। ਗੁਰੂ ਨਾਨਕ ਪਾਤਸ਼ਾਹ ਦਾ ਰਬਾਬ ਤੋਂ ਨਗਾਰੇ ਤੱਕ ਤਾਂ ਠੀਕ ਹੈ ਸਫ਼ਰ ਸਾਡਾ,
ਪਰ ਰਬਾਬ ਕਿੱਥੇ ਹੈ, ਰਬਾਬ ਕਿੱਥੇ ਵੱਜ ਰਿਹਾ? ਇਸ ਲਈ ਜਿਹੜੇ ਅਸੀਂ ਐਫਰਟ ਕੀਤੇ ਨੇ ਤੁਹਾਡੇ ਨਾਲ ਮੈਂ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ। ਇਹ ਰਬਾਬ ਜਿਹੜਾ ਹੈ ਦਰਬਾਰ ਸਾਹਿਬ ਜਦੋਂ ਅਸੀਂ ਡਿਊਟੀ ਦੇ ਵਿੱਚ ਜਾਂਦੇ ਹਾਂ ਤਾਂ ਗੁਰੂ ਨਾਨਕ ਪਾਤਸ਼ਾਹ ਔਰ ਭਾਈ ਮਰਦਾਨਾ ਜੀ ਦਾ ਇੱਕ ਚਿੱਤਰ ਉੱਕ ਰਿਹਾ ਹੋਇਆ, ਉਹ ਸੇਮ ਰਬਾਬ ਹੈ। ਮੰਡੀ ਤੁਸੀਂ ਗਏ ਹੋਵੋਗੇ ਹਿਮਾਚਲ ਪ੍ਰਦੇਸ਼, ਉੱਥੇ ਦਸਮ ਪਾਤਸ਼ਾਹ ਦਾ ਰਬਾਬ ਪਿਆ, ਗੁਰੂ ਅਰਜਨ ਪਾਤਸ਼ਾਹ ਦਾ ਰਬਾਬ ਵੀ ਸੇਮ ਹੈ। ਤੋ ਸਿੱਖ ਸੰਗੀਤ ਦੇ ਵਿੱਚ ਇਹੀ ਰਬਾਬ ਦਾ ਮਾਡਲ ਜਿਹੜਾ ਹੈ ਪ੍ਰਚਾਰ ਅਧੀਨ ਹੈ। ਪੰਜਾਬੀ ਯੂਨੀਵਰਸਿਟੀ ਵਿੱਚ ਅਸੀਂ ਇਸ ਨੂੰ ਰਜਿਸਟਰਡ ਕਰਦੇ ਹੋਏ ਵਿਦਿਆਰਥੀਆਂ ਦੇ ਲਈ ਵਰਜ਼ਨ ਬਣਾਇਆ, ਔਰ ਇਸ ਵੇਲੇ ਤੁਸੀਂ ਦਰਬਾਰ ਸਾਹਿਬ ਵਿੱਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੈਂ ਐਪਰੀਸ਼ੀਏਟ ਕਰਨਾ ਚਾਹਾਂਗਾ ਜਿਨ੍ਹਾਂ ਨੇ ਉੱਥੇ 33 ਸਾਜ਼ਾਂ ਦੀ ਪਰੰਪਰਾ ਨੂੰ ਇੰਟਰੋਡਿਊਸ ਕੀਤਾ, ਔਰ ਇਸ ਵੇਲੇ ਸਾਡੇ 2 MA ਪਾਸ ਪੋਸਟ ਗ੍ਰੈਜੂਏਟ ਵਿਦਿਆਰਥੀ ਉੱਥੇ ਪਲੇ ਕਰ ਰਹੇ ਨੇ, 2 ਹੋਰ ਵਿਦਿਆਰਥੀ, 4 ਵਿਅਕਤੀ ਦਰਬਾਰ ਸਾਹਿਬ ਤੋਂ ਸਦੀਆਂ ਬਾਅਦ ਉੱਥੇ ਰਬਾਬ ਵਜਾਉਣ ਦੇ ਵਿੱਚ ਕਾਮਯਾਬ ਹੋਏ ਨੇ। ਮੈਂ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਬੇਨਤੀ ਕਰੂੰਗਾ ਕਿ ਜਿੱਥੇ ਤੁਸੀਂ 3 ਕੀਰਤਨੀ ਜਥੇ ਬੁਲਾਉਂਦੇ ਉੱਥੇ ਲਾਜ਼ਮੀ ਕਰ ਦਿਓ ਕਿ 1 ਜਿਹੜਾ ਹੈ 33 ਸਾਜ਼ ਵਾਲਾ ਵੀ ਨਾਲ ਜ਼ਰੂਰ ਆਏ, ਤਾਂ ਕਿ ਜਿਹੜਾ ਸਾਡਾ ਯੂਥ ਹੈ ਉਹ ਇਹਨਾਂ ਸਾਜ਼ਾਂ ਨਾਲ ਜੁੜੇ, ਇਹਨਾਂ ਰਾਗਾਂ ਨਾਲ ਜੁੜੇ, ਔਰ ਪਲੇਸਮੈਂਟ ਉਹਨਾਂ ਦੀ ਹੋਵੇ, ਔਰ ਇਹ ਜਿਹੜੇ ਸਾਜ਼ ਨੇ ਸਾਡੇ ਹਿਸਟੋਰੀਕਲ ਸਾਜ਼ ਨੇ ਉਹ ਸਾਡੇ ਕਾਇਮ ਰਹਿਣ, ਤਾਂ ਕਿ ਅਗਲੀ ਜਨਰੇਸ਼ਨ ਮਾਣ ਕਰ ਸਕੇ ਕਿ ਹਰ ਗੁਰੂ ਨੇ, ਗੁਰੂ ਨਾਨਕ ਨੇ ਸਾਨੂੰ ਰਬਾਬ ਦਿੱਤਾ ਸੀ, ਗੁਰੂ ਅਮਰਦਾਸ, ਗੁਰੂ ਅਰਜਨ ਪਾਤਸ਼ਾਹ ਨੇ ਸਾਨੂੰ ਸਰੰਦਾ ਦਿੱਤਾ ਸੀ, ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਾਨੂੰ ਤਾਊਸ ਦਿੱਤਾ ਸੀ, ਗੁਰੂ ਦਸਮ ਪਾਤਸ਼ਾਹ ਨੇ ਸਾਨੂੰ ਦਿਲ ਤੰਬੂਰਾ ਦਿਲ ਰਬਾ ਸਾਜ਼ ਸਾਨੂੰ ਦਿੱਤੇ, ਗੁਰੂ ਤੇਗ ਬਹਾਦਰ ਸਾਹਿਬ ਦਾ ਮਿਰਦੰਗ ਪਖਾਵਜ ਨਾਲ ਬੜਾ ਨਿੱਘਾ ਸੰਬੰਧ ਸੀ, ਔਰ ਇਹ ਸਾਰਾ ਕੁਝ ਇੱਕ ਸਾਡੀ ਵਿਰਾਸਤ ਹੈ ਜਿਸ ਨੂੰ ਅਸੀਂ ਸੰਭਾਲ ਕੇ ਰੱਖਣਾ। ਜੇਕਰ ਨਹੀਂ ਸੰਭਾਲਾਂਗੇ ਤਾਂ ਇੱਕ ਵੱਡੀ ਵਿਰਾਸਤ ਸਾਡੇ ਹੱਥੋਂ ਖੁੰਝ ਜਾਏਗੀ, ਔਰ 550 ਸਾਲਾਂ ਮਨਾ ਲੈਣਾ, ਕਾਨਫਰੰਸ ਕਰ ਲੈਣੀ, ਨਗਰ ਕੀਰਤਨ, ਸਾਰੇ ਤੁਹਾਨੂੰ ਮੁਬਾਰਕ, ਪਰ ਉਹਦੇ ਨਾਲ ਨਾਲ ਸਾਰੀ ਸੰਗਤ ਸੁਚੇਤ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਵਿਧਾਨ ਬਾਰੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਕੀਰਤਨ ਦਾ ਜੋ ਸਾਨੂੰ ਸਿਸਟਮ ਦਿੱਤਾ ਉਸ ਬਾਰੇ, ਆਪਣੀ ਵਿਰਾਸਤ ਬਾਰੇ, ਔਰ ਇਸ ਗੁਰੂ ਘਰ ਦੇ ਨੇ ਹਮੇਸ਼ਾ ਸਾਨੂੰ ਸਾਥ ਦਿੱਤਾ, ਤਾਂ ਹੀ ਅੱਜ ਪੰਜਾਬੀ ਯੂਨੀਵਰਸਿਟੀ ਵਿੱਚ ਗੁਰਮਤਿ ਸੰਗੀਤ ਚੇਅਰ ਸਥਾਪਿਤ ਹੋਈ, ਸੰਤ ਸੁੱਚਾ ਸਿੰਘ ਆਰਕਾਈਵਜ਼ ਆਫ ਮਿਊਜ਼ਿਕ ਬਣਿਆ, ਅਖੰਡ ਕੀਰਤਨੀ ਜਥੇ ਨੇ ਸਾਨੂੰ ਭਾਈ ਰਣਧੀਰ ਸਿੰਘ ਔਨਲਾਈਨ ਗੁਰਮਤਿ ਸੰਗੀਤ ਲਾਇਬ੍ਰੇਰੀ ਦਿੱਤੀ, ਉਹ ਔਨਲਾਈਨ ਡਿਜੀਟਲਾਈਜ਼ ਕਰਕੇ ਅਸੀਂ ਸਾਰਿਆਂ ਦੇ ਸਨਮੁੱਖ ਰੱਖੀ ਹੈ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੰਨੇ ਵੀ ਕੰਮ ਅਸੀਂ ਕਰਨੇ ਨੇ ਉਸ ਲਈ ਸਾਨੂੰ ਸਾਡੇ ਗੁਰੂ ਘਰਾਂ ਦਾ ਸਾਥ ਬਹੁਤ ਲੋੜੀਂਦਾ, ਤੁਹਾਡੇ ਸਾਰਿਆਂ ਦਾ ਸਾਥ ਬਹੁਤ ਲੋੜੀਂਦਾ, ਤਾਂ ਕਿ ਅਸੀਂ ਨਿਮਰਤਾ ਸਾਹਿਤ ਜਿਹੜਾ ਯੂਥ ਸਮਾਗਮ ਕੀਤਾ ਹੈ ਇਸ ਦੀ ਲੜੀ ਨੂੰ ਅਸੀਂ ਅੱਗੇ ਵਧਾ ਸਕੀਏ। ਹੁਣ ਇੱਥੇ ਯੂਥ ਸਮਾਗਮ ਹੋ ਰਿਹਾ, ਫਸਟ ਵੀਕ ਦੇ ਵਿੱਚ ਨਿਊ ਜਰਸੀ ਦੇ ਵਿੱਚ ਜਿਹੜਾ ਹੈ ਗੁਰੂ ਨਾਨਕ ਬਾਣੀ ਦਾ ਰਾਗ ਦਰਬਾਰ ਦਾ ਹੋ ਰਿਹਾ, ਫਿਰ ਇੰਡੀਆਨਾ ਦੇ ਵਿੱਚ ਰਾਗ ਦਰਬਾਰ ਹੋ ਰਿਹਾ, ਪਿਛਲੇ ਮਹੀਨੇ ਟ੍ਰੇਸੀ ਵਿੱਚ ਰਾਗ ਦਰਬਾਰ ਹੋਇਆ, ਇੱਕ ਸਿਲਸਿਲਾ ਸਾਰਾ ਸਾਡਾ ਸਾਰੇ ਪਾਸੇ ਚੱਲ ਰਿਹਾ। 31 ਅਗਸਤ ਨੂੰ ਬੈਲਿੰਗਹਿਮ ਦੇ ਵਿੱਚ ਖਾਲਸਾ ਯੂਨੀਵਰਸਿਟੀ ਸਥਾਪਿਤ ਹੋ ਰਹੀ ਹੈ, ਉਸ ਦੀ ਇਨੈਗੁਰਲ ਅਰਦਾਸ ਹੈ, ਇੱਥੇ ਮਨਜੀਤ ਸਿੰਘ ਧਾਲੀਵਾਲ ਹੋਰਾਂ ਨੇ ਪਹੁੰਚਣਾ ਸੀ, ਉਹ ਨਹੀਂ ਪਹੁੰਚ ਸਕੇ, ਪਰ ਉਹਨਾਂ ਨੇ ਉਹਨਾਂ ਦੇ ਬਿਹਾਫ ਉੱਤੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਕਿ ਉਸ ਯੂਨੀਵਰਸਿਟੀ ਪਹਿਲੀ ਵਾਰੀ ਅਮੈਰੀਕਾ ਦੇ ਵਿੱਚ ਖਾਲਸਿਆਂ ਦੀ ਖਾਲਸਾ ਯੂਨੀਵਰਸਿਟੀ ਸਥਾਪਿਤ ਹੋ ਰਹੀ ਹੈ, ਜਿਹਦਾ ਮੰਤਵ ਸਾਰੀ ਮਾਨਵਤਾ ਦੇ ਲਈ ਜਿੱਥੇ ਅਕਾਦਮਿਕ ਅਤੇ ਵਿੱਦਿਅਕ ਪ੍ਰਚਾਰ ਪ੍ਰਸਾਰ ਕਰਨਾ, ਉੱਥੇ ਸਿੱਖੀ ਦੀਆਂ ਪਰੰਪਰਾਵਾਂ ਦੀ ਸੰਭਾਲ ਉਹਦਾ ਮੇਨ ਮਕਸਦ ਹੈ, ਕਿਉਂਕਿ ਅਸੀਂ ਅੱਜ ਤੱਕ ਜਿੰਨੀਆਂ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਨੇ ਉਹ ਦੁਨਿਆਵੀ ਸਿੱਖਿਆ ਵੱਲ ਨੂੰ ਜ਼ਿਆਦਾ ਨੇ, ਜਿਹੜੀਆਂ ਸਾਡੀਆਂ ਵਿਰਾਸਤੀ ਸਿੱਖਿਆਵਾਂ ਨੇ ਉਹਨਾਂ ਵੱਲ ਸਾਡਾ ਧਿਆਨ ਘੱਟ ਹੈ। ਸੋ ਉਹ ਸਾਰਾ ਕੁਝ ਬਹੁਤ ਅੱਛਾ ਹੈਪਨ ਹੋ ਰਿਹਾ, 550 ਸਾਲਾਂ ਪ੍ਰਕਾਸ਼ ਪੁਰਬ ਦੇ ਅਵਸਰ ਉੱਤੇ ਗੁਰੂ ਨਾਨਕ ਪਾਤਸ਼ਾਹ ਸਾਡੇ 'ਤੇ ਬਹੁਤ ਮਿਹਰ ਕਰ ਰਹੇ ਨੇ, ਤੁਸੀਂ ਸਾਡਾ ਸਾਥ ਦਿਓ ਤਾਂ ਕਿ ਗੁਰਮਤਿ ਸੰਗੀਤ ਵਿਰਾਸਤ ਦੀ ਸੰਭਾਲ ਦੇ ਵਿੱਚ ਅਸੀਂ ਜੋ ਵੀ ਕੰਟਰੀਬਿਊਟ ਕਰ ਰਹੇ ਹਾਂ ਤੁਹਾਡੇ ਚਰਨਾਂ ਵਿੱਚ ਅਰਪਿਤ ਕਰ ਸਕੀਏ। ਹੋ ਜਾਂ ਭੁੱਲਾਂ ਚੁੱਕਾਂ ਦੀ ਖਿਮਾ, ਥੋੜ੍ਹਾ ਜਿਹਾ ਸਮਾਂ ਜ਼ਿਆਦਾ ਹੋ ਗਿਆ, ਉਸ ਲਈ ਮੈਂ ਖਿਮਾ ਦਾ ਜਾ ਚੁੱਕਾਂ। ਫਤਿਹ ਦੀ ਸਾਂਝ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਕਰਕੇ ਸਵਾਲ ਤੁਸੀਂ ਆਪਣਾ ਲਿਖ ਲਓ, ਆਪਾਂ ਸਵਾਲ ਜਵਾਬ ਦੇ ਲਈ ਸੈਸ਼ਨ ਇੱਕ ਰੱਖਿਆ ਹੋਇਆ ਬਾਅਦ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਡਾਕਟਰ ਗੁਰਨਾਮ ਸਿੰਘ ਜੀ। ਜੇ ਜਦੋਂ ਇਹੋ ਜਿਹੇ ਲੈਕਚਰ ਸੁਣਦੇ ਹਾਂ ਉਸ ਤੋਂ ਬਾਅਦ ਲੱਗਦਾ ਵੀ ਸਾਡੇ ਕੋਲ ਕਿੱਡਾ ਵੱਡਾ ਖਜ਼ਾਨਾ, ਪਰ ਉਸ ਖਜ਼ਾਨੇ ਦੀ ਸਮਝ ਸਾਨੂੰ ਹੈ ਨਹੀਂ। ਸਵੇਰ ਦੇ ਸੈਸ਼ਨ ਦੇ ਵਿੱਚ ਹਰਜੀਤ ਸਿੰਘ ਸੱਜਣ ਹੋਰਾਂ ਨੇ ਇੱਕ ਘਟਨਾ ਸੁਣਾਈ ਸੀ ਅਫਗਾਨਿਸਤਾਨ ਦੇ ਵਿੱਚ, ਉਹ ਮੈਂ ਉਹਨੂੰ ਬਹੁਤਾ ਡਿਟੇਲ ਦੇ ਵਿੱਚ ਨਹੀਂ ਸੁਣਾਉਂਗੀ। ਅਫਗਾਨਿਸਤਾਨ 'ਚ ਉਹਨਾਂ ਨੂੰ ਕੋਈ ਸੱਜਣ ਮਿਲਿਆ, ਬਹੁਤ ਕੋਈ ਵਧੀਆ ਅਹੁਦੇ ਦੇ ਉੱਤੇ, ਉੱਚੇ ਅਹੁਦੇ 'ਤੇ, ਮੈਨੂੰ ਉਹਨਾਂ ਦਾ ਨਾਮ ਵੀ ਭੁੱਲ ਗਿਆ ਕਿ ਉਹਨਾਂ ਨੇ ਦੱਸਿਆ ਸੀ, ਅਤੇ ਉਹ ਕਹਿੰਦੇ ਕਿ ਉਸ ਨੇ ਮੈਨੂੰ ਜਦੋਂ ਉਹ ਮਿਲਿਆ ਇੱਕ ਸਿੱਖ ਹੋਣ ਦੇ ਨਾਤੇ, ਇੱਕ ਦਸਤਾਰ ਬੰਨੀ ਹੋਣ ਕਰਕੇ ਉਸਨੇ
ਉਹਨਾਂ ਨੂੰ ਇੰਨਾ ਸਨਮਾਨ ਦਿੱਤਾ, ਉਹਨਾਂ ਦਾ ਹੱਥ ਫੜ ਕੇ ਚੁੰਮਿਆ, ਉਹਨਾਂ ਦੇ ਸਿਰ ਦੇ ਉੱਤੇ ਹੱਥ ਰੱਖਿਆ, ਕਿ ਇਹ ਕਿਹਾ ਕਿ ਤੂੰ ਗੁਰੂ ਨਾਨਕ ਦਾ ਫੋਲੋਅਰ ਹੈ, ਤੂੰ ਗੁਰੂ ਨਾਨਕ ਦਾ ਸਿੱਖ ਹੈ, ਇਸ ਕਰਕੇ ਇਹ ਸਨਮਾਨ ਹੈ। ਇਸੇ ਤਰ੍ਹਾਂ ਹੀ ਮੈਂ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਬਹੁਤ ਵਾਰੀ ਇਹੋ ਜਿਹੀਆਂ ਘਟਨਾਵਾਂ ਮਿਲ ਜਾਂਦੀਆਂ ਨੇ, ਸਾਡੇ ਸਾਰਿਆਂ ਦੇ ਨਾਲ ਹੁੰਦੀਆਂ ਨੇ, ਪਰ ਜਦੋਂ ਅਸੀਂ ਇਹ ਸਾਰੀਆਂ ਚੀਜ਼ਾਂ ਸੁਣਦੇ ਹਾਂ ਇਹੋ ਜਿਹੀਆਂ ਕਾਨਫਰੰਸਾਂ ਦੇ ਵਿੱਚ, ਫਿਰ ਸਾਨੂੰ ਲੱਗਦਾ ਵੀ ਅਸੀਂ ਤਾਂ ਉਸ ਇੰਨੇ ਵੱਡੇ ਖਜ਼ਾਨੇ ਦੇ ਵਿੱਚੋਂ, ਸਾਡੇ ਕੋਲ ਤਾਂ ਇੱਕ ਛੋਟਾ ਜਿਹਾ ਹਿੱਸਾ ਵੀ ਨਹੀਂ, ਅਸੀਂ ਉਹਦੇ ਉੱਤੇ ਵੀ ਮਿਹਨਤ ਨਹੀਂ ਕੀਤੀ ਹੋਈ। ਮੈਨੂੰ ਥੋੜ੍ਹੇ ਦਿਨ ਪਹਿਲਾਂ ਇੱਕ ਈਸਾਈ ਧਰਮ ਨਾਲ ਸੰਬੰਧਿਤ ਇੱਕ ਪਾਦਰੀ ਮਿਲੇ, ਹੋਰ ਥੋੜ੍ਹੀਆਂ ਜਿਹੀਆਂ ਇੱਧਰ ਉੱਧਰ ਦੀਆਂ ਗੱਲਾਂ ਹੋਈਆਂ। ਉਸ ਤੋਂ ਬਾਅਦ ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਸਿੱਖ ਧਰਮ ਨਾਲ ਸੰਬੰਧਿਤ ਹਾਂ, ਤਾਂ ਉਹਨਾਂ ਨੇ ਮੈਨੂੰ ਗਲਵੱਕੜੀ 'ਚ ਲੈ ਲਿਆ। ਮੈਨੂੰ ਕਹਿੰਦੇ ਤੈਨੂੰ ਕਿਸੇ ਪਾਦਰੀ ਨੇ ਪਹਿਲੀ ਵਾਰ ਗਲਵੱਕੜੀ 'ਚ ਲਿਆ ਹੋਣਾ, ਤੂੰ ਸਿੱਖ ਧਰਮ ਨਾਲ ਸੰਬੰਧਿਤ ਹਾਂ, ਕਹਿੰਦੇ ਸਿੱਖ ਬਹੁਤ ਚੰਗੇ ਹੁੰਦੇ ਨੇ। ਇੰਨੀ ਗੱਲ ਹੀ ਉਹਨਾਂ ਨੇ ਕਹੀ, ਅਤੇ ਇੱਕ ਛੋਟੇ ਜਿਹਾ ਇੰਨਾ ਕੁ ਬਾਈਬਲ ਦਾ ਛੋਟਾ, ਉਹਨਾਂ ਕੋਲ ਛੋਟੀ ਜਿਹੀ ਬਾਈਬਲ ਸੀ, ਉਹ ਕੱਢ ਕੇ ਮੈਨੂੰ ਦਿੱਤੀ ਕਿ ਇਹ ਤੂੰ ਆਪਣੇ ਕੋਲ ਇੱਕ ਨਿਸ਼ਾਨੀ ਵਜੋਂ ਰੱਖ। ਉਸ ਸਮੇਂ ਮੈਨੂੰ ਲੱਗਿਆ ਵੀ ਅਸਲ 'ਚ ਭਾਵੇਂ ਅਸੀਂ ਕੁਛ ਨਹੀਂ ਕੀਤਾ ਹੋਇਆ, ਪਰ ਸਾਡੇ ਗੁਰੂ ਦੀਆਂ ਸਿੱਖਿਆਵਾਂ ਦੇ ਕਰਕੇ ਹੀ ਸਾਨੂੰ ਇੰਨਾ ਮਾਣ ਸਨਮਾਨ ਮਿਲ ਰਿਹਾ। ਪਰ ਮੈਨੂੰ ਲੱਗਦਾ ਕਿ ਜੇ ਸਾਡੇ ਕੋਲ ਇਹੋ ਜਿਹੇ ਵਿਦਵਾਨ ਹੈਗੇ ਨੇ, ਤਾਂ ਸਾਡੀ ਇਹ ਜਿਹੜੀ ਮਹਾਨ ਵਿਰਾਸਤ ਹੈ ਇਹ ਜ਼ਰੂਰ ਸਾਡੀ ਸਾਂਭੀ ਰਹੇਗੀ। ਅਤੇ ਜੇ ਗੁਰਦੁਆਰਾ ਸੰਸਥਾਵਾਂ, ਸਿੰਘ ਸਭਾ ਗੁਰਦੁਆਰਾ ਵਰਗੀਆਂ ਸੰਸਥਾਵਾਂ ਇਹੋ ਜਿਹੀਆਂ ਕਾਨਫਰੰਸਿਸ ਜਿਹੜੀਆਂ ਔਰਗਨਾਈਜ਼ ਕਰ ਰਹੇ ਨੇ, ਅਤੇ ਇਹਨਾਂ ਵਿਦਵਾਨਾਂ ਦੇ ਸਹਿਯੋਗ ਦੇ ਨਾਲ, ਇਹਨਾਂ ਨੇ, ਮੈਂ ਤੁਹਾਨੂੰ ਦੱਸਣਾ ਭੁੱਲ ਗਈ ਸੀ ਕਿ 2006 ਦੇ ਵਿੱਚ ਡਾਕਟਰ ਗੁਰਨਾਮ ਸਿੰਘ ਨੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਇੱਕ ਮਹੀਨੇ ਦੇ ਲਈ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੇ ਆਧਾਰ ਦੇ ਉੱਤੇ, ਜਿਹੜੇ ਨਿਰਧਾਰਿਤ ਰਾਗਾਂ ਦੇ ਆਧਾਰ 'ਤੇ ਕੀਰਤਨ ਦੀ ਸਿਖਲਾਈ ਉਹ ਬੱਚਿਆਂ ਨੂੰ ਦਿੱਤੀ ਸੀ। ਸੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਜਗਾਉਣ ਦੇ ਲਈ ਡਾਕਟਰ ਇਕਬਾਲ ਦਾ ਇੱਕ ਸ਼ੇਅਰ ਆ, ਫਿਰ ਉੱਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦ ਕਾਮਿਲ ਨੇ ਜਗਾਇਆ ਖੁਆਬ ਸੇ। ਬਾਬੇ ਨਾਨਕ ਦੇ ਬਾਰੇ, ਬਾਬਾ ਨਾਨਕ ਨੇ ਉਸ ਸਮੇਂ 'ਚ ਜਗਾਇਆ ਲੋਕਾਂ ਨੂੰ, ਕਿਹੋ ਜਿਹੇ ਹਾਲਾਤ ਸੀ ਜਦੋਂ ਉਹਨਾਂ ਨੇ ਜਗਾਇਆ, ਅਤੇ ਸਾਨੂੰ ਜਾਗਦੇ ਰਹਿਣ ਦੇ ਲਈ ਇੱਕ ਸ਼ਬਦ ਗੁਰੂ ਦੇ ਲੜ ਲਾ ਕੇ ਗਏ ਕਿ ਅਸੀਂ ਉਸ ਸ਼ਬਦ ਗੁਰੂ ਦੇ ਵਿੱਚੋਂ, ਉਸ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇੱਕ ਸਹੀ ਸੇਧ ਲਈ ਜਾਈਏ, ਉਹ ਸੇਧ ਲੈ ਕੇ ਆਪਣੇ ਜੀਵਨ ਨੂੰ ਅਤੇ ਸਮਾਜ ਨੂੰ ਵਧੀਆ ਬਣਾਈਏ। ਬਹੁਤ ਬਹੁਤ ਸ਼ੁਕਰੀਆ ਡਾਕਟਰ ਗੁਰਨਾਮ ਸਿੰਘ ਜੀ, ਬਹੁਤ ਹੀ ਡੂੰਘੀ ਜਾਣਕਾਰੀ, ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਨਹੀਂ ਪਤਾ ਸਨ, ਉਹ ਚੀਜ਼ਾਂ ਵੀ ਸਾਡੇ ਸਾਹਮਣੇ ਤੁਸੀਂ ਲਿਆਂਦੀਆਂ, ਅਤੇ ਸਾਰੇ ਜਾਗ ਵੀ ਰਹੇ ਹੋ। ਬੜੀ ਖੁਸ਼ੀ ਦੀ ਗੱਲ ਆ ਕਿ ਅਸੀਂ ਕਦੇ ਕਦੇ ਤਾਂ ਲੱਗਦਾ ਹੁੰਦਾ ਕਿ 550 ਸਾਲ ਹੋ ਗਏ ਅਤੇ ਸੌਂ ਗਏ ਹਾਂ ਸਿੱਖ, ਪਰ ਆਹ ਤੁਹਾਡੇ ਸਵਾਲ ਆਏ ਨੇ ਤੁਹਾਡੇ ਜਾਗਦੇ ਹੋਣ ਦਾ ਸਬੂਤ। ਅਤੇ ਅਗਲੇ ਬੁਲਾਰੇ ਨੇ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ, ਉਹ ਵੀ ਇਸ ਗੱਲ ਨੂੰ ਹੀ ਅੱਗੇ ਤੋਰਨਗੇ, ਵਿਸ਼ਾ ਉਹਨਾਂ ਦਾ ਗੁਰੂ ਨਾਨਕ ਦਰਸ਼ਨ ਰਬਾਬ ਤੋਂ ਨਗਾਰੇ ਤੱਕ। ਉਹਨਾਂ ਦੇ ਬਾਰੇ ਇੱਕ ਛੋਟੀ ਜਿਹੀ ਜਾਣ ਪਹਿਚਾਣ, ਵੈਸੇ ਸਾਰੇ ਤਾਂ ਜਾਣਦੇ ਹੀ ਹੋ ਪਰ ਫਿਰ ਵੀ ਕੁਝ ਗੱਲਾਂ ਹੁੰਦੀਆਂ ਨੇ। ਉਹਨਾਂ ਦਾ ਜੱਦੀ ਪਿੰਡ ਹੈ ਜੀ ਲੱਖਾ, ਲੁਧਿਆਣਾ ਜ਼ਿਲ੍ਹੇ ਦੇ ਵਿੱਚ। BA ਅਤੇ MA ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੀਤੀ, ਓਨਰਸ ਦੇ ਵਿੱਚ ਗੋਲਡ ਮੈਡਲਿਸਟ ਰਹੇ ਨੇ। PhD ਇਹਨਾਂ ਨੇ ਕੀਤੀ 2008 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਅੰਮ੍ਰਿਤਪਾਲ ਕੌਰ ਹੋਣਾ ਦੀ ਅਗਵਾਈ ਦੇ ਵਿੱਚ। ਵਿਸ਼ਾ ਸੀ ਇਹਨਾਂ ਦਾ ਕਨੇਡਾ ਦਾ ਪੰਜਾਬੀ ਮੀਡੀਆ 100 ਸਾਲ। ਨੌਕਰੀ ਇਹਨਾਂ ਨੇ ਉੱਧਰ ਕੀਤੀ ਅਸਿਸਟੈਂਟ ਪ੍ਰੋਫੈਸਰ ਦੇ ਤੌਰ 'ਤੇ DAV ਕਾਲਜ ਜਲੰਧਰ ਦੇ ਵਿੱਚ, ਸ਼ਾਂਤੀ ਤਾਰਾ ਕਾਲਜ ਅਹਿਮਦਗੜ੍ਹ ਦੇ ਵਿੱਚ ਅਫੀਸ਼ੀਏਟਿੰਗ ਪ੍ਰਿੰਸੀਪਲ ਦੇ ਤੌਰ 'ਤੇ ਵੀ ਕੰਮ ਕੀਤਾ। 1999 'ਚ ਕਨੇਡਾ ਆਏ, ਇੱਥੇ ਆ ਕੇ ਕੁਝ ਸਮਾਂ ਅਧਿਆਪਨ ਦੇ ਕਿੱਤੇ ਦੇ ਨਾਲ ਜੁੜੇ, ਫਿਰ ਮੀਡੀਆ ਦੇ ਨਾਲ ਰੇਡੀਓ ਪੰਜਾਬ, ਸ਼ੇਰੇ ਪੰਜਾਬ, ਆਵਾਜ਼ ਏ ਪੰਜਾਬ ਇੱਕ ਇਹਨਾਂ ਨੇ ਆਪਣਾ ਰੇਡੀਓ ਵੀ ਸ਼ੁਰੂ ਕੀਤਾ ਸੀ। ਇੰਟਰਨੈਸ਼ਨਲ ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ 1994 ਵਿੱਚ ਇਹ ਚੀਫ ਐਡੀਟਰ ਦੇ ਅਹੁਦੇ 'ਤੇ ਰਹੇ। ਵੱਖ ਵੱਖ ਅਖਬਾਰਾਂ ਦੇ ਵਿੱਚ ਇਹਨਾਂ ਦੇ ਲੇਖ ਛਪਦੇ ਨੇ, ਮਹਿਕ ਪੰਜਾਬ ਦੀ ਰੇਡੀਓ TV ਦੇ ਉੱਤੇ ਵੀ, ਅਤੇ ਹੋਰ ਚੈਨਲਾਂ ਦੇ ਵਿੱਚ ਵੀ ਇਹਨਾਂ ਨੂੰ ਤੁਸੀਂ ਸਾਹਿਤਕ ਪੱਤਰਕਾਰੀ ਅਤੇ ਸਿੱਖ ਇਤਿਹਾਸ ਦੇ ਵੱਖ ਵੱਖ ਵਿਸ਼ਿਆਂ ਦੇ ਨਾਲ ਵਿਚਾਰ ਚਰਚਾ ਕਰਦੇ ਹੋਏ ਦੇਖ ਸਕਦੇ ਹੋ। 2010-11 ਦੇ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਹਨਾਂ ਨੂੰ ਸਾਹਿਤਕ ਪੱਤਰਕਾਰੀ ਵਿੱਚ ਸ਼੍ਰੋਮਣੀ ਪੱਤਰਕਾਰ ਦੇ ਵਜੋਂ ਸਨਮਾਨਿਤ ਕੀਤਾ ਗਿਆ। 2000 ਦੇ ਵਿੱਚ BC ਸਿੱਖ ਕੌਂਸਲ ਦੇ ਮੈਂਬਰ ਰਹੇ। 2008 ਦੇ ਵਿੱਚ ਪੰਜਾਬੀ ਪ੍ਰੈਸ ਕਲੱਬ ਆਫ BC ਦੇ ਪ੍ਰੈਜ਼ੀਡੈਂਟ। ਸਮੁੱਚੇ ਤੌਰ 'ਤੇ ਮੀਡੀਆ ਦੀ ਇੱਕ ਜਾਣੀ ਪਹਿਚਾਣੀ ਸ਼ਖਸੀਅਤ, ਅੱਜ ਤੁਹਾਡੇ ਰੂਬਰੂ। ਗੁਰੂ ਨਾਨਕ ਦਰਸ਼ਨ ਰਬਾਬ ਤੋਂ ਨਗਾਰੇ ਤੱਕ। ਕੈਨੇਡਾ ਦੀ ਧਰਤੀ 'ਤੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਗਟ ਦਿਹਾੜੇ ਨੂੰ ਸਮਰਪਿਤ ਅੰਤਰਰਾਸ਼ਟਰੀ ਕਾਨਫਰੰਸ ਦੇ ਵਿੱਚ ਸ਼ਾਮਿਲ ਸਮੂਹ ਸਰੋਤਿਆਂ ਨੂੰ ਬੜੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਦਰਅਸਲ ਸਿੱਖ ਸਿਧਾਂਤ ਅਤੇ ਸਿੱਖ ਵਿਹਾਰ ਦਾ ਜਿਹੜਾ ਸਫ਼ਰ ਹੈ ਉਸ ਦੇ ਸੰਬੰਧ ਦੇ ਵਿੱਚ ਇਸ ਕਾਨਫਰੰਸ ਦੇ ਵਿੱਚ ਅੰਗਰੇਜ਼ੀ ਅਤੇ ਪੰਜਾਬੀ ਸੈਸ਼ਨ ਦੇ ਵਿੱਚ ਬਹੁਤ ਸਾਰੇ ਵਿਚਾਰ ਵੱਖ ਵੱਖ ਨੁਕਤਿਆਂ 'ਤੇ ਸਾਂਝੇ ਹੋਏ ਨੇ। ਜੋ ਸਿੱਖ ਵਿਚਾਰ ਚਿੰਤਨ ਹੈ, ਦਰਸ਼ਨ ਹੈ, ਜੋ ਸੱਚ ਦਾ ਸੰਕਲਪ ਹੈ, ਜਿਸ ਨੂੰ ਨਿਰਪੇਖ ਸੱਚ ਦੇ ਐਬਸਲੂਟ ਟਰੁੱਥ ਦੇ ਤੌਰ 'ਤੇ ਅਸੀਂ ਜਾਣੀਏ, ਤਾਂ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਹੈ, ਸੱਚੋ ਉਰੇ ਸਭ ਕੋ ਉਪਰ ਸੱਚ ਆਚਾਰ। ਇਹ ਸੱਚ ਦੀ ਸਮਾਨਤਾ ਜਿਹੜੀ ਹੈ ਹੋਰ ਕਿਤੇ ਨਹੀਂ ਹੋ ਸਕਦੀ। ਜੇਕਰ ਅਸੀਂ ਕੁੱਲ ਮਿਲਾ ਕੇ ਸਮੁੱਚ ਦੇ ਰੂਪ ਦੇ ਵਿੱਚ ਦੇਖੀਏ ਤਾਂ ਇਸ ਦੇ ਵਿੱਚ ਦੋ ਤਿੰਨ ਅਹਿਮ ਨੁਕਤੇ ਨੇ ਜਿਨ੍ਹਾਂ ਬਾਰੇ ਗੱਲਬਾਤ ਕਰਾਂਗੇ। ਰਬਾਬ ਤੋਂ ਨਗਾਰੇ ਤੱਕ ਜਿਹੜਾ ਇਹ ਥੀਮ ਵੀ ਰੱਖਿਆ ਗਿਆ ਕਾਨਫਰੰਸ ਦਾ, ਅਤੇ ਜਿਹੜੀਆਂ ਇਹ ਕਿਤਾਬਾਂ ਨੇ ਇਹਨਾਂ ਦੇ ਵਿੱਚ ਮੁਕੰਮਲ ਲੇਖ ਹੈ, ਮੈਂ ਗੁਜ਼ਾਰਿਸ਼ ਕਰਾਂਗਾ ਉਹ ਸਾਰਾ ਲੇਖ ਪੜ੍ਹਨ ਦੀ ਥਾਂ 'ਤੇ ਅੰਸ਼ਕ ਰੂਪ ਦੇ ਵਿੱਚ ਉਹਨਾਂ 'ਚੋਂ ਵਿਚਾਰ ਸਾਂਝੇ ਕਰਾਂਗੇ। ਇਹ ਕਿਤਾਬ ਜਿਹੜੀ ਹੋਰ ਵੀ ਬਹੁਤ ਸਾਰੇ ਚੋਟੀ ਦੇ ਵਿਦਵਾਨ ਜਿਨ੍ਹਾਂ ਨੇ ਆਪਣੀਆਂ ਲਿਖਤਾਂ ਵਡਮੁੱਲੀਆਂ ਇਸ ਵਿੱਚ ਸ਼ਾਮਿਲ ਕੀਤੀਆਂ ਨੇ, ਜ਼ਰੂਰ ਲੈ ਕੇ ਜਾਇਓ। ਆਰੰਭ ਦੇ ਵਿੱਚ ਇਸ ਦੇ ਵਿੱਚੋਂ ਕੁਝ ਸ਼ਬਦ ਜ਼ਰੂਰ ਮੈਂ ਆਪ ਨਾਲ ਸਾਂਝੇ ਕਰਾਂ ਕਿ ਗੁਰੂ ਨਾਨਕ ਸਾਹਿਬ ਦਾ ਜੋ ਮਾਰਗਦਰਸ਼ਨ ਹੈ ਸਾਡੇ ਵਾਸਤੇ, ਅਸੀਂ ਉਸ ਨੂੰ ਸਮੁੱਚੇ ਤੌਰ 'ਤੇ ਦੇਖਦੇ ਹਾਂ ਤਾਂ ਭਾਈ ਮਰਦਾਨਾ ਜੀ ਤੋਂ ਬਿਨਾਂ ਅਸੀਂ ਗੁਰੂ ਨਾਨਕ ਸਾਹਿਬ ਦੀ ਗੱਲ ਮੁਕੰਮਲ ਨਹੀਂ ਕਰ ਸਕਦੇ। ਇਹ ਅਖਾਣ ਜਿਵੇਂ ਕਿ ਬੜਾ ਪ੍ਰਚਲਿਤ ਹੋਇਆ, ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ, ਇਹ ਜ਼ੁਬਾਨ 'ਤੇ ਇਸ ਤਰ੍ਹਾਂ ਚੱਲਦਾ ਕਿ ਇਹ ਇੱਕ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਰੂਪ ਹੋਣ ਦੇ ਨਿਆਈ ਹੀ ਨੇ। ਇੱਥੋਂ ਹੀ ਮੈਂ ਗੱਲ ਸ਼ੁਰੂ ਕਰਦਾ, ਇਹ ਰਬਾਬ ਦੀ ਬਖਸ਼ਿਸ਼ ਜੋ ਭਾਈ ਮਰਦਾਨਾ ਜੀ ਨੂੰ ਦਿੱਤੀ ਅਤੇ ਸੰਗੀਤ ਦੀ ਬਖਸ਼ਿਸ਼ ਜੋ ਗੁਰੂ ਸਾਹਿਬ ਨੇ ਸਾਡੀ ਝੋਲੀ ਪਾਈ, ਅਸੀਂ ਨਾ ਤਾਂ ਰਬਾਬੀਏ ਭਾਈ ਮਰਦਾਨਾ ਜੀ ਦੀ ਕਦਰ ਕੀਤੀ ਨਾ ਅਸੀਂ ਰਾਗਾਂ ਦੀ ਕਦਰ ਕੀਤੀ। ਜਿੰਨਾ ਇਤਿਹਾਸ ਨੂੰ ਵਿਗਾੜ ਕੇ ਭਾਈ ਮਰਦਾਨਾ ਜੀ ਨੂੰ ਠਿੱਠ ਕੀਤਾ ਗਿਆ ਅਤੇ ਉਹਨਾਂ ਦੇ ਬਾਰੇ ਅਪਸ਼ਬਦ ਵਰਤੇ ਗਏ, ਇਹ ਤੋਂ ਵੱਡੀ ਜਿਹੜੀ ਤੋਹੀਨ ਕੁਝ ਨਹੀਂ ਹੋ ਸਕਦੀ। ਡਾਕਟਰ ਹਰਭਜਨ ਸਿੰਘ ਜੀ ਇੱਕ ਮਹਾਨ ਲਿਖਾਰੀ ਹੋਏ ਨੇ, ਉਹਨਾਂ ਦੀ ਇੱਕ ਨਜ਼ਮ ਹੈ ਮਰਦਾਨਾ ਬੋਲਦਾ ਹੈ। ਉਸ ਨਜ਼ਮ ਦੇ ਵਿੱਚ ਉਹ ਲਿਖਦੇ ਨੇ, ਸਫ਼ਰ ਨੂੰ ਮੰਜ਼ਲ ਨਹੀਂ, ਪਿਆਸ ਨੂੰ ਪਾਣੀ ਨਹੀਂ, ਮੈਂ ਆਪਣੇ ਯਾਰ ਦੀ ਨਗਰੀ 'ਚ ਹੀ ਬੇਯਾਰ ਫਿਰਦਾ ਹਾਂ। ਅਤੇ ਉਹ ਇਸੇ ਗੱਲ ਨੂੰ ਪੇਸ਼ ਕਰਦੇ ਨੇ ਕਿ ਮਰਦਾਨੇ ਨੂੰ ਗੁਰੂ ਨਾਨਕ ਨਾਲੋਂ ਵੱਖ ਕਿਹਨੇ ਕਰਤਾ। ਇਹ ਅੱਜ ਅਸੀਂ ਵੀ ਸੋਚਣਾ। ਬਹੁਤ ਸਾਰੇ ਇਸ ਦੇ ਵਿੱਚ ਸੰਕਲਪ ਤੁਸੀਂ ਨਾਲੋਂ ਨਾਲ ਦੇਖੋਗੇ ਗੁਰਬਾਣੀ ਦੇ, ਗੁਰੂ ਨਾਨਕ ਸਾਹਿਬ ਬਾਣੀ ਦੇ ਵਿੱਚੋਂ, ਪਰ ਵਰਤਮਾਨ ਸਮੇਂ ਦੀ ਪ੍ਰਸੰਗਿਕਤਾ ਜ਼ਰੂਰੀ ਹੈ। ਇਤਿਹਾਸ ਨੂੰ ਪੜ੍ਹ ਲੈਣਾ ਕਾਫੀ ਨਹੀਂ ਜੇਕਰ ਉਸ ਨੂੰ ਅੱਜ ਦੇ ਸਮੇਂ 'ਚ ਅਸੀਂ ਲਾਗੂ ਨਹੀਂ ਕਰਦੇ। ਮਰਦਾਨਾ ਜੀ ਦੀ ਗੱਲ ਕਰਦੇ ਹਾਂ, ਅਸੀਂ ਨਾਲ ਇਹ ਵੀ ਗੱਲ ਕਰੀਏ ਕਿ ਕਰਤਾਰਪੁਰ ਦੀ ਗੱਲ, ਅੱਜ ਕਰਤਾਰਪੁਰ ਦੇ ਲਾਂਘੇ ਦੀ ਗੱਲ ਚੱਲੀ ਹੈ। ਰਾਏ ਅਜ਼ੀਜ਼ੁੱਲਾ ਖਾਨ, ਰਾਏ ਬੁਲਾਰ ਤੋਂ ਲੈ ਕੇ ਰਾਏ ਕੱਲਾ ਜੀ ਤੱਕ ਇਹ ਸਫ਼ਰ ਹੈ ਗੁਰੂ ਸਾਹਿਬ ਨੂੰ ਸਮਰਪਿਤ ਮੁਸਲਮਾਨਾਂ ਦਾ। ਜੋ ਸਤਿਕਾਰ ਗੁਰੂ ਸਾਹਿਬ ਦਾ ਕੀਤਾ ਅਤੇ ਕੀਤਾ ਜਾ ਰਿਹਾ ਉਹ ਬਿਆਨ ਨਹੀਂ ਹੋ ਸਕਦਾ। ਪਰ ਅਫਸੋਸ ਹੈ ਕਿ ਰਾਸ਼ਟਰਵਾਦੀ ਪਹੁੰਚ ਜਿਸ ਕਿਸਮ ਦੀ ਬਣ ਚੁੱਕੀ ਹੈ ਉਸ ਦੇ ਵਿੱਚ ਸਾਰੀਆਂ ਗੱਲਾਂ ਨੂੰ ਮਿਲ ਗੋਭੇ ਦੇ ਤੌਰ 'ਤੇ ਪੇਸ਼ ਕਰਕੇ ਇਹ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਹਿਲੀ ਗੱਲ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਦਾ ਸੰਦੇਸ਼ ਇੱਕ ਨਹੀਂ। ਦੂਸਰੀ ਗੱਲ ਕਿ ਗੁਰੂ ਸਾਹਿਬਾਨ ਦਾ ਜਿਹੜਾ ਜਿੰਨਾ ਚਿੰਤਨ ਹੈ ਉਹ ਮੁਗਲੀਆ ਸਾਮਰਾਜ ਜਾਂ ਉਸ ਕਿਸਮ ਦੇ ਜੋ ਇਸਲਾਮੀਆ ਮਾਹੌਲ ਦੇ ਖਿਲਾਫ ਸੀ, ਦੋਨੇ ਹੀ ਗੱਲਾਂ ਬੁਨਿਆਦੀ ਤੌਰ 'ਤੇ ਗਲਤ ਨੇ। ਗੁਰੂ ਸਾਹਿਬ ਨੇ ਰਾਜ ਦਾ ਸੰਕਲਪ ਜੋ ਦਿੱਤਾ ਉਹ ਕੀ ਹੈ ਅਤੇ ਉਸ ਦਾ ਟਕਰਾਓ ਕਿੱਥੇ ਸੀ,
ਅਤੇ ਉਸ ਦਾ ਬਦਲ ਕੀ ਹੈ, ਇਹ ਵਿਚਾਰਨ ਵਾਲੀ ਗੱਲ ਹੈ। ਅੱਜ ਜਦੋਂ ਅਸੀਂ ਇਹੋ ਜਿਹੇ ਨੈਸ਼ਨਲਿਜ਼ਮ ਦੀ ਪਹੁੰਚ ਨੂੰ ਦੇਖਦੇ ਹਾਂ ਤਾਂ ਇਸ ਗੱਲ 'ਤੇ ਚਿੰਤਾ ਪ੍ਰਗਟ ਕਰਨੀ ਬੜੀ ਜ਼ਰੂਰੀ ਹੈ। ਗੁਰੂ ਸਾਹਿਬ ਦੀ ਰਚਨਾ ਦੇ ਵਿੱਚੋਂ ਵਾਰ ਵਾਰ ਰਿਪੀਟ ਕੀਤਾ ਜਾਂਦਾ, ਕਿਉਂਕਿ ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗਿਆ ਦਾਨ ਵੇ ਲਾ ਲਓ। ਅੱਗੇ ਜਦੋਂ ਤੁਸੀਂ ਦੇਖੋਗੇ ਉਹਨਾਂ ਸਾਰੀਆਂ ਗੁਰਬਾਣੀ ਦੀਆਂ ਤੁਕਾਂ ਅਤੇ ਉਹਨਾਂ ਦੇ ਭਾਵ ਅਰਥ ਚਿੰਤਨ ਦੀ ਗੱਲ ਹੋਏਗੀ, ਪਰ ਮੈਂ ਇੱਥੋਂ ਗੱਲ ਸ਼ੁਰੂ ਕਰਦਾ ਕਿ ਇਹ ਜਿਹੜੇ ਸ਼ਬਦ ਨੇ, ਇੱਕ ਉਸ ਦੇ ਵਿੱਚ ਸਤਰ, ਇੱਕ ਲਫ਼ਜ਼ ਆਇਆ ਬਾਬਰ ਬਾਣੀ। ਮੈਂ ਹੈਰਾਨ ਹੁੰਦਾ ਕਿ ਸਾਡੇ ਸੁਭਾਅ ਕੀ ਬਣ ਚੁੱਕੇ ਨੇ, ਅਸੀਂ ਬਾਣੀ ਦਾ ਨਾਂ ਹੀ ਬਾਬਰ ਬਾਣੀ ਕਹਿਣ ਲੱਗ ਗਏ। ਹੱਦ ਹੋ ਗਈ, ਗੁਰੂ ਨਾਨਕ ਬਾਣੀ ਹੈ, ਬਾਬਰ ਬਾਣੀ ਜਾਣੀ ਕਿ ਬਾਬਰ ਸ਼ਾਹੀ ਬਾਣੀ ਨਹੀਂ। ਬਾਣੀ ਅਤੇ ਬਾਣੀ ਦੇ ਵਿੱਚ ਫਰਕ ਹੈ। ਬਾਬਰ ਸ਼ਾਹੀ ਦੇ ਬਾਰੇ ਗੁਰੂ ਸਾਹਿਬ ਨੇ ਕਿਹਾ ਕਿ ਇਹ ਜਿਹੜੀ ਬਾਬਰ ਸ਼ਾਹੀ ਹੈ, ਕਿਸ ਤਰੀਕੇ ਨਾਲ ਉਸ ਨੂੰ ਉਹਨਾਂ ਨੇ ਰੱਦ ਕੀਤਾ। ਅਤੇ ਜਿਸ ਚੀਜ਼ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਦ ਕੀਤਾ, ਅਸੀਂ ਬਾਣੀ ਦਾ ਨਾਂ ਹੀ, ਕੀਰਤਨ ਦੀਆਂ ਕੈਸਟਾਂ ਆਉਂਦੀਆਂ ਨੇ ਬਾਬਰ ਬਾਣੀ, ਲੇਖ ਲਿਖੇ ਜਾਂਦੇ ਨੇ ਬਾਬਰ ਬਾਣੀ। ਕਮਾਲ ਹੋ ਗਈ, ਅਸੀਂ ਕਿਸ ਪਾਸੇ ਵੱਲ ਚੱਲ ਰਹੇ ਹਾਂ? ਜਿਸ ਬਾਬਰ ਦੀ ਬਾਣੀ ਨੂੰ, ਉਸ ਦੀ ਬਾਬਰ ਸ਼ਾਹੀ ਨੂੰ ਮੁਰਸ਼ਦੇ ਆਲਮ ਗੁਰੂ ਨਾਨਕ ਸਾਹਿਬ ਨੇ ਰੱਦ ਕੀਤਾ, ਅਸੀਂ ਬਾਣੀ ਦਾ ਨਾਂ ਉਸ 'ਤੇ ਬਣਾਤਾ। ਇਹ ਵੀ ਇੱਕ ਐਸੀ ਦੁਖਦਾਈ ਘਟਨਾ ਕਰਮ ਹੈ ਜਿਸ ਨੂੰ ਅਸੀਂ ਜੇਕਰ ਅੱਜ ਸੋਚੀਏ ਤਾਂ ਅਫਸੋਸਨਾਕ ਢੰਗ ਨਾਲ ਵਿਚਾਰਨਾ ਬਣਦਾ। ਪਰ ਇਸ ਦੇ ਮਗਰ ਜਿਹੜੀ ਹੋਰ ਵੀ ਗੱਲ ਹੈ, ਇੱਥੇ ਹੀ ਕਾਫੀ ਨਹੀਂ। ਜਦੋਂ ਅਸੀਂ ਗੁਰਬਾਣੀ ਦੇ ਅਰਥ ਚਿੰਤਨ ਦੀ ਗੱਲ ਕਰਦੇ ਹਾਂ ਨਾ, ਕਹਿੰਦੇ ਹਾਂ ਕਿ ਅੱਜ 500 ਸਾਲ 'ਤੇ ਕਿਸੇ ਇੱਕ ਸੰਕਲਪ ਨੂੰ ਹੀ ਲੈ ਲਓ। ਅਨੇਕਾਂ ਲੇਖ ਨੇ, ਸੈਮੀਨਾਰ ਦੇ ਵਿੱਚ ਅਨੇਕਾਂ ਵਿਚਾਰਾਂ ਨੇ, ਡਿਸਕਸ਼ਨਸ ਨੇ, ਗੁਰਬਾਣੀ ਦੇ ਅਰਥ, ਗੁਰੂ ਨਾਨਕ ਸਾਹਿਬ ਬਾਣੀ ਦੇ ਅਰਥ। ਵੈਸੇ ਇਹ ਗੱਲ ਵੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀਆਂ ਦੇ ਜਿਹੜੇ ਨੇ ਸਿਰਲੇਖ ਨਹੀਂ ਬਣੇ ਹੋਏ, ਅਸੀਂ ਬਣਾ ਲਏ। ਈਵਨ ਆਸਾ ਦੀ ਵਾਰ ਵੀ ਸਿਰਲੇਖ ਨਹੀਂ, ਇਹ ਵੀ ਅਸੀਂ ਜਿਸ ਤਰ੍ਹਾਂ ਬਣਾਏ ਆ। ਜਪ ਜੀ ਅਸਲ ਦੇ ਵਿੱਚ ਬਾਣੀ ਸ਼ੁਰੂ ਹੁੰਦੀ ਹੈ। ਹੁਣ ਦੇਖੋ ਕਿਸ ਕਿਸਮ ਦੀ ਸਾਡੀ ਅਪਰੋਚ ਹੈ। ਇਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਨਾ ਗਿਆਨ ਹਾਸਲ ਕਰਨ ਦੇ ਵਿੱਚ ਸੁਣਿਆ ਮੰਨਿਆ ਮਨ ਕੀਤਾ ਭਾਉ। ਗੁਰਬਾਣੀ ਦੇ, ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਵਿੱਚ ਜੇਕਰ ਤ੍ਰਿਕਾਲ ਪੱਖੋਂ ਜਾਂ ਤਿੰਨ ਨੁਕਤੇ ਤੋਂ ਅਸੀਂ ਕੋਈ ਗੱਲ ਕਰੀਏ ਤਾਂ ਜੋੜੀਆਂ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਬਣਾਈਆਂ, ਮਨ ਬਚ ਕਰਮ, ਮਨ ਬਚਨ ਅਤੇ ਕਰਮ, ਸੱਤ ਸੰਤੋਖ ਵਿਚਾਰ, ਇਸੇ ਤਰ੍ਹਾਂ ਕਿਰਤ ਕਰਨੀ, ਵੰਡ ਛਕਣਾ, ਨਾਮ ਜਪਣਾ, ਚਿੰਤਨ ਦਾ ਹਿੱਸਾ ਨੇ ਸਾਡੀਆਂ। ਇਕੱਲਾ ਇਕੱਲਾ ਇੱਕ ਇੱਕ ਇਹਦਾ ਸ਼ਬਦ ਇੱਕ ਇੱਕ ਲੈਕਚਰ ਦੀ, ਸੈਮੀਨਾਰ ਦੀ ਮੰਗ ਕਰਦਾ। ਪਰ ਹੋਇਆ ਕੀ ਕਿ ਅਸੀਂ ਉਸ 'ਤੇ ਗੌਰ ਨਹੀਂ ਕੀਤੀ। ਹੁਣ ਜਦੋਂ ਅਸੀਂ ਜਪਜੀ ਸਾਹਿਬ ਦੇ ਵਿੱਚੋਂ ਹੀ ਬਾਣੀ ਦੇ ਅਰਥਾਂ ਨੂੰ ਪਹਿਲੀ ਜਿਹੜੀ ਜਪਜੀ ਸਾਹਿਬ ਦੀ ਪੰਕਤੀ ਤੋਂ ਸ਼ੁਰੂ ਹੁੰਦਾ ਨਾ ਕਾਰਜ ਆਰੰਭ, ਉਸ ਕਾਰਜ ਆਰੰਭਤਾ ਦੇ ਵਾਸਤੇ ਮੈਂ ਇੱਕ ਬੇਨਤੀ ਕਰਦਾ ਸਾਰੇ ਸਰੋਤਿਆਂ ਨੂੰ, ਸ਼ਾਂਤਮਈ ਢੰਗ ਨਾਲ ਆਪਾਂ ਜ਼ਰੂਰ ਸੁਣੀਏ ਇਕਾਗਰਤਾ ਨਾਲ। ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, 99% ਅਰਥ ਜਿਹੜੇ ਆ ਉਸ ਦੇ ਕੀ ਹੋ ਰਹੇ ਨੇ ਜੀ, ਕਿਵੇਂ ਕਰਨਾ? ਅਸੀਂ ਵੀ ਇੱਥੇ ਬੈਠੇ ਹਾਂ, ਸਾਨੂੰ ਇੱਕ ਤਾਂ ਇਹ ਨਹੀਂ ਪਤਾ ਕਿ ਬਾਣੀ ਦੇ ਅਰਥ, ਅਤੇ ਦੂਸਰਾ ਇਹ ਹੈ ਕਿ ਬਾਣੀ ਗੁਰੂ ਸਾਹਿਬ ਦੀ ਹੈ ਕਿ ਨਹੀਂ। ਜਿਵੇਂ ਮਿਹਰਬਾਨ ਦੀ ਗੱਲ ਚੱਲੀ ਸੀ, ਧੀਰ ਮੱਲੀਆਂ ਦੀ ਗੱਲ ਚੱਲੀ ਸੀ, ਮਿਲਾਵਟ ਦੀ ਗੱਲ ਚੱਲੀ ਸੀ, ਉੱਥੇ ਬਹੁਤ ਵੱਡੇ ਇੱਕ ਚਿੰਤਨ ਇਕੱਠ ਦੇ ਵਿੱਚ ਮੈਂ ਮੌਜੂਦ, ਅਤੇ ਉਸ ਵੇਲੇ ਵਿਅਕਤੀ ਇਹ ਬੋਲ ਰਿਹਾ, ਕਹਿੰਦਾ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਸੋਚਣ ਨਾਲ ਕੁਝ ਨਹੀਂ ਹੁੰਦਾ, ਸੋਚ ਸੋਚ ਕੇ ਥੱਕ ਗਏ ਨੇ, ਸੋਚਣਾ ਹੀ ਛੱਡੋ। ਮੈਂ ਕਿਹਾ ਕਹਾਣੀ ਮੁੱਕ ਗਈ ਜੇ ਸੋਚਣਾ ਹੀ ਛੱਡਤਾ। ਗੁਰੂ ਸਾਹਿਬ ਤਾਂ ਵਾਰ ਵਾਰ ਕਹਿੰਦੇ ਸੋਚ ਵਿਚਾਰ ਕੇ ਚੱਲੋ, ਹਰ ਕਦਮ ਹਰ ਜੀਵਨ ਦੇ ਪੰਥ 'ਤੇ। ਜਿੱਥੇ ਸ਼ੌਚ ਦੀ ਸੁੱਚਮਤਾ ਦੀ ਗੱਲ, ਉਸ ਅਡੰਬਰ ਦੀ ਗੱਲ ਸੀ, ਉੱਥੋਂ ਗੁਰੂ ਸਾਹਿਬ ਨੇ ਰੱਦ ਕੀਤਾ ਕਿ ਸੁੱਚ, ਜਿਸ ਸ਼ੌਚ ਨੂੰ ਜਾਂ ਜਿਸ ਸੁੱਚਮਤਾ ਨੂੰ ਤੂੰ ਕਹਿੰਦਾ, ਲੱਖ ਵਾਰੀ ਇਹ ਕਰ ਲੈ, ਇੱਦਾਂ ਸੁੱਚਾ ਨਹੀਂ ਹੋਇਆ ਜਾਂਦਾ, ਇਸ ਸੁੱਚਮਤਾ ਨਾਲ ਰੱਬ ਨਹੀਂ ਮਿਲਣਾ, ਇਉਂ ਭੁੱਖਿਆਂ ਰਹਿ ਕੇ ਰੱਬ ਨਹੀਂ ਮਿਲਣਾ, ਇਸ ਤਰੀਕੇ ਨਾਲ ਜ਼ੁਬਾਨ ਚੁੱਪ ਕਰਕੇ ਮੂੰਹ ਬੰਦ ਕਰਕੇ ਰੱਬ ਨਹੀਂ ਮਿਲਣਾ। ਅਤੇ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿ ਸਚਿਆਰ ਹੋਈਏ ਕਿ ਕੂੜੇ ਤੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ।
ਹੁਣ ਇਸ ਦੇ ਨਾਲ ਹੀ ਅਸੀਂ ਆਮ ਇੱਕ ਸੁਭਾਅ ਸਾਡਾ ਬਣ ਚੁੱਕਿਆ, ਅਸੀਂ ਜਦੋਂ ਕਿਸੇ ਨੂੰ ਕੋਈ ਗੱਲ ਕਹਿੰਦੇ ਹਾਂ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਗੁਰੂ ਨਾਨਕ ਸਾਹਿਬ ਦੇ ਪੁਰਬ 'ਤੇ ਇਹ ਤਾਂ ਫੈਸਲਾ ਕਰ ਲਓ ਕਿ ਕਿਹੜੀ ਬਾਣੀ ਗੁਰੂ ਨਾਨਕ ਸਾਹਿਬ ਦੀ ਹੈ, ਕਿਹੜੀ ਰਲਾਵਟ ਹੈ, ਕਿਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਨਹੀਂ, ਕਿੱਥੋਂ ਆਈ ਹੈ ਇਹ ਅਤੇ ਕਿਵੇਂ ਸਾਡੀ ਜ਼ੁਬਾਨ 'ਤੇ ਚੜ੍ਹੀ ਹੈ। ਅਤੇ ਰਹਿਰਾ ਸਾਹਿਬ ਦੇ ਇੱਕ ਵਿਲੱਖਣ ਅਤੇ ਵਿਸ਼ਾਲ ਰੂਪ ਦੇ ਵਿੱਚ ਐਡ ਕਰ ਦਿੱਤਾ ਗਿਆ, ਆਪੇ ਪੱਟੀ ਕਲਮ ਆਪ ਉੱਪਰ ਤੂੰ, ਕਮਾਲ ਹੈ। ਕਦੇ ਬੈਠ ਕੇ ਸੋਚੋ ਕਿੱਥੋਂ ਆਇਆ, ਬਹੁਤ ਕੁਝ ਐਸਾ। ਅੱਜ ਅਸੀਂ ਇਹ ਵੀ ਸੋਚੀਏ ਕਿ ਇਹ ਕਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਸੰਕਲਪ ਦੇ ਪੈਰਲਲ ਜਿਹੜੀਆਂ ਇਹ ਤਾਕਤਾਂ ਲਗਾਤਾਰ ਜਿਸ ਤਰੀਕੇ ਨਾਲ ਇਹ ਮਿਲਾਵਟ ਹੋ ਰਹੀ ਹੈ। ਪਰ ਗੁਰੂ ਸਾਹਿਬ ਦਾ ਜੋ ਅਸਲ ਸੰਕਲਪ ਕੀ ਹੈ, ਜਿਹੜਾ ਰਬਾਬ ਦੀ ਗੱਲ ਚੱਲੀ ਅਤੇ ਨਗਾਰੇ ਤੱਕ ਦੇ ਸਫ਼ਰ ਦੀ ਗੱਲ ਚੱਲੀ, ਅਸਲ ਦੇ ਵਿੱਚ ਇਹ ਮੀਰੀ ਅਤੇ ਪੀਰੀ ਦਾ ਸੰਕਲਪ ਸਿੱਖ ਸਿਧਾਂਤ ਦਾ ਧੁਰਾ। ਭਗਤੀ ਅਤੇ ਸ਼ਕਤੀ ਦੀ ਗੱਲ ਕਰਦੇ ਹਾਂ, ਅਸੀਂ ਜ਼ੁਲਮ ਦੇ ਖਿਲਾਫ਼ ਲੜਨ ਦੀ ਵੀ ਗੱਲ ਕਰਦੇ ਹਾਂ, ਜਦੋਂ ਵੀ ਗੱਲ ਕਰਦੇ ਹਾਂ ਤਾਂ ਤੁਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਇਸ ਸੰਕਲਪ ਨੂੰ ਲੈ ਕੇ ਕਿਸ ਤਰ੍ਹਾਂ ਦੇ ਰਾਜ ਦੀ ਗੁਰੂ ਸਾਹਿਬ ਨੇ ਗੱਲ ਕੀਤੀ। ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ। ਹੁਣ ਜਦੋਂ ਅਸੀਂ ਇਸ ਰਾਜ ਦੀ, ਜਿਹੜਾ ਗੁਰੂ ਨਾਨਕ ਸਾਹਿਬ ਦਾ ਰਾਜ ਹੈ, ਜਿਸ ਦਾ ਗੜ੍ਹ ਕਿਲਾ ਕੋਟ ਸੱਚ ਦਾ ਆਧਾਰ, ਜਿਸ ਸੱਚ ਦੀ ਗੱਲ ਕੀਤੀ ਹੈ, ਉਹ ਸੱਚ ਦੇ ਆਧਾਰ 'ਤੇ ਅਸੀਂ ਚੱਲਦੇ ਹਾਂ, ਜਾਂ ਇਸ ਦੇ ਨਾਲ ਕਬ ਕਲ ਸੋ ਜਿਸ ਗਾਵੋ ਗੁਰੂ ਨਾਨਕ ਰਾਜ ਯੋਗ ਜਿਨ ਮਾਣਿਓ। ਇਹ ਰਾਜ ਦਾ ਸੰਕਲਪ ਗੁਰੂ ਨਾਨਕ ਸਾਹਿਬ ਦੇ ਸੰਪੂਰਨ ਧਰਮ ਦੇ ਸੰਕਲਪ ਦਾ ਇੱਕ ਹਿੱਸਾ, ਇਹ ਮੁਕੰਮਲ ਜਿਹੜਾ ਹੈ ਉਹ ਬੜਾ ਵਿਸ਼ਾਲ ਹੈ। ਹੁਣ ਜਿਵੇਂ ਗੱਲ ਪਹਿਲਾਂ ਚੱਲੀ ਕਿ ਇਸ ਦੇ ਵਿਸ਼ਾਲਤਾ ਨੂੰ ਜੇਕਰ ਅਸੀਂ ਵਿਚਾਰੀਏ ਇਸ ਦੇ ਪਹਿਲੂਆਂ ਨੂੰ, ਤਾਂ ਕਿਸ ਤਰੀਕੇ ਨਾਲ ਇਤਿਹਾਸ ਮਿਥਿਹਾਸ ਬਣਾਇਆ ਜਾ ਰਿਹਾ। ਮੈਂ ਇਸ਼ਾਰਾ ਇਸ ਦੇ ਵਿੱਚ ਕਰਾਂਗਾ, ਪਿੱਛੇ ਜੇ ਲਿਖਤ ਆਈ ਉਸ ਲਿਖਤ ਦੇ ਵਿੱਚ ਲੇਖਕ ਨੇ ਇਹ ਲਿਖਿਆ ਕਿ ਜਦੋਂ ਜ਼ਾਲਮ ਰਾਜੇ ਬਾਬਰ ਨੂੰ ਗੁਰੂ ਸਾਹਿਬ ਨੇ ਚੁਣੌਤੀ ਦਿੱਤੀ ਤਾਂ ਕੀ ਹੋਇਆ ਕਿ ਗ੍ਰਿਫਤਾਰ ਕਰ ਲਿਆ ਗਿਆ ਗੁਰੂ ਸਾਹਿਬ ਨੂੰ। ਅਤੇ ਉਹ ਲੇਖਕ ਕਹਿੰਦਾ ਕਿ ਕਹਿੰਦੇ ਹਨ ਕਿ ਗੁਰੂ ਸਾਹਿਬ ਨੂੰ ਉਸ ਵੇਲੇ ਬਾਬਰ ਅੱਗੇ ਪੇਸ਼ ਕੀਤਾ ਗਿਆ। ਬਾਬਰ ਕਹਿੰਦਾ ਇਹ ਉਹੀ ਸ਼ਖਸ ਹੈ ਜਿਹੜਾ ਮੇਰੇ ਸੁਪਨੇ 'ਚ ਆਇਆ ਸੀ, ਅਤੇ ਸੁਪਨੇ 'ਚ ਆ ਕੇ ਇਹਨੇ ਮੈਨੂੰ ਦਰਸ਼ਨ ਦਿੱਤੇ ਸੀ ਅਤੇ ਮੈਨੂੰ ਇਹ ਕਹਿ ਰਿਹਾ ਸੀ ਕਿ ਭਾਰਤ ਹਿੰਦੁਸਤਾਨ 'ਤੇ ਤੇਰਾ ਰਾਜ ਹੋਏਗਾ, ਤੇਰੀਆਂ ਵੰਸ਼ਾਂ ਦਾ ਰਾਜ ਹੋਏਗਾ। ਇਹ ਇਤਿਹਾਸ ਦੇ ਇੱਕ ਨਾਵਲ ਦੇ ਰੂਪ ਦੇ ਵਿੱਚ, ਪਿੱਛੇ ਜੇ ਬਲਦੇਵ ਸੜਕਨਾਮਾ ਨੇ ਇੱਕ ਨਾਵਲ ਲਿਖਿਆ ਜਿਹੜਾ ਕਿ ਸੂਰਜ ਦੀ ਅੱਖ, ਉਹਦੇ ਵਿੱਚ ਇਹ ਟਿੱਪਣੀ ਕੀਤੀ। ਅਸੀਂ ਉਸ ਵੇਲੇ ਸਵਾਲ ਕੀਤਾ ਕਿ ਇਸ ਨੂੰ ਰੱਦ ਕਿਹਨੇ ਕਰਨਾ, ਇਸ ਝੂਠ ਦੇ ਅਡੰਬਰ ਦੇ ਸਿੱਖ ਸਿਧਾਂਤ ਦੇ ਉਲਟ ਜਾ ਰਹੇ ਇਹੋ ਜਿਹੇ ਪ੍ਰਚਾਰ ਨੂੰ ਰੱਦ ਕਿਹਨੇ ਕਰਨਾ। ਸਿੱਖ ਚਿੰਤਕਾਂ ਨੇ, ਬੁੱਧੀਜੀਵੀਆਂ ਨੇ, ਲੇਖਕ ਵਰਗ ਦਾ ਇਹ ਫਰਜ਼ ਬਣਦਾ। ਪਰ ਲੇਖਕ ਵਰਗ ਗਾਫਲ ਦੀ ਨੀਂਦ ਸੁੱਤਾ, ਉਸ ਨੇ ਜਿਹੜਾ ਫਰਜ਼ ਅਦਾ ਕਰਨਾ ਉਸ ਤੋਂ ਉਹ ਕਾਫੀ ਦੂਰੀ ਬਣਾਈ ਬੈਠਾ, ਅਤੇ ਜਿਸ ਕਾਰਨ ਨੁਕਸਾਨ ਇਹ ਹੋ ਰਿਹਾ ਕਿ ਗੁਰੂ ਦਾ ਸੰਕਲਪ ਜਿਹੜਾ ਹੈ ਅਸਲ ਦੇ ਵਿੱਚ ਸਹੀ ਅਰਥਾਂ 'ਚ ਨਹੀਂ ਪਹੁੰਚ ਰਿਹਾ। ਜਿਸ ਨੂੰ ਗੁਰੂ ਸਾਹਿਬ ਆਪਣੀ ਬਾਣੀ 'ਚ ਫਰਮਾਨ ਕਰਦੇ ਨੇ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨਵੇ ਲਾ ਲਓ, ਜਿੱਥੇ ਗੱਲ ਕਰ ਰਹੇ ਨੇ ਜੈਸੀ ਮੈਂ ਆਵੇ ਖਸਮ ਕੀ ਬਾਣੀ, ਖਸਮ ਦੀ ਬਾਣੀ ਦੀ ਗੱਲ ਕਰਦੇ ਨੇ। ਜਦੋਂ ਅਸੀਂ ਇਹ ਜਿਹੜੇ ਸੰਕਲਪ ਦੀ ਗੱਲ ਕਰਦੇ ਹਾਂ, ਸਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾ ਲਓ, ਇਸ ਗੱਲ ਨੂੰ ਜੇਕਰ ਧਿਆਨ ਵਿੱਚ ਰੱਖੀਏ ਤਾਂ ਗੁਰਮਤਿ ਦੇ ਸੰਕਲਪ ਦੇ ਅਨੁਸਾਰ ਇਹ ਦੇਖਿਆ ਜਾ ਸਕਦਾ ਕਿ ਗੁਰੂ ਸਾਹਿਬ ਨੇ ਉਸ ਜ਼ਾਲਮ ਬਾਦਸ਼ਾਹ ਨੂੰ ਚੁਣੌਤੀ ਕਿਵੇਂ ਦਿੱਤੀ। ਪਰ ਅਸੀਂ ਉਸ ਗੱਲ ਦੇ ਇਤਿਹਾਸ ਨੂੰ ਕਿਵੇਂ ਅੱਜ ਦੇ ਜੀਵਨ ਦੇ ਵਿੱਚ ਲਾਗੂ ਕਰਨਾ, ਅੱਜ ਜਿਸ ਸੱਤਾ ਦੇ ਵਿੱਚ ਜੋ ਵਿਅਕਤੀ ਹੈ ਉਹ ਆਪਣੇ ਅਨੁਸਾਰ ਉਸ ਦੇ ਅਰਥ ਕਰ ਰਿਹਾ। ਇਸ ਦੇ ਵਿੱਚ ਇੱਕ ਨੁਕਤਾ ਜਿਹੜਾ ਹੈ ਜ਼ਰੂਰ ਤੁਸੀਂ ਲੇਖ ਦੇ ਵਿੱਚ ਜਦੋਂ ਪੜ੍ਹੋਗੇ ਤੁਹਾਡੇ ਸਾਹਮਣੇ ਆਏਗਾ। ਸ਼ਾਇਦ ਜਿਹੜੀ ਇਸ ਵੇਲੇ ਪਾਵਰ ਪੁਆਇੰਟ ਹੈ, ਮੈਨੂੰ ਲੱਗਦਾ ਕਿ ਉਸ ਨੂੰ ਸਹੀ ਅਰਥਾਂ ਦੇ ਵਿੱਚ ਇੱਥੋਂ ਲਾਈਵ ਟੈਲੀਕਾਸਟ ਨਹੀਂ ਹੋ ਸਕਿਆ, ਕੋਈ ਐਸੀ ਗੱਲ ਨਹੀਂ। ਗੁਰੂ ਸਾਹਿਬ ਨੇ ਜਿਹੜਾ ਇਸ ਦੇ ਵਿੱਚ ਸਾਨੂੰ ਦਿੱਤਾ ਜੋ ਸੰਦੇਸ਼, ਹੁਣ ਜੋ ਤਾਂ ਪ੍ਰੇਮ ਖੇਲਣ ਕਾ ਚਾਓ ਦੀ ਗੱਲ ਚੱਲਦੀ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਤੱਕ ਸਮੁੱਚਾ ਜਿਹੜਾ ਸਫ਼ਰ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਉਸ ਨੂੰ ਅਸੀਂ ਅੱਡ ਕਰਕੇ ਦੇਖਦੇ ਹਾਂ, ਇਹ ਹਰਗਿਜ਼ ਸਵਾਲ ਹੀ ਪੈਦਾ ਨਹੀਂ ਹੁੰਦਾ। ਜਿਸ ਰਾਜ ਦੇ ਸੰਕਲਪ ਨੂੰ ਗੁਰੂ ਸਾਹਿਬ ਨੇ ਚੈਲੇਂਜ ਕੀਤਾ, ਜਿਸ ਪੀਰੀ ਦੇ ਸੰਕਲਪ ਨੂੰ, ਮੀਰੀ ਅਤੇ ਪੀਰੀ ਦੋਨਾਂ ਨੂੰ ਸਮੇਂ ਦੇ ਨੂੰ ਉਹਨਾਂ ਨੇ ਚੈਲੇਂਜ ਕੀਤਾ, ਜਿਸ ਨੂੰ ਅਸੀਂ ਖੰਡਨਾਤਮਕ ਰੂਪ ਦੇ ਵਿੱਚ ਜੇਕਰ ਗੱਲ ਕਰੀਏ
ਤਾਂ ਉਸ ਦੇ ਵਿੱਚੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਦੋਹਾਂ ਨੂੰ ਉਸ ਵੇਲੇ ਜਿਹੜਾ ਸੰਬੰਧ ਸੀ ਉਹਨਾਂ ਨੂੰ ਰੱਦ ਕੀਤਾ ਗੁਰੂ ਸਾਹਿਬ ਨੇ। ਕਿਉਂ? ਜਿਹੜਾ ਉਸ ਵੇਲੇ ਦਾ ਮੌਕੇ ਦਾ ਧਾਰਮਿਕ ਸ਼੍ਰੇਣੀ ਦਾ ਵਿਅਕਤੀ ਸੀ ਉਹ ਕੀ ਕਰ ਰਿਹਾ ਸੀ? ਉਹ ਪਖੰਡ ਦੇ ਵਿੱਚ ਧਰਮ ਦੇ ਅਰਥਾਂ ਦੇ ਅਨਰਥ ਕਰ ਰਿਹਾ ਸੀ, ਜਿਸ ਦੇ ਵਿੱਚੋਂ ਉਹਨਾਂ ਨੇ ਇਸ ਗੱਲ ਨੂੰ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਫਰਮਾਨ ਕੀਤਾ, ਜਿਸ ਦੇ ਵਿੱਚ ਗੁਰੂ ਸਾਹਿਬ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ। ਹੁਣ ਉਸ ਵੇਲੇ ਬ੍ਰਾਹਮਣੀ ਸਮਾਜ ਜਾਂ ਉਸ ਵੇਲੇ ਜਿਸ ਕਿਸਮ ਦਾ ਮਾਹੌਲ ਸੀ, ਉਹਨਾਂ ਨੇ ਜਿਸ ਹਾਲਾਤ ਦੇ ਵਿੱਚ ਲੋਕਾਂ ਨੂੰ ਧਰਮ ਦੇ ਨਾਂ 'ਤੇ ਗੁੰਮਰਾਹ ਕੀਤਾ, ਗੁਰੂ ਸਾਹਿਬ ਨੇ ਉਸ ਨੂੰ ਰੱਦ ਕੀਤਾ। ਮੁੱਢਲੇ ਰੂਪ ਦੇ ਵਿੱਚ ਰੱਦ ਕਰਨ ਦਾ ਇੱਕੋ ਉਧਾਰ ਸੀ, ਉਹ ਅੱਜ ਵੀ ਉਦਾਹਰਨ ਅਸੀਂ ਦਿੰਦੇ ਹਾਂ ਕਿ ਜਨੇਊ ਪਾਉਣ ਤੋਂ ਇਨਕਾਰ ਕਰਦੇ ਹਾਂ। ਗੁਰੂ ਸਾਹਿਬ ਨੇ ਕਿਹਾ ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕੱਤ, ਨਹੀਂ ਤਾਂ ਤੇਰਾ ਜਿਹੜਾ ਜਨੇਊ ਹੈ ਇਹ ਮੈਂ ਰੱਦ ਕਰਦਾ। ਦਿਆ ਕਪਾ ਸੰਤੋਖ ਸੂਦ ਦੀ ਗੱਲ ਕੀਤੀ ਹੈ, ਅਤੇ ਦਿਆ ਕਪਾ ਦੇ ਨਾਲ ਹੀ ਜਦੋਂ ਕਿਹਾ ਧੌਲ ਧਰਮ ਦਿਆ ਕਾ ਭੂਤ, ਧਰਮ ਦੀ ਆਧਾਰਸ਼ਿਲਾ ਉਸ ਨੂੰ ਬੁਨਿਆਦ ਬਣਾ ਕੇ ਕਿਹਾ। ਪਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਜਨੇਊ ਦੇ ਵਾਸਤੇ ਗੁਰੂ ਸਾਹਿਬ ਜਦੋਂ ਪੰਡਿਤ ਉਹਨਾਂ ਕੋਲ ਆਉਂਦੇ ਨੇ ਤਾਂ ਉਹਨਾਂ ਦੀ ਬਾਂਹ ਫੜਦੇ ਨੇ। ਹੁਣ ਇੱਥੇ ਰੁਕਣਾ, ਅੱਜ ਉਹ ਜਨੇਊ ਕਸ਼ਮੀਰ ਦੇ ਪੰਡਿਤ ਦਾ ਇੱਕ ਔਰੰਗਜ਼ੇਬ ਨੇ ਲਾਇਆ ਸੀ ਤਾਂ ਗੁਰੂ ਸਾਹਿਬ ਨੇ ਪ੍ਰਤੀਕਰਮ ਕੀਤਾ, ਰਿਐਕਸ਼ਨ ਹੋਈ, ਸ਼ਹਾਦਤ ਹੋਈ। ਅੱਜ ਉਸੇ ਕਸ਼ਮੀਰ ਦੇ ਵਿੱਚ ਇੱਕ ਮੁਸਲਮਾਨ ਦੇ ਨਾਲ ਧੱਕਾ ਹੋ ਰਿਹਾ ਅਤੇ ਉਸ ਦੇ ਜੀਵਨ ਨੂੰ ਖਤਰੇ 'ਚ ਪਾਇਆ ਜਾ ਰਿਹਾ। ਅਤੇ ਹੁਣ ਜੇਕਰ ਕੋਈ ਇਹ ਆਧਾਰ ਬਣਾ ਕੇ ਗੱਲ ਕਰਦਾ ਕਿ ਗੁਰੂ ਸਾਹਿਬ ਨੇ ਤਾਂ ਉਸ ਵੇਲੇ ਸ਼ਹਾਦਤ ਦਿੱਤੀ ਜਨੇਊ ਦੀ ਰਾਖੀ ਲਈ, ਅੱਜ ਕੀ ਫਰਜ਼ ਹੈ? ਅੱਜ ਫਰਜ਼ ਇਹ ਹੈ ਜਨੇਊ ਵਾਲੇ ਜਿਹੜੇ ਅੱਜ ਉਸ ਕੁਰਾਨ ਨੂੰ ਮੰਨਣ ਵਾਲਿਆਂ ਦਾ ਸਿਰ ਲਾ ਰਹੇ ਨੇ ਉਹਨਾਂ ਦੇ ਖਿਲਾਫ ਉੱਠਣਾ। ਸੰਕਲਪ ਤਾਂ ਸਿੱਧਾ, ਇਸ ਦੇ ਵਿੱਚ ਦੋ ਰਾਵਾਂ ਨਹੀਂ, ਸਥਾਪਤੀ ਦਾ ਹਿੱਸਾ ਨਾ ਬਣ ਕੇ ਸਥਾਪਤੀ ਦੇ ਨਾਲ ਟੱਕਰ ਲੈਣੀ। ਸਮੱਸਿਆ ਕਿੱਥੇ ਹੈ? ਜਦੋਂ ਅਸੀਂ ਗੁਰੂ ਸਾਹਿਬ ਦੇ ਰਾਜ ਦੇ ਸੰਕਲਪ ਦੀ ਗੱਲ ਕਰਦੇ ਹਾਂ ਤਾਂ ਉੱਥੇ ਗੁਰੂ ਸਾਹਿਬ ਨੇ ਕਿਹਾ ਰਾਜੇ ਚੁੱਲੀ ਨਿਆਉ ਕੀ ਪੜ੍ਹੀਏ ਸੱਚ ਧਿਆਨ, ਰਾਜਾ ਤਖਤ ਟਿਕੈ ਗੁਣੀ ਤੈ ਪੰਚਾਇਣ ਰੱਤ। ਰਾਜੇ ਦੇ ਗੁਣ ਕਿਹੋ ਜਿਹੇ ਹੋਣ? ਅਤੇ ਗੁਰੂ ਸਾਹਿਬ ਨੇ ਖੁਦ ਉਸ ਕਿਸਮ ਦੇ ਰਾਜ ਦੀ ਗੱਲ ਕੀਤੀ ਜਿਹਦੇ 'ਚ ਧਰਮ ਹੋਵੇ। ਜੈਕਾਰ ਕੀਓ ਧਰਮੀਓ ਕਾ ਪਾਪੀ ਕੋ ਦੰਡ ਦਿਓ। ਇੱਕ ਗੱਲ ਹੋਰ, ਨਾਨਕ ਪਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਹੈ ਅਤੇ ਨਾਨਕ ਪਦ ਦਾ ਭਾਵ ਇਹ ਹੈ ਕਿ ਜਿਹੜੀ ਵੀ ਬਾਣੀ ਹੈ ਚਾਹੇ ਕਿਸੇ ਵੀ ਜਾਮੇ 'ਚ ਗੁਰੂ ਸਾਹਿਬ ਨੇ ਲਿਖੀ ਹੈ ਉਹ ਨਾਨਕ ਬਾਣੀ ਹੀ ਹੈ, ਉਸ ਦੇ ਵਿੱਚ ਫਰਕ ਨਹੀਂ ਹੈ, ਉਹ ਇੱਕ ਮੁਕੰਮਲ ਰੂਪ ਹੈ। ਸੋ ਉਸ ਮੁਕੰਮਲ ਤਸਵੀਰ ਦੇ ਵਿੱਚੋਂ ਜਦੋਂ ਚਾਹੇ ਰਾਜਯੋਗ ਮਾਨਣ ਦੀ ਗੱਲ ਆ, ਰਾਜਯੋਗ ਤਖਤ ਗੁਰ ਗੁਰੂ ਰਾਮਦਾਸ ਜੀ ਨੂੰ ਮਿਲਦਾ ਉਹ ਵੀ ਗੱਲ ਹੈ, ਹੈ ਗੁਰੂ ਨਾਨਕ ਸਾਹਿਬ ਦਾ ਸੰਕਲਪ। ਜਦੋਂ ਗੁਰੂ ਸਾਹਿਬ ਇਹੋ ਜਿਹੇ ਰਾਜੇ ਦੀ ਗੱਲ ਕਰਦੇ, ਅੱਜ ਦਾ ਰਾਜਾ ਜਿਸ ਕਿਸਮ ਦਾ ਹੈ ਉਸ ਨੂੰ ਰਾਜ ਪ੍ਰਥਾ ਦੇ ਉੱਪਰ ਜਿਸ ਕਿਸਮ ਦਾ ਪ੍ਰਭਾਵ ਹੈ, ਗੁਰੂ ਸਾਹਿਬ ਨੇ ਮੁਕੰਮਲ ਇੱਕ ਰਾਜ ਦੇ ਸੰਕਲਪ ਨੂੰ ਦਿੱਤਾ ਕਿ ਤੁਹਾਡਾ ਉੱਤਰਾਧਿਕਾਰੀ ਕਿਹੋ ਜਿਹਾ ਹੋਵੇ। ਉੱਤਰਾਧਿਕਾਰੀ ਭਾਈ ਲਹਿਣਾ ਜੀ ਤੋਂ ਵੱਡੀ ਮਿਸਾਲ ਕੀ ਹੈ? ਉੱਤਰਾ ਅਧਿਕਾਰੀ ਦੀ ਚੋਣ ਪੁੱਤਰ ਪਰਿਵਾਰ ਵੰਸ਼ ਸਭ ਰੱਦ, ਇੱਕੋ ਸੰਕਲਪ ਹੈ ਤਖਤ ਰਾਜਾ ਸੋ ਬਹਿ ਜੋ ਤਖਤ ਹੈ ਲਾਇਕ ਹੋਈ। ਅੱਜ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਤਾਂ ਸਾਨੂੰ ਸੋਚਣਾ ਪਏਗਾ ਕਿ ਅੱਜ ਦੇ ਜਿਹੜੇ ਰਾਜ ਪ੍ਰਬੰਧ ਦੇ ਚੁਣੌਤੀ ਜਿਸ ਨੂੰ ਅਸੀਂ ਦੇ ਰਹੇ ਹਾਂ ਜਾਂ ਗੁਰੂ ਦੇ ਖਾਲਸੇ ਨੇ ਜਿਸ ਨੂੰ ਚੁਣੌਤੀ ਦਿੱਤੀ ਹੈ ਉਸਦਾ ਕਾਰਨ ਕੀ ਹੈ? ਉਸਦਾ ਸਭ ਤੋਂ ਵੱਡਾ ਕਾਰਨ ਹੀ ਇਹ ਹੈ ਕਿ ਗੁਰੂ ਸਾਹਿਬ ਨੇ ਇਸ ਗੱਲ ਨੂੰ ਮੁਕੰਮਲ ਰੂਪ ਦੇ ਵਿੱਚ ਰੱਦ ਕਰ ਦਿੱਤਾ ਕਿ ਪਰਿਵਾਰਵਾਦ ਜਿਹੜਾ ਹੈ ਇਸ ਨੂੰ ਕਿਸੇ ਵੀ ਥਾਂ ਅਪਣਾਇਆ ਨਹੀਂ ਜਾ ਸਕਦਾ। ਹੁਣ ਗੁਰੂ ਸਾਹਿਬ ਇਹ ਸਾਰੇ ਸੰਕਲਪ ਨੂੰ ਜਦੋਂ ਲੈ ਕੇ ਚੱਲਦੇ ਨੇ ਤਾਂ ਉਸ ਦੇ ਵਿੱਚ ਗੁਰੂ ਸਾਹਿਬ ਇੱਕ ਵਾਰ ਵਾਰ ਜਿਹੜਾ ਸਾਨੂੰ ਇਸ ਗੱਲ ਨਾਲ ਜੋੜਦੇ ਨੇ ਕਿ ਪਰਜਾ ਦਾ ਵੀ ਕੋਈ ਫਰਜ਼ ਹੈ, ਸਾਡਾ ਵੀ ਕੋਈ ਫਰਜ਼ ਹੈ। ਸਭ ਠੀਕ ਹੈ, ਚੋਰ ਆਇਆ ਉਹ ਵੀ ਮਨਜ਼ੂਰ, ਸਾਧ ਆਇਆ ਉਹ ਵੀ ਮਨਜ਼ੂਰ,
साध दे रूप दे विच चोर आया वह भी मंजूर, जिहड़ा प्रचारक सिख धर्म का वह पद्धर कर दे वह भी मंजूर, जे एक पखंड नूं आ के बयान करदा वह भी ठीक, जेकर एक सच नूं बयान करदा। गुरु साहब ने कहा कि अंधी रईयत ज्ञान विहूणी, भाए भरे मुरदार परजा अंधी ज्ञान बिन कूड़ कुसत मुख ओलाई। असीं परजा दे रूप विच देखिए, असीं संगत दे रूप विच देखिए, साध संगत जी बड़ी वड्डी जिम्मेवारी है। जदों असीं अखां बंद करके हर गल नूं मन्नण लई तैयार हो जाने हां, राज दे विचों धर्म मनफी ना होवे, ये संकल्प गुरु साहब का, जिसनों बार बार गुरु साहब ने गुरबाणी च कहा कि धौल धर्म दया का पूत, ते राजे दा धर्म किहो जिहा होना चाहिए, धर्म नूं कढ दिओ, राज की है, जलाले पातशाही हो जां जमहूरी तमाशा हो, जुदा हो दीन सियासत से तो रह जाती है चंगेजी। डिक्टेटरशिप उदों आउंदी है ते जिस राज धर्म की जां राम धर्म की गल अज चल रही है जी, वो किस किस्म दा, उस राम नूं गुरु साहब ने प्रवान नहीं किया, रोवै राम निकाला पया सीता लक्ष्मण रोंदा। उल्फत बाजवा साहब बड़ा कमाल दा लिखते ने, तुसी बख्शे नहीं जाना करो लख बंदगी भावें, के खलकत मार के राजी खुदा नू कर दियो लोको, तुहाडे राम राज अंदर कद असली राम राज आओ, चिरां तो राम लीला दा ड्रामा कर दियो लोको। ते एहो जे लेखकां बारे की कहिंदे ने, डरदे ने सच कहणो लेखक समाजवादी, सुख सांद दे दिनां विच नारे लगाउण वाले समाजवादी, सोशलिज़म दीआं गल्लां किताबां, वड्डे वड्डे इनकलाब दी गल, वह इनकलाब गुरु नानक सों नहीं दिसदा, वह इनकलाब किसी बाहरी ताकत चों दिसदा है। तो जिदन कोई कवे मैनूं ये इनकलाब की सेध मेरे गुरु नानक मुरशद आलम तो मिली है, नहीं जी, ये बाबिआं नूं सेध कितों होर मिली, एडी हनेर गर्दी। पर खालसा जी बोलना किने है, सदियां बीत गई, असी सिर्फ तो सिर्फ सुन च उत्थे खचत हो जाने, वक्त गुजरिया समा मुकिया, तो उस तो बाद असी फिर उस लाइन च आ जाने, सानू तय करना पएगा कि चोर ते साध दे विचों पछाण किवें करनी है। एक बड़ी महत्वपूर्ण नुक्ते की गल जी इस समय साढ़े सामने आ, वह है कुल वक्ती ते हमेशा वास्ते गुरु साहब का संदेश, इनू समय के नाल नहीं बनिया जा सकता, निश्चल राज की गल की है गुरु साहब ने। गुरबाणी दे विच जदों गुरु साहब बयान करते ने, निश्चल राज सदा हर केरा तिस बिन अवरना कोई राम, राज हमारा सदा ही निश्चल, बिनवंत नानक राज निश्चल पूरन पुरख भगवाना। ये जिहड़ा निश्चल राज का संकल्प है, जदों असी अज आपसी विवादां दे विच घिरे होए ना, परिभाषावां पुछदे हां, कोई कहिंदा जी डेफिनेशन ये है, कोई कहिंदा ये डेफिनेशन है, असल च परिभाषा तां गुरु साहब ने पहला निश्चित की हुई है, बड़े विशाल रूप च उसनू बयान किया, ये साड़ी समझ की कमजोरी है कि असी उसनू जान ना सके। जेकर इस सारे संकल्प नू समुचे रूप दे विच देखिए, तां एक दो गल्लां अखीर च करके मैं इसनू समेटांगा, वो ये है कि राज दा जिहड़ा सिख संकल्प है, वह जे रबाब तो नगारे तक का सफ़र है, भगती तो शक्ति तक का सफ़र है, पीरी तो मीरी तक का सफ़र है, ये सफ़र सिख ने अपने अंदर समा के चलना है। गुरु साहब ने तैयार बर तैयार खालसा उस संकल्प के मुकम्मल रूप च बनाया। जदों कोई कहिंदा मैं गुरु नानक का सिख हाँ, गुरु गोबिंद सिंह का नहीं, वह गुरु नानक का सिख भी नहीं, वह किसी का भी नहीं, क्योंकि जे गुरु नानक का सिख है तो पहले ही राजेशी मुकदम कुत्ते, तो पहले ही जो तो प्रेम खेलन का चाहो सिर तर तली गली मेरी आओ। असल च गल ये है कि साडे सिद्धांत नू तोड़न दियां कोशिशां साजिशां वड्डे पद्धर ते हो रही, आम नहीं वड्डे पद्धर ते, यूनिवर्सिटियां दे विच सैमीनार भी होणगे इस साल, चेयरां भी बनणगियां, करोड़ां दी फंडिंग भी होएगी, उत्थे तुहाडे सिर ते उन्हां बंदियां नू नियुक्त किया जाना जिन्हां ने सिख धर्म के संकल्प के अर्थां के अनर्थ करने ने। फैसला खालसा जी तुसीं करना हुण कि गुरु नानक साहब के संकल्प नू वाचना जां फिर इहो जे लोकां दे
साजिशां दे असीं शिकार बनना है। जेकर गुरु दे दित्ते मार्ग ते चलांगे, सच दी पछाण करांगे, गुरु नानक साहब दे समुचे संकल्प नूं जीवन च विचारांगे, तां कोई ताकत नहीं कि सानू किसी भी पद्धर ते खत्म कर सके। जिदन मूल तो टुटे, जिदन सिद्धांत तो उखड़े, फिर साडा रहना कुछ नहीं। सिद्धांत नाल जुड़ गए तां फिर यह सच ही होएगा, नानक नाम चढ़दी कला तेरे पाणे सरबत दा भला। वाहेगुरु जी का खालसा, वाहेगुरु जी की फतेह। वाहिगुरु जी का खालसा, वाहिगुरु जी की फतेह। ये सन डॉक्टर गुरविंदर सिंह जी धालीवाल, जिन्होंने अज दे समागम दे विच अपना पेपर पढ़िया, रबाब तो नगारे तक। और गल जिहड़ी आपनू मैसेज ये दे रहे सन कि कुछ तो बाबे नानक ने शुरू गल जिहड़ी रबाब तो की सी, असल दे विच उहदे विच नगारा उस वेले हाजर ही सी, असी नहीं समझ सके। एक लाइन पढ़ी सी डॉक्टर हुणा ने, राजे चुली न्याऊ की पढ़िया सच ध्यान। जिसले सारे श्लोक नूं पढ़ते हैं ना, तो गुरु नानक साहब जी ने सारे जो उस वेले दा समाज सी, पूरे समाज नूं उस वेले संबोधन हो के हरेक नूं दस्या पे तेरा फर्ज की बनता। शब्द की पहली तुक शुरू होंदी है, नानक चुलियां सुचियां जे भर जाने कोए। असी ऐ जिथे बाणी लिखी हुई उस गुरु ग्रंथ साहब के पिछले पासे चुलियां भर भर के पी जाने हैं। अज भी साडा जो माहौल है, असी दरबार साहब जाने हैं, जिस बाबे नानक ने उत्थे दस्या भी चुली केड़ी भरनी है, ब्राह्मण चुली संतोख की, गिरही का सतदान, सुरते चुली ज्ञान की, जोगी का जत होए। ये जिहड़ियां उस वेले जोगी नूं भी संबोधन किया, ब्राह्मण नूं भी संबोधन किया, राजे नूं भी संबोधन किया, उस वेले जिहड़ी ये गल की है नगारा, तो उस वेले बजा दिता बाबे नानक ने। ये भाई साहब जी डॉक्टर साहब जी आप जी दे नाल ये गल करके गए हैं कि अज जिहड़ा साडे विच एक जी कहिंदे आ जी असी नानक जी दे सिख हाँ, नहीं नानक दे सिख कल्ले हो नहीं सकते, ये स्पष्ट किया उन्होंने। और ये गल सानू दृढ़ करके तुरना पएगा, नानक ते गुरु गोबिंद सिंह जी दा सिख एको ही है, ये कोई दो सिख नहीं है। गुरु गोबिंद सिंह दे सिख वक्रे नहीं हो सकते, नानक दे सिख वक्रे नहीं हो सकते, वो दोनों सिख एको ही सिख हो सकता है। खैर बहुत धन्यवाद है, बड़ी विस्थारपूर्वक जानकारी दे के इन्होंने आप जी दे नाल विचार सांझी कीती है। मैं होर समा ना लवां, नछत्र सिंह जी जिहड़े कि साडे पास आम करके आउंदे हन, और ये थोड़ा जिहा वखरे अंदाज दे विच हर रोज़ गुरद्वारा साहिब तों विचार सांझी करदे हन, क्योंकि डॉक्टर जिहड़े PhD करके जिहड़ी विचारधारा जिस तरह चलती है, वो अपना उन्हां दा विशा और उन्हां दा अपना दायरा है, इन्हां दा दायरा थोड़ा जिहा डिफरेंट है। पर 15 मिनट का समा आप जी दे नाल ये विचार सांझे करेंगे, उस तो बाद आपां प्रोग्राम नूं रैप अप करांगे। सो सरवण करो भाई नछत्र सिंह जी भांबड़ी। वाहिगुरू जी का खालसा, वाहिगुरू जी की फतेह। आओ गुरु सवारियो, एक बार सारे सतगुरां दी बख्शिश दोहराइए, प्यार नाल आखो वाहेगुरु जी का खालसा, वाहेगुरु जी की फतेह। गुरदेव पिता गुरु नानक साहब पातशाह जी बारे आपां सारे वख-वख विषयां ते गल कर रहे हाँ, ते बड़ियां प्यारियां ते खोज भरपूर गल्लां जिहड़ियां अज ध्यान मंगदियां आ, उस बन्ने तुहाडा ध्यान बुलारिया ने खड़िया आ। कोशिश की है भी असी अपने आप को उस बन्ने खड़ सकी। बाणी के दो वाक ने, थोड़ा समा मैं थोड़ा लैना। एक जगह पर गुरु साहब कहिंदे आ, गुरपुरा जिन सिमरिया सही पै निहाल। एक जगह पर गुरु साहब जी कहिंदे आ, एक
ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ। ਦੋ ਚੀਜ਼ਾਂ ਆ, ਇੱਕ ਪੰਕਤੀ ਪੜ੍ਹ ਕੇ ਐਂ ਲੱਗਦਾ ਵੀ ਜੇ ਗੁਰੂ ਪੂਰਾ ਸਿਮਰਿਆ ਜਾਏ ਤਾਂ ਹਰ ਮਨੁੱਖ ਨਿਹਾਲ ਹੋ ਸਕਦਾ। ਇੱਕ ਪੰਕਤੀ ਪੜ੍ਹ ਕੇ ਐਂ ਖਿਆਲ ਆ ਰਿਹਾ ਮਨ ਵਿੱਚ ਵੀ ਪੂਰਾ ਗੁਰੂ ਕੀ ਕਰੇ ਜੇ ਤੇਰੇ ਵਿੱਚ ਮੁਸ਼ਕਲ ਹੈ। ਔਰ ਇਹ ਗੱਲ ਮੈਂ ਹਮੇਸ਼ਾ ਸੰਗਤ ਨਾਲ ਸਾਂਝੀ ਕਰਦਾ ਵੀ ਬਾਣੀ ਜਿਹੜੀ ਏਕੋ ਓਂਕਾਰ ਤੋਂ ਲੈ ਕੇ ਤੇਰਾ ਕੀਤਾ ਜਾਤੋ ਨਾਹੀ ਤੱਕ ਹੈ, ਕਿਤੇ ਵੀ ਦੋ ਵਿਸ਼ੇ ਨਹੀਂ ਹਨ। ਇਹ ਗੱਲ ਜਿੰਨੀ ਛੇਤੀ ਸਾਨੂੰ ਸਮਝ ਲੱਗੇਗੀ ਓਨੀ ਛੇਤੀ ਅਸੀਂ ਬਾਣੀ ਦੇ ਸੰਦਰਭ ਨੂੰ ਜਾਣ ਸਕਾਂਗੇ। ਇਹਦੇ ਵਿੱਚੋਂ ਹੀ ਇਹ ਚੀਜ਼ਾਂ ਨਿਕਲ ਕੇ ਆਈਆਂ, ਜਿਵੇਂ ਵੀਰ ਜੀ ਹੋਣੀ ਕਹਿ ਰਹੇ ਸੀ ਵੀ ਗੁਰੂ ਨਾਨਕ ਸਾਹਿਬ ਦਾ ਸਿੱਖ ਹੋਰ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੋਰ ਹੈ। ਉਹ ਤਾਂ ਹੀ ਹੋਇਆ ਕਿਉਂਕਿ ਜੋ ਤੋਹਾ ਜੁਗਤ ਸ਼ਹਿ ਸ਼ਹਿ ਕਾਇਆ ਫੇਰ ਪਲਟੀਏ ਦਾ ਕੰਸੈਪਟ ਟੁੱਟ ਗਿਆ। ਟੁੱਟਿਆ ਕਿਉਂ? ਉਹਦੇ ਲਈ ਸੰਗਤ ਹੈ ਜਿਹੜੀ, ਜਿਹੜੇ ਅਸੀਂ ਆਮ ਲੋਕ ਹਾਂ, ਅਸੀਂ ਇਹ ਸੋਚਦੇ ਹਾਂ ਵੀ ਬਾਣੀ ਜਿਹੜੀ ਹੈ ਇਹਨੂੰ ਅਸੀਂ ਪੜ੍ਹ ਨਹੀਂ ਸਕਦੇ, ਸਾਡੇ ਸਮਝ ਵਿੱਚ ਨਹੀਂ ਆਉਂਦੀ। ਉਹਦੇ ਲਈ ਅਸੀਂ ਇੱਕ ਖਾਸ ਕਲਾਸ ਤਿਆਰ ਕਰ ਲਈ। ਕਲਾਸ ਜਿਹੜੀ ਸੀ ਉਹ ਇੰਨੀ ਚਲਾਕ ਨਿਕਲੀ, ਉਹਨੂੰ ਇਹ ਲੱਗਿਆ ਵੀ ਜੇ ਆਮ ਲੋਕਾਂ ਨੇ ਪੜ੍ਹ ਲਈ ਤਾਂ ਫਿਰ ਸਾਡਾ ਕਿਤੇ ਕਾਰੋਬਾਰ ਬੰਦ ਨਾ ਹੋ ਜਾਏ। ਹੁਣ ਉਹ ਜਿਹੜੀਆਂ ਪ੍ਰੋਬਲਮਸ ਹੈ ਨਾ, ਉਹ ਨੇਤਾ ਪ੍ਰਤੀ ਵੱਧਦੀਆਂ ਰਹਿਣਗੀਆਂ ਜਿੰਨਾ ਚਿਰ ਤੱਕ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਨਹੀਂ ਰੱਖਦੇ। ਇੱਕ ਚੇਤੇ ਰੱਖਣੀ ਗੱਲ, ਗੁਰੂ ਨਾਨਕ ਸਾਹਿਬ ਜੀ ਦਾ ਜਦੋਂ 550 ਸਾਲੇ ਦੀ ਗੱਲ ਅਸੀਂ ਕਰਨੀ ਆ ਨਾ, ਵੀ 550 ਸਾਲਾਂ ਮਨਾ ਰਹੇ ਹਾਂ, ਚੰਦ ਬੰਦੇ ਛੱਡ ਕੇ ਦੁਨੀਆ ਭਰ ਵਿੱਚ, ਬਾਬੇ ਨਾਨਕ ਦਾ 550 ਸਾਲਾਂ ਨਹੀਂ ਮਨਾ ਰਹੇ, ਬਾਬੇ ਨਾਨਕ ਦੇ 550 ਸਾਲੇ ਦੇ ਨਾਂ ਹੇਠ ਆਪਣੇ ਆਪ ਨੂੰ ਤਜੋਰੀਆਂ ਭਰਨ ਵਾਲੇ ਬੰਨੇ ਤੁਰੇ ਹੋਏ ਆ। ਇਹ ਗੱਲ ਸਮਝਣੀ ਪੈਣੀ ਹੈ ਸਾਨੂੰ, ਨਹੀਂ ਤਾਂ ਗੁਰੂ ਨਾਨਕ ਸਾਹਿਬ ਜੀ ਦਾ 400 ਸਾਲਾਂ ਹੋਵੇ, ਭਾਵੇਂ ਗੁਰੂ ਨਾਨਕ ਸਾਹਿਬ ਜੀ ਦਾ 401 ਸਾਲਾਂ ਹੋਵੇ, ਨਾਨਕ ਜੀ ਨਹੀਂ ਬਦਲਦੇ। ਉਹ 550 ਸਾਲੇ 'ਚ ਵੀ ਉਹੋ ਹੀ ਰਹਿਣੇ ਆ, ਅਤੇ ਉਹ ਅਗਲੀ ਵਾਰ ਜਦੋਂ 551ਵਾਂ ਹੋਏਗਾ ਉਦੋਂ ਵੀ ਉਹੀ ਰਹਿਣੇ ਆ। ਪਰ ਪਬਲਿਕ ਨੂੰ ਜਿਹੜੀ, ਲੋਕ ਆ ਜਿਹੜੇ, ਸਮਾਜ ਆ ਜਿਹੜਾ, ਦੁਨੀਆਦਾਰੀ ਆ ਜਿਹੜੀ, ਉਹਦੇ ਵਾਸਤੇ ਚਲਾਕ ਬੰਦੇ, ਜਿਹੜੀ ਗੱਲ ਵੀਰ ਜੀ ਹੋਣੀ ਹੁਣੇ ਕਰਦੇ ਸੀ, ਉਹ ਕਿਤੇ ਸਲੋਕ ਅਸੀਂ ਸਮਝਦੇ, ਨਾਨਕ ਚੁੜੀਆਂ ਸੁੱਚੀਆਂ ਜੇ ਭਰ ਜਾਣੇ ਕੋਏ, ਜੇ ਕਿਸੇ ਨੂੰ ਭਰਨੀਆਂ ਆਉਣ। ਉੱਥੇ ਬਾਬੇ ਨੇ ਲਫ਼ਜ਼ ਵਰਤਿਆ ਬ੍ਰਾਹਮਣ ਚੁਲੀ ਸੰਤੋਖ ਕੀ ਆ, ਸਾਡੇ ਵਾਲਿਆਂ ਨੂੰ ਆ ਗਿਆ ਸੰਤੋਖ? ਜਿੰਨੇ ਲਾਲਚੀ ਅਤੇ ਲੋਭੀ ਅਸੀਂ ਹਾਂ, ਜਿੰਨੇ ਕਰਪਟ ਅਤੇ ਬੇਈਮਾਨ ਅਸੀਂ ਹਾਂ, ਜਿੰਨਾ ਸਾਡੇ ਹੱਡਾਂ ਵਿੱਚ ਰਚਿਆ ਆ ਬੇਈਮਾਨੀ ਵਾਲਾ ਉਹ ਪਾਠ, ਇਹਨਾਂ 'ਤੇ ਸੱਚ ਜਾਣਿਓ ਬ੍ਰਾਹਮਣ ਵੀ ਲਾਲਚੀ ਨਹੀਂ ਹੋਣਾ। ਉਹਦੇ 'ਚ ਸਾਰੇ ਕੰਸੈਪਟ ਹੀ ਬਦਲਣਗੇ, ਸਾਰੀਆਂ ਚੀਜ਼ਾਂ ਅਗਲਿਆਂ ਨੇ ਨਵੀਆਂ ਬਦਲ ਕੇ ਦੇਣੀਆਂ ਆ ਤੁਹਾਨੂੰ। ਗੁਰੂ ਨਾਨਕ ਸਾਹਿਬ ਜੀ ਦਾ ਇਹ ਸੁਨੇਹਾ ਕਦੀ ਕਿਸੇ ਨੇ ਸਾਡੇ ਖਾਨੇ ਨਹੀਂ ਪਾਉਣਾ। ਗੁਰੂ ਨਾਨਕ ਦੇ ਧੀਓ ਅਤੇ ਪੁੱਤਰੋ, ਤੁਹਾਡਾ ਫਰਜ਼ ਬਣਦਾ, ਬਾਬਾ ਨਾਨਕ ਤੁਹਾਡੇ ਲਈ ਅੱਜ ਤੋਂ 550 ਸਾਲ ਪਹਿਲਾਂ ਲੋਕਾਂ ਤੋਂ ਰੋੜੇ ਖਾਂਦਾ ਰਿਹਾ, ਪੱਥਰ ਖਾਂਦਾ ਰਿਹਾ, ਕਿਹੜਾ ਕਿਹੜਾ ਅੱਜ ਕਾਲਜੇ 'ਤੇ ਹੱਥ ਰੱਖ ਕੇ ਇਹ ਗੱਲ ਮੰਨੋਗੇ ਜੇ ਮੈਨੂੰ ਖਾਣੇ ਪਏ ਤਾਂ ਮੈਂ ਖਾਣ ਲਈ ਤਿਆਰ ਹੋਵਾਂਗਾ। ਇਹ ਕੋਈ ਦੁਨੀਆ 'ਚੋਂ ਮਰਦਾਨਾ ਨਿਤਰੂ ਜਾਂ ਭਾਈ ਲਹਿਣਾ ਨਿਤਰੂ, ਸਾਰਿਆਂ ਦੇ ਵੱਸ ਗੱਲ ਨਹੀਂ ਹੁੰਦੀ। ਔਰ ਗੁਰੂ ਸਾਹਿਬ ਜੀ ਜਿਹੜੀ ਗੱਲ ਸਾਡੇ ਜ਼ਿਹਨ ਵਿੱਚ ਬਿਠਾਉਣੀ ਚਾਹੁੰਦੇ ਆ, ਉਹ ਮੈਂ ਬੋਲ ਪੜ੍ਹਦਾ ਸੀ ਕਿਸੇ ਵੀਰ ਦੇ, ਵੀਰ ਵੈਰੋਵਾਲ ਦੇ, ਉਹ ਕਹਿੰਦਾ ਜਦੋਂ ਬਾਬਾ ਅਖੀਰ ਕਰਤਾਰਪੁਰ ਆਇਆ ਨਾ, ਵਿੱਚ ਕਰਤਾਰਪੁਰੇ ਹੋਇਆ ਬੜਾ ਇਕੱਠ ਸੀ, ਕਰਤਾਰਪੁਰ ਵਿੱਚ ਬਹੁਤ ਇਕੱਠ ਹੋਇਆ ਸੀ ਅਖੀਰਲੇ ਵੇਲੇ, ਇੱਕੋ ਨਾਮ ਦੀ ਲਾਉਂਦਾ ਸ੍ਰੀ ਚੰਦ ਹੱਠ ਸੀ, ਗੱਦੀ ਉੱਤੇ ਮੇਰਾ ਹੱਕ ਹੈ। ਅਤੇ ਸ੍ਰੀ ਚੰਦ ਬਾਬੇ ਨਾਨਕ ਦੇ ਵੇਲੇ ਹੱਕ ਨਹੀਂ ਜਿਤਾ ਸਕਿਆ, ਪਰ ਅੱਜ ਵਾਲਿਆਂ ਨੇ ਬਾਬੇ ਨਾਨਕ ਦੇ ਪੁੱਤਰਾਂ ਨੂੰ ਪਾਸੇ ਕਰਕੇ ਸ੍ਰੀ ਚੰਦ ਦੀਆਂ ਔਲਾਦਾਂ ਨੇ ਹੱਕ ਜਿਤਾ ਲਿਆ ਆ, ਪਾਸੇ ਕਰਤੇ ਪੁੱਤ ਬਾਬੇ ਨਾਨਕ ਦੇ ਉਹਨਾਂ ਨੇ। ਜਿਹੜਾ ਅੱਜ ਬਾਬੇ ਨਾਨਕ ਦੀ ਗੱਲ ਕਰੇਗਾ, ਕੋਈ ਵੀ ਹੋਵੇ, ਭਾਵੇਂ ਤੁਹਾਡੇ 'ਚ ਕੋਈ ਇੱਕ ਹੋਵੇ, ਕੋਈ ਇੱਥੇ ਸਟੇਜ 'ਤੇ ਕਰਨ ਵਾਲਾ ਹੋਵੇ, ਕਿਸੇ ਵੀ ਲੈਵਲ 'ਤੇ ਕਰੇ, ਇੱਕੋ ਪੱਟੀ ਅਗਲੇ ਚੁੱਕੀ ਫਿਰਦੇ ਨੇ ਉਹਦੇ ਵਾਸਤੇ, ਇਹ ਨਾਨਕ ਦੀ ਵਿਚਾਰਧਾਰਾ ਦੇ ਵਿਰੋਧੀ ਬੰਦੇ ਆ, ਇਹ ਬਾਬੇ ਨਾਨਕ ਦੇ। ਔਰ ਸੱਚੀ ਮੁੱਚੀ ਅੱਜ ਉਹਨਾਂ ਨੁਕਸਾਨ ਬਾਬੇ ਨਾਨਕ ਦਾ ਦੁਨੀਆ ਦੇ ਬੰਦਿਆਂ ਨੇ ਨਹੀਂ ਕੀਤਾ, ਜਿੰਨਾ ਬਾਬੇ ਨਾਨਕ ਦੇ ਲਿਬਾਸ ਵਾਲਿਆਂ ਨੇ ਕੀਤਾ ਹੈ। ਔਰ ਇਹਨਾਂ ਤੋਂ ਖਤਰਾ ਆ, ਬਾਹਰੀ ਤੌਰ 'ਤੇ ਦਿਸਦੀਆਂ ਚੀਜ਼ਾਂ ਕੁਝ ਹੋਰ ਨੇ, ਅੰਦਰੂਨੀ ਤੌਰ 'ਤੇ ਜਿਹੜੀ ਨਜ਼ਰ ਆਉਂਦੀ ਚੀਜ਼ ਹੈ, ਜਿਵੇਂ ਰਾਗ ਦੀ ਗੱਲ ਚੱਲੀ ਸੀ, ਰਾਗ ਬਾਰੇ ਰਾਗੀਆਂ ਤੋਂ ਵੱਧ ਕੌਣ ਜਾਣਦਾ ਆ? ਪਰ ਸਭ ਤੋਂ ਵੱਧ ਰਾਗ ਬਾਰੇ ਬੇਤਰਤੀਬੇ ਲੋਕਾਂ ਨੂੰ ਕਿਹਨੇ ਕੀਤਾ ਆ? ਫਿਰ ਹੋਰ ਕਸੂਰ ਕਿਹਦਾ ਆ?
ਬਾਣੀ ਦਾ ਗਿਆਨ ਰੱਖਣ ਵਾਲੇ ਸਾਡੇ ਵਰਗੇ ਬੰਦੇ, ਬਾਣੀ ਜਿੰਨਾ ਗਿਆਨ ਕਿਸੇ ਹੋਰ ਕੋਲ ਕਿੱਥੋਂ ਹੋਣਾ ਆ ਜਿੰਨਾ ਸਾਡੇ ਵਰਗਿਆਂ ਕੋਲ ਹੈ। ਦਿਨ ਰਾਤ ਬਾਣੀ ਪੜ੍ਹਦੇ ਹਾਂ, ਬਾਣੀ ਦੇ ਸ਼ਬਦ ਯਾਦ ਨੇ, ਜਿੰਨੇ ਜਿੰਨੇ ਇੱਕ ਇੱਕ ਸ਼ਬਦ ਨਹੀਂ, 50-50 ਸ਼ਬਦ ਲੜੀ 'ਚ ਬੋਲੇ ਜਾ ਸਕਦੇ ਆ। ਜਿੰਨੀ ਬਾਣੀ ਸਾਨੂੰ ਯਾਦ ਹੈ ਸ਼ਾਇਦ ਤੁਹਾਨੂੰ ਯਾਦ ਨਹੀਂ ਹੋਣੀ, ਪਰ ਸਭ ਤੋਂ ਵੱਧ ਸਟੇਜਾਂ ਤੋਂ ਬਹਿ ਕੇ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਮਿਸਗਾਈਡ ਕਿਹਨੇ ਕੀਤਾ ਆ? ਅਸੀਂ ਕੀਤਾ ਆ। ਕੌਣ ਕਸੂਰਵਾਰ ਹੈ? ਬਾਬਾ ਤੂੰ ਕਹਿ ਗਿਆ ਆਪਣੇ ਵੇਲੇ ਕਾਜ਼ੀ ਕੂੜ ਬੋਲ ਮਲ ਖਾਏ, ਹੁਣ ਕਿਹੜਾ ਕਵੇ ਪ੍ਰਚਾਰਕ ਝੂਠਾ ਆ? ਅਗਲੇ ਗਲ ਪੈਂਦੇ ਆ। ਹੁਣ ਕਿਹੜਾ ਕਵੇ ਤੁਹਾਡਾ ਬਾਬਾ ਝੂਠਾ ਆ? ਅਗਲੇ ਮਰਨ ਮਰਾਉਣ 'ਤੇ ਆਉਂਦੇ ਆ। ਸੋ ਨਾ ਬਾਬੇ ਨੂੰ ਝੂਠਾ ਕਹਿਣ ਦੇਣਾ, ਬਾਬਾ ਝੂਠਾ ਪਾ ਲੈਣਾ ਅਸੀਂ। ਮੈਂ ਕਵੀ ਦੇ ਬੋਲ ਸਾਂਝੇ ਕਰਦਾ ਤੁਹਾਡੇ ਨਾਲ। ਗੁਰਦੁਆਰਿਆਂ ਦੇ ਵਿੱਚ ਬਾਬਾ ਤੇਰਾ ਹੈ ਸਤਿਕਾਰ ਬੜਾ। ਜਦੋਂ ਗੁਰਦੁਆਰੇ ਜਾਂਦੇ ਐਂ ਲੱਗਦਾ ਗੁਰੂ ਦਾ ਬਹੁਤ ਸਤਿਕਾਰ ਹੈ। ਸਾਰਿਆਂ ਦੀ ਨਹੀਂ ਮੈਂ ਗੱਲ ਕਰਦਾ, ਟਾਵੇਂ ਟਾਵੇਂ ਨੇ ਜਿਹੜੇ ਕਰਦੇ ਨੇ ਸਤਿਕਾਰ, ਅਸਲ ਵਿੱਚ ਗੁਰੂ ਦੇ ਨਾਂ ਹੇਠ ਸਤਿਕਾਰ ਆਪਣਾ ਕਰਾਉਂਦੇ। ਲੈਵਲ ਗੁਰੂ ਦਾ ਆ, ਕਿਉਂਕਿ ਗੁਰੂ ਦੇ ਲੈਵਲ ਤੋਂ ਬਿਨਾਂ ਚੱਲਣੀ ਨਹੀਂ ਗੱਲ। ਜੇ ਲੈਵਲ ਲਾ ਦਿੱਤਾ ਜਾਏ ਨਾ, ਜਿੰਨਾ ਪੰਜਾਬ 'ਚ ਡੇਰਾਵਾਦ ਪ੍ਰਮੋਟ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਹੋਇਆ। ਜੇ ਪ੍ਰਕਾਸ਼ ਨਾ ਕਰਦੇ ਤਾਂ ਡੇਰਾਵਾਦ ਪ੍ਰਮੋਟ ਨਹੀਂ ਸੀ ਹੋਣਾ, ਕਿਉਂਕਿ ਸਾਡੇ ਸਾਨੂੰ ਜਦੋਂ ਕਿਸੇ ਨੇ ਮਿਸਗਾਈਡ ਕਰਨਾ ਆ, ਸਾਨੂੰ ਉੱਦਾਂ ਕਰ ਹੀ ਨਹੀਂ ਸਕਦਾ ਜਿੰਨਾ ਚਿਰ ਤੱਕ ਸਾਡੇ ਗੁਰੂ ਨੂੰ ਸਾਹਮਣੇ ਨਹੀਂ ਕਰਦੇ ਅਗਲੇ, ਵੀ ਤੁਹਾਡੇ ਗੁਰੂ ਦੀ ਗੱਲ ਹੈ, ਅਸੀਂ ਨਹੀਂ ਪਰਵਾਹ ਕਰ। ਜਗਨਨਾਥ ਕੋ ਟੁੰਡਾ ਭੱਖ ਹੈ, ਸਾਡੇ ਬੰਦੇ ਉਹ ਨੇ, ਸਾਡੇ ਬਾਬੇ ਨੇ ਤਿਆਰੀ ਸਾਡੀ ਉਹ ਕਰਾਈ ਹੈ ਜਿਹਨੂੰ ਲੋਕ ਜਗਨਨਾਥ ਕਹਿੰਦੇ ਸੀ। ਪਹਿਲੀ ਵਾਰ ਬਾਬੇ ਨਾਨਕ ਦੇ ਪੁੱਤਰਾਂ ਨੇ ਕਿਹਾ ਸੀ ਟੁੰਡਾ ਜਗਨਨਾਥ ਕਿਵੇਂ ਹੋ ਸਕਦਾ ਹੈ? ਅੱਜ ਵੀ ਜਗਨਨਾਥ ਵਿੱਚ ਮੂਰਤੀ ਪਈ ਹੈ ਜਿਹਦੀਆਂ ਦੋਵੇਂ ਬਾਹਾਂ ਨਹੀਂ, ਉਹਨੂੰ ਉਹ ਜਗਨਨਾਥ ਮੰਨਦੇ ਨੇ, ਸਾਡੇ ਵਾਲੇ ਟੁੰਡਾ ਕਹਿੰਦੇ ਨੇ। ਸੋ ਇਹ ਜ਼ੁਰਤ ਕਿਤੇ ਕਿਤੇ ਗੁਰੂ ਸਾਹਿਬ ਜਿਹਦੇ ਕੋਲ ਆਏਗੀ ਨਾ, ਅੱਜ ਵੀ ਆਵੇ। ਇੱਕ ਗੱਲ ਹੋਰ ਧਿਆਨ 'ਚ ਰੱਖਿਓ, ਜੇ ਅਸੀਂ ਠੀਕ ਹੋ ਜਾਈਏ ਦੁਨੀਆ ਤਾਂ ਤੁਹਾਡੇ ਕਦਮ ਚੁੰਮਣ ਲਈ ਬੈਠੀ ਹੈ। ਅੱਜ ਮੈਂ ਪਿਛਲੇ ਦਿਨੀ ਇੱਕ ਇਗਜ਼ਾਮਪਲ, ਪਤਾ ਨਹੀਂ ਤੁਹਾਡੀ ਕਿਹੜੀ ਗੱਲ ਕਿਸ ਬੰਦੇ ਨੂੰ ਕਦੋਂ ਪ੍ਰਭਾਵਿਤ ਕਰ ਜਾਏ, ਅਤੇ ਤੁਸੀਂ ਜਦੋਂ ਦੁਨੀਆ 'ਚ ਵਿਚਰਦੇ ਹੁੰਦੇ ਆ ਨਾ, ਗੁਰਦੁਆਰਾ ਆਪਣੇ ਤੋਂ ਅਲੱਗ ਨਾ ਕਰਿਆ ਕਰੋ। ਤੁਹਾਡੀ ਪੱਗ ਨਹੀਂ ਜਾ ਰਹੀ ਹੁੰਦੀ ਤੁਹਾਡੇ ਸਿਰ 'ਤੇ, ਤੁਹਾਡੇ ਸਿਰ 'ਤੇ ਗੁਰਦੁਆਰਾ ਹੀ ਜਾ ਰਿਹਾ ਹੁੰਦਾ ਹੈ। ਐਸ ਨਿਸ਼ਾਨ ਸਾਹਿਬ ਕੋਲ ਤਾਂ ਕਦੀ ਕਦੀ ਕੋਈ ਆਉਂਦਾ, ਅਸਲੀ ਨਿਸ਼ਾਨ 'ਤੇ ਆ ਆ ਜਿਹੜੇ ਚਾਰ ਪੁੱਤ ਵਾਰ ਕੇ ਗੁਰੂ ਸਾਹਿਬ ਸਾਡੇ ਸਿਰ 'ਤੇ ਸਜਾ ਗਏ, ਅਤੇ ਹਰ ਥਾਂ 'ਤੇ ਤੇਰੇ ਨਾਲ ਰਹਿੰਦਾ ਆ। ਐਸ ਨਿਸ਼ਾਨ ਸਾਹਿਬ ਤੋਂ ਤਾਂ ਲੁੱਕ ਸਕਦਾ ਤੂੰ? ਉਲਟ ਹੋਇਆ ਇਹਦੇ ਕੰਮ, ਆ ਨਿਸ਼ਾਨ ਵੱਡੇ ਹੋ ਗਏ ਬਾਹਰ ਵਾਲੇ ਨਿਸ਼ਾਨ ਸਾਹਿਬ, ਜਿਹੜੇ ਅੰਦਰੂਨੀ ਨਿਸ਼ਾਨ ਮੇਰੇ ਬਾਪੂ ਨੇ ਦਿੱਤੇ ਸੀ ਉਹ ਮਲੀਆ ਮੇਟ ਕਰ ਸੁੱਟੇ ਤੁਸੀਂ। ਜਦੋਂ ਕਿਤੇ ਅਸੀਂ ਸਮਝਣ ਬੈਠਾਂਗੇ, ਵਕਤ ਨਹੀਂ ਬਹੁਤਾ, ਗੁਰਦੁਆਰਿਆਂ ਦੇ ਵਿੱਚ ਬਾਬਾ ਤੇਰਾ ਹੈ ਸਤਿਕਾਰ ਬੜਾ, ਪਰ ਗੱਲ ਕੀ ਹੈ, ਮਲਕ ਭਾਗੋ ਪ੍ਰਧਾਨ ਬਣ ਗਿਆ ਲਾਲੋ ਅੱਜ ਵੀ ਬਾਹਰ ਖੜਾ। ਬਾਬੇ ਨੇ ਲਾਲੋ ਲਿਆਂਦਾ ਸੀ ਫੜ ਕੇ, ਆ ਮੇਰੇ ਮਿੱਤਰਾ ਤੇਰੀ ਲੋੜ ਹੈ। ਅਸੀਂ ਧੱਕ ਕੇ ਲਾਲੋ ਬਾਹਰ ਲੈ ਗਏ, ਮਲਕ ਭਾਗੋ ਅੰਦਰ ਲੈ ਆਉਂਦੇ। ਪੰਜਾਬ 'ਚ 550 ਸਾਲਾਂ ਮਨਾਇਆ ਜਾ ਰਿਹਾ, ਅੱਜ ਟੈਂਟ ਦੀਆਂ, ਅੱਜ ਤੋਂ 5-10 ਦਿਨ ਪਹਿਲਾਂ ਉੱਥੇ ਟੈਂਟ ਲੱਗਣ ਦੀਆਂ ਤਿਆਰੀਆਂ ਹੋ ਗਈਆਂ। ਤੁਸੀਂ ਵੀ ਲਾਇਆ ਇੱਕ ਦਿਨ 'ਚ ਲਾ ਲਿਆ, ਠੀਕ ਹੈ ਉਹ ਇੰਡੀਆ ਦਾ ਸਿਸਟਮ ਹੋਰ ਹੋ ਸਕਦਾ। ਨਵੰਬਰ 'ਚ ਦਿਹਾੜਾ ਮਨਾਉਣਾ, ਅੱਜ ਟੈਂਟ ਲੱਗਣਾ ਸ਼ੁਰੂ ਹੋ ਗਿਆ, ਅਤੇ ਟੈਂਟ ਦਾ, ਇੱਕ ਟੈਂਟ ਦਾ ਖਰਚਾ 2 ਕਰੋੜ ਰੁਪਈਆ ਆ। ਇਕੱਲਾ ਟੈਂਟ ਦਾ ਖਰਚਾ 2 ਕਰੋੜ ਹੈ, ਅਤੇ 2 ਕਰੋੜ ਦੇ ਟੈਂਟ ਵਿੱਚ ਕਿਸੇ ਭਾਈ ਲਾਲੋ ਨੂੰ ਵੜਨ ਦੇਣਗੇ? ਉਹ ਨਹੀਂ ਵੜਨ ਦੇਣਗੇ। ਮਲਕ ਭਾਗਵਾਂ ਕੋਲ ਆ ਗਈ ਸਾਰੀ ਗੱਲ, ਤਕੜੇ ਹੋ ਕੇ, ਹੰਬੜਾ ਮਾਰ ਕੇ, ਇਸ ਗੱਲ ਨੂੰ ਸਮਝ ਕੇ, ਜਿੰਨੀ ਛੇਤੀ, ਇਹ ਨਾ ਸੋਚੋ ਮੈਂ ਕੀ ਕਰ ਸਕਦਾ ਹਾਂ, ਬਹੁਤ ਕੁਝ ਕਰ ਸਕਦੇ ਹਾਂ। ਸਾਡੇ ਕੋਲ, ਸਾਰਿਆਂ ਕੋਲ ਬਹੁਤ ਤਾਕਤ ਹੈ ਜੇ ਅਸੀਂ ਆਪਣੇ ਆਪਣੇ ਢੰਗ ਨਾਲ ਕਰਨ ਲੱਗੀਏ ਤਾਂ। ਉਹ ਬੋਲ ਚੇਤੇ ਕਰਾਂ ਮੈਂ ਔਰ ਸਮਾਪਤੀ ਵਾਲੇ ਬੰਨੇ ਵਧਾਂ। ਗੁਰਦੁਆਰਿਆਂ ਦੇ ਵਿੱਚ ਬਾਬਾ ਤੇਰਾ ਹੈ ਸਤਿਕਾਰ ਬੜਾ, ਮਲਕ ਭਾਗੋ ਪ੍ਰਧਾਨ ਬਣ ਗਿਆ ਲਾਲੋ ਅੱਜ ਵੀ ਬਾਹਰ ਖੜਾ। ਹਰ ਵਾਰੀ ਇਹ ਡੰਗੀ ਗਈ ਹੈ ਮਿੱਠੀਆਂ ਬਹੁਤ ਜ਼ੁਬਾਨਾਂ ਤੋਂ, ਅੱਜ ਬਾਬਾ ਤੇਰੀ ਸਿੱਖੀ ਨੂੰ ਖਤਰਾ ਹੈ ਧਰਮ ਸਥਾਨਾਂ ਤੋਂ। ਕੌੜਿਆਂ ਤੋਂ ਨਹੀਂ ਖਤਰਾ ਹੁੰਦਾ, ਜਿਹੜਾ ਬੰਦਾ ਕੌੜਾ ਬੋਲਦਾ ਹੁੰਦਾ ਨਾ, ਉਹ ਸਾਹਮਣੇ ਵੀ ਇੱਦਾਂ ਦਾ ਹੁੰਦਾ ਅਤੇ ਪਿੱਠ ਪਿੱਛੇ ਵੀ ਇੱਦਾਂ ਦਾ ਹੁੰਦਾ। ਜਿਹੜੇ ਮਿੱਠੇ ਹੁੰਦੇ ਆ ਨਾ, ਬੜੇ ਖਤਰਨਾਕ ਹੁੰਦੇ ਆ। ਮਿੱਠਿਆਂ ਤੋਂ ਬਚੋ, ਮਿੱਠੀਆਂ ਛੁਰੀਆਂ। ਮੈਂ ਇੱਕ ਦਿਨ ਇਗਜ਼ਾਮਪਲ ਦਿੰਦਾ ਸੀ, ਆਮ ਸੱਪ ਹੈ ਨਾ ਜਿਹੜੇ, ਉਹ ਡੰਗ ਮਾਰਦੇ ਆ। ਅਜਗਰ ਵੀ ਬੰਦੇ ਨੂੰ ਮਾਰਦਾ ਆ, ਪਰ ਉਹ ਡੰਗ ਮਾਰ ਕੇ ਨਹੀਂ ਮਾਰਦਾ, ਉਹ ਗਲਵੱਕੜੀ 'ਚ ਲੈ ਕੇ ਮਾਰਦਾ ਆ। ਅੱਜ ਵਾਲੇ ਤੁਹਾਡੇ ਅਜਗਰ ਨੇ ਜਿਹੜੇ ਗਲਾਂ 'ਚ ਘੁੱਟ ਕੇ ਮਾਰਨਗੇ, ਪਤਾ ਨਹੀਂ ਲੱਗਣ ਦੇਣਗੇ ਕਿਸੇ ਨੂੰ। ਇਹ ਖਤਰਨਾਕ ਹੈ, ਇਹਨੂੰ ਸਮਝਣਾ ਪੈਣਾ ਸਾਨੂੰ ਸਾਰਿਆਂ ਨੂੰ। ਜਿਹੜੀ ਪੋਲਿਸੀ ਆ ਨਾ ਤੁਹਾਡੇ ਵਿਰੋਧੀ ਦੀ, ਸਾਡੇ ਗੁਰੂ ਸਾਹਿਬ ਜੀ ਨੇ ਨਹੀਂ ਚੱਲਣ ਦਿੱਤੀ,
ਤੁਸੀਂ ਇਤਿਹਾਸ ਦੇ ਪੰਨੇ ਫਰੋਲੋਗੇ, ਬਨਾਰਸ ਤੋਂ ਬ੍ਰਾਹਮਣ ਵੀਰ ਆਏ ਕਹਿੰਦੇ ਅਸੀਂ ਆਪਣੇ ਗ੍ਰੰਥਾਂ ਦੀ ਕਥਾ ਕਰਨੀ ਹੈ, ਮੇਰੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਗਿਆ ਦੇ ਦਿੱਤੀ ਵੀ ਕਰ ਲਓ ਕੋਈ ਗੱਲ ਨਹੀਂ, ਅੱਜ ਵਾਲਿਆਂ ਨੂੰ ਦੇ ਸਕਦੇ ਹੋ ਆਗਿਆ, ਤੁਹਾਨੂੰ ਡਰ ਲੱਗਣਾ ਵੀ ਗੁਰੂ ਦੀ ਕਿਸੇ ਨੇ ਮੰਨਣੀ ਨਹੀਂ, ਇਹਨਾਂ ਦੀ ਪਹਿਲਾਂ ਮੰਨ ਲੈਣੀ ਹੈ। ਅਸੀਂ ਡਾਵਾਂ ਡੋਲ ਲੈਂਦੇ ਹਾਂ, ਸਾਡੇ ਅੰਦਰ ਜਿਹੜੀ ਉਹ ਗੁਰੂ ਸਾਹਿਬ ਜੀ ਨੇ ਤਾਕਤ ਪਾਈ ਸੀ ਨਾ, ਜਿਹੜੀ ਐਨਰਜੀ, ਜਿਹੜੀ ਗੱਲ ਕਰਦੇ ਸੀ, ਕੂੜ ਫਿਰੇ ਪ੍ਰਧਾਨ ਵੇ ਲਾ ਲਓ, ਸ਼ਰਮ ਧਰਮ ਦੋ ਛੱਪ ਖਲੋਏ, ਨਾ ਸ਼ਰਮ ਰਹਿ ਗਈ ਹੈ ਅਤੇ ਨਾ ਧਰਮ ਰਹਿ ਗਿਆ। ਮਾਫ਼ ਕਰਿਓ, ਮੇਰੇ ਸ਼ਬਦ ਕੌੜੇ ਹੋਣੇ ਆ, ਸਿੱਧੇ ਹੋਣਗੇ। ਸਭ ਤੋਂ ਵੱਧ ਬੇਸ਼ਰਮੀ ਦੀਆਂ ਹੱਦਾਂ ਅੱਜ ਸਾਡੇ ਧਾਰਮਿਕ ਲੋਕ ਟੱਪੀ ਬੈਠੇ ਆ, ਸਭ ਤੋਂ ਵੱਧ। ਔਰ ਇਹ ਚੀਜ਼ ਜਿੰਨਾ ਚਿਰ ਅਸੀਂ ਗੁਰੂ ਦੀ ਗੋਦ ਵਿੱਚ ਬਹਿ ਕੇ, ਉਹ ਤਾਂ ਹੀ ਹੈ ਫਿਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਗੁਰੂ ਫਿਰ ਕੀ ਕਰੇ, ਜੇ ਤੂੰ ਠੀਕ ਨਹੀਂ ਤਾਂ ਗੁਰੂ ਸਾਹਿਬ ਕੀ ਕਰਨ ਭਾਈ। ਹਾਂ, ਜੇ ਤੂੰ ਠੀਕ ਹੈ ਫਿਰ ਗੁਰਪੂਰਾ ਜਿਨ ਸਿਮਰਿਆ ਸਹੀ ਪਏ ਨਿਹਾਲ। ਬਾਬੇ ਨਾਨਕ ਦੇ ਘਰ ਜੰਮੇ ਸ੍ਰੀ ਚੰਦ ਨੂੰ ਬਾਬਾ ਨਾਨਕ ਨਹੀਂ ਸਮਝ ਆ ਸਕਦਾ, ਜੇ ਆਉਣਾ ਆ ਤਾਂ ਕਿਸੇ ਦੂਜੇ ਦੇ ਘਰ ਜੰਮੇ ਭਾਈ ਲਹਿਣੇ ਨੂੰ ਵੀ ਬਾਬਾ ਨਾਨਕ ਸਮਝ ਆ ਸਕਦਾ। ਹੋ ਸਕਦਾ ਸਾਨੂੰ ਬਾਬੇ ਨਾਨਕ ਦੀ ਸਹੀ ਸਮਝ, ਉਹ ਸਮਝ ਲੱਗਣ ਵੀ ਕਿਹਨੇ ਦੇਣੀ ਆ, ਕਿਉਂਕਿ ਅਸੀਂ ਬਾਬਾ ਨਾ ਦੋ ਤਰ੍ਹਾਂ ਦੇ ਬਾਬੇ ਨੇ ਅੱਜ, ਬਾਬਾ ਨਾਨਕ ਦੋ ਤਰ੍ਹਾਂ ਦਾ ਆ ਸਾਡੇ ਕੋਲ। ਇੱਕ ਬਾਬਾ ਨਾਨਕ ਦਾ 550 ਸਾਲਾਂ ਮਨਾ ਰਹੇ ਹੋ ਤੁਸੀਂ, ਜਿਹੜਾ ਬਾਬਾ ਨਾਨਕ 19 ਰਾਗਾਂ 'ਚੋਂ ਲੱਭਣਾ ਆ, ਜਿਹੜੀ ਗੱਲ ਭਾਈ ਸਾਹਿਬ ਜੀ ਕਰਕੇ ਗਏ ਆ, ਜਿਹੜਾ ਬਾਬਾ ਨਾਨਕ ਸ਼ਬਦਾਂ 'ਚੋਂ ਲੱਭਣਾ ਆ, ਇੱਕ 550 ਸਾਲਾਂ ਮਨਾ ਰਹੀ ਹੈ ਸ੍ਰੀ ਚੰਦ ਦੀ ਔਲਾਦ, ਜਿਹਨਾਂ ਬਾਬੇ ਨਾਨਕ ਨੂੰ ਤਸਵੀਰਾਂ ਵਿੱਚੋਂ ਲੱਭਣਾ ਆ, ਅਤੇ ਉਹਨਾਂ ਤਸਵੀਰਾਂ ਵਾਲਾ ਹੀ ਪੇਸ਼ ਕਰਨਾ ਆ, ਉਹਨਾਂ ਬਾਬਾ ਨਾਨਕ ਨਹੀਂ ਅਸਲੀ ਪੇਸ਼ ਕਰਨਾ, ਕਿਉਂਕਿ ਜਿੱਦਣ ਬਾਬਾ ਨਾਨਕ ਅਸਲੀ ਪੇਸ਼ ਕਰਤਾ ਉਦਣ ਬਾਬੇ ਨਾਨਕ ਦੇ ਬੋਲ ਉਹਨਾਂ ਦੇ ਕੰਨਾਂ 'ਚ ਵੀ ਗੂੰਜਣੇ ਆ, ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੈ, ਛੋਡੀ ਲੈ ਪਾਖੰਡਾ। ਤਸਵੀਰ 'ਚੋਂ ਨਹੀਂ ਇਹ ਸ਼ਬਦ ਲੱਭਣੇ ਨਾ। ਮੈਂ ਉਦਾਹਰਣ ਦਿੰਦਾ ਸੀ ਇੱਕ ਦਿਨ ਵੀ, ਡਾਕਟਰ ਆਪਣੀ ਦੁਕਾਨ 'ਤੇ ਬਾਬੇ ਨਾਨਕ ਦੀ ਫੋਟੋ ਤਾਂ ਲਾ ਸਕਦਾ, ਪਰ ਆਪਣੀ ਦੁਕਾਨ 'ਤੇ ਬਾਬੇ ਨਾਨਕ ਦਾ ਸ਼ਬਦ ਨਹੀਂ ਲਿਖ ਸਕਦਾ, ਭੋਲਾ ਵੈਦ ਨਾ ਜਾਣੀ ਕਰਕ ਕਰੇ ਜੇ ਮਾਹੇ, ਕਿਉਂਕਿ ਫੋਟੋ ਲਾ ਕੇ ਅਤੇ ਬੰਦਾ ਇਹ ਕਹਿ ਸਕਦਾ ਬਾਬੇ ਨਾਨਕ ਨੂੰ ਵੀ ਬਾਬਾ ਨਾਨਕਾ ਮੇਰਾ ਮੈਡੀਕਲ ਸਟੋਰ ਵਧੀਆ ਚੱਲੇ, ਮੇਰਾ ਹੋਸਪਿਟਲ ਵਧੀਆ ਚੱਲੇ, ਅਤੇ ਹੋਸਪਿਟਲ ਵਧੀਆ ਚੱਲਣ ਦਾ ਅਰਥ ਕੀ ਹੈ ਬੋਲੋ, ਲੋਕ ਬਿਮਾਰ ਹੋਣ। ਪਰ ਜੇ ਬਾਬੇ ਨਾਨਕ ਦਾ ਸ਼ਬਦ ਸਾਹਮਣੇ ਆ ਗਿਆ ਤਾਂ ਬਾਬਾ ਨਾਨਕ ਫਿਰ ਇਹ ਨਹੀਂ ਕਹੇਗਾ ਵੈਦਾ ਵੈਦ ਸਵੈਦ ਤੂੰ ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲੈ ਜਿੱਤ ਵੰਝੇ ਰੋਗਾਂ ਘਾਣ। ਇਹ ਗੱਲ ਸਮਝ ਹੀ ਤਾਂ ਲੱਗਣੀ ਹੈ ਜੇ ਅਸੀਂ ਬਾਬੇ ਨਾਨਕ ਦੀ ਫਿਲੋਸਫੀ ਨਾਲ ਜੁੜਾਂਗੇ, ਉਹਦੇ ਵਿੱਚੋਂ ਆਏਗਾ। ਔਰ ਇੱਥੇ ਹੀ ਨਹੀਂ, ਬਾਬਾ ਨਾਨਕ ਅਤੇ ਕਲਗੀਆਂ ਵਾਲਾ ਇੱਕ ਰੂਪ ਨਹੀਂ ਸੀ, ਬਾਬਾ ਨਾਨਕ ਤਾਂ ਇਹਦੇ ਤੋਂ ਅਗਲੀ ਗੱਲ ਕਰਦਾ, ਤੁਹਾਨੂੰ ਸਾਰਿਆਂ ਨੂੰ ਰੱਬ ਦਾ ਰੂਪ ਬਣਾ ਕੇ ਗਿਆ। ਅਸੀਂ ਨਾਨਕ ਦਾ ਰੂਪ ਤਾਂ, ਇਹ ਤਾਂ ਗੱਲ ਹੋ ਗਈ ਨਾ ਵੀ ਅਸੀਂ ਕਰ ਲਈ ਇੱਥੇ, ਬਾਬੇ ਨਾਨਕ ਦਾ ਫਲਸਫਾ ਵੇਖਿਓ, ਮਨ ਤੂੰ ਜੋਤ, ਮਨ ਸਾਡੇ ਸਾਰਿਆਂ ਕੋਲ ਹੈਗਾ ਆ ਨਾ, ਅਤੇ ਕੀ ਕਿਹਾ ਗੁਰੂ ਸਾਹਿਬ ਜੀ ਨੇ, ਮਨ ਕੀ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਅਤੇ ਫਿਰ ਉਹਦੇ 'ਚ ਸ਼ਬਦ ਬਾਬੇ ਨੇ ਇਹ ਵੀ ਵਰਤੇ, ਆਪਣ ਹੱਥੀਂ ਆਪਣਾ ਆਪੇ ਹੀ ਕਾਸ ਸਵਾਰੀਏ। ਜੇ ਅਸੀਂ ਇਸ ਬੰਨੇ ਧਿਆਨ ਦੇ ਸਕਾ, ਠੀਕ ਨੂੰ ਠੀਕ ਕਹਿਣਾ ਸਿੱਖ ਲਓ ਅਤੇ ਗਲਤ ਨੂੰ ਗਲਤ ਕਹਿਣਾ ਸਿੱਖ ਲਓ। ਪਰ ਆਪਾਂ ਪਤਾ ਕਿੱਦਾਂ ਦੇ ਆ, ਆਪਾਂ ਬੰਦੇ ਦਾ ਚਿਹਰਾ ਵੇਖ ਕੇ ਠੀਕ ਨੂੰ ਠੀਕ ਕਹਿੰਦੇ ਹਾਂ ਅਤੇ ਗਲਤ ਨੂੰ, ਕਿਉਂਕਿ ਫਿਰ ਗਲਤ ਨੂੰ ਵੀ ਠੀਕ, ਚੱਲ ਆਪਣਾ ਆ, ਫਿਰ ਆਪਣਾ ਕਾਹਦਾ ਹੋਇਆ ਵੀ, ਇਹ ਆਪਣਾ ਨਹੀਂ ਹੋਣਾ। ਜਿੱਦਣ ਆਪਣਾ ਹੋਏਗਾ ਤੇਰਾ, ਫਿਰ ਤੈਨੂੰ ਐਂ ਨਹੀਂ ਕਹਿਣਾ ਪੈਣਾ। ਗੁਰੂ ਰਹਿਮਤ ਕਰੇ ਕਿਤੇ ਅਸੀਂ ਇਸ ਬੰਨੇ ਧਿਆਨ ਦੇ ਸਕੀਏ। ਕਵੀ ਦੀ ਅਗਲੀਆਂ ਲਾਈਨਾਂ ਮੈਂ ਸਾਂਝੀਆਂ ਕਰਦਾ, ਉਹ ਕਹਿੰਦਾ ਲਹਿੰਦੇ ਵੱਲ ਨੂੰ ਦਿੱਤਾ ਪਾਣੀ ਗੰਗਾ ਦੇ ਵਿੱਚ ਖੜ ਕੇ ਤੂੰ, ਜਗਨਨਾਥ ਵਿੱਚ ਰੋਕੀ ਆਰਤੀ ਪੰਡਿਤ ਬਾਹੋਂ ਫੜ ਕੇ ਤੂੰ, ਅੱਜ ਕਿਵੇਂ ਕੋਈ ਥਾਲੀ ਖੋਲੂ ਤੇਰੇ ਵੀਰ ਜਵਾਨਾਂ ਤੋਂ, ਅੱਜ ਬਾਬਾ ਤੇਰੀ ਸਿੱਖੀ ਨੂੰ ਖਤਰਾ ਹੈ ਧਰਮ ਸਥਾਨਾਂ ਤੋਂ। ਕੋਈ ਦੁਨੀਆਂ 'ਚ ਨਹੀਂ ਜੰਮਿਆ ਸਿੱਖੀ ਦੇ ਥੰਮ ਹਿਲਾਉਣ ਵਾਲਾ। ਅਸੀਂ ਬਹੁਤ ਤਰ੍ਹਾਂ ਦੀ ਜ਼ਿੰਦਗੀ ਵੇਖੀ ਹੈ। ਮੈਂ ਇੱਕ ਐਗਜ਼ਾਮਪਲ ਅਕਸਰ ਦਿੰਦਾ ਹੁੰਦਾ, ਸਿੱਖਾਂ 'ਚ ਪੁੱਤ ਬਾਬੇ ਨਾਨਕ ਦਾ ਬਣ ਜਾਏ ਤੇਰੀ ਲੁੱਟ ਵੀ ਪੂਜਾ ਬਣ ਜਾਂਦੀ ਹੈ, ਲੁੱਟ ਪੂਜਾ ਬਣ ਜਾਂਦੀ ਹੈ। ਮੈਂ ਸਵੇਰੇ ਐਗਜ਼ਾਮਪਲ ਦਿੰਦਾ ਸੀ, ਇੱਕ ਅੰਬਾਲੇ ਦੇ ਇਲਾਕੋਂ ਦੀ ਸੇਠ ਪ੍ਰਤਾਪ ਚੰਦ ਲੰਘ ਲਿਆ ਸੀ ਸਿੱਖਾਂ ਨੇ, ਨਵਾਬ ਕਪੂਰ ਸਿੰਘ ਦਾ ਵੇਲਾ ਹੈ, ਗੁਰੂ ਸਾਹਿਬ ਜੀ ਦਾ ਪੀਰੀਅਡ ਲੰਘ ਚੁੱਕਾ ਆ, ਗੁਰੂ ਸਾਹਿਬ ਜੀ ਤੋਂ ਬਾਅਦ ਦੀ ਗੱਲ ਹੈ, ਦਰਬਾਰਾ ਸਿੰਘ ਕਪੂਰ ਸਿੰਘ ਹੋਣਾ ਦਾ ਵੇਲਾ ਆ, ਜਿਨ੍ਹਾਂ ਨੂੰ ਪਹਿਲੀ ਵਾਰ ਨਵਾਬੀ ਦੇ ਨਾਮ ਨਾਲ ਨਿਵਾਜਿਆ ਗਿਆ ਸੀ। ਅਤੇ ਉਹ ਨਵਾਬੀ ਉਹਨਾਂ ਨੂੰ ਇੱਦਾਂ ਮਿਲੀ ਸੀ, ਉਹ ਨਵਾਬੀਆਂ ਲਈ ਤਰਲੇ ਨਹੀਂ ਸੀ ਲੈਂਦੇ ਫਿਰਦੇ, ਭਰਾਵਾਂ ਦੇ ਖੂਨ ਨਹੀਂ ਸੀ ਵਹਾਉਂਦੇ ਫਿਰਦੇ, ਨਵਾਬੀਆਂ ਲਈ ਪੱਗਾਂ ਨਹੀਂ ਸੀ ਲਾਉਂਦੇ ਫਿਰਦੇ ਇੱਕ ਦੂਜੇ ਦੀਆਂ, ਉਹ ਨਵਾਬੀਆਂ ਕਰਨੀਆਂ ਨਹੀਂ ਸੀ ਚਾਹੁੰਦੇ, ਅਗਲੇ ਨਵਾਬੀਆਂ ਲਈ ਫਿਰਦੇ ਸਨ ਉਹਨਾਂ ਦੇ ਪੈਰਾਂ 'ਚ।
ਅਤੇ ਇਹੋ ਜਿਹੇ ਬੰਦਿਆਂ ਕੋਲ ਜਦੋਂ ਨਵਾਬੀ ਆਉਂਦੀ ਹੈ ਨਾ, ਇਹਨਾਂ ਨਵਾਬਾਂ ਨੇ ਫਿਰ ਕੈਸਾ ਮਾਹੌਲ ਕ੍ਰੀਏਟ ਕੀਤਾ, ਅੰਬਾਲੇ ਦੇ ਇਲਾਕੇ ਵਿੱਚ ਸੇਠ ਪ੍ਰਤਾਪ ਚੰਦ ਦਾ ਗੱਡਾ ਜਾ ਰਿਹਾ ਸੀ, ਜਿਹਦੇ ਵਿੱਚ ਉਹ ਆਪਣਾ ਖਜ਼ਾਨਾ ਲੱਦੀ ਜਾਂਦਾ ਸੀ, ਸਰਕਾਰੀ ਖਜ਼ਾਨੇ 'ਚ ਉਹਨੇ ਆਪਣਾ ਜਮ੍ਹਾਂ ਕਰਾਉਣਾ ਸੀ। ਸਿੱਖਾਂ ਦੀ ਇੱਕ ਟੁਕੜੀ ਨੇ ਉਹ ਖਜ਼ਾਨਾ ਲੁੱਟ ਲਿਆ। ਨਵਾਬ ਕਪੂਰ ਸਿੰਘ ਹੋਣਾ ਨੂੰ ਪਤਾ ਲੱਗਿਆ, ਦਰਬਾਰ ਸਿੰਘ ਹੋਣਾ ਨੂੰ ਪਤਾ ਲੱਗਿਆ ਵੀ ਇਹ ਤਾਂ ਕਿਸੇ ਗਰੀਬ ਦਾ, ਕਿਸੇ ਰਾਹੀ ਦਾ ਖਜ਼ਾਨਾ ਲੁੱਟ ਲਿਆ, ਇਹ ਸਰਕਾਰੀ ਖਜ਼ਾਨਾ ਨਹੀਂ ਹੈ। ਦਰਬਾਰਾ ਸਿੰਘ ਅਤੇ ਨਵਾਬ ਕਪੂਰ ਸਿੰਘ ਜੀ ਹੋਣੀ ਆਪ ਖਜ਼ਾਨਾ ਲੈ ਕੇ ਸੇਠ ਪ੍ਰਤਾਪ ਚੰਦ ਕੋਲ ਪਹੁੰਚੇ ਵੀ ਸਾਡੇ ਬੰਦਿਆਂ ਨੂੰ ਭੁਲੇਖਾ ਲੱਗ ਗਿਆ, ਗਲਤੀ ਨਾਲ ਤੁਹਾਡਾ ਖਜ਼ਾਨਾ ਲੁੱਟ ਲਿਆ, ਅਸੀਂ ਸਮਝਿਆ ਸਰਕਾਰੀ ਹੈ। ਸੇਠ ਪ੍ਰਤਾਪ ਚੰਦ ਕਹਿਣ ਲੱਗਾ, ਸ਼ਰਮਿੰਦਿਆਂ ਨਾ ਕਰੋ, ਹੱਥ ਜੋੜ ਕੇ ਅਪੀਲ ਕਰਦਾ, ਵੱਡੇ ਭਾਗ ਨੇ ਸਾਡਾ ਕਿਸੇ ਨੇ ਖਜ਼ਾਨਾ ਲੁੱਟਿਆ, ਕਿਉਂਕਿ ਤੁਹਾਡੀ ਲੁੱਟ ਵੀ ਪੂਜਾ ਆ, ਤੁਹਾਡੀ ਲੁੱਟ ਪੂਜਾ ਆ। ਅਤੇ ਦੂਜੇ ਬੰਨੇ ਜੇ ਬਾਬਾ ਨਾਨਕ ਜੀਵਨ ਵਿੱਚੋਂ ਨਿਕਲ ਗਿਆ ਫਿਰ ਪੂਜਾ ਵੀ ਲੁੱਟ ਹੋ ਜਾਣੀ ਹੈ, ਜਿਹੜੇ ਹੁਣ ਕਰ ਰਹੇ ਨੇ ਸ੍ਰੀ ਚੰਦ ਦੀਆਂ ਔਲਾਦਾਂ ਜਿਹੜੀਆਂ ਪੂਜਾ ਦੇ ਚੱਕਰ 'ਚ ਪਈਆਂ ਹੋਈਆਂ। ਸੋ ਕੋਸ਼ਿਸ਼ ਕਰੀਏ ਆਪਾਂ ਇਸ ਬੰਨੇ ਨੂੰ ਧਿਆਨ ਦੇ ਸਕੀਏ, ਸਮਝ ਸਕੀਏ ਸੱਚੀ ਮੁੱਚੀ। ਫਿਰ ਇਹਨਾਂ ਸਾਰੇ ਕੀਤੇ ਸਮਾਗਮਾਂ ਦਾ, ਇਹਨਾਂ ਬੁਲਾਰਿਆਂ ਦਾ, ਏਡੀ ਦੂਰ ਤੋਂ ਆ ਕੇ ਤੁਹਾਡੇ ਨਾਲ ਕਰਨੀ ਸ਼ਮੂਲੀਅਤ, ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ, ਪ੍ਰਬੰਧਕ ਵਿਚਾਰੇ ਕਈ ਦਿਨਾਂ ਤੋਂ ਲੱਗੇ ਹੋਏ ਆ, ਉਹ ਕਿੰਨਾ ਕਿੰਨਾ ਦਿਮਾਗ 'ਤੇ ਬੋਝ ਹੁੰਦਾ, ਆਪਾਂ 'ਤੇ ਆ ਕੇ ਬਹਿ ਹੀ ਜਾਣਾ ਹੁੰਦਾ ਨਾ, ਜਿਨ੍ਹਾਂ ਨੇ ਜ਼ਿੰਮੇਵਾਰੀ ਸੰਭਾਲਣੀ ਆ ਉਹਨਾਂ ਦੇ ਦਿਮਾਗ 'ਤੇ ਕਿੰਨਾ ਕੁਝ ਚੱਲਦਾ ਆ, ਕਿੰਨੇ ਦਿਨਾਂ ਤੋਂ ਤਿਆਰੀਆਂ ਕਰਦੇ ਆ। ਅਤੇ ਆਪਾਂ ਇਹ ਨਾ ਹੋਵੇ ਵੀ ਬਸ ਸਵੇਰੇ 9 ਵਜੇ ਆਏ ਅਤੇ 4:30 ਵਜੇ ਘਰਾਂ ਨੂੰ ਤੁਰ ਜਾਈਏ, ਸਮਝਣ ਵਾਲੇ ਬੰਨੇ ਤੁਰੀਏ ਤਾਂ ਕਿ ਜੀਵਨ ਸਾਡਾ ਉੱਚਾ ਸੁੱਚਾ ਬਣੇ, ਸਾਡੀ ਜ਼ਿੰਦਗੀ ਵਿੱਚੋਂ ਬਾਬਾ ਨਾਨਕ ਦਿਸੇ, ਤਾਂ ਕਿ ਅਸੀਂ ਬਾਬੇ ਨਾਨਕ ਦੇ ਲਾਇਕ ਪੁੱਤ ਬਣ ਕੇ ਉਸ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾ ਸਕੀਏ। ਔਰ ਇਹ ਬੋਲ ਬਾਬੇ ਦੇ ਸੱਚੇ ਹੋਣ, ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ, ਸਦਾ ਵਸੋਵਾ। ਸਾਰਿਆਂ ਦਾ ਧੰਨਵਾਦ, ਸ਼ੁਕਰਾਨਾ ਸਤਿਗੁਰੂ ਜੀ ਦਾ। ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਭਾਈ ਸਾਹਿਬ, ਮੈਂ ਨਾ ਇਸ ਵਾਰੀ ਉਹ ਲਾਲ ਝੰਡੀ ਦਿਖਾਉਣਾ ਭੁੱਲ ਗਈ ਸੀ, ਮੈਨੂੰ ਯਾਦ ਹੀ ਨਹੀਂ ਰਿਹਾ ਵੀ ਇੰਨਾ ਸੋਹਣਾ ਵਿਸ਼ੇ ਦੇ ਨਾਲ ਜੁੜ ਕੇ ਇਹਨਾਂ ਨੇ ਵਿਚਾਰ ਚਰਚਾ ਕੀਤੀ। ਸੋ ਹੁਣ ਸਵਾਲ ਜਵਾਬ ਦਾ ਵੇਲਾ, ਮੈਂ ਬੇਨਤੀ ਕਰਦੀ ਹਾਂ ਸਾਡੇ ਸਾਰੇ ਅੱਜ ਦੇ ਬੁਲਾਰਿਆਂ ਨੂੰ ਕਿ ਕਿਰਪਾ ਕਰਕੇ ਉਹ ਸਟੇਜ 'ਤੇ ਆ ਜਾਣ, ਤਾਂ ਕਿ ਸਵਾਲ ਜਿਹੜੇ ਨੇ ਉਹਨਾਂ ਜਗਿਆਸਾ ਨੂੰ ਸ਼ਾਂਤ ਕੀਤਾ ਜਾ ਸਕੇ, ਸਵਾਲਾਂ ਦੇ ਜਵਾਬ।